ਸਚਿਆਰ ਮਨੁੱਖ ਸੁੱਖ ਆਰਾਮ ਛੱਡ ਕੇ ਆਪਣਾ ਆਪਾ ਤਿਆਗ ਕੇ ਲੁਕਾਈ ਦੇ ਭਲੇ ਲਈ ਨਿਕਲਦਾ ਹੈ। ਇਹ ਸਚਿਆਰ ਮਨੁੱਖ ਦਾ ਗੁਣ ਹੈ। ਇਤਿਹਾਸ ਵਿੱਚ ਹੋਰਨਾਂ ਦੇ ਵੀ ਪੁੱਤਰ, ਹੋਰਨਾਂ ਦੇ ਵੀ ਪਰਿਵਾਰਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਪਰ ਇਤਿਹਾਸ ਵਿੱਚ ਕੋਈ ਐਸੀ ਉਦਾਹਰਣ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਵਾਂਗੂ ਕਿਸੇ ਹੋਰ ਰਹਿਬਰ ਨੇ ਖੁਸ਼ੀਆਂ ਮਨਾਈਆਂ ਹੋਣ, ਜਕਾਰੇ ਛੱਡੇ ਹੋਣ। ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਟੈਲੀਸਕੋਪ ਲੱਗੀਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਖੁਰਦਬੀਨ ਲੱਗੀ ਹੈ, ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਦੂਰਬੀਨ ਲੱਗੀ ਹੈ। ਬਹੁਤ ਪਕੜ ਰੱਖਦੇ ਨੇ ਵਿਗਿਆਨਿਕ। ਗੁਰੂ ਨਾਨਕ ਸਾਹਿਬ ਦੀ ਗੱਲ ਤਾਂ ਮੇਰੇ ਵਰਗਿਆਂ ਨੇ ਧਰਮ ਦੀ ਪਟਾਰੀ 'ਚ ਬੰਨ ਲਈ। ਸਤਿਗੁਰ ਤਾਂ ਧਰਮਾਂ ਤੋਂ ਉੱਪਰ ਦੀ ਗੱਲ ਕਰਦੇ ਨੇ, ਉਤਾਂਹ ਦੀ ਗੱਲ ਕਰਦੇ ਨੇ। ਕਹਿੰਦੇ ਵਾਹ ਜੀ ਵਾਹ, ਧਰਤੀ ਬੋਲ ਦੇ ਸਿੰਘ 'ਤੇ ਖੜੀ ਹੈ। ਕਹਿੰਦੇ ਉਹ ਬੋਲਦ ਕਿੱਥੇ ਖੜਾ? ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਥੱਲੇ ਇੱਕ ਹੋਰ ਧਰਤੀ ਹੈ? ਕਹਿੰਦੇ ਨਹੀਂ ਜੀ, ਮੈਨੂੰ ਨਹੀਂ ਪਤਾ। ਉਹ ਕਰਦਿਆਂ ਕਰਦਿਆਂ ਸੱਤਵੇਂ 'ਤੇ ਆ ਗਏ, ਹੁਣ ਅੱਗੇ ਤਾਂ ਕਹਿੰਦੇ ਹੈ ਨਹੀਂ ਕੋਈ। ਗੁਰੂ ਸਾਹਿਬ ਕਹਿੰਦੇ ਉਹ ਕਿੱਥੇ ਖੜਾ ਭਾਈ? ਕਹਿੰਦੇ ਜੀ ਉਹ ਨਹੀਂ ਪਤਾ ਕਿੱਥੇ ਖੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਇਸ ਬਹੁਤ ਹੀ ਵੱਡੇ ਵਿੱਦਿਅਕ ਅਦਾਰੇ ਦੇ ਵਿੱਚ ਤੁਹਾਡੇ ਵਰਗੇ ਬਹੁਤ ਹੀ ਸਿਆਣੇ ਅਤੇ ਸੂਝਵਾਨ ਪਤਵੰਤਿਆਂ ਦੇ ਔਰ ਅਧਿਆਪਕਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ। ਮੈਂ ਤੁਹਾਨੂੰ ਕੋਈ ਉਪਦੇਸ਼ ਨਹੀਂ ਦੇਣਾ, ਤੁਹਾਨੂੰ ਮੈਂ ਕੋਈ ਕਥਾ ਨਹੀਂ ਸੁਣਾਉਣੀ, ਕੋਈ ਨਸੀਹਤਾਂ ਨਹੀਂ ਦੇਣੀਆਂ। ਮੈਂ ਤੁਹਾਡੇ ਨਾਲ ਆਪਣੇ ਦਿਲ ਦੇ ਦਰਦਾਂ ਦੀ ਸਾਂਝ ਪਾਉਣੀ ਹੈ, ਆਪਣਾ ਦਰਦ ਵੰਡਾਉਣਾ ਹੈ। ਆਪਾਂ ਅੱਜ ਕੁਝ ਉਹ ਗੱਲਾਂ ਕਰਾਂਗੇ ਜਿਹੜੀਆਂ ਆਪਾਂ ਕਦੀ ਵੀ ਨਹੀਂ ਕਰਦੇ। ਤੁਸੀਂ ਘਰਾਂ ਦੇ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਆਏ ਹੋ, ਮਾਤਾ ਪਿਤਾ ਨੂੰ ਛੱਡ ਕੇ ਆਏ ਹੋ, ਭੈਣ ਭਾਈ ਨੂੰ ਛੱਡ ਕੇ ਆਏ ਹੋ, ਆਪਣੀ ਕਿਰਤ ਕਮਾਉਣ ਆਏ ਹੋ, ਕੁਝ ਪੈਸਾ ਕਮਾ ਕੇ ਲਿਜਾਣਾ ਅਤੇ ਜਾ ਕੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ। ਤੁਹਾਡੇ 'ਤੇ ਵੱਡੀ ਜ਼ਿੰਮੇਵਾਰੀ ਹੈ। ਜਿਹੜੇ ਵਿਦਿਆਰਥੀ ਬੈਠੇ ਨੇ ਉਹ ਵੀ ਇਸੇ ਆਸ ਵਿੱਚ ਬੈਠੇ ਨੇ ਕਿ ਪੜ੍ਹ ਕੇ ਕੁਝ ਬਣਾਂਗੇ, ਪਰਿਵਾਰ ਸੰਭਾਲਾਂਗੇ। ਅਤੇ ਸਾਰਾ ਕੁਝ ਕਰਦੇ ਹਾਂ, ਸਾਡੇ ਦਿਲ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਅਤੇ ਆਪਾਂ ਕਿਤੇ ਵੀ ਬੈਠੇ ਹੋਈਏ ਆਪਾਂ ਉੱਥੇ ਬੈਠੇ ਹੀ ਹੁੰਦੇ ਹਾਂ, ਪਰ ਅਸਲ 'ਚ ਅਸੀਂ ਕਿਤੇ ਹੋਰ ਹੀ ਹੁੰਦੇ ਹਾਂ। ਅਤੇ ਅੱਜ ਆਪਾਂ ਇੱਥੇ ਸਿਰਫ ਬੈਠਣਾ ਨਹੀਂ ਹੈ, ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਸਨਿਮਰ ਬਿਨੇ ਕਰੂੰਗਾ। ਪਹਿਲਾਂ ਇੱਕ ਠੰਡਾ ਜਿਹਾ ਲੰਬਾ ਜਿਹਾ ਸਾਹ ਲਓ ਸਾਰੇ, ਅਤੇ ਆਹ ਖਾਲੀ ਕਰਿਓ, ਪਾਰਕ ਕਰ ਦਿਓ ਬਾਹਰ ਲਿਜਾ ਕੇ। ਇੱਕ ਛੋਟੀ ਜਿਹੀ ਐਕਸਰਸਾਈਜ਼, ਇਹ ਕਸਰਤ ਕਰਨੀ ਹੈ ਆਪਾਂ ਨੇ ਕਿ ਇੱਕ ਠੰਡਾ ਜਿਹਾ ਲੰਮਾ ਭਰ ਕੇ ਸਾਹ ਲੈਣਾ ਹੈ। ਅਤੇ ਸੱਚਮੁੱਚ ਆਹ ਦਿਲ ਦਿਮਾਗ ਵਿੱਚ ਕੁਝ ਕੁਝ ਚੱਲਦਾ ਪਿਆ, ਬਹੁਤ ਕੁਝ ਚੱਲਦਾ ਪਿਆ, ਉਹਨੂੰ ਪਾਰਕਿੰਗ ਦੇ ਵਿੱਚ ਥੱਲੇ ਜਿੱਥੇ ਆਪਾਂ ਬਾਹਰ ਰੱਖਿਆ ਹੁੰਦੇ ਹਾਂ ਆਪਣਾ ਸਮਾਨ ਕੱਢ ਕੇ, ਉੱਥੇ ਇੱਕ ਵਾਰ ਰੱਖੋ। ਲਓ ਜੀ ਠੰਡਾ ਸਾਹ ਸਾਰੇ ਲੰਬਾ। ਇਸ ਜਸਟ ਇੱਕ ਫਿਜ਼ੀਕਲ, ਇੱਕ ਭੌਤਿਕ ਜੀ ਕਿਰਿਆ ਹੈ ਆਪਾਂ ਕੀਤੀ। ਸੱਚ ਇੱਕ ਬਹੁਤ ਵੱਡਾ ਸ਼ਬਦ ਹੈ। ਸੱਚ ਇਹਨੂੰ ਅਸੀਂ ਬਹੁਤ ਵਾਰੀ ਬੋਲਦੇ ਹਾਂ ਕਿ ਸਦਾ ਸੱਚ ਬੋਲੋ। ਬਹੁਤ ਵਾਰੀ ਇਹਦੀ ਵਾਰਤਾ ਚੱਲਦੀ ਹੈ, ਖਾਸ ਕਰਕੇ ਅਧਿਆਪਕਾਂ ਵਿੱਚ, ਕਿ ਉਹ ਬੱਚਿਆਂ ਨੂੰ ਕਈ ਵਾਰੀ ਲਿਖਵਾਉਂਦੇ ਵੀ ਨੇ ਉੱਪਰ ਸਦਾ ਸੱਚ ਬੋਲੋ, ਅਤੇ ਥੱਲੇ 10-15 ਵਾਰੀ ਵਿਦਿਆਰਥੀ ਲਿਖਦਾ ਹੈ। ਪਰ ਮੈਨੂੰ ਕਹਿਣ 'ਚ ਝਿਜਕ ਕੋਈ ਨਹੀਂ ਹੈ। ਅਸੀਂ
ਕੋਈ ਵਿਰਲਾ ਅਤੇ ਢਾਵਾਂ ਇਹਨੂੰ ਵਿਚਾਰਦਾ ਹੋਵੇਗਾ ਕਿ ਮੈਂ ਕਹਿ ਕੀ ਰਿਹਾ, ਮੈਂ ਲਿਖਵਾ ਕੀ ਰਿਹਾ। ਅਤੇ ਅੱਜ ਆਪਾਂ ਇਸ ਗੱਲ ਦਾ ਖਾਸ ਯਤਨ ਕਰਨਾ ਹੈ ਕਿ ਜੋ ਕਹਿਣਾ ਉਹੀਓ ਕਰਨਾ, ਜੋ ਕਰਨਾ ਉਹਦੇ ਲਈ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਉਹਦਾ ਹੀ ਕਥਨ ਕਰਨਾ ਹੈ। ਸਚਾਰ ਮਨੁੱਖਾਂ ਦੀ ਘਾੜਤ ਲਈ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ, ਇਹ ਵਿਸ਼ਾ ਇੱਕ ਬਹੁਤ ਹੀ ਅੰਗਰੇਜ਼ੀ ਵਿੱਚ ਆਪਾਂ ਕਹਿ ਲਈਏ ਸੈਂਸਿਟਿਵ ਹੈ ਔਰ ਸੰਜੀਦਗੀ ਭਰਿਆ ਹੈ। ਜਿਵੇਂ ਸਚਾਰ ਮਨੁੱਖਾਂ ਦੀ ਘਾੜਤ ਲਈ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਦੀ ਗੱਲ ਨੂੰ ਆਰੰਭ ਕਰਨਾ ਹੈ, ਆਪਾਂ ਰਲ ਕੇ ਇੱਕ ਯਤਨ ਕਰਦੇ ਹਾਂ, ਕੋਈ ਐਸੀ ਸ਼ਖਸੀਅਤ ਨੂੰ ਆਪਣੇ ਦਿਮਾਗ ਵਿੱਚ ਲੱਭੋ, ਇੱਕ ਹੋਰ ਕਸਰਤ ਕਰੋ ਦਿਮਾਗੀ, ਆਪਣੇ ਗਿਆਨ ਦੀ ਇੱਕ ਲੰਮੀ ਦੌੜ ਦੇ ਵਿੱਚ ਇੱਕ ਨਿਗਾਹ ਮਾਰੋ ਕਿ ਉਹ ਕਿਹੜੀ ਸ਼ਖਸੀਅਤ ਹੈ, ਉਹ ਕਿਹੜੀ ਵਿੱਦਿਅਕ ਸੰਸਥਾ ਹੈ ਜਿਹਨੇ ਸਚਾਰ ਮਨੁੱਖਾਂ ਦੇ ਘਾੜਤ ਲਈ ਵੱਡਾ ਕੰਮ ਕੀਤਾ ਹੋਵੇ। ਜਿਵੇਂ ਆਪਣੀ ਸਮਝ, ਆਪਣਾ ਗਿਆਨ ਦੂਰ ਤੱਕ ਨਿਰਪੱਖ ਹੋ ਕੇ ਨਿਗਾਹ ਮਾਰਾਂ, ਤੁਸੀਂ ਵੀ ਸੋਚ ਲਿਆ ਹੋਵੇਗਾ, ਤੁਸੀਂ ਵੀ ਲੱਭ ਰਹੇ ਹੋਵੋਗੇ, ਤਾਂ ਮੇਰੀ ਸਮਝ ਵਿੱਚ ਅਤੇ ਮੇਰੀ ਪਕੜ ਵਿੱਚ ਇੱਕੋ ਇੱਕ ਸ਼ਖਸੀਅਤ ਹੈ। ਉਹ ਅਸਲ 'ਚ ਸ਼ਖਸੀਅਤ ਹੈ ਨਹੀਂ, ਮੈਨੂੰ ਕੋਈ ਸ਼ਬਦ ਲੱਭਣਾ ਪੈ ਰਿਹਾ ਉਹਨੂੰ ਕਹਿਣ ਲਈ, ਜਿਹਨੇ ਸਚਾਰ ਮਨੁੱਖਾਂ ਦੀ ਘਾੜਤ ਲਈ ਵੱਡਾ ਕੰਮ ਕੀਤਾ ਹੋਵੇ। ਬਹੁਤੀ ਵਾਰੀ ਅਸੀਂ ਉਸ ਸ਼ਖਸੀਅਤ ਨੂੰ ਇੱਦਾਂ ਨਹੀਂ ਵੇਖਦੇ। ਮੈਂ ਫਿਰ ਦੁਹਰਾ ਰਿਹਾ, ਅਸਲ ਵਿੱਚ ਉਹ ਸ਼ਖਸੀਅਤ ਨਹੀਂ ਹੈ, ਉਹ ਇੱਕ ਨੂਰ ਹੈ, ਉਹ ਰੱਬੀ ਨੂਰ ਹੈ ਜਿਹਨੇ ਸਚਾਰ ਮਨੁੱਖਾਂ ਦੀ ਘਾੜਤ ਦੇ ਲਈ ਇੱਕ ਵੱਡੀ ਘਾਲਣਾ ਘਾਲੀ ਹੈ। ਅਸੀਂ ਉਸ ਨੂਰ ਨੂੰ ਕਦੀ ਇਸ ਦਿਸ਼ਾ ਵਿੱਚ ਦੇਖਦੇ ਹੀ ਨਹੀਂ। ਅੱਜ ਅਸੀਂ ਇੱਕ ਵਿੱਦਿਅਕ ਮਾਹੌਲ ਵਿੱਚ ਬੈਠੇ ਹਾਂ ਅਤੇ ਮੈਂ ਉਸ ਰੱਬੀ ਨੂਰ ਨੂੰ ਇੱਕ ਅਧਿਆਪਕ ਵਜੋਂ ਵੇਖਣ ਲੱਗਿਆ। ਉਹਦੇ ਬਹੁਤ ਗੁਣ ਨੇ, ਉਹਦੇ ਗੁਣਾਂ ਨੂੰ ਰਸਨਾ ਦੇ ਉੱਤੇ ਅੱਖਰਾਂ ਦੇ ਵਿੱਚ ਬੰਨ੍ਹ ਕੇ ਦਰਸਾਇਆ ਨਹੀਂ ਜਾ ਸਕਦਾ। ਪਰ ਅੱਜ ਕਿਉਂਕਿ ਅਸੀਂ ਇੱਕ ਵਿੱਦਿਅਕ ਮਾਹੌਲ 'ਚ ਬੈਠੇ ਹਾਂ, ਅਸੀਂ ਵਿੱਦਿਅਕ ਅਦਾਰਿਆਂ ਦੀ ਗੱਲ ਕਰਨੀ ਹੈ, ਮੈਂ ਆਪਣੀ ਗੱਲ ਦਾ ਆਗਾਜ਼ ਉਸ ਰੱਬੀ ਨੂਰ ਨੂੰ ਨਮਸਕਾਰ ਕਰਕੇ, ਉਸ ਨੂੰ ਕਹਿਣ ਮਾਤਰਕ ਸ਼ਖਸੀਅਤ ਨੂੰ ਨਮਸਕਾਰ ਕਰਕੇ ਆਗਾਜ਼ ਕਰ ਰਿਹਾ ਹਾਂ ਜਿਹਨੇ ਸਚਾਰ ਮਨੁੱਖਾਂ ਦੀ ਘਾਲਣਾ ਦੇ ਲਈ ਇੱਕ ਵੱਡਾ ਕੰਮ ਕੀਤਾ ਹੈ। ਉਹ ਸ਼ਖਸੀਅਤ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹ ਨੂਰ ਹੈ। ਸ਼ਖਸੀਅਤ ਸ਼ਬਦ ਉਹਦੇ ਵਾਸਤੇ ਬਹੁਤ ਹੌਲਾ ਅਤੇ ਛੋਟਾ ਹੈ। ਲੰਬੀਆਂ ਉਦਾਸੀਆਂ ਤੋਂ ਘਰ ਪਰਤਦੇ ਨੇ ਭੈਣ ਨਾਨਕੀ ਅਤੇ ਵੀਰ ਨਾਨਕ ਦੇ ਪਿਆਰ ਦੀਆਂ ਸਾਖੀਆਂ ਤੁਸੀਂ ਬਹੁਤ ਸੁਣੀਆਂ, ਮੈਂ ਤੁਹਾਨੂੰ ਕੋਈ ਸਾਖੀ ਨਹੀਂ ਸੁਣਾਉਣੀ। ਪਰ ਜਦੋਂ ਅੱਜ ਵਾਪਸ ਪਰਤੇ ਨੇ ਅਤੇ ਮਰਦਾਨਾ ਭੈਣ ਨਾਨਕੀ ਨੂੰ ਕੁਝ ਗੱਲਾਂ ਬਾਤਾਂ ਸੁਣਾਉਂਦਾ ਹੈ ਕਿ ਭੈਣੇ ਤੇਰਾ ਵੀਰ ਥੇ ਦੇ ਰੰਗ ਮੈਨੂੰ ਤਾਂ ਨਹੀਂ ਸਮਝ ਆਉਂਦੇ। ਭੈਣ ਪੁੱਛਦੀ ਹੈ ਮਰਦਾਨਿਆ ਗੱਲਬਾਤ ਕੀ ਹੈ, ਕਹਿੰਦਾ ਇਹ ਕਦੀ ਤਾਂ ਮੈਨੂੰ ਜੰਗਲਾਂ 'ਚ ਲੈ ਵੜਦਾ, ਕਦੀ ਪਹਾੜਾਂ 'ਤੇ ਲੈ ਚੜ੍ਹਦਾ, ਕਦੀ ਸਮੁੰਦਰਾਂ 'ਚ ਲੈ ਤਰਦਾ ਅਤੇ ਕਦੀ ਮਾਰੂਥਲਾਂ 'ਤੇ ਲੈ ਤੁਰਦਾ। ਕਿਤੇ ਲੋਕ ਇਹਨੂੰ ਰੋਡ ਮਾਰਦੇ ਨੇ, ਕਿਤੇ ਲੋਕ ਇਹਦੇ ਪਹਾੜ ਰੋਡ ਦਿੰਦੇ ਨੇ। ਸਾਨੂੰ ਰੋਡਾਂ 'ਤੇ ਸੌਣਾ ਪੈਂਦਾ, ਸਾਨੂੰ ਅੱਖ ਚੱਬਣਾ ਪੈਂਦਾ, ਭੈਣੇ ਅਸੀਂ ਰੇਤ ਖਾਂਦੇ ਹਾਂ, ਤੇਰੇ ਨਾਨਕ ਦੀ ਗਾਥਾ ਹੈ। ਅਤੇ ਇੱਦਾਂ ਵੀ ਹੁੰਦਾ ਹੈ, ਲੋਕ ਚਰਨ ਧੋ ਧੋ ਕੇ ਪੀਣ ਨੂੰ ਜਾਂਦੇ ਨੇ, ਨਮਸਕਾਰਾਂ ਕਰਦੇ ਨੇ, ਬਲਿਹਾਰ ਜਾਂਦੇ ਨੇ, ਤੇਰੇ ਨਾਨਕ ਦੀ ਗਾਥਾ ਹੈ। ਜਦੋਂ ਭੈਣ ਆਪਣੇ ਵੀਰ ਨਾਨਕ ਨੂੰ ਸੁਣਦੀ ਹੈ ਕਿ ਇਹਨੂੰ ਲੋਕ ਰੋਡ ਮਾਰਦੇ ਨੇ, ਇਹ ਪੱਥਰ
ਇਹਦੇ ਉੱਤੇ ਪਹਾੜ ਰੋੜ ਦਿੰਦੇ ਨੇ, ਇਹ ਰੋੜਾਂ 'ਤੇ ਸੌਂਦਾ, ਇਹ ਅੱਕ ਖਾਂਦਾ ਹੈ, ਤਾਂ ਭੈਣ ਤੋਂ ਬਰਦਾਸ਼ਤ ਨਹੀਂ ਹੁੰਦਾ। ਆ ਕੇ ਆਪਣੇ ਵੀਰ ਨਾਨਕ ਦੇ ਗੋਡਿਆਂ 'ਤੇ ਹੱਥ ਰੱਖ ਕੇ, ਮੋਢਿਆਂ ਨੂੰ ਪਕੜ ਕੇ, ਹਲੂਣ ਕੇ ਕਹਿੰਦੀ ਆ, ਵੀਰਨਾ ਇਹ ਮਰਦਾਨਾ ਕੀ ਪਿਆ ਕਹਿੰਦਾ ਹੈ? ਇਹ ਕਹਿੰਦਾ ਤੂੰ ਅੱਕ ਖਾਂਦਾ, ਇਹ ਕਹਿੰਦਾ ਤੂੰ ਰੇਤ ਖਾਂਦਾ, ਇਹ ਕਹਿੰਦਾ ਲੋਕ ਤੇਰੇ 'ਤੇ ਰੋੜ ਮਾਰਦੇ ਨੇ। ਸਾਹਿਬਾਂ ਨੇ ਭੈਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਅਤੇ ਕਹਿਣ ਲੱਗੇ, ਨਾਨਕੀ ਇਹ ਜੋ ਤੈਨੂੰ ਮਰਦਾਨਾ ਕਹਿੰਦਾ ਨਾ ਭੈਣ, ਇਹ ਸੱਚ ਕਹਿੰਦਾ ਹੈ, ਇਹ ਬਿਲਕੁਲ ਸੱਚ ਕਹਿੰਦਾ ਹੈ। ਪਰ ਭੈਣੇ, ਜਿਹੜਾ ਇਹ ਮਰਦਾਨਾ ਤੈਨੂੰ ਗੱਲਾਂ ਬਾਤਾਂ ਸੁਣਾਉਂਦਾ, ਇਹ ਸਾਰੀਆਂ ਹੀ ਝੂਠ ਨੇ। ਇਹ ਇੱਕ ਬਹੁਤ ਵੱਡਾ ਸਵਾਲ ਬਣ ਗਿਆ, ਵੱਡੀ ਵਜ਼ਾਰਤ ਬਣ ਗਈ। ਭੈਣ ਫਿਰ ਵੀਰ ਨੂੰ ਹਲੂਣਦੀ ਆ, ਨਾਲੇ ਆਖਦਾ ਮਰਦਾਨਾ ਸੱਚ ਕਹਿੰਦਾ ਕਿ ਲੋਕ ਤੇਰੇ 'ਤੇ ਰੋੜ ਮਾਰਦੇ ਆ, ਅਤੇ ਨਾਲੇ ਕਹਿੰਦਾ ਮਰਦਾਨਾ ਸਾਰਾ ਹੀ ਝੂਠ ਕਹਿੰਦਾ ਹੈ। ਸਤਿਗੁਰੂ ਮੁਸਕਰਾਏ, ਭੈਣੇ ਇਹੀ ਤਾਂ ਇੱਕ ਵੱਡੀ ਬੁਝਾਰਤ ਹੈ। ਅਸਲ ਦੇ ਵਿੱਚ ਉਹ ਰੋੜ ਵੀ ਉਹ ਪਰਮੇਸ਼ਰ ਆਪ ਹੈ, ਰੋੜ ਨੂੰ ਮਾਰਨ ਵਾਲਾ ਵੀ ਆਪ ਹੈ, ਰੋੜ ਜਿਹਨੂੰ ਪੈਂਦੇ ਆ ਉਹ ਆਪ ਹੈ, ਮਰਦਾਨਾ ਵੀ ਉਹ ਹੈ, ਨਾਨਕੀ ਵੀ ਉਹ ਹੈ, ਨਾਨਕ ਵੀ ਹੈ, ਅਤੇ ਸਾਡੇ 'ਤੇ ਪਹਾੜ ਰੋੜ ਦੇਣ ਵਾਲਾ ਵਲੀ ਕੰਧਾਰੀ ਵੀ ਉਹੀ ਹੈ। ਇੱਕ ਬਹੁਤ ਵੱਡੀ ਗੱਲ ਵੀਰ ਨਾਨਕ ਨੇ ਭੈਣ ਨਾਨਕੀ ਨੂੰ ਆਖ ਦਿੱਤੀ ਹੈ ਕਿ ਰੋੜ ਵੀ ਉਹੀ ਹੈ, ਰੋੜ ਮਾਰਨ ਵਾਲਾ ਵੀ ਉਹੀ ਹੈ, ਰੋੜ ਖਾਣ ਵਾਲਾ ਵੀ ਉਹੀ ਹੈ। ਭੈਣ ਨੂੰ ਸਮਝ ਨਹੀਂ ਆਉਂਦੀ ਇਹ ਵੀਰ ਗੱਲਾਂ ਕਿਹੋ ਜਿਹੀਆਂ ਕਰਦਾ ਹੈ। ਸਵਾਲਾਂ ਦੀ ਝੜੀ 'ਤੇ ਝੜੀ ਲਾ ਰਹੀ ਹੈ। ਵੀਰ ਮੁੱਦਤਾਂ ਬਾਅਦ ਆਇਆ, ਦਰਸ਼ਨ ਦੇਖ ਦੇਖ ਨਿਹਾਲ ਹੋ ਰਹੀ ਹੈ, ਵਾਰੇ ਵਾਰੇ ਜਾਂਦੀ ਹੈ ਵੀਰ ਦੇ, ਅਤੇ ਕਹਿੰਦੀ ਵੀਰਾ ਮੈਨੂੰ ਤੇਰੀ ਗੱਲ ਨਾ ਸਮਝ ਆਈ, ਮੈਨੂੰ ਇਹ ਦੱਸ ਤੂੰ ਰੋੜ ਖਾਣ ਵਾਰ ਵਾਰ ਘਰੋਂ ਭੱਜ ਭੱਜ ਬਾਹਰ ਨੂੰ ਕਿਉਂ ਪਿਆ ਜਾਂਦਾ ਹੈ? ਤੈਨੂੰ ਪਿਤਾ ਕਾਲੂ ਦੇ ਘਰ ਵਿੱਚ ਕਿਹੜਾ ਸੁੱਖ ਤੇਰੇ ਕੋਲ ਨਹੀਂ, ਪਰ ਤੂੰ ਵਾਰ ਵਾਰ ਭੱਜਦਾ, ਵਾਰ ਵਾਰ ਬਾਹਰ ਜਾਂਦਾ, ਤੈਨੂੰ ਟਿਕਾਓ ਨਹੀਂ ਆਉਂਦਾ ਇੱਥੇ। ਮੁੱਦਤਾਂ ਬਾਅਦ ਆਇਆ, ਭੈਣ ਨੂੰ ਵੀ ਦੱਸ ਖਾਂ, ਭੈਣ ਨੂੰ ਵੀ ਦੱਸ ਖਾਂ, ਤੂੰ ਲੋਕਾਂ ਨੂੰ ਜਾ ਪਿਆ ਕੀ ਦੱਸਦਾ? ਬਹੁਤ ਵੱਡਾ ਸਵਾਲ ਹੈ ਵੀ ਤੂੰ ਭੈਣ ਨੂੰ ਕਦਾ ਨਾ ਦੱਸਿਆ ਕਿ ਲੋਕਾਂ ਨੂੰ ਇੰਨਾ ਪੈਂਡਾ ਕੱਢ ਕੱਢ ਕੇ, ਰੋੜ ਖਾ ਖਾ ਕੇ, ਰੋੜਾਂ 'ਤੇ ਸੌਂ ਸੌਂ ਕੇ, ਅੱਕ ਚੱਬ ਚੱਬ ਕੇ ਲੋਕਾਂ ਨੂੰ ਕੀ ਪਿਆ ਦੱਸਦਾ? ਅਤੇ ਸਤਿਗੁਰਾਂ ਨੇ ਭੈਣ ਨੂੰ ਇੱਕ ਵੱਡੀ ਵਜ਼ਾਰਤ ਅੱਜ ਖੋਲ੍ਹ ਦਿੱਤੀ ਹੈ, ਜਿਸ ਵਿਸ਼ੇ 'ਤੇ ਆਪਾਂ ਮੁਕੰਮਲ ਗੱਲਬਾਤ ਕਰਨੀ ਹੈ। ਸਤਿਗੁਰ ਆਪਣੀ ਭੈਣ ਨੂੰ ਇਹ ਬਾਤ ਸਮਝਾਉਂਦੇ ਨੇ ਕਿ ਭੈਣੇ ਮੈਂ ਲੋਕਾਂ ਨੂੰ ਇਹ ਦੱਸਣ ਜਾਂਦਾ, ਮੇਰੀ ਭਾਵਨਾ ਲੋਕਾਂ ਨੂੰ ਇਹ ਦੱਸਣ ਦੀ ਹੈ, ਮੇਰੀ ਇਹ ਜ਼ਿੰਮੇਵਾਰੀ ਪਰਮੇਸ਼ਰ ਨੇ ਲਗਾਈ ਹੈ ਕਿ ਲੋਕ ਇਹ ਭੁੱਲ ਗਏ ਨੇ, ਜਿਹੜਾ ਤੇਰਾ ਪਹਿਲਾ ਸਵਾਲ ਸੀ ਨਾ ਕਿ ਕੋਈ ਉੱਚਾ ਹੈ, ਕੋਈ ਨੀਵਾਂ ਹੈ, ਕੋਈ ਕਿਸੇ ਨੂੰ ਮਾਰ ਰਿਹਾ ਹੈ, ਕਿਸੇ ਨੂੰ ਮਾਰ ਪੈ ਰਹੀ ਹੈ, ਇੱਦਾਂ ਕੁਛ ਨਹੀਂ ਹੈ। ਸਾਰਾ ਕੁਛ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੈ, ਜੋ ਕੁਛ ਵੀ ਹੈ ਇਹ ਆਚਰਣ ਦੇ ਵਿੱਚ। ਸੱਚ ਇਹ ਹੈ ਕਿ ਮਨੁੱਖ ਦੇ ਅੰਦਰ ਇੱਕ ਕੰਧ ਬਣੀ ਹੋਈ ਹੈ ਕੂੜ ਦੀ, ਅਤੇ ਮੈਂ ਸਿਰਫ ਮਨੁੱਖ ਨੂੰ ਇਹ ਦੱਸਣਾ ਚਾਹੁੰਦਾ ਕਿ ਅੰਦਰਲੀ ਕੰਧ ਢਾਹ ਦੇ। ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਤੂੰ ਸੱਚਿਆਰ ਕਿਵੇਂ ਬਣ ਸਕਦਾ ਹੈ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਪੰਕਤੀ ਨੂੰ ਅਸੀਂ ਬਹੁਤ ਵਾਰ ਪੜ੍ਹਦੇ ਹਾਂ, ਰੋਜ਼ਾਨਾ ਪੜ੍ਹਦੇ ਹਾਂ, ਪਰ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ, ਅਸੀਂ ਇਹਦੀ ਡੂੰਘਾਈ ਦੀ ਪੜਤ ਨੂੰ ਕਦੇ ਨਹੀਂ ਉਧੇੜਿਆ। ਪਰ ਅੱਜ ਭੈਣ ਨਾਨਕੀ ਇਹਨੂੰ ਉਧੇੜਨ 'ਚ ਪੈ ਗਈ ਕਿ ਮੈਨੂੰ ਤੇਰੀ ਗੱਲ ਨਹੀਂ ਸਮਝ ਆਉਂਦੀ, ਤੂੰ ਕਹਿਣਾ ਕੀ ਚਾਹੁੰਦਾ?
ਇਹ ਕਿਹੜੀ ਕੰਧ, ਕਿਹੜਾ ਕੂੜ, ਕਿਹੜਾ ਸੱਚ, ਅਤੇ ਤੂੰ ਸੱਚਿਆਰ ਬਣਾਉਣ ਲਈ ਤੁਰਿਆ। ਅਤੇ ਸਾਹਿਬ ਨੇ ਅੱਜ ਭੈਣ ਨਾਨਕੀ ਦੀ ਇਹ ਪਰਤ ਨੂੰ ਖੋਲ੍ਹਿਆ ਹੈ। ਆਪਾਂ ਇੱਕ ਉਦਾਹਰਣ ਲੈ ਕੇ ਇਹਨੂੰ ਖੋਲ੍ਹਦੇ ਹਾਂ। ਆ ਤੁਹਾਡੇ ਵਿੱਚ ਬਹੁਤੀਆਂ ਬੀਬੀਆਂ ਬੈਠੀਆਂ ਨੇ, ਤੁਸੀਂ ਘਰਾਂ ਦੇ ਵਿੱਚ ਆਪਣੇ ਘਰਾਂ ਨੂੰ ਸੰਭਾਲਦੇ ਹੋ, ਪੋਚਾ ਲਾਉਂਦੇ ਹੋ, ਝਾੜੂ ਲਾਉਂਦੇ ਹੋ, ਬਿਸਤਰ ਝਾੜ ਕੇ ਠੱਪ ਕੇ ਸੋਹਣਾ ਰਸੋਈ ਨੂੰ ਸੋਹਣੀ ਸਜਾ ਲੈਂਦੇ ਹੋ, ਆਪਣੀ ਬੈਠਕ ਨੂੰ ਸੋਹਣੀ ਸਜਾ ਲੈਂਦੇ ਹੋ, ਅਤੇ ਤੁਹਾਡੀ ਸਾਰਿਆਂ ਦੀ ਇੱਕ ਰਜ਼ਾ ਹੁੰਦੀ ਹੈ ਉਸ ਕੰਮ ਕਰ ਲੈਣ ਤੋਂ ਬਾਅਦ ਕੀ ਹੁੰਦੀ ਹੈ ਉਹ? ਹਾਂਜੀ, ਤੁਹਾਡੀ ਇੱਕ ਵਿੱਲ ਹੁੰਦੀ ਹੈ, ਤੁਹਾਡੀ ਇੱਕ ਇੱਛਾ ਹੁੰਦੀ ਹੈ, ਸਾਰਿਆਂ ਦੀ ਹੁੰਦੀ ਹੈ, ਕੀ ਹੁੰਦੀ ਹੈ ਉਹ? ਹਾਂ, ਸ਼ਾਬਾਸ਼, ਕੌਣ ਦੱਸੇਗਾ? ਬੋਲੋ, ਤੁਸੀਂ ਕੁਛ ਕਹਿ ਰਹੇ ਹੋ, ਸ਼ਾਬਾਸ਼, ਖੜ੍ਹੇ ਹੋ ਕੇ ਦੱਸੋ। ਜਦੋਂ ਘਰ ਨੂੰ ਸਵਾਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀਆਂ ਸਾਰੀਆਂ ਭੈਣਾਂ ਮਾਤਾਵਾਂ ਦੀ ਇੱਕ ਇੱਛਾ ਹੁੰਦੀ ਹੈ। ਹਾਂ, ਉਹ ਪਿੱਛੇ ਵੀ ਹੱਥ ਖੜ੍ਹਾ ਹੋ ਰਿਹਾ ਕਿ ਸ਼ਾਬਾਸ਼। ਆ ਇੱਕ ਜਵਾਬ ਆਇਆ, ਕੋਈ ਐਪਰੀਸ਼ੀਏਟ ਕਰੇ, ਚਲੋ ਇਹ ਵੀ ਇੱਕ ਇੱਛਾ ਹੁੰਦੀ ਹੈ। ਹੋਰ ਹਾਂ, ਹੁਣ ਘਰ ਸਾਫ਼ ਰਹੇ, ਕੋਈ ਇਹਦਾ ਦੁਬਾਰਾ ਗੰਦ ਨਾ ਪਾ ਦੇਵੇ। ਅਤੇ ਜਿਹੜੇ ਪਰਮੇਸ਼ੁਰ ਨੇ ਆ ਸਾਰੀ ਕਾਇਨਾਤ ਨੂੰ ਸਿਰਜਿਆ, ਅਤੇ ਉਹਦੀ ਕੀ ਰਜ਼ਾ ਆ? ਉਹਦੀ ਰਜ਼ਾ ਵੀ ਇਹੀ ਹੈ ਵੀ ਮੈਂ ਇੰਨੀ ਸੋਹਣੀ ਕੁਦਰਤ ਤੁਹਾਨੂੰ ਸਾਜ ਕੇ ਦਿੱਤੀ ਹੈ, ਇੱਥੇ ਗੰਦ ਨਾ ਪਾਓ, ਵਿਚਾਰਾਂ ਦਾ ਗੰਦ ਨਾ ਪਾਓ, ਹਵਾ ਦਾ, ਪਾਣੀ ਦਾ, ਇਹ ਕੁਦਰਤ ਦੀਆਂ ਦਾਤਾਂ 'ਚ ਪ੍ਰਦੂਸ਼ਣ ਨਾ ਕਰੋ, ਇਹ ਉਹਦੀ ਰਜ਼ਾ ਆ। ਇਹ ਵੀ ਉਹਦੀ ਰਜ਼ਾ ਹੀ ਹੈ ਕਿ ਜੋ ਹੋ ਰਿਹਾ ਉਹਦੇ ਭਾਣੇ ਵਿੱਚ ਰਹਿਣਾ, ਪਰ ਸਾਡੀ ਨਿਗਾਹ ਇੱਥੋਂ ਤੱਕ ਹੀ ਅੱਪੜਦੀ ਹੈ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਕਿ ਜੋ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਇਹਨੂੰ ਮੰਨ ਲਓ। ਇਹ ਵੀ ਹੈ, ਇਹ ਗਲਤ ਨਹੀਂ ਹੈ, ਪਰ ਪ੍ਰਥਾ ਇਹ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਂਪੁਰਖਾਂ ਦੀ ਇੱਕ ਇੱਕ ਗੱਲ ਵਿੱਚ ਗੱਲਾਂ ਦੀ ਪੰਡ ਹੁੰਦੀ ਹੈ, ਜਿੰਨਾ ਖੋਲ੍ਹਦੇ ਜਾਵੋਂਗੇ ਤਿੰਨਾ ਡੂੰਘਾ ਉਤਰਦੇ ਜਾਵੋਂਗੇ। ਗੁਰਪਿਤਾ ਦੀ ਇਸ ਸਿੱਖਿਆ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਪਰਮੇਸ਼ਰ ਨੂੰ ਮਿਲਾਪ ਕਰਨਾ ਹੈ, ਜੇ ਸਚਿਆਰ ਬਣਨਾ ਤਾਂ ਗੱਲ ਸਮਝ ਲਵੋ ਕਿ ਉਹ ਪਰਮਾਤਮਾ ਨੇ ਇਹ ਸੰਸਾਰ ਦੀ ਜਿਹੜੀ ਕਾਇਨਾਤ ਸੁੰਦਰ ਬਣਾ ਕੇ ਦਿੱਤੀ ਹੈ ਉਹਨੂੰ ਮਿਲਣ ਦਾ ਨੁਕਤਾ, ਮੁੱਢਲਾ ਨੁਕਤਾ ਹੈ ਕਿ ਤੁਸੀਂ ਇੱਥੇ ਗੰਦ ਨਾ ਪਾਓ, ਇਹਨੂੰ ਉਸੇ ਤਰ੍ਹਾਂ ਸਵੱਛ ਅਤੇ ਸੁੰਦਰ ਰੱਖੋ ਜਿਸ ਤਰ੍ਹਾਂ ਉਸਨੇ ਬਣਾ ਕੇ ਦਿੱਤਾ। ਇਹ ਉਹਦੀ ਰਜ਼ਾ ਹੈ। ਅਤੇ ਇਸ ਆਚਰਣ ਦੇ ਵਿੱਚ ਜਦੋਂ ਸੱਚ ਭਰ ਜਾਵੇ ਅਤੇ ਕੁੱਟ ਕੁੱਟ ਕੇ ਭਰ ਜਾਵੇ ਅਤੇ ਸੱਚ ਤੋਂ ਬਿਨਾਂ ਹੋਰ ਕੁਝ ਨਾ ਹੋਵੇ ਤਾਂ ਫਿਰ ਉਹ ਹੁੰਦਾ ਸਚਿਆਰ ਮਨੁੱਖ। ਆਚਰਣ ਦੇ ਵਿੱਚ ਜਦੋਂ ਸੱਚ ਤੋਂ ਬਿਨਾਂ ਕੁਝ ਵੀ ਹੋਰ ਨਾ ਹੋਵੇ ਉਹ ਫਿਰ ਸਚਿਆਰ ਬਣ ਜਾਂਦਾ ਹੈ। ਸਚਿਆਰ ਮਨੁੱਖ ਦੀ ਪਰਿਭਾਸ਼ਾ ਆਪਾਂ ਦਾ ਸੰਖੇਪ ਜਾਂ ਖੁਲਾਸਾ ਕਰਨ ਦਾ ਯਤਨ ਕਰਦੇ ਹਾਂ। ਸਚਿਆਰ ਮਨੁੱਖ ਦੀ ਪਰਿਭਾਸ਼ਾ ਦੇ ਵਿੱਚ ਸਭ ਤੋਂ ਪਹਿਲੀ ਇਹ ਉਹਦੀ ਗੁਣਵੱਤਾ ਦਾ ਪਹਿਲਾ ਗੁਣ ਹੈ ਕਿ ਸਚਿਆਰ ਮਨੁੱਖ ਸਿਰਜਣਹਾਰ ਦੀ ਯਾਦ ਅਤੇ ਰਜ਼ਾ ਵਿੱਚ ਰਹਿਣ ਦੇ ਲਈ ਪ੍ਰਬਲ ਜਗਿਆਸਾ, ਇੱਕ ਖਿੱਚ ਹੈ, ਇੱਕ ਧੂ ਹੈ ਉਹਦੇ ਅੰਦਰੋਂ ਬਹੁਤ ਡੂੰਘੀ ਉੱਠਦੀ ਹੈ। ਉਹ ਕੀ ਹੈ? ਮੈਂ ਉਹਨੂੰ ਉਹਦੀ ਰਜ਼ਾ ਵਿੱਚ ਰਹਿਣਾ, ਉਹ ਇੱਥੇ ਗੰਦ ਪਾਉਣ ਦੀ ਆਗਿਆ ਨਹੀਂ ਦਿੰਦਾ, ਮੈਂ ਗੰਦ ਨਹੀਂ ਪਾਉਣਾ। ਅਤੇ ਗੰਦ ਨਾ ਪਾਉਣ ਦੀ ਆਗਿਆ ਦੇਣ ਵਾਲੇ ਸਿਰਜਣਹਾਰ ਨੂੰ ਮੈਂ ਯਾਦ ਰੱਖਣਾ, ਸਦਾ ਯਾਦ ਰੱਖਣਾ। ਉਹਨੂੰ ਉਹ ਯਾਦ ਕਰਨ ਦੇ ਕੰਮ ਵਿੱਚ ਇੱਦਾਂ ਰੁੱਝਿਆ ਹੁੰਦਾ ਕਿ ਉਹਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਆਪਾਂ ਵੀ ਬਹੁਤ ਸਾਰੇ ਕੰਮ ਕਰਦੇ ਹਾਂ ਜਿਹੜੇ ਆਪਾਂ ਬਿਨਾਂ ਉਚੇਚ ਕੀਤਿਆਂ ਕਰ ਲੈਂਦੇ ਹਾਂ। ਯਾਦ ਕਰੋ ਤਾਂ ਸਵੇਰੇ ਆਪਾਂ ਕਿਹੜਾ ਕੰਮ ਬਿਨਾਂ ਉਚੇਚ ਕੀਤਿਆਂ ਕਰਦੇ ਹਾਂ, ਅਤੇ ਸਾਰੇ ਹੀ ਕਰਦੇ ਹਾਂ, ਸਾਨੂੰ ਪਤਾ ਹੀ ਨਹੀਂ ਆਪਾਂ ਕਦੋਂ ਕਰ ਲੈਂਦੇ ਹਾਂ। ਕਿਹੜਾ ਕੰਮ ਹੁੰਦਾ ਉਹ?
ਆਪਾਂ ਸਾਰੇ ਕਰਦੇ ਹਾਂ, ਰੋਜ਼ ਕਰਦੇ ਹਾਂ, ਸਾਨੂੰ ਪਤਾ ਹੀ ਨਹੀਂ ਆਪਾਂ ਕਦੋਂ ਕਰ ਲੈਂਦੇ ਹਾਂ। ਕਿਹੜਾ ਉਹ ਆ ਇੱਕ ਯੰਤਰ ਹੁੰਦਾ ਸਾਡੇ ਕੋਲ, ਆਪਾਂ ਇਹਨੂੰ ਊਰਜਾ 'ਚ ਭਰਦੇ ਹਾਂ, ਕਿਸੇ ਨੂੰ ਨਹੀਂ ਪਤਾ ਕਦੋਂ ਕਰਦੇ ਹਾਂ, ਪਰ ਸਾਡੇ ਵਿੱਚੋਂ ਕੋਈ ਵੀ ਇਸ ਕੰਮ ਨੂੰ ਖੁੰਝਣ ਨਹੀਂ ਦਿੰਦਾ। ਠੀਕ ਹੈ ਜੀ, ਗੱਲ ਪਤਾ ਹੀ ਨਹੀਂ ਕਦੋਂ ਕਰ ਲੈਂਦੇ ਹਾਂ, ਯਾਦ ਹੀ ਨਹੀਂ ਹੈ ਉਹ ਕਿੱਥੇ ਹੈ, ਪਰ ਇਹ ਕੰਮ ਰੋਜ਼ ਹੁੰਦਾ। ਇਹ ਸਾਡਾ ਆਪਾਂ ਉਹਨੂੰ ਅੰਗਰੇਜ਼ੀ ਸਬਕੌਂਸ਼ੀਅਸ ਮਾਇੰਡ ਕਹਿੰਦੇ, ਅਚੇਤ ਮਨ ਹੈ, ਉਹਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਅਤੇ ਉਹ ਕੰਮ ਕਰ ਰਿਹਾ। ਅਤੇ ਸੱਚਿਆਰ ਮਨੁੱਖ ਵਿੱਚ ਇੱਦਾਂ ਹੀ ਜਗਿਆਸਾ ਭਰੀ ਹੁੰਦੀ ਹੈ, ਉਹ ਉਹਨੂੰ ਪਤਾ ਹੀ ਨਹੀਂ ਕਦੋਂ ਕਰਦਾ, ਪਰ ਉਹ ਆਪਣੇ ਅੰਦਰ ਊਰਜਾ ਭਰਦਾ, ਲਗਾਤਾਰ ਊਰਜਾ ਭਰਦਾ। ਕੁਝ ਉਦਾਹਰਨਾਂ ਆਪਾਂ ਸਾਂਝੀਆਂ ਕਰਦੇ ਹਾਂ। ਯਾਦ ਅਤੇ ਰਜਾ ਵਿੱਚ ਰਹਿਣ ਦੀ ਪ੍ਰਬਲ ਜਗਿਆਸਾ ਅਧੀਨ ਉਹ ਉੱਠਦਿਆਂ ਸਾਰ ਆਪਣੇ ਦਤਾਰ ਨੂੰ ਯਾਦ ਕਰਦਾ ਹੈ। ਉਹਨੂੰ ਇਹ ਕੰਮ ਕਰਨ ਦੇ ਲਈ ਕੋਈ ਉਚੇਚ ਨਹੀਂ ਕਰਨਾ ਪੈਂਦਾ, ਉਹ ਕਿਤੇ ਉਹਦੀ ਅੱਖ ਖੁੱਲਦੀ ਹੈ, ਉਹ ਆਪਣੇ ਸਿਰਜਣਹਾਰ ਨੂੰ ਆਪਣੀ ਆਸਥਾ ਮੁਤਾਬਕ ਯਾਦ ਕਰ ਲੈਂਦਾ। ਉਹਨੂੰ ਨਾਮ ਕਿਹੜਾ ਲੈ ਕੇ ਸੰਬੋਧਨ ਕਰਨਾ ਹੈ, ਇਹ ਗੁਰੂ ਨਾਨਕ ਸਾਹਿਬ ਨੇ ਫੰਡਾ ਬਹੁਤ ਸਾਫ਼ ਸੁਥਰਾ ਰੱਖਿਆ ਹੋਇਆ, ਇਹਦਾ ਕੋਈ ਮਤਲਬ ਹੀ ਨਹੀਂ ਹੈ। ਤੁਸੀਂ ਉਹਨੂੰ ਕਿਹੜੇ ਨਾਮ ਨਾਲ ਯਾਦ ਕਰ ਰਹੇ ਹੋ, ਉਹਦਾ ਆਪਣਾ ਤਾਂ ਨਾਮ ਹੀ ਕੋਈ ਨਹੀਂ ਹੈ, ਖੁੱਲ੍ਹ ਦਿੱਤੀ ਹੈ ਗੁਰੂ ਪਿਤਾ ਜੀ ਨੇ ਉਹਨੂੰ ਕਿਸੇ ਨਾਮ ਨਾਲ ਯਾਦ ਕਰ ਲਿਆ, ਪਰ ਉਹ ਇੰਨਾ ਸੰਜੀਦਗੀ ਦੇ ਵਿੱਚ ਪ੍ਰਬਲ ਜਗਿਆਸਾ ਵਿੱਚ ਯਾਦ ਕਰਦਾ ਅਤੇ ਕਹਿੰਦਾ ਬੈਠਤ ਉਠਤ ਸੋਵਤ ਜਾਗਤ ਵਿਸਰ ਨਾਹੀਂ ਤੂੰ ਸਾਸ ਗਰਾਸਾ। ਉਹਦੇ ਅੰਦਰ ਇੱਕ ਖਿੱਚ ਹੁੰਦੀ ਹੈ, ਮੈਂ ਉਹਨੂੰ ਭੁਲਾ ਨਹੀਂ ਸਕਦਾ, ਮੈਂ ਉਹਦੀ ਯਾਦ ਅਤੇ ਰਜ਼ਾ ਦੇ ਵਿੱਚੋਂ ਮਰ ਜਾਂਦਾ, ਜੇ ਮੈਂ ਉਹਨੂੰ ਭੁਲਾ ਦੇਵਾਂ ਤਾਂ ਮੇਰੇ ਸਾਹ ਸੁੱਕਦੇ ਨੇ। ਉਹਨੂੰ ਯਾਦ ਰੱਖਣ ਦਾ ਕੰਮ ਉੱਦਾਂ ਹੀ ਕਰਦਾ ਜਿੱਦਾਂ ਅਸੀਂ ਆਪਣੇ ਫੋਨ ਦੇ ਅੰਦਰ ਊਰਜਾ ਭਰਨ ਦਾ ਕੰਮ ਦਿਨ ਵਿੱਚ ਕਈ ਵਾਰ ਕਰ ਲੈਂਦੇ ਹਾਂ, ਪਰ ਉਹਦੇ ਲਈ ਕੋਈ ਉਚੇਚ ਨਹੀਂ ਕਰਦੇ। ਡਾਕਟਰ ਜਸਵੰਤ ਸਿੰਘ ਨੇਕੀ, ਤੁਸੀਂ ਨਾਂ ਸੁਣਿਆ ਹੋਣਾ, ਬਹੁਤ ਹੀ ਵੱਡੇ ਵਿਦਵਾਨ ਨੇ, ਵਿਦਵਾਨ ਸਨ, ਉਹ ਚਲੇ ਗਏ ਨੇ, ਚੰਡੀਗੜ੍ਹ PGI ਦੇ ਡਾਇਰੈਕਟਰ ਰਹੇ ਨੇ ਬਹੁਤ ਲੰਬਾ ਸਮਾਂ, ਉਹਨਾਂ ਨੇ ਜ਼ਿੰਮੇਵਾਰੀਆਂ ਆਪਣੀਆਂ ਨਿਭਾਈਆਂ ਨੇ ਕਿੱਤੇ ਵਜੋਂ। ਉਹ ਇੱਕ ਡਾਕਟਰ ਸਨ, ਮਨੋਵਿਗਿਆਨੀ ਸਨ, ਮੈਨੂੰ ਉਹਨਾਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ, ਮੈਂ ਬਹੁਤ ਕੁਛ ਉਹਨਾਂ ਕੋਲੋਂ ਗ੍ਰਹਿਣ ਕੀਤਾ। ਮੈਂ ਯਾਦ ਅਤੇ ਰਜ਼ਾ ਵਿੱਚ ਰਹਿਣ ਦੀ ਪ੍ਰਬਲ ਜਗਿਆਸਾ ਮੈਨੂੰ ਚੇਤੇ ਆ ਗਿਆ, ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵੀ ਉਹਨਾਂ ਨੇ ਇੱਕ ਦਿਨ, ਮੈਂ ਉਹਨਾਂ ਦੇ ਦਿੱਲੀ ਹੇਮਕੁੰਟ ਕਲੋਨੀ ਉਹਨਾਂ ਦਾ ਘਰ ਸੀ, ਅਤੇ ਮੈਂ ਉੱਥੇ ਉਹਨਾਂ ਕੋਲ ਬੈਠਾ ਅਤੇ ਮੈਂ ਕਿਹਾ ਡਾਕਟਰ ਸਾਹਿਬ ਕੋਈ ਆਪਣੀ ਜ਼ਿੰਦਗੀ ਦਾ ਅਨੁਭਵ ਸੁਣਾਓ। ਉਹਨਾਂ ਨੇ ਬਾਅਦ ਵਿੱਚ ਇਹ ਅਨੁਭਵ ਲਿਖਿਆ ਵੀ, ਉਹਨਾਂ ਦੀ ਕਿਤਾਬ ਹੈ ਜਿਨ੍ਹਾਂ ਦਸੰਦਣਿਆਂ ਦੁਰਮਤ ਵੰਜੇ, ਉਹਦੇ ਵਿੱਚ ਉਹਨਾਂ ਨੇ ਇਹਨੂੰ ਅੰਕਿਤ ਵੀ ਕੀਤਾ ਇਸ ਦ੍ਰਿਸ਼ਟਾਂਤ ਨੂੰ। ਪਰ ਮੈਨੂੰ ਸੁਭਾਗ ਮਿਲਿਆ ਕਿ ਡਾਕਟਰ ਨੇਕੀ ਦੇ ਕੋਲ ਬੈਠ ਕੇ ਇਸ ਵਾਰਤਾ ਨੂੰ ਸੁਣਨ ਦਾ। ਮੈਂ ਤੁਹਾਨੂੰ ਉੱਦਾਂ ਤਾਂ ਨਹੀਂ ਸੁਣਾ ਪਾਵਾਂਗਾ, ਪਰ ਯਤਨ ਕਰਾਂਗਾ। ਯਾਦ ਅਤੇ ਰਜ਼ਾ ਵਿੱਚ ਰਹਿਣ ਦੀ ਪ੍ਰਬਲ ਜਗਿਆਸਾ ਹੁੰਦੀ ਕੀ ਹੈ? ਕਹਿੰਦੇ ਮੈਂ ਅਜੇ ਆਪਣੀ MBBS ਪੂਰੀ ਕੀਤੀ ਸੀ ਅਤੇ ਮੇਰੀ ਜਿਹੜੀ ਹੈ ਨੌਕਰੀ ਗੌਰਮੈਂਟ ਕਾਲਜ ਅੰਮ੍ਰਿਤਸਰ ਦੇ ਵਿੱਚ ਮੈਂ ਸਹਾਇਕ ਪ੍ਰੋਫੈਸਰ ਆਪਣੀ ਕੰਮਕਾਰ ਸ਼ੁਰੂ ਕੀਤਾ। ਕਹਿੰਦੇ ਉਨੀ ਦਿਨੀ ਡਾਕਟਰ ਭਾਈ ਵੀਰ ਸਿੰਘ ਹੋਰੀ ਵੀ ਅੰਮ੍ਰਿਤਸਰ ਵਿੱਚ ਹੀ ਉਹਨਾਂ ਦੀ ਰਿਹਾਇਸ਼ ਸੀ। ਕਹਿੰਦੇ ਇੱਕ ਦਿਨ ਮੇਰਾ ਚਿੱਤ ਕੀਤਾ ਕਿ ਭਾਈ ਸਾਹਿਬ ਨੂੰ ਮਿਲਣ ਜਾਣਾ। ਕਹਿੰਦੇ ਮੇਰੇ ਸਾਥੀ ਸੀਗੇ ਡਾਕਟਰ ਸੇਵਾ ਸਿੰਘ, ਮੈਂ ਉਹਨਾਂ ਨੂੰ ਨਾਲ ਲਿਆ, ਅਸੀਂ ਦੋਨੋਂ ਜਣੇ ਡਾਕਟਰ ਭਾਈ ਵੀਰ ਸਿੰਘ ਉਹਨਾਂ ਦੇ ਗ੍ਰਹਿ ਵੱਲ ਨੂੰ ਚੱਲ ਪਏ। ਕਹਿੰਦੇ ਅਸੀਂ ਉਹਨਾਂ ਦੇ ਘਰ ਵੱਲ ਨੂੰ ਜਾ ਰਹੇ ਹਾਂ, ਰਸਤੇ ਵਿੱਚ ਸਾਨੂੰ ਇੱਕ ਨੌਜਵਾਨ ਬੱਚੀ ਲੜਕੀ ਮਿਲਦੀ ਹੈ ਅਤੇ ਸ਼ਾਇਦ ਕਹਿੰਦੇ ਉਹਨੇ ਸਾਡੇ ਮੂੰਹ ਮਹਾਂਦੇ ਤੋਂ ਪੜ੍ਹ ਲਿਆ ਕਿ ਅਸੀਂ ਵੀ ਉਹਨਾਂ ਵੱਲ ਜਾ ਰਹੇ ਹਾਂ। ਕਹਿੰਦੇ ਉਹ ਬੜੀ ਖੁਸ਼ ਸੀ, ਉਸ ਲੜਕੀ ਦੇ ਚਿਹਰੇ 'ਤੇ ਨੂਰ ਸੀ, ਉਹ ਨੂਰੋ ਨੂਰ ਸਾਨੂੰ ਖੜੋ ਕੇ ਪੁੱਛਣ ਲੱਗੀ ਤੁਸੀਂ ਭਾਈ ਵੀਰ ਸਿੰਘ ਦੇ ਘਰ ਜਾ ਰਹੇ ਹੋ? ਕਹਿੰਦੇ ਅਸੀਂ ਖੜੋ ਕੇ ਕਿਹਾ ਹਾਂ ਅਸੀਂ ਉੱਥੇ ਜਾ ਰਹੇ ਹਾਂ। ਕਹਿੰਦੇ ਉਹ ਇੰਨੀ ਉਤਸ਼ਾਹ ਵਿੱਚ ਸੀ, ਜਿਵੇਂ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਐਕਸਾਈਟ ਹੋਇਆ ਹੋਇਆ ਵਿਅਕਤੀ,
ਉਹ ਕਹਿੰਦੀ ਛੇਤੀ ਜਾਓ ਛੇਤੀ ਜਾਓ, ਭਾਈ ਸਾਹਿਬ ਅੱਜ ਬੜੇ ਰੰਗ ਵਿੱਚ ਨੇ। ਕਹਿੰਦੇ ਸਾਡੀ ਵੀ ਜਗਿਆਸਾ ਹੋਰ ਪ੍ਰਬਲ ਹੋ ਗਈ ਵੀ ਇਹ ਕੀ ਕਹਿ ਗਈ ਹੈ, ਇਹ ਕੀ ਵੇਖ ਕੇ ਆਈ ਹੈ। ਕਹਿੰਦੇ ਅਸੀਂ ਤੇਜ਼ੀ ਨਾਲ ਉਹਦੇ ਘਰ ਨੂੰ ਦੌੜੇ। ਅਸੀਂ ਘਰ ਗਏ ਅਤੇ ਅਸੀਂ ਕੀ ਦੇਖਿਆ, ਭਾਈ ਵੀਰ ਸਿੰਘ ਘਰ ਦੀ ਛੋਟੀ ਜਿਹੀ ਬਗੀਚੀ ਵਿੱਚ ਫੁੱਲ ਲੱਗੇ ਗੁਲਦੋਦੀ ਦੇ, ਡੇਲੀਏ ਦੇ, ਉਹਨਾਂ ਨੂੰ ਬੜੇ ਗੌ ਨਾਲ ਨੀਵੇਂ ਹੋ ਕੇ ਵੇਖ ਰਹੇ ਨੇ। ਕਹਿੰਦੇ ਸੀ ਗੇਟ ਖਟਖਟਾਇਆ ਅਤੇ ਭਾਈ ਵੀਰ ਸਿੰਘ ਕਹਿੰਦਾ, ਕਹਿੰਦੇ ਉਹਨਾਂ ਦੇ ਮੂੰਹ 'ਤੇ ਆਪਾਂ ਕਹਿੰਦੇ ਚੁੱਪ ਕਰ ਜਾਓ ਬੱਚਿਆਂ ਨੂੰ, ਕਹਿੰਦੇ ਸਾਨੂੰ ਕਹਿੰਦੇ ਵੀ ਆਰਾਮ ਨਾਲ ਅੰਦਰ ਆ ਜਾਓ। ਕਹਿੰਦੇ ਅਸੀਂ ਆਰਾਮ ਨਾਲ ਗਏ। ਕਹਿੰਦੇ ਉਹ ਸੱਚਮੁੱਚ ਰੰਗ ਵਿੱਚ ਸਨ, ਉਹ ਅੱਖਾਂ ਵਿੱਚੋਂ, ਬੁੱਲਾਂ ਵਿੱਚੋਂ, ਗੱਲਾਂ ਵਿੱਚ ਕੁਝ ਕਹੀ ਜਾ ਰਹੇ ਸਨ। ਅਤੇ ਅਸੀਂ ਹੌਲੀ ਹੌਲੀ ਆਪਣੇ ਕਦਮ, ਅਤੇ ਅਸੀਂ ਸੋਚ ਰਹੇ ਸਾਂ ਇੱਥੇ ਕਿਹੜੀ ਗੱਲ ਹੈ, ਸਾਨੂੰ ਹੌਲੀ ਹੌਲੀ ਆਉਣ ਨੂੰ ਇਸ਼ਾਰਾ ਕਿਉਂ ਕੀਤਾ ਗਿਆ। ਪਰ ਅਸੀਂ ਉਹਨਾਂ ਦਾ ਕਹਿਣਾ ਮੰਨਦੇ ਹੌਲੀ ਹੌਲੀ ਬਗੀਚੀ ਵਿੱਚ ਦਾਖਲ ਹੋਏ। ਕਹਿੰਦੇ ਸਾਨੂੰ ਇਸ਼ਾਰਿਆਂ ਵਿੱਚ ਭਾਈ ਵੀਰ ਸਿੰਘ ਨੇ ਪੁੱਛਿਆ ਕਿ ਆਹ ਦੇਖੋ ਕੀ ਹੈ। ਉਹ ਕਹਿੰਦੇ ਪਹਿਲਾਂ ਡਾਕਟਰ ਸੇਵਾ ਸਿੰਘ ਬੋਲੇ, ਕਹਿੰਦੇ ਉਹਨਾਂ ਨੇ ਕੁਛ ਇੱਦਾਂ ਕਿਹਾ ਵੀ ਰੰਗ ਬਿਰੰਗੀਆਂ ਤਿੱਤਲੀਆਂ, ਰੰਗ ਬਿਰੰਗੇ ਭੁੱਲ ਫੁੱਲ ਭੌਰੇ। ਕਹਿੰਦੇ ਭਾਈ ਵੀਰ ਸਿੰਘ ਜਿਵੇਂ ਮਾਯੂਸ ਜਿਹੇ ਹੋ ਗਏ ਵੀ ਇਹ ਕੀ ਕਹੀ ਜਾਂਦਾ। ਕਹਿੰਦੇ ਉਹਨਾਂ ਨੇ ਮੇਰੇ ਵੱਲ ਨੂੰ ਇਸ਼ਾਰਾ ਕਰਕੇ ਪੁੱਛਿਆ, ਨੇਕੀ ਤੂੰ ਕੀ ਵੇਖ ਰਿਹਾ? ਕਹਿੰਦੇ ਮੈਂ ਕਿਹਾ, ਕਹਿੰਦੇ ਮੈਨੂੰ ਯਾਦ ਆ ਮੈਂ ਕੀ ਕਿਹਾ, ਮੈਂ ਕਿਹਾ ਕੁਦਰਤ ਦੀ ਇੱਕ ਸੁੰਦਰਤਾ ਨੇ ਦੂਜੀ ਸੁੰਦਰਤਾ ਨੂੰ ਚੁੰਮਿਆ ਅਤੇ ਉੱਡ ਗਈ। ਕਹਿੰਦੇ ਭਾਈ ਵੀਰ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਚੰਗਾ ਮਨੋਵਿਗਿਆਨੀ ਹੈ ਤੂੰ ਬਸ। ਕਹਿੰਦੇ ਅਸੀਂ ਬੜੇ ਹੈਰਾਨ ਹੈ, ਕਹਿਣਾ ਕੀ ਚਾਹੁੰਦੇ ਹੈ? ਕਹਿੰਦੇ ਭਾਈ ਵੀਰ ਸਿੰਘ ਹੋਰਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਤਾੜੀਆਂ ਮਾਰ ਮਾਰ ਕੇ ਜ਼ੋਰ ਜ਼ੋਰ ਦੀ ਉਹ ਪੜ੍ਹਨ ਲੱਗੇ, ਆਪੇ ਰਸੀਹਾ ਆਪ ਰਸ, ਆਪੇ ਰਾਵਣ ਹਾਰ। ਮੈਂ ਉਹ ਡਾਕਟਰ ਨੇਕੀ ਨੂੰ ਤੂੰ ਪੜ੍ਹਦੇ ਵੇਖਿਆ, ਉਹ ਇੰਨੇ ਵਿਸਮਾਦ ਵਿੱਚ ਵਾਰ ਵਾਰ ਝੂਮ ਝੂਮ ਕੇ ਮੈਨੂੰ ਸੁਣਾਉਣ। ਕਹਿੰਦੇ ਭਾਈ ਵੀਰ ਸਿੰਘ ਇਹੋ ਜਿਹੇ ਰੰਗ ਵਿੱਚ ਪੜ੍ਹ ਰਹੇ ਸਨ ਕਿ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਕਹਿੰਦੇ ਉਹਨਾਂ ਦੀ ਤਾੜੀ ਵਿੱਚ ਉਹ ਗੂੰਜ ਸੀ, ਉਹਨਾਂ ਦੇ ਦਿਲ ਵਿੱਚ ਇੱਕ ਹੂਕ ਸੀ, ਅਤੇ ਅਸੀਂ ਇਹ ਸਾਕਸ਼ਾਤ ਦੇਖ ਰਹੇ ਸੀ ਕਿ ਭਾਈ ਵੀਰ ਸਿੰਘ ਇਹਨਾਂ ਫੁੱਲਾਂ ਦੇ ਵਿੱਚ, ਇਹਨਾਂ ਭੌਰਿਆਂ ਦੇ ਵਿੱਚ, ਇਹਨਾਂ ਤਿੱਤਲੀਆਂ ਦੇ ਵਿੱਚ ਪਰਮੇਸ਼ਰ ਦਾ ਰੂਪ ਦਾ ਆਨੰਦ ਮਾਣ ਰਹੇ ਨੇ। ਇਹ ਇੱਕ ਪ੍ਰਬਲ ਜਗਿਆਸਾ ਹੈ, ਇੰਨੀ ਖਿੱਚ ਹੁੰਦੀ ਹੈ ਉਸ ਗੱਲ ਨੂੰ ਸਮਝਣ ਵਾਲੇ ਦੇ ਅੰਦਰ ਕਿ ਜਦੋਂ ਉਹ ਕੁਦਰਤ ਦੀ ਸੁੰਦਰਤਾ ਨੂੰ ਵੇਖਦਾ ਹੈ, ਉਹ ਸੁੰਦਰਤਾ ਤੋਂ ਕਿਤੇ ਗਾਹਾਂ ਨਿਕਲ ਜਾਂਦਾ ਹੈ। ਜਿਹਨੂੰ ਕਬੀਰ ਸਾਹਿਬ ਨੇ ਇੰਜ ਲਿਖਿਆ, ਚਾਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਇਹ ਸੋਹਣੀ ਜਿਹੀ ਤਸਵੀਰ ਨੂੰ ਨਾ ਵੇਖ, ਇਹ ਸੋਹਣੀ ਤਸਵੀਰ ਨੂੰ ਸੋਹਣਿਆ ਬਣਾਉਣ ਵਾਲੇ ਚਿੱਤਰਕਾਰ ਵੱਲ ਵੇਖ ਕੇ ਉਹ ਕਿੰਨਾ ਸੋਹਣਾ ਹੁੰਦਾ ਹੈ। ਇਹ ਯਾਦ ਅਤੇ ਰਜ਼ਾ ਵਿੱਚ ਰਹਿਣ ਦੀ ਇੱਕ ਪ੍ਰਬਲ ਜਗਿਆਸਾ ਹੁੰਦੀ ਹੈ ਸਚਾਰ ਮਨੁੱਖ ਦੇ ਅੰਦਰ। ਉਹ ਕੁਝ ਵੀ ਵੇਖਦਾ, ਉਹ ਜੋ ਵੀ ਵੇਖਦਾ, ਉਹ ਮੀਂਹ ਵੀ ਪੈ ਰਿਹਾ ਨਾ, ਕੁਦਰਤ ਦੀ ਕੋਈ ਘਟਨਾ ਹੋ ਰਹੀ ਹੈ, ਉਹਦੇ ਵਿੱਚੋਂ ਬੜੀ ਨੀਝ ਲਾ ਕੇ ਉਸ ਘਟਨਾ ਨੂੰ ਘੜਨ ਵਾਲੇ ਵੱਲ ਵੇਖ ਰਿਹਾ ਹੁੰਦਾ। ਮੋਹਲੇਧਾਰ ਵਰਖਾ ਦੇ ਨਜ਼ਾਰੇ ਵੀ ਪੈ ਰਹੇ ਨੇ, ਉਹ ਪੜ੍ਹਦਾ ਉੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ, ਰਿਜਕ ਉਪਾਇਨ ਅਗਲਾ ਠਾਂਡ ਪਈ ਸੰਸਾਰ। ਉਹਨੂੰ ਪਤਾ ਹੁਣ ਕਲਮ ਚੱਲੀ ਹੈ,
ਹੁਕਮ ਹੋਇਆ ਤਾਂ ਇਹ ਮੇਘ ਵਰਸੇ ਨੇ, ਇੱਦਾਂ ਨਹੀਂ ਵਰਸ ਸਕਦੇ। ਉਹਦੀ ਪਕੜ ਐਡੀ ਮਜ਼ਬੂਤ ਹੁੰਦੀ ਹੈ, ਉਹ ਜੋ ਦੇਖਦਾ ਜਿੱਥੇ ਦੇਖਦਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਇਸ ਚਾਰ ਮਨੁੱਖ ਦੀ ਪਹਿਲੀ ਪਰਿਭਾਸ਼ਾ ਹੈ ਕਿ ਉਹਨੂੰ ਉਹ ਤੋਂ ਬਿਨਾਂ ਕੁਝ ਨਹੀਂ ਦੇਖਦਾ। ਉਹ ਆਪਣੇ ਦੁਸ਼ਮਣ ਵਿੱਚੋਂ ਵੀ ਪਰਮੇਸ਼ਰ ਨੂੰ ਵੇਖ ਰਿਹਾ ਹੁੰਦਾ ਹੈ। ਉਹ ਇਹ ਗੱਲ ਦੀ ਸਮਝ ਰੱਖਦਾ ਹੈ ਕਿ ਨਮੋ ਕਲਹਿ ਕਰਤਾ, ਕਲੇਸ਼ ਪੈਦਾ ਕਰਨ ਵਾਲਾ ਵੀ ਉਹੀ ਹੈ, ਨਮੋ ਸ਼ਾਂਤ ਰੂਪੇ ਅਤੇ ਸ਼ਾਂਤੀ ਨੂੰ ਜਨਮ ਵੀ ਉਹੀ ਦਿੰਦਾ। ਇਹ ਇੱਕ ਬਹੁਤ ਵੱਡਾ ਗੁਣ ਹੁੰਦਾ ਸੱਚਿਆਰ ਮਨੁੱਖ ਦਾ, ਉਹ ਸਬਰ ਦੇ ਵਿੱਚ, ਉਹ ਸੰਤੋਖ ਦੇ ਵਿੱਚ, ਉਹ ਰਜ਼ਾ ਦੇ ਵਿੱਚ, ਉਹ ਯਾਦ ਦੇ ਵਿੱਚ, ਅਤੇ ਇਸ ਕੰਮ ਨੂੰ ਕਰਨ ਦੇ ਲਈ ਉਹਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਆਪਾਂ ਕੁਝ ਵੀ ਕਰਦੇ ਹਾਂ ਕਾਹਲ ਵਿੱਚ ਕਰਦੇ ਹਾਂ, ਭੱਜ ਨੱਠ ਵਿੱਚ ਕਰਦੇ ਹਾਂ, ਦਿਲ ਧੜਕਣਾ ਸ਼ੁਰੂ ਹੋ ਜਾਂਦਾ, ਉਹਦਾ ਨਹੀਂ ਧੜਕਦਾ, ਕਿਉਂਕਿ ਉਹਨੂੰ ਪਤਾ ਹੁੰਦਾ ਇਹ ਜੋ ਹੋ ਰਿਹਾ ਡਰਾਮਾ ਹੋ ਰਿਹਾ, ਇਹ ਕਰਨ ਵਾਲਾ ਕਰ ਰਿਹਾ, ਕਿਹਦੇ ਕੋਲੋਂ ਕੀ ਕਰਵਾਇਆ ਜਾ ਰਿਹਾ। ਇਹ ਸਾਰੀ ਵਿਉਂਤਬੰਦੀ ਹੈ, ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਉਹਦਾ ਦਿਲ ਬੋਲਦਾ, ਉਹਦਾ ਰੋਮ ਰੋਮ ਬੋਲਦਾ। ਇਹ ਯਾਦ ਅਤੇ ਰਜ਼ਾ ਵਿੱਚ ਰਹਿਣ ਦਾ ਐਡਾ ਅਭਿਆਸ ਕਰ ਲੈਂਦਾ ਪ੍ਰਬਲ ਜਗਿਆਸਾ, ਉਹਨੂੰ ਜੇ ਦੁਸ਼ਮਣ ਚੜ੍ਹ ਕੇ ਆਉਂਦਾ, ਹਮਲਾਵਰ ਚੜ੍ਹ ਕੇ ਆਉਂਦਾ, ਉਹਨੂੰ ਇਹ ਵੀ ਇੱਕ ਖੇਡ ਪਈ ਜਾਪਦੀ ਹੈ। ਇਹੋ ਜਿਹੀ ਅਵਸਥਾ ਵਿੱਚ ਸੱਚਿਆਰ ਮਨੁੱਖ ਯਾਦ ਅਤੇ ਰਜ਼ਾ ਵਿੱਚ ਰਹਿਣ ਦਾ ਨਤੀਜਾ ਇਹ ਬਣ ਜਾਂਦਾ ਹੈ। ਜਦੋਂ ਮਨੁੱਖ ਇਹ ਲਗਾਤਾਰ ਅਭਿਆਸ ਕਰਦਾ ਹੈ, ਜਦੋਂ ਮਨੁੱਖ ਲਗਾਤਾਰ ਇਸ ਫੋਨ ਨੂੰ ਊਰਜਾ ਭਰਪੂਰ ਰੱਖਣ ਦਾ ਅਭਿਆਸ ਕਰ ਲੈਂਦਾ, ਤਾਂ ਉਹ ਕਿਸੇ ਵੀ ਮਨੁੱਖ ਨਾਲ ਕਦੀ ਵੀ ਸੱਤ ਸਮੁੰਦਰ ਪਾਰ ਬੈਠਿਆਂ ਵੀ ਗੱਲ ਕਰ ਲੈਂਦਾ। ਅਤੇ ਜਦੋਂ ਮਨੁੱਖ ਆਪਣੇ ਅੰਤਰ ਆਤਮੇ ਨੂੰ ਊਰਜਾ ਭਰਪੂਰ ਰੱਖਣ ਦੇ ਅਭਿਆਸ ਕਰ ਲੈਂਦਾ, ਤਾਂ ਉਹ ਕਿਸੇ ਵੀ ਵੇਲੇ ਪਰਮ ਆਤਮਾ ਨਾਲ ਗੱਲ ਕਰ ਲੈਂਦਾ। ਬੜੀ ਸਪਸ਼ਟ ਜੀ ਗੱਲ ਹੈ ਨਾ। ਇਸ ਯੰਤਰ ਨੂੰ ਊਰਜਾ ਭਰਪੂਰ ਕਰਕੇ ਅਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਕਿਸੇ ਵੀ ਪੰਜ ਭੂਤਕ ਸਰੀਰ ਨਾਲ ਗੱਲਬਾਤ ਕਰ ਲੈਂਦੇ ਹਾਂ, ਅਤੇ ਆਪਣੇ ਅੰਤਰ ਬੈਠੀ ਆਤਮਾ ਨੂੰ ਊਰਜਾ ਭਰਪੂਰ ਰੱਖਣ ਨਾਲ ਅਸੀਂ ਕਿਸੇ ਵੀ ਵੇਲੇ ਪਰਮ ਆਤਮਾ ਨਾਲ ਗੱਲ ਕਰ ਲੈਂਦੇ ਹਾਂ। ਇਹ ਸੱਚਿਆਰ ਮਨੁੱਖ ਇਹਦੀ ਅਭਿਆਸ ਕਰਦਾ, ਇਹਦੀ ਕਸਰਤ ਕਰਦਾ। ਜਦੋਂ ਵੀ ਉਹ ਘਟਨਾਵਾਂ ਦੇ ਵਿੱਚੋਂ ਨਿਕਲਦਾ, ਉਹ ਘਟਨਾਵਾਂ ਦੇ ਵਿੱਚੋਂ ਨਿਕਲਦਿਆਂ ਹੋਇਆ ਆਪਣੇ ਆਪ ਨੂੰ ਇੱਕ ਸੰਤੁਲਨ ਵਿੱਚ ਰੱਖਣ ਦਾ ਯਤਨ ਕਰਦਾ, ਯਾਦ ਅਤੇ ਰਜ਼ਾ ਵਿੱਚ ਰਹਿਣ ਦਾ ਨਤੀਜਾ ਇਹ ਨਿਕਲ ਆਉਂਦਾ। ਮਨੁੱਖ ਨੂੰ ਆਪਣੇ ਮੂਲ ਦਾ ਗਿਆਨ ਹੋ ਜਾਂਦਾ, ਆਪਣੀ ਜੜ੍ਹ ਦਾ ਪਤਾ ਲੱਗ ਜਾਂਦਾ, ਮੇਰੀ ਜੜ੍ਹ ਕਿੱਥੇ ਲੱਗੀ ਹੋਈ ਹੈ। ਅਤੇ ਸਾਡੀ ਜੜ੍ਹ ਕੀ ਹੈ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਉਹ ਪਛਾਣ ਲੈਂਦਾ, ਉਹਦੇ ਅੰਦਰ ਉਹਨੂੰ ਪਤਾ ਲੱਗ ਜਾਂਦਾ ਮੇਰਾ ਕੋਈ ਰੁਤਬਾ ਨਹੀਂ, ਮੇਰੀ ਕੋਈ ਤਾਕਤ ਨਹੀਂ, ਮੇਰੀ ਕੋਈ ਸਮਰੱਥਾ ਨਹੀਂ। ਉਹ ਚਾਹੇ ਤਾਂ ਅੱਖ ਫੜਕਣ ਦੇ ਫੌਰ ਵਿੱਚ ਵੱਡੇ ਵੱਡੇ ਤਾਕਤਵਰਾਂ ਨੂੰ ਢੇਰ ਕਰ ਦਿੰਦਾ, ਅਤੇ ਜੇ ਉਹ ਚਾਹੇ ਤਾਂ ਕੀੜੀ ਨੂੰ ਬਲ ਦੇ ਕੇ ਵੱਡੇ ਵੱਡੇ ਤਾਕਤਵਰਾਂ ਦੇ ਅੱਗੇ ਖੜ੍ਹਾ ਕਰ ਦਿੰਦਾ। ਉਹਦੇ ਅੰਦਰ ਮੈਂ ਖਤਮ ਹੁੰਦੀ ਹੈ, ਹੋਂ ਖਤਮ ਹੁੰਦੀ ਹੈ, ਹੋਮੇ ਈਰਖਾ ਦਵੈਤ ਦਾ ਵਿਨਾਸ਼ ਹੁੰਦਾ। ਉਹਨੂੰ ਸੱਚਮੁੱਚ ਕੋਈ ਦੁਸ਼ਮਣ, ਕੋਈ ਮਿੱਤਰ ਪ੍ਰਤੀਤ ਨਹੀਂ ਹੁੰਦਾ। ਉਹਨੂੰ ਲੱਗਦਾ ਸਾਰਾ ਕੁਝ ਉਹਦਾ ਰੂਪ ਹੈ, ਅਤੇ ਇਹਦੇ ਵਿੱਚ ਕੁਝ ਵੀ ਨਹੀਂ ਹੈ। ਇਹ ਯਾਦ ਅਤੇ ਰਜ਼ਾ ਵਿੱਚ ਰਹਿਣ ਦਾ ਵੱਡਾ ਨਤੀਜਾ ਨਿਕਲਦਾ ਹੈ। ਸੱਚਿਆਰ ਮਨੁੱਖ ਦੀ ਪਰਿਭਾਸ਼ਾ ਦਾ ਦੂਜਾ ਅੰਗ ਹੈ ਕਿ ਸੱਚਿਆਰ ਮਨੁੱਖ ਨਿਰਪੱਖ ਹੁੰਦਾ ਹੈ, ਬਿਲਕੁਲ ਨਿਰਪੱਖ। ਧਰਮ ਨਿਰਪੱਖ, ਬੋਲੀ ਨਿਰਪੱਖ, ਲਿੰਗ ਨਿਰਪੱਖ, ਭੂਗੋਲਿਕ ਨਿਰਪੱਖ, ਉਹਦੇ ਅੰਦਰ ਪੱਖਪਾਤ ਦਾ ਜਨਮ ਹੁੰਦਾ ਹੀ ਨਹੀਂ, ਕਿਉਂਕਿ ਸਭ ਮੈਂ ਜੋਤ ਉਹ ਪ੍ਰਗਟ ਹੋ ਕੇ ਦੇਖ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਉਹ ਪਹਿਲੇ ਗੁਣ ਵਿੱਚ ਭਰਪੂਰ ਕਰਿਆ ਆ, ਪਰ ਇਹ ਗੱਲ ਹੁੰਦੀ ਕਿੱਥੋਂ ਤੱਕ ਹੈ?
ਮੈਨੂੰ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਹੈ। ਲੋਕ ਸੈਕੂਲਰਿਜ਼ਮ ਦੀਆਂ ਗੱਲਾਂ ਤਾਂ ਪਏ ਕਰਦੇ ਨੇ, ਆਪਣੇ ਆਪ ਨੂੰ ਸੈਕੂਲਰ ਕਹਾਉਂਦੇ ਨੇ, ਦੱਸਣਾ ਚਾਹੁੰਦੇ ਨੇ, ਪਰ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਅਮਲ ਵਿੱਚ ਲਿਆਏ ਬਿਨਾਂ ਕੋਈ ਸੈਕੂਲਰ ਬਣ ਹੀ ਨਹੀਂ ਸਕਦਾ। ਕਿਸੇ ਕੋਲ ਗੱਲਾਂ ਤਾਂ ਹੋ ਸਕਦੀਆਂ ਨੇ ਪਰ ਕਿਸੇ ਕੋਲ ਅਮਲ ਹੀ ਨਹੀਂ ਹੈ। ਕੋਈ ਗੱਲ ਲਿਖ ਸਕਦਾ ਹੈ ਕਿ ਬਈ ਧਰਮ ਨਿਰਪੱਖ ਹੋਈਦਾ, ਪਰ ਦਿਖਾਓ ਕਿਸ ਨੇ ਕਰਕੇ ਦਿਖਾਇਆ? ਇਸ ਜੋਤ ਨੇ ਪਹਿਲੇ ਜਾਮੇ ਅਤੇ ਨੌਵੇਂ ਜਾਮੇ 'ਚ ਕਰਕੇ ਦਿਖਾਇਆ। ਤੁਹਾਡੇ ਦਾ ਸਕੂਲ ਦਾ ਨਾਮ ਹੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੈ। ਪਹਿਲੇ ਜਾਮੇ ਜਨੇਊ ਪਾਉਣ ਲੱਗੇ, ਪੰਡਿਤ ਹਰਦਿਆਲ ਦੀ ਬਾਂਹ ਫੜ ਲਈ, ਕਹਿੰਦੇ ਮੈਂ ਨਹੀਂ ਪਾਉਣਾ। ਉਹ ਕਹਿੰਦਾ ਵੀ ਕਿਉਂ ਨਹੀਂ ਪਾਉਣਾ? ਗੁਰੂ ਸਾਹਿਬ ਨੇ ਅਕਾਦਮਿਕ ਚੁਣੌਤੀਆਂ ਦਿੱਤੀਆਂ, ਜਿਹਨੂੰ ਆਪਾਂ ਅਕੈਡਮਿਕ ਚੈਲੇਂਜਸ ਕਹਿੰਦੇ ਹਾਂ। ਕਹਿਣ ਲੱਗੇ ਹਰਦਿਆਲ ਜੀ, ਤੁਸੀਂ ਮੇਰੇ ਜਨੇਊ ਪਾਉਣ ਲੱਗੇ ਹੋ ਪਰ ਤੁਸੀਂ ਭੁੱਲ ਗਏ ਮੇਰੀ ਮਾਤਾ ਨੂੰ ਨਹੀਂ ਪਾਇਆ। ਹਰਦਿਆਲ ਜੀ ਭੁੱਲ ਗਏ ਮੇਰੀ ਮਾਤਾ ਨੂੰ, ਜਨੇਊ ਪਾਉਣਾ ਹੀ ਭੁੱਲ ਗਏ। ਮਾਤਾ ਜੀ ਨੂੰ ਪਾਓ, ਨਾਨਕ ਵੀ ਪਾਏਗਾ। ਹਰਦਿਆਲ ਜੀ ਨੂੰ ਤਰੇਲੀਆਂ ਆਈਆਂ, ਕਹਿੰਦੇ ਔਰਤ ਨੂੰ ਕਿਵੇਂ ਪਾਵਾਂ, ਵਿਧਾਨ ਹੀ ਨਹੀਂ ਹੈ। ਸਾਹਿਬ ਕਹਿੰਦੇ ਪੰਡਿਤ ਜੀ ਮੈਂ ਕਹਿ ਰਿਹਾ ਮਾਤਾ ਜੀ ਨੂੰ ਜਨੇਊ ਪਾਓ, ਮੈਂ ਵੀ ਪਾਵਾਂਗਾ। ਹਰਦਿਆਲ ਜੀ ਕਹਿਣ ਲੱਗੇ ਬੇਟਾ ਕਾਕਾ, ਉਹਨੂੰ ਕੀ ਪਤਾ ਜੋਤ ਹੈ, ਉਹਦੇ ਤਾਂ ਸ਼ਬਦ ਆਈ ਚੱਲਦੇ ਆ ਨਾ ਇਤਿਹਾਸ ਦੇ ਵਿੱਚ, ਨਹੀਂ ਔਰਤ ਨੂੰ ਨਹੀਂ ਪੈ ਸਕਦਾ, ਇਹਦੇ 'ਚ ਇੰਨੇ ਨੁਕਸ ਨੇ, ਇਹ ਯੋਗ ਹੀ ਨਹੀਂ। ਸਾਹਿਬ ਨੇ ਅਕਾਦਮਿਕ, ਦੇਖੋ ਅਕਾਦਮਿਕ ਚੁਣੌਤੀਆਂ ਦੇਣ ਦਾ ਢੰਗ ਸਿੱਖੋ ਗੁਰੂ ਨਾਨਕ ਸਾਹਿਬ ਤੋਂ। ਕਹਿੰਦੇ ਠੀਕ ਹੈ ਪੰਡਿਤ ਜੀ, ਮਾਤਾ ਤ੍ਰਿਪਤਾ ਜੀ 'ਚ ਕਮਜ਼ੋਰੀਆਂ ਨੇ, ਨੁਕਸ ਨੇ, ਕਿਉਂਕਿ ਔਰਤ ਹੈ। ਫਿਰ ਇੰਝ ਕਰੋ, ਮਰਦਾਨਾ ਮੇਰੇ ਤੋਂ ਵੱਡਾ ਹੈ, ਮੇਰਾ ਜਾਨ ਹੈ ਦਿਲ ਦੀ, ਅਸੀਂ ਇਕੱਠੇ ਪੜ੍ਹਦੇ ਹਾਂ ਖੇਡਦੇ ਹਾਂ, ਮਰਦਾਨਾ ਜੀ ਨੂੰ ਪਾਓ, ਮੈਂ ਵੀ ਪਾਵਾਂਗਾ। ਹਰਦਿਆਲ ਜੀ ਨੂੰ ਪੈਰਾਂ ਥੱਲੋਂ ਜ਼ਮੀਨ ਖਿਸਕੀ, ਤਰੇੜੀਆਂ ਐਂ ਵਗ ਰਹੀਆਂ ਜਿਵੇਂ ਮੀਂਹ ਪੈ ਰਿਹਾ ਹੋਵੇ। ਬੇਟਾ ਨਾਨਕ ਮਰਦਾਨੇ ਨੂੰ ਨਹੀਂ ਪੈ ਸਕਦਾ, ਇਹ ਸ਼ੂਦਰ ਹੈ। ਸਤਿਗੁਰ ਮੁਸਕਰਾਏ, ਕਲਮ ਘੜ ਘੜ ਲਈ, ਕਹਿੰਦੇ ਆਹ ਹਰਦਿਆਲ ਤੈਨੂੰ ਮੈਂ ਦੱਸਦਾ ਕੌਣ ਔਰਤ ਹੈ ਅਤੇ ਕੌਣ ਸ਼ੂਦਰ ਹੈ। ਮੈਂ ਤੈਨੂੰ ਦੱਸਦਾ, ਜੇ ਤੂੰ ਇੱਦਾਂ ਹੀ ਹੁਣ ਸਾਨੂੰ ਔਰਤ ਅਤੇ ਮਰਦ ਵਿੱਚ ਅਤੇ ਮਰਦਾਂ ਨੂੰ ਸ਼ੂਦਰਾਂ ਅਤੇ ਖੱਤਰੀਆਂ ਵਿੱਚ ਵੰਡਣਾ ਤਾਂ ਮੈਂ ਇਹ ਜਨੇਊ ਕਦੀ ਨਹੀਂ ਪਾਵਾਂਗਾ। ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਜੇ ਤੇਰੇ ਕੋਲ ਜਨੇਊ ਹੈ, ਦਿਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ, ਜੇ ਤੇਰੇ ਕੋਲ ਆ ਤਾਂ ਲਿਆ ਮੇਰੇ ਕੋਲ, ਨਹੀਂ ਨਾਨਕ ਅੱਜ ਕਲਮ ਘੜ ਕੇ ਡੂੰਘੀ ਕਰਕੇ ਅਤੇ ਗੂੜੀ ਸਿਆਹੀ ਨਾਲ ਲਿਖ ਕੇ ਵੰਗਾਰ ਕੇ ਕਹਿ ਰਿਹਾ ਇਹ ਸਮੇਂ ਦੇ ਹਾਕਮਾਂ ਨੂੰ ਅਤੇ ਧਰਮੀ ਅਲੰਬੜਦਾਰਾਂ ਨੂੰ, ਕਦੀ ਔਰਤ ਅਤੇ ਮਰਦ ਨੂੰ ਵੰਡ ਲਿਆ, ਕਦੀ ਖੱਤਰੀ ਅਤੇ ਸ਼ੂਦਰ ਨੂੰ ਵੰਡ ਲਿਆ। ਮੈਂ ਹੁਣ ਇਹ ਵੰਡੀਆਂ ਬਰਦਾਸ਼ਤ ਨਹੀਂ ਕਰਾਂਗਾ, ਕਿਉਂਕਿ ਮੈਂ ਨਿਰਪੱਖਤਾ ਦੀ ਗੱਲ ਕਰਨ ਆਇਆ, ਮੈਂ ਸੱਚ ਦੀ ਗੱਲ ਕਰਨ ਆਇਆ, ਮੈਂ ਏਕੇ ਦੀ ਗੱਲ ਕਰਨ ਆਇਆ। ਡਾਕਟਰ ਇਕਬਾਲ ਨੂੰ ਇਹ ਗੱਲ ਲਿਖਣੀ ਪਈ ਹੈ, ਸਦੀਆਂ ਤੋਂ ਮੁੱਦਤਾਂ ਤੋਂ ਇਹ ਧਰਤੀ ਸਮੇਂ ਦੇ ਧਰਮੀ ਅਲੰਬੜਦਾਰਾਂ ਨੇ ਰੋਲੀ ਹੋਈ ਹੈ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਪਾਕ ਚਾਦਰ ਨੂੰ ਲੰਗਾਰ ਕੀਤਾ ਹੋਇਆ। ਡਾਕਟਰ ਇਕਬਾਲ ਕਹਿੰਦਾ ਫਿਰ ਉੱਠੀ ਆਖਰ ਸਦਾ, ਬਹੁਤ ਲੰਮੇ ਸਮੇਂ ਤੋਂ ਬਾਅਦ ਤੌਹੀਦ ਕੀ ਪੰਜਾਬ ਸੀ। ਤੌਹੀਦ ਹੁੰਦੀ ਹੈ ਇੱਕ ਦੀ ਗੱਲ, ਏਕੇ ਦੀ ਗੱਲ, ਨਿਰਪੱਖਤਾ ਦੀ ਗੱਲ। ਕਹਿੰਦੇ ਪੰਜਾਬ ਤੋਂ ਇਕਬਾਲ ਕਹਿੰਦਾ ਇਹ ਗੱਲ ਉੱਠੀ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੀ। ਅੱਜ ਕਲਮ ਚੱਕ ਲਈ, ਅੱਜ ਇਨਕਲਾਬ ਦਾ ਵਿਗਲ ਵਜਾ ਦਿੱਤਾ ਨਿੱਕੀ ਉਮਰੇ। ਨਹੀਂ ਹਰਦਿਆਲ, ਨਹੀਂ ਮੈਂ ਤੈਨੂੰ ਪੱਖਪਾਤ ਨਹੀਂ ਕਰਨ ਦੇਵਾਂਗਾ, ਇਹ ਹੈ ਨਿਰਪੱਖਤਾ। ਕਿਤਾਬਾਂ 'ਚ ਤਾਂ ਲੋਕਾਂ ਨੇ ਲਿਖੀ ਹੋਵੇਗੀ, ਹੁਣ ਇਹਦਾ ਕਲਾਈਮੈਕਸ ਦੇਖਿਓ ਕਿੱਥੇ ਹੁੰਦਾ।
ਗੱਲ ਚੱਲਦੀ ਹੈ, ਗੱਲ ਚੱਲਦੀ ਚੱਲਦੀ ਕਿੱਥੇ ਪਹੁੰਚਦੀ ਹੈ, ਥਾਂ ਥਾਂ 'ਤੇ ਪਹੁੰਚਦੀ ਹੈ, ਥਾਂ ਥਾਂ 'ਤੇ ਸਵਾਲ ਹੁੰਦੇ ਨੇ ਜਦੋਂ ਗੁਰੂ ਸਾਹਿਬ ਨਿਰਪੱਖਤਾ ਦੀ ਗੱਲ ਕਰਦੇ ਨੇ। ਭਾਈ ਗੁਰਦਾਸ ਕਹਿੰਦੇ ਪੁੱਛਿਆ ਗਿਆ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਹੁਣ ਇੱਥੇ ਵੰਡਣ ਲੱਗਿਆ ਹਿੰਦੂਆਂ ਅਤੇ ਮੁਸਲਮਾਨਾਂ 'ਚ। ਪਹਿਲਾਂ ਗੱਲ ਚੱਲਦੀ ਸੀ ਮਰਦ ਅਤੇ ਔਰਤ ਦੀ, ਖੱਤਰੀ ਅਤੇ ਬ੍ਰਾਹਮਣ ਦੀ, ਸ਼ੂਦਰ ਦੀ, ਹੁਣ ਪੁੱਛਦੇ ਆ ਵੱਡਾ ਹਿੰਦੂ ਹੈ ਕਿ ਮੁਸਲਮਾਨ ਹੈ। ਭਾਈ ਗੁਰਦਾਸ ਕਹਿੰਦੇ ਗੁਰੂ ਸਾਹਿਬ ਦੀ ਕਲਮ ਇੱਦਾਂ ਬੋਲਦੀ ਹੈ, ਇੱਦਾਂ ਸਤਿਗੁਰਾਂ ਨੇ ਜਵਾਬ ਦਿੱਤਾ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸੁਭ ਅਮਲਾ ਵਾਜੋਂ ਦੋਨੋਂ ਰੋਈ। ਗੱਲ ਹੀ ਕੋਈ ਹੋਰ ਹੈ। ਗੁਰੂ ਨਾਨਕ ਸਾਹਿਬ ਦੀ ਗੱਲ ਤਾਂ ਮੇਰੇ ਵਰਗਿਆਂ ਨੇ ਧਰਮ ਦੀ ਪਟਾਰੀ 'ਚ ਬੰਨ ਲਈ। ਸਤਿਗੁਰ ਤਾਂ ਧਰਮਾਂ ਤੋਂ ਉੱਪਰ ਦੀ ਗੱਲ ਕਰਦੇ ਨੇ, ਉਤਾਂਹ ਦੀ ਗੱਲ ਕਰਦੇ ਨੇ। ਸਾਹਿਬ ਦੀ ਗੱਲ ਕਿੱਥੋਂ ਤੱਕ ਜਾ ਕੇ ਸਟ੍ਰਾਈਕ ਕਰਦੀ ਹੈ, ਕਿੱਥੋਂ ਜਾ ਕੇ ਧੜਕ ਪਾਉਂਦੀ ਹੈ, ਆਪਾਂ ਜਿਵੇਂ ਜਿਵੇਂ ਅੱਗੇ ਵਧਾਂਗੇ ਦੇਖਾਂਗੇ। ਸਾਹਿਬ ਦੀ ਗੱਲ ਵਿਚਾਰਾਂ ਤੋਂ ਤਾਂ, ਰੰਗਾਂ ਤੋਂ ਤਾਂ, ਬੋਲੀਆਂ ਤੋਂ ਤਾਂ, ਧਰਮਾਂ ਤੋਂ ਤਾਂ, ਵੰਡੀਆਂ ਤੋਂ ਤਾਂ ਐਡੀ ਵੱਡੀ ਗੱਲ ਹੈ ਇਹ। ਕਹਿੰਦੇ ਨਾ ਹਮ ਹਿੰਦੂ। ਕਹਿੰਦੇ ਤੂੰ ਕੌਣ ਹੈ ਫਿਰ? ਕਹਿੰਦੇ ਮੈਂ ਹਿੰਦੂ ਵੀ ਨਹੀਂ, ਮੈਂ ਮੁਸਲਮਾਨ ਵੀ ਨਹੀਂ। ਮੇਰੇ ਕੋਲ ਇੱਕ ਭਾਂਡਾ ਹੈ, ਪਿੰਡ, ਮੇਰੇ ਕੋਲ ਇਹਦੇ 'ਚ ਪ੍ਰਾਣ ਨੇ। ਕਹਿੰਦੇ ਮੇਰਾ ਇਹ ਭਾਂਡਾ, ਮੇਰਾ ਸਰੀਰ ਅਤੇ ਮੇਰੇ ਪ੍ਰਾਣ ਅੱਲਾ ਦੇ ਵੀ ਨੇ ਅਤੇ ਰਾਮ ਦੇ ਵੀ ਨੇ, ਪਰ ਮੈਂ ਹਿੰਦੂ ਵੀ ਨਹੀਂ ਹਾਂ, ਮੈਂ ਮੁਸਲਮਾਨ ਵੀ ਨਹੀਂ ਹਾਂ। ਦੇਖੋ ਅਕਾਦਮਿਕ ਗੱਲ ਦਾ ਸਿਖਰ, ਦੇਖੋ ਇਹ ਅਕਾਦਮਿਕ ਗੱਲਾਂ ਨੇ। ਕਹਿੰਦੇ ਤੂੰ ਹਿੰਦੂ ਹੈ ਕਿ ਮੁਸਲਮਾਨ? ਕਹਿੰਦੇ ਮੈਂ ਹਿੰਦੂ ਵੀ ਨਹੀਂ, ਮੈਂ ਮੁਸਲਮਾਨ ਵੀ ਨਹੀਂ। ਮੇਰੇ ਕੋਲ ਦੋ ਚੀਜ਼ਾਂ ਨੇ, ਮੇਰਾ ਸਰੀਰ, ਮੇਰੇ ਅੰਦਰ ਚੱਲ ਰਹੇ ਪ੍ਰਾਣ। ਮੇਰਾ ਇਹ ਸਰੀਰ ਅਤੇ ਮੇਰੇ ਪ੍ਰਾਣ ਅੱਲਾ ਦੇ ਵੀ ਨੇ ਅਤੇ ਰਾਮ ਦੇ ਵੀ ਨੇ। ਐਡੀ ਵੱਡੀ ਅਕਾਦਮਿਕ ਪਕੜ ਦੁਨੀਆ 'ਚ ਕਿਸੇ ਨੇ ਨਹੀਂ ਸੀ ਦੇਖੀ। ਇਹ ਇੱਕ ਨਿਰਪੱਖਤਾ ਦਾ ਸਿਖਰ ਹੈ। ਪਹਿਲੇ ਜਾਮੇ ਪੰਡਿਤ ਹਰਦਿਆਲ ਦੀ ਬਾਂਹ ਫੜੀ, ਪੰਡਿਤ ਜੀ ਪਾਉਣ ਨਹੀਂ ਦੇਣਾ, ਅਤੇ ਨੌਵੇਂ ਜਾਮੇ ਔਰੰਗਜ਼ੇਬ ਦੀ ਬਾਂਹ ਫੜੀ, ਔਰੰਗਜ਼ੇਬ ਜੀ ਲਾਉਣ ਨਹੀਂ ਦੇਣਾ। ਦੇਖੋ ਨਾ ਕਲਾਈਮੈਕਸ ਕੀ ਹੁੰਦਾ, ਉਹ ਉੱਪਰਲਾ ਬੰਨਾ ਕੀ ਹੁੰਦਾ ਹੈ, ਕਿਸੇ ਕੋਲ ਐਡੀ ਉਦਾਹਰਨ? ਮੈਂ ਨਹੀਂ ਸਹਿਮਤ, ਮੈਂ ਨਹੀਂ ਪਾਉਣ ਦੇਣਾ, ਮੈਂ ਨਹੀਂ ਸਹਿਮਤ, ਮੈਂ ਨਹੀਂ ਲਾਉਣ ਦੇਣਾ। ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੀ ਸੋਚ ਵਿੱਚ ਅੰਤਰ ਹੈ। ਨਹੀਂ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ, ਜੋਤ ਉਹੀ ਹੈ, ਪਰ ਜੋਤ ਨਿਰੰਜਣੀ ਹੈ ਅਤੇ ਜੋਤ ਸੰਸਾਰ ਦੇ ਉੱਤੇ ਨਿਰਪੱਖਤਾ ਦੀ ਗੱਲ ਕਰ ਰਹੀ ਹੈ ਕਿ ਮੈਂ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂ, ਮੈਂ ਜਨੇਊ ਵੱਲੋਂ ਨੂੰ ਪਾਉਣ ਵੇਲੇ ਕੀਤੀ ਜਾ ਰਹੀ ਵੰਡ ਨਾਲ ਸਹਿਮਤ ਨਹੀਂ ਹਾਂ। ਮਨੁੱਖਤਾ ਵਿੱਚ ਬ੍ਰਾਹਮਣ, ਖੱਤਰੀ, ਸੂਦ ਵੈਸ ਦੀਆਂ ਪਾਈਆਂ ਵੰਡੀਆਂ ਨੂੰ ਮੈਂ ਪ੍ਰਵਾਨ ਨਹੀਂ ਕਰਦਾ, ਪਰ ਜੇ ਕੋਈ ਇਹਨੂੰ ਜਬਰੀ ਲਾਉਣਾ ਚਾਹੁੰਦਾ ਹੈ ਤਾਂ ਮੈਂ ਤੁਹਾਨੂੰ ਦੱਸਦਾ ਇਹ ਸੈਕੂਲਰਿਜ਼ਮ ਕਿਵੇਂ ਕਮਾਈਦਾ ਹੈ, ਇਹ ਨਿਰਪੱਖਤਾ ਕਿਵੇਂ ਕਮਾਈਦੀ ਹੈ। ਸੋ ਸਚਾਰ ਮਨੁੱਖ ਨਿਰਪੱਖ ਹੁੰਦਾ ਹੈ, ਉਹਨੂੰ ਡਰ ਨਹੀਂ ਕਿ ਹੁਣ ਮੈਂ ਮਰ ਜਾਵਾਂਗਾ, ਹੁਣ ਆਏ ਹੋ ਜਾਊਗਾ। ਉਹਨੂੰ ਪਤਾ ਕੂੜ ਨਖੁੱਟੇ ਨਾਨਕਾ ਉੜ ਕੇ ਸੱਚ ਰਹੀ। ਮਰਨਾ ਤਾਂ ਕੂੜ ਨੇ ਹੁੰਦਾ, ਮਰਨਾ ਤਾਂ ਝੂਠ ਨੇ ਹੁੰਦਾ, ਆਹ ਜਿਹੜੇ ਆਪਣੇ ਸਰੀਰ ਨੇ ਅਸਲ ਵਿੱਚ ਇਹ ਤਾਂ ਹੈ ਹੀ ਨਹੀਂ, ਇਹ ਤਾਂ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ, ਇਹਨਾਂ ਦੀ ਹੋਂਦ ਚਿਰ ਸਥਾਈ ਨਹੀਂ ਹੁੰਦੀ। ਇਹ ਸਾਹਿਬ ਨੇ ਤੁਹਾਡੇ ਸਕੂਲ ਦਾ ਨਾਮ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੈ, ਤੁਸੀਂ ਥਾਂ ਥਾਂ ਉੱਤੇ ਉਹ ਇਤਿਹਾਸ ਨੂੰ, ਚਾਂਦਨੀ ਚੌਂਕ ਦੇ ਨੂੰ ਆਪਣੇ ਬੱਚਿਆਂ ਨੂੰ ਦਿਖਾਉਂਦੇ ਹੋ, ਪਰ ਅੱਜ ਇਹ ਗੱਲ ਦ੍ਰਿੜ ਕਰ ਲਵੋ, ਇਹ ਧਰਮ ਨਿਰਪੱਖਤਾ ਦਾ ਸਿਖਰ ਹੈ।
ਇਸ ਪੱਧਰ ਦੀ ਉਦਾਹਰਣ ਦੁਨੀਆ ਕੋਲੇ ਅੱਜ ਤੱਕ ਕਿਤੇ ਦੱਸਣ ਮਾਤਰ ਨਹੀਂ ਕਿ ਕਿਸੇ ਧਰਮ ਦੇ ਰਹਿਬਰ ਨੇ, ਕਿਸੇ ਵਿਚਾਰਧਾਰਾ ਦੇ ਰਹਿਬਰ ਨੇ ਦੂਸਰੀ ਵਿਚਾਰਧਾਰਾ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰਵਾ ਲਿਆ ਹੋਵੇ। ਦੁਨੀਆ ਦੇ ਇਤਿਹਾਸ ਵਿੱਚ ਇਹ ਉਦਾਹਰਣ ਸਿਰਫ ਸਾਡੇ ਵਿਰਸੇ ਵਿੱਚ ਆਈ ਹੈ, ਸਾਨੂੰ ਇਹ 'ਤੇ ਮਾਣ ਹੈ। ਨਿਰਪੱਖਤਾ ਗੁਰਾਂ ਨੇ ਨਹੀਂ ਦਿਖਾਈ ਇਕੱਲਿਆਂ ਨੇ, ਗੁਰਾਂ ਨੇ ਸਚਾਰ ਮਨੁੱਖਾਂ ਦਾ ਕਾਫਲਾ ਪੈਦਾ ਕੀਤਾ, ਉਹਦੇ ਵਿੱਚ ਨਿਰਪੱਖਤਾ ਭਰੀ। ਇਹੋ ਜਿਹਾ ਇਤਿਹਾਸ ਕਿੱਥੇ ਹੈ? ਆਪਣੀ ਅਵਸਥਾ ਪਤਾ ਕੀ ਹੈ? ਭਾਰਤ ਅਤੇ ਪਾਕਿਸਤਾਨ ਦਾ ਹਾਕੀ ਦਾ ਮੈਚ ਚੱਲਦਾ ਹੋਵੇ, ਅਸੀਂ ਉਹ ਵੇਖਦੇ ਵੇਖਦੇ ਵੀ ਆਪਸ 'ਚ ਲੜੀ ਜਾਂਦੇ ਹਾਂ। ਕਿਉਂ ਜੀ? ਇੱਦਾਂ ਹੀ ਹੁੰਦਾ ਨਾ ਜੀ, ਭਾਰਤੀ ਅਤੇ ਪਾਕਿਸਤਾਨੀ ਉਹ ਮੈਚ ਦੇਖਦਿਆਂ ਖੇਡ ਵਿੱਚ ਵੀ ਲੜੀ ਜਾਣਗੇ ਆਪਸ ਵਿੱਚ, ਮਤਲਬ ਕਿ ਇੱਕ ਦੂਜੇ ਨੂੰ ਦੁਸ਼ਮਣ ਦੀ ਨਿਆਂਈ ਵੇਖਣਗੇ। ਇਹ ਦੁਨੀਆ ਦਾ ਕਹਿ ਲਓ ਇੱਦਾਂ ਦਾ ਵਰਤਾਂਤ ਹੈ ਕਿ ਅਸੀਂ ਖੇਡ ਦੇ ਮੈਦਾਨ ਨੂੰ ਵੀ ਲੜਾਈ ਦਾ ਮੈਦਾਨ ਬਣਾ ਕੇ ਰੱਖਦੇ ਹਾਂ। ਅਤੇ ਆਹ ਦੇਖੋ ਤਾਂ ਨਿਰਪੱਖਤਾ ਦਾ ਸਿਖਰ ਲੜਾਈ ਦੇ ਮੈਦਾਨ ਨੂੰ ਖੇਡ ਦਾ ਮੈਦਾਨ ਬਣਾ ਲਿਆ। ਮਤਲਬ ਕਿ ਇਹਨੂੰ ਇਹਦੀ ਪਕੜ ਤਾਂ ਕਰੋ ਕਿੱਥੇ ਹੈ? ਆਪਾਂ ਗੱਲ ਤਾਂ ਕਰ ਲੈਂਦੇ, ਅੱਜ ਗੱਲਾਂ ਨਹੀਂ ਕਰ ਰਹੇ, ਗੱਲ ਦੀ ਜੜ੍ਹ ਨੂੰ ਪਕੜ ਰਹੇ ਹਾਂ। ਲੋਕ ਖੇਡ ਦੇ ਮੈਦਾਨ ਨੂੰ ਲੜਾਈ ਦਾ ਮੈਦਾਨ ਬਣਾ ਲੈਂਦੇ ਨੇ, ਅੱਜ ਨਿਰਪੱਖਤਾ ਦਾ ਐਸਾ ਸਬਕ ਪੜ੍ਹਾਇਆ ਜਾ ਰਿਹਾ, ਖੇਡ ਦੇ ਮੈਦਾਨ ਨੂੰ ਲੜਾਈ ਦਾ ਮੈਦਾਨ ਬਣਾਉਣ ਵਾਲਿਆਂ ਨੂੰ ਸਮਝਾਇਆ ਜਾ ਰਿਹਾ ਕਿ ਭਾਈ ਅਸੀਂ ਲੜਾਈ ਦੇ ਮੈਦਾਨ ਨੂੰ ਖੇਡ ਦਾ ਮੈਦਾਨ ਪ੍ਰੇਮ ਬਣਾ ਲੈਂਦੇ ਹਾਂ, ਪ੍ਰੇਮ ਵੀ ਜਿਵੇਂ ਕੋਈ ਖੇਡਦਾ। ਕਮਾਲ ਦੀ ਬਾਤ ਹੈ ਇਹ। 1863 ਦੇ ਵਿੱਚ ਜਨੇਵਾ ਦੇ ਵਿੱਚ ਹੈਨਰੀ ਡੂਨੈਂਟ ਇਹ ਕਨਸੈਪਟ ਦਿੰਦਾ ਕਿ ਆਪਾਂ ਦੋ ਟੁਕੜੀਆਂ ਲੜ ਪਈਆਂ, ਉਹਨਾਂ ਦੀ ਸੰਭਾਲ ਦੇ ਇੱਕ ਤੀਜੀ ਟੁਕੜੀ ਬਣਾਈਏ, ਦੋਜਾਂ ਨੂੰ ਸੰਭਾਲੇ, ਉਹ ਲੜਾਈ ਦੇ ਮੈਦਾਨ ਵਿੱਚ ਉਹਨਾਂ ਨੂੰ ਫਸਟ ਏਡ ਦੇਵੇ, ਉਹਨਾਂ ਦੀ ਸੁਰੱਖਿਆ ਯਕੀਨੀ ਬਣਾਵੇ, ਉਹਦਾ ਨਾਮ ਰੱਖਿਆ ਫਸਟ ਏਡ। ਕਈ ਵਾਰੀ ਕਹਿ ਦਿੰਦੇ ਹਾਂ ਭਾਈ ਘਨੱਈਆ ਜੀ ਫਸਟ ਏਡ ਦੇ ਪਿਤਾਮਾ ਨੇ, ਆਪਾਂ ਇੱਦਾਂ ਵੀ ਗੁਰਦੁਆਰਿਆਂ ਦੀ ਸਟੇਜ ਤੋਂ ਕਹਿ ਦਿੰਦੇ ਹਾਂ, ਪਰ ਜੇ ਮੈਨੂੰ ਡੂੰਘਾ ਉਤਰ ਕੇ ਪੜ੍ਹਾਂ ਤਾਂ ਬੜਾ ਸਾਫ਼ ਸੁਥਰਾ ਸਮਝ ਆ ਰਿਹਾ ਹੈਨਰੀ ਡੂਨੈਂਟ ਦਾ 1863 ਵੀ ਦਿੱਤਾ ਹੋਇਆ ਸੁਨੇਹਾ। ਭਾਈ ਘਨੱਈਆ ਜੀ ਦੇ ਸੁਨੇਹੇ ਸਾਹਮਣੇ ਬਹੁਤ ਹੌਲਾ ਆ, ਬਹੁਤ ਹੌਲਾ ਆ, ਬਹੁਤ ਹੌਲਾ ਆ। ਰੈੱਡ ਕ੍ਰਾਸ ਦਾ ਕਨਸੈਪਟ ਭਾਈ ਘਨੱਈਆ ਜੀ ਦੇ ਕਨਸੈਪਟ ਦੇ ਸਾਹਮਣੇ ਬਹੁਤ ਹੌਲਾ ਆ, ਜਿਹੜਾ ਭਾਈ ਘਨੱਈਆ ਜੀ ਨੇ 177 ਸਾਲ ਪਹਿਲਾਂ 1686 ਭੰਗਾਣੀ ਦੇ ਮੈਦਾਨ ਦੇ ਵਿੱਚ ਦਿੱਤਾ ਹੈ। ਹੌਲਾ ਕਿਵੇਂ ਹੈ? ਹੈਨਰੀ ਡੂਨੈਂਟ ਤਾਂ ਕਹਿੰਦੇ ਨੇ ਕਿ ਦੋ ਟੁਕੜੀਆਂ ਲੜ ਪਈਆਂ, ਇੱਕ ਤੀਜੀ ਟੁਕੜੀ ਆਵੇ ਉਹਨਾਂ ਨੂੰ ਸੰਭਾਲੇ, ਅਤੇ ਭਾਈ ਘਨੱਈਆ ਜੀ ਕਹਿੰਦੇ ਤੀਜੀ ਕਿਉਂ ਆਵੇ? ਦੋਨੋਂ ਟੁਕੜੀਆਂ ਵਿੱਚ ਸਚਿਆਰ ਮਨੁੱਖ ਹੋਣੇ ਚਾਹੀਦੇ ਹੈ, ਜਿਹੜੇ ਸਮਝ ਜਾਣ ਅਤੇ ਲੜਾਈ ਨੂੰ ਹੀ ਖਤਮ ਕਰ ਦੇਣ। ਭਾਈ ਘਨੱਈਆ ਜੀ ਦਾ ਕਨਸੈਪਟ ਲੜਾਈ ਨੂੰ ਖਤਮ ਕਰ ਰਿਹਾ, ਹੈਨਰੀ ਡੂਨੈਂਟ ਦਾ ਕਨਸੈਪਟ ਲੜ ਰਹੀਆਂ ਤਾਕਤਾਂ ਵਿੱਚੋਂ ਫੱਟੜ ਹੋਏ ਲੋਕਾਂ ਨੂੰ ਸੰਭਾਲ ਰਿਹਾ। ਦੋਨੋਂ ਕਨਸੈਪਟਾਂ 'ਚ ਬੜਾ ਜ਼ਮੀਨ ਅਸਮਾਨ ਦਾ ਅੰਤਰ ਹੈ। ਭਾਈ ਘਨੱਈਆ ਜੀ ਕਹਿੰਦੇ ਗੁਰੂ ਨਾਨਕ ਪਿਤਾ ਨੇ ਐਸੀ ਸਮਝ ਪਾਈ ਹੈ, ਉਹ ਸਮਝ ਦਾ ਅਭਿਆਸ ਕਰਦਿਆਂ ਕਰਦਿਆਂ ਨਿਰਪੱਖਤਾ ਇਸ ਪੱਧਰ 'ਤੇ ਪਹੁੰਚੀ ਹੋਈ ਹੈ, ਦੁਸ਼ਮਣ ਪ੍ਰਤੀਤ ਨਹੀਂ ਹੁੰਦਾ। ਜਦੋਂ ਗੋਬਿੰਦ ਰਾਏ ਜੀ ਸਨ, ਉਸ ਵੇਲੇ ਗੋਬਿੰਦ ਸਿੰਘ ਨਹੀਂ ਸੀ ਹਜੇ ਬਣੇ, ਅਤੇ ਸ਼ਿਕਾਇਤ ਗਈ ਗੁਰੂ ਗੋਬਿੰਦ ਰਾਏ ਜੀ ਕੋਲ ਕਿ ਇਹ ਘਨੱਈਆ ਜੀ ਕੀ ਕਰੀ ਜਾ ਰਹੇ ਨੇ, ਸਾਹਿਬ ਤਾਂ ਅੰਤਰਜਾਮੀ ਨੇ। ਜਦੋਂ ਘਨੱਈਆ ਜੀ ਨੂੰ ਬੁਲਾਇਆ ਅਤੇ ਕਹਿੰਦੇ ਪਾਤਸ਼ਾਹ ਤੇਰੀ ਬਾਣੀ ਦਾ ਅਭਿਆਸ ਕਰ ਕਰਕੇ, ਕਮਾਈ ਕਰ ਕਰਕੇ ਤੂੰ ਹੁਣ ਅਵਸਥਾ ਇਹੋ ਜਿਹੀ ਬਣਾਈ ਹੈ, ਅੰਤਰ ਨਜ਼ਰ ਨਹੀਂ ਆਉਂਦਾ ਸਿੱਖ ਕਿਹੜਾ ਅਤੇ ਮੁਸਲਮਾਨ ਕਿਹੜਾ, ਹੁਣ ਦੱਸ ਮੈਂ ਕੀ ਕਰਾਂ। ਫਿਰ ਆਪਣੀ ਡੱਬ 'ਚੋਂ ਮੱਲਮ ਕੱਢ ਕੇ ਫੜਾਈ, ਕਹਿੰਦੇ ਹੁਣ ਤੂੰ ਇਹ ਕਰ, ਪਾਣੀ ਨਾ ਇਕੱਲਾ ਪਲਾ ਮੱਲਮ ਵੀ ਨਾਲ ਲਾ। ਮਤਲਬ ਦੇਖੋ ਸਚਿਆਰ ਹੁੰਦਾ ਕੀ ਹੈ, ਇੱਕ ਬਹੁਤ ਵੱਡੀ ਪਾਵਰਫੁੱਲ ਬੜੀ ਸ਼ਕਤੀਸ਼ਾਲੀ ਤਾਕਤ ਹੈ ਜਿਹੜੀ ਸਾਡੇ ਵਿਰਸੇ ਵਿੱਚ ਸਾਨੂੰ ਮਿਲੀ ਹੈ। ਨਿਰਪੱਖਤਾ ਇੱਥੋਂ ਤੱਕ ਪਹੁੰਚਦੀ ਹੈ
ਇਹ ਧਰਮਾਂ ਦੀ, ਇਹ ਬੋਲੀਆਂ ਦੀ, ਇਹ ਲਿੰਗ ਨਿਰਪੱਖਤਾ ਦੀ ਗੱਲ ਉਸ ਵੇਲੇ ਕਰਨੀ, ਅੱਜ ਤਾਂ ਆਪਾਂ ਆ ਤੁਸੀਂ ਕਿੰਨੀਆਂ ਲੜਕੀਆਂ ਇੱਥੇ ਬੈਠੀਓ, ਭੈਣਾਂ ਮਾਤਾਵਾਂ ਬੈਠੀਓ ਵਿੱਦਿਅਕ ਅਦਾਰਿਆਂ 'ਚ, ਇਹ ਔਰਤ ਨੂੰ ਅਧਿਕਾਰ ਥੋੜ੍ਹਾ ਸੀ ਕਿ ਵਿੱਦਿਅਕ ਅਦਾਰੇ ਵਿੱਚ ਜਾ ਕੇ ਪੜ੍ਹ ਲਵੇ ਜਾਂ ਪੜ੍ਹਾ ਲਵੇ? ਨਾ 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 ਨਾ, ਇਹ ਤਾਂ ਸੱਚ ਦੀ ਗੱਲ ਸੁਣੇ, ਲੱਤਾਂ ਵੱਢ ਦਿਓ, ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ, ਇਹ ਕਿਉਂ ਜਾਵੇ? ਇਹ ਤਾਂ ਨਹੀਂ ਜਾ ਸਕਦੀ। ਇਹ ਤੁਹਾਨੂੰ ਇਜਾਜ਼ਤ ਸਿਰਫ ਅਤੇ ਸਿਰਫ ਦਿਵਾਉਣ ਵਾਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਔਰਤ ਨੂੰ ਆਜ਼ਾਦੀ ਦਿੱਤੀ। ਆਹ ਜਿਹੜਾ ਅਮਰੀਕਾ ਆਪਣੇ ਆਪ ਨੂੰ ਵਿਕਸਿਤ ਕਹਿੰਦਾ ਹੈ, ਤੁਹਾਨੂੰ ਪਤਾ ਅਮਰੀਕਾ ਨੇ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਕਿਉਂ ਦਿੱਤਾ? ਕਦੋਂ ਦਿੱਤਾ ਜੀ? 1920 ਦੇ ਵਿੱਚ, 1918 ਦੇ ਵਿੱਚ ਬ੍ਰਿਟੇਨ ਨੇ ਦਿੱਤਾ। ਉਦੋਂ ਪਹਿਲਾਂ ਤਾਂ ਦੁਨੀਆ ਦੇ ਵਿੱਚ ਅਧਿਕਾਰ ਹੀ ਨਹੀਂ ਹੈ ਔਰਤ ਕੋਲੇ, ਪਰ ਤੁਹਾਡੇ ਪਿਤਾ ਜੀ ਨੇ ਇਹ ਅਧਿਕਾਰ 15ਵੀਂ ਸਦੀ ਵਿੱਚ ਦਿੱਤਾ, ਬਾਂਹ ਕੱਢ ਕੇ ਲਿਖਿਆ। ਉਸ ਵੇਲੇ ਔਰਤ ਨੂੰ ਬਰਾਬਰਤਾ ਦੀ ਗੱਲ, ਔਰਤ ਨੂੰ ਨਿਰਪੱਖ ਕਰਕੇ ਦੇਖਣ ਦੀ ਗੱਲ ਦੀ ਸਜ਼ਾ ਪਤਾ ਕੀ ਹੈ? ਸਜ਼ਾਏ ਮੌਤ। ਪਰ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਜ਼ਾਲਮ ਹੁਕਮਰਾਨਾਂ ਨੂੰ, ਸਮੇਂ ਦੇ ਧਰਮੀ ਅਲੰਬਰਦਾਰਾਂ ਨੂੰ ਵੰਗਾਰ ਕੇ ਕਿਹਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾਨ। ਪਰ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਤੁਸੀਂ ਅਤੇ ਮੈਂ ਇਹੋ ਜਿਹੇ, ਮੈਂ ਕੀ ਸ਼ਬਦ ਵਰਤਾਂ, ਕਿਤੇ ਕੌੜਾ ਨਾ ਹੋ ਜਾਵੇ, ਬਹੁਤਾ ਸ਼ਬਦ ਆਪੇ ਲੱਭ ਲਿਓ, ਅਸੀਂ ਇੰਨੇ ਨੀਚ ਹਾਂ, ਉਸ ਨੀਚਤਾ ਨੂੰ ਦਰਸਾਉਣ ਲਈ ਮੇਰੇ ਕੋਲ ਸ਼ਬਦ ਨਹੀਂ, ਅਸੀਂ ਲੋਕਾਂ ਨੂੰ ਇਹ ਗੱਲ ਦੱਸ ਹੀ ਨਹੀਂ ਪਾਏਗੇ। ਆ ਔਰਤ ਨੂੰ ਵਿੱਦਿਆ ਦੇਣ ਵਾਲਾ ਕੌਣ ਹੈ? ਵਿੱਦਿਆ ਦਾ ਅਧਿਕਾਰ ਦੇਣ ਵਾਲਾ ਕੌਣ ਹੈ? ਸਿਰਫ ਤੁਹਾਡੇ ਖਿੱਤੇ ਵਿੱਚ ਨਹੀਂ, ਆ ਦੁਨੀਆ ਦੇ ਪੂਰੇ ਸਮੁੱਚੇ ਬ੍ਰਹਿਮੰਡ ਦੇ ਵਿੱਚ ਔਰਤ ਦੀ ਦਸ਼ਾ ਇਸੇ ਤਰ੍ਹਾਂ ਦੀ ਸੀ, ਇਸੇ ਤਰ੍ਹਾਂ ਦੀ ਭਾਰਤ ਦੇ ਵਿੱਚ, ਇਹੋ ਤਰ੍ਹਾਂ ਦੀ ਅਮਰੀਕਾ ਦੇ ਵਿੱਚ, ਇਹੋ ਜਿਹੀ ਇੰਗਲੈਂਡ ਵਿੱਚ, ਇਹੋ ਜਿਹੀ ਕੈਨੇਡਾ ਵਿੱਚ, ਹਰ ਥਾਂ 'ਤੇ ਔਰਤ ਲਾਚਾਰ ਸੀ। ਇਸ ਲਾਚਾਰੀ ਨੂੰ ਤੋੜਨ ਦੀ ਗੱਲ 15ਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਕੀਤੀ। ਇਹ ਸਚਾਰ ਮਨੁੱਖ ਦੀ ਨਿਰਪੱਖ ਸੋਝੀ ਹੈ। ਸਚਾਰ ਮਨੁੱਖ ਦਾ ਤੀਜਾ ਗੁਣ ਹੈ ਕਿ ਉਹ ਵਿਗਿਆਨਿਕ ਹੁੰਦਾ ਹੈ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਆਪਾਂ ਡਿਗਰੀਆਂ ਕਰ ਲੈਂਦੇ ਹਾਂ, ਦੋ ਦੋ ਤਿੰਨ ਤਿੰਨ, ਮੁੜ ਕੇ ਫੇਰ ਇਹੋ ਜਿਹੇ ਕਰਮ ਕਾਂਡਾਂ 'ਚ ਵੱਜੇ ਹੁੰਦੇ ਹਾਂ, ਰਹੇ ਰੱਬ ਦਾ ਨਾਂ, ਪਤਾ ਨਹੀਂ ਕੀ ਕੁਛ ਕਰੀ ਜਾਂਦੇ ਹੋ। ਮੈਂ ਕੁਛ ਬੋਲਤਾ ਤੁਹਾਨੂੰ ਕੌੜਾ ਲੱਗ ਜਾਣਾ, ਪਰ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਪਤਾ ਹੁੰਦਾ ਵੀ ਇਹ ਪੱਕਾ ਕਰਮ ਕਾਂਡ ਹੈ ਅਤੇ ਤੁਸੀਂ ਉਹਨੂੰ ਕਰ ਰਹੇ ਹੁੰਦੇ ਹੋ, ਅਤੇ ਤੁਹਾਡੇ ਅੰਦਰ ਇੱਕ ਡਰ ਹੁੰਦਾ ਵੀ ਜੇ ਨਾ ਕੀਤਾ ਤਾਂ ਪਤਾ ਨਹੀਂ ਕਿਹੜੀ ਆਫਤ ਆ ਜਾਣੀ ਹੈ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਮਨੁੱਖ ਨੂੰ। ਗੁਰੂ ਨਾਨਕ ਸਾਹਿਬ ਇੱਕ ਸਿਰਫ ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਕ ਧਰਮੀ ਪੁਰਸ਼ ਨੇ ਜਾਂ ਰਹਿਬਰ ਨੇ, ਉਹਨਾਂ ਨੂੰ ਉਹਨਾਂ ਦੀ ਪਕੜ ਨੂੰ ਦਰਸਾਉਣ ਦੇ ਲਈ ਮੈਨੂੰ ਤਾਂ ਅਜੇ ਤੱਕ ਕੋਈ ਲਫ਼ਜ਼ ਨਹੀਂ ਲੱਭ ਰਿਹਾ ਕਿ ਉਹਨੂੰ ਮੈਂ ਉਹਦੀ ਵਿਆਖਿਆ ਕਰ ਦੇਵਾਂ। ਉਹਨਾਂ ਦੇ ਵਿੱਚ ਉਹ ਸਰਬ ਕਲਾ ਸੰਪੂਰਨ ਸ਼ਕਤੀ ਹੈ, ਉਹਨਾਂ ਦੀ ਪਕੜ ਕਿੰਨੀ ਮਜ਼ਬੂਤ ਹੈ, ਤੁਸੀਂ ਇਹ ਕੁਛ ਗੱਲਾਂ ਦੇਖੋਗੇ ਅਤੇ ਉਸ ਦਿਸ਼ਾ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦੇਖਿਓ ਵੀ ਉਹ ਸਮਝ ਕਿੱਡੀ ਦੇ ਮਾਲਕ ਨੇ। ਉਸ ਵਕਤ ਲੋਕਾਂ ਨੂੰ ਇਹ ਭਰਮ ਸੀ ਕਿ ਧਰਤੀ ਕਿੱਥੇ ਖੜ੍ਹੀ ਹੈ, ਕਿੱਥੇ ਖੜ੍ਹੀ ਹੈ, ਕਿੱਥੇ ਖੜ੍ਹੀ ਹੈ ਜੀ, ਬੋਲ ਦੇ, ਬੋਲ ਦੀ ਪੂੰਛ ਤੇ, ਮੈਨੂੰ ਸੁਣਦਾ ਨਹੀਂ ਜੀ, ਧਰਤੀ ਕਿੱਥੇ ਖੜ੍ਹੀ ਹੈ, ਇੱਦਾਂ ਹੀ ਕਹਿੰਦੇ ਸੀ ਲੋਕ। ਇਹ ਹੁਣ ਵੀ ਮਨੌਤ ਹੈਗੀ ਹੈ। ਅਤੇ ਗੁਰੂ ਨਾਨਕ ਸਾਹਿਬ ਦੇਖੋ ਅਕਾਦਮਿਕ ਚੁਣੌਤੀਆਂ ਕਿਵੇਂ ਦਿੰਦੇ ਆ, ਕਹਿੰਦੇ ਵਾਹ ਜੀ ਵਾਹ, ਧਰਤੀ ਬੋਲ ਦੇ ਸਿੰਘ 'ਤੇ ਖੜ੍ਹੀ ਹੈ। ਕਹਿੰਦੇ ਉਹ ਬੋਲਦ ਕਿੱਥੇ ਖੜ੍ਹਾ, ਉਹ ਕਹਿੰਦੇ ਤੁਹਾਨੂੰ ਨਹੀਂ ਪਤਾ ਥੱਲੇ ਇੱਕ ਹੋਰ ਧਰਤੀ ਹੈ? ਕਹਿੰਦੇ ਨਹੀਂ ਜੀ ਮੈਨੂੰ ਨਹੀਂ ਪਤਾ ਥੱਲੇ। ਕਹਿੰਦੇ ਜੀ ਥੱਲੇ ਇੱਕ ਹੋਰ ਧਰਤੀ ਹੈ? ਕਹਿੰਦੇ ਅੱਛਾ। ਕਹਿੰਦੇ ਦੂਜੀ ਧਰਤੀ ਕਿੱਥੇ ਖੜ੍ਹੀ ਹੈ? ਕਹਿੰਦੇ ਥੱਲੇ ਇੱਕ ਹੋਰ ਬੋਲਦ ਹੈ, ਤੁਹਾਨੂੰ ਨਹੀਂ ਪਤਾ? ਨਹੀਂ ਜੀ ਮੈਨੂੰ ਨਹੀਂ ਪਤਾ।
ਮਹਾਰਾਜ ਕਹਿੰਦੇ ਵਾਹ ਜੀ ਵਾਹ, ਇੱਕ ਧਰਤੀ ਹੋਰ, ਇੱਕ ਬੋਲਦ ਹੋਰ, ਉਹ ਦੂਜਾ ਬੋਲਦ ਕਿੱਥੇ ਖੜ੍ਹਾ? ਕਹਿੰਦੇ ਜੀ ਇੱਕ ਹੋਰ ਹੈ, ਉਹ ਕਰਦਿਆਂ ਕਰਦਿਆਂ ਸੱਤਵੇਂ 'ਤੇ ਆ ਗਏ, ਹੁਣ ਅੱਗੇ ਤਾਂ ਕਹਿੰਦੇ ਹੈ ਨਹੀਂ ਕੋਈ। ਗੁਰੂ ਸਾਹਿਬ ਕਹਿੰਦੇ ਉਹ ਕਿੱਥੇ ਖੜ੍ਹਾ ਭਾਈ? ਕਹਿੰਦੇ ਜੀ ਉਹ ਨਹੀਂ ਪਤਾ ਕਿੱਥੇ ਖੜ੍ਹਾ। ਅਤੇ ਗੁਰੂ ਸਾਹਿਬ ਕਹਿੰਦੇ ਉਹ ਮੈਂ ਦੱਸ ਦਿੰਦਾ ਕਿੱਥੇ ਖੜ੍ਹਾ, ਪਹਿਲਾਂ ਤਾਂ ਤੁਹਾਨੂੰ ਮੈਂ ਇਹ ਦੱਸ ਦਿੰਦਾ ਇਹ ਸੱਤ ਨਹੀਂ ਹੈਗੀਆਂ, ਇਹ ਘੜ ਨਿਕਲ ਜਾਓ ਭਰਮ 'ਚੋਂ ਬਾਹਰ। ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਟੈਲੀਸਕੋਪ ਲੱਗੀਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਖੁਰਦਬੀਨ ਲੱਗੀ ਹੈ, ਗੁਰੂ ਨਾਨਕ ਸਾਹਿਬ ਦੀਆਂ ਅੱਖਾਂ 'ਚ ਦੂਰਬੀਨ ਲੱਗੀ ਹੈ। ਬਹੁਤ ਪਕੜ ਰੱਖਦੇ ਨੇ ਵਿਗਿਆਨਿਕ। ਉਹ ਕਹਿੰਦੇ ਭਲੇ ਪੁਰਸ਼ਾ ਤੈਨੂੰ ਮੈਂ ਗੱਲ ਸਮਝਾਵਾਂ, ਧਰਤੀ ਹੋਰ ਪਰੈ ਹੋਰ ਹੋਰ, ਇਹ ਸੱਤ ਨਹੀਂ ਹੈਗੀਆਂ, ਬਹੁਤ ਨੇ ਗਾਂ ਦੀਆਂ, ਤਿਸ 'ਤੇ ਭਾਰਤ ਲੈ ਕਵਣ ਜ਼ੋਰ। ਇਹ ਅਸਲ ਦੇ ਵਿੱਚ ਇੱਕ ਮਰਿਆਦਾ ਹੈ, ਧੌਲ ਧਰਮ ਦਇਆ ਕਾਪੂਤ। ਇਹ ਧਰਮ ਕੀ ਹੈ? ਮਰਿਆਦਾ। ਇੱਕ 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 ਨਿਯਮ ਹੈ, ਇੱਕ ਕਾਨੂੰਨ ਹੈ ਕੁਦਰਤ ਨੇ ਬਣਾਇਆ ਹੋਇਆ। ਉਹ ਭਲਿਆ ਪੁਰਸ਼ਾ ਕੁਦਰਤ ਦੇ ਨਿਯਮ ਤਹਿਤ ਇਹਨੂੰ ਬੰਨ੍ਹ ਕੇ ਰੱਖਿਆ ਹੋਇਆ, ਇਹਨੂੰ ਕੋਈ ਬਲਦ ਬੁਲਦ ਨਹੀਂ ਸੰਭਾਲ ਸਕਦਾ, ਇਹ ਕੁਦਰਤ ਦਾ ਨਿਯਮ ਇਹਨੂੰ ਸੰਭਾਲਦਾ। ਇਹ ਗੱਲ ਦੇਖੋ ਕਿੱਡੀ ਡੂੰਘੀ ਹੈ, ਜਿਹੜੀ ਗੁਰੂ ਨਾਨਕ ਸਾਹਿਬ ਨੇ ਉਦੋਂ ਕਾਟ ਕੀਤੀ ਹੈ। ਆਹ ਗੱਲ ਅੱਜ ਨਾਸਾ ਦੀ ਵੈਬਸਾਈਟ 'ਤੇ ਪਈ ਹੈ, ਦੇਖ ਲਓ ਇਹਨੂੰ। ਅਤੇ ਸਾਹਿਬ ਨੇ ਆਸਾ ਦੀ ਵਾਰ ਵਿੱਚ ਵੀ ਲਿਖਿਆ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨੰਦ। ਪਤਾ ਨਹੀਂ ਕਿੰਨਾ ਕੁ ਚੱਲਦੇ ਆ। ਗੁਰੂ ਅਰਜਨ ਸਾਹਿਬ ਨੇ ਕਟਾਕਸ਼ ਕੀਤਾ, ਉਹ ਕਹਿੰਦੇ ਭਲਿਓ ਪੁਰਸ਼ੋ ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਦੇਸ਼ ਕੰਟਰੀਜ਼ ਭੂ ਧਰਤੀਆਂ ਮੰਡਲ ਕੰਟੀਨੈਂਟਸ ਸਸੀਅਰ ਚੰਦਰਮਾ ਸੂਰਜ, ਕਿੰਨੇ ਹੀ ਕਰੋੜਾਂ ਹੀ ਚੰਦਰਮਾ, ਕਿੰਨੇ ਹੀ ਸੂਰਜ ਨਖੇਤਰ, ਕਿੰਨੇ ਹੀ ਤਾਰੇ, ਇਹ ਕਰੋੜਾਂ ਦੇ ਵਿੱਚ ਨੇ। ਆਜ ਨਾਸਾ ਦੀ ਵੈਬਸਾਈਟ 'ਤੇ ਪਿਆ, ਕਹਿੰਦੇ ਪਤਾ ਹੀ ਨਹੀਂ ਲੱਗਦਾ। ਕਰਿਓ ਤਾਂ ਗੂਗਲ ਜਾ ਕੇ ਐਕਸਪੈਂਸ਼ਨ ਆਫ ਯੂਨੀਵਰਸ, ਤੁਹਾਡੇ ਸਾਹਮਣੇ ਆ ਜੂਗੀ ਇਹ ਤਸਵੀਰ। ਇਹ ਤਾਂ ਗੱਲ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਨੇ ਨਗਾਰੇ ਦੀ ਚੋਟ 'ਤੇ ਲਿਖੀ ਸੀ ਕਿ ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ। ਇਹਦਾ ਇਹ ਬੜਾ ਵੱਡਾ ਬ੍ਰਹਿਮੰਡ ਦਾ ਖਿਲਾਰਾ, ਇਹ ਪਕੜ 'ਚ ਨਹੀਂ ਆਉਣਾ। ਇਹ 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 ਸਪਸ਼ਟਤਾ ਹੈ ਸਚਾਰ ਮਨੁੱਖ ਨੂੰ। ਆ ਤੁਸੀਂ ਇੱਥੇ ਸਾਇੰਸ ਦੇ ਅਧਿਆਪਕ ਬੈਠੇ ਹੋਣਗੇ, ਇਹ ਧਰਤੀ ਉਤਪਤ ਕਿਵੇਂ ਹੋਈ ਕਿਵੇਂ ਸਮਝਾਉਂਦੇ ਹੋ? ਇਹੀ ਪੜ੍ਹਾਉਂਦੇ ਹੋ ਨਾ ਬਿਗ ਬੈਂਗ ਥਿਊਰੀ ਦੇ ਵਿੱਚ ਕਿ ਸੈਵਰਲ ਈਅਰਸ ਅਗੋ ਐਂਡ ਟਾਈਮ ਇਜ਼ ਈਓਨ, ਪਤਾ ਨਹੀਂ ਕਦੋਂ। ਦੇਰ ਵਾਜ਼ ਏ ਬਲਾਸਟ, ਸੈਵਰਲ ਗੈਸਿਸ ਅਸਕੇਪ ਇਨ ਦਾ ਐਟਮੋਸਫੀਅਰ, ਪਾਰਟੀਕੂਲਰ ਗੈਸਿਸ ਕੰਡੈਂਸ ਟੂ ਵੇਪਰ, ਵੇਪਰ ਲੀਕੂਫਾਈ ਟੂ ਵਾਟਰ, ਐਂਡ ਐਕਚੁਅਲ ਪ੍ਰੀਕਰਸਰ ਆਫ ਦ ਹੋਲ ਕ੍ਰੀਏਸ਼ਨ ਇਜ਼ ਯੂਨੀਸੈਲੂਲਰ ਬਾਡੀ ਅਮੀਬਾ ਰਾਈਟ ਇਨ ਵਾਟਰ। ਤਮਾਕਾ ਹੋਇਆ, ਗੈਸਾਂ ਫੈਲੀਆਂ, ਕੁਝ ਹਵਾ ਦੇ ਕਣ ਜੁੜ ਕੇ ਭਾਫ ਬਣ ਗਈ, ਉਹਦਾ ਤੁਬਕਾ ਬਣ ਗਿਆ ਪਾਣੀ, ਉਹਦੇ ਵਿੱਚੋਂ ਜੀਵ ਪੈਦਾ ਹੋ ਗਿਆ, ਇੱਕ ਯੂਨੀਸੈਲੂਲਰ, ਇੱਕ ਜਿਹੜਾ ਕਣ ਵਾਲਾ, ਇੱਕ ਇੱਕ ਯੂਨਿਟ ਵਾਲਾ, ਇੱਕ ਇਕਾਈ ਵਾਲਾ ਉਹ ਜੀਵ, ਉਹਨੂੰ ਅਸੀਂ ਅਮੀਬਾ ਕਹਿ ਲਿਆ। ਅਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਕਿੱਡਾ ਵੱਡਾ ਵਿਗਿਆਨ ਲਿਖਿਆ ਹੋਇਆ 15ਵੀਂ ਸਦੀ ਵਿੱਚ। ਪੜ੍ਹੋ ਖਾਏ ਨੂੰ, ਸਾਚੇ 'ਤੇ ਪਵਣਾ ਬਹਿਆ, ਅਕਾਲ ਪੁਰਖ ਨੇ ਹਵਾ ਪੈਦਾ ਕੀਤੀ, ਪਵਣੈ 'ਤੇ ਜਲ ਹੋਏ, ਜਲ 'ਤੇ ਤ੍ਰੈ ਪਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਇਹ ਕਿੱਡੀ ਵੱਡੀ ਗੱਲ ਹੈ ਜਿਹੜੀ 19ਵੀਂ ਸਦੀ ਵਿੱਚ ਆ ਕੇ ਵਿਗਿਆਨੀ ਸੋਝੀ ਰੱਖਦੇ ਨੇ, ਪਰ ਗੁਰੂ ਨਾਨਕ ਪਿਤਾ ਨੇ ਉਸ ਗੱਲ ਨੂੰ 15ਵੀਂ ਸਦੀ ਵਿੱਚ ਅੰਕਿਤ ਕੀਤਾ। ਇਹ ਸਚਾਰ ਮਨੁੱਖ ਦੇ ਗੁਣ ਨੇ, ਉਹਨੂੰ ਐਡਾ ਗਿਆਨ ਮਿਲਦਾ ਹੈ। ਲੋਕ ਸਮਝਦੇ ਰਹੇ ਕਿ ਦਿਨੇ ਸੂਰਜ ਚਮਕਦਾ ਅਤੇ ਰਾਤ ਨੂੰ ਚੰਦਰਮਾ,
ਜਦੋਂ ਤੱਕ ਗਲੀਲੀਓ ਨੇ ਟੈਲੀਸਕੋਪ ਦੀ ਮੋਹਰੀ 'ਚੋਂ ਨਹੀਂ ਵੇਖਿਆ ਲੋਕਾਂ ਨੂੰ ਪਤਾ ਹੀ ਨਹੀਂ। ਲੋਕ ਕਹਿੰਦੇ ਸੀਗੇ ਵੀ ਜਿਹੜੀ ਇਹ ਸੂਰਜ ਆ ਧਰਤੀ ਦੇ ਵਾਲੇ ਘੁੰਮੀ ਜਾਂਦਾ ਹੈ ਨਾ, ਆਈਂ ਲੱਗਦਾ ਨਾ ਵੀ ਸੂਰਜ ਘੁੰਮ ਰਿਹਾ, ਲੋਕ ਆਈਂ ਸਮਝਦੇ ਸੀਗੇ। ਅਤੇ ਲੋਕ ਕਹਿੰਦੇ ਸੀ ਰਾਤ ਨੂੰ ਚੰਦਰਮਾ ਚਮਕਦਾ ਹੈ, ਦਿਨੇ ਸੂਰਜ ਚਮਕਦਾ। ਉਹ ਗਲੀਲੀਓ ਕਹਿੰਦਾ ਉਹ ਕੁਛ ਨਹੀਂ ਹੈਗਾ, ਇਹ ਨਿਰਾ ਪੱਥਰ ਹੈ, ਇਹ 'ਚ ਕੋਈ ਚਮਕ ਚੁਮਕ ਨਹੀਂ ਹੈਗੀ। ਨਾਲੇ ਕਹਿੰਦਾ ਐਵੇਂ ਨਾ ਪੁੱਠਾ ਪੜ੍ਹਾਈ ਚੱਲੋ ਕਿ ਸੂਰਜ ਧਰਤੀ ਦੁਆਲੇ ਘੁੰਮਦਾ, ਉਹ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਗਲੀਲੀਓ ਨੂੰ ਚੱਕ ਕੇ ਕੈਦ ਵਿੱਚ ਸੁੱਟਦਾ ਵੀ ਉਹ ਪੁੱਠਾ ਹੀ ਪੜ੍ਹਾਉਣ ਲੱਗ ਗਿਆ, ਵਿਚਾਰਾ ਉੱਥੇ ਮਰ ਗਿਆ ਉਹ। ਪਰ ਇਹਨਾਂ ਨੁਕਤਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ 'ਚ ਖੋਲ੍ਹ ਕੇ ਰੱਖਿਆ ਹੋਇਆ ਹੈ। ਕਹਿੰਦੇ ਚੰਦਰਮਾ ਦੀ ਕੋਈ ਲਾਈਟ ਨਹੀਂ ਹੈ, ਮੂਨ ਹੈਜ਼ ਨੋ ਲਾਈਟ ਆਫ ਇਟਸ ਓਨ, ਇਟ ਜਸਟ ਰੀਫਲੈਕਟਸ ਵਿਦ ਦਾ ਲਾਈਟ ਆਫ ਸਨ, ਦਾ ਫੈਕਟ ਵਾਈਜ਼ ਰਿਵੀਲਡ ਬਾਈ ਨਨ ਐਲਸ ਬਟ ਸ਼੍ਰੀ ਗੁਰੂ ਨਾਨਕ ਦੇਵ ਜੀ। ਇਹ ਸਤਿਗੁਰਾਂ ਨੇ ਦੱਸਿਆ ਵੀ ਚੰਦ ਅਤੇ ਸੂਰਜ ਦੋ ਦੀਵੇ ਸਮਝਦੇ ਆ ਲੋਕ, ਕੀ ਚੰਦ ਸੂਰਜ ਦੋ ਦੀਪਕ ਰੱਖ ਕੇ, ਪਰ ਇੱਦਾਂ ਹੈ ਨਹੀਂ। ਅਸਲ 'ਚ ਕੀ ਹੈ, ਸੱਸ ਘਰ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇੰਦਾ, ਸੂਰਜ ਆ ਕੇ ਚੰਦਰਮਾ ਦੇ ਘਰ ਵਿੱਚ ਸਮਾ ਜਾਂਦਾ, ਉਹਦੇ ਚਾਨਣ ਨਾਲ ਉਹ ਰਿਫਲੈਕਟ ਕਰਦਾ। ਇਹ ਐਡੀਆਂ ਵੱਡੀਆਂ ਗੁੰਝਲਾਂ ਜਿਨ੍ਹਾਂ ਨੂੰ ਮਨੁੱਖ ਆਪਣੀ ਵਿਗਿਆਨ ਦੇ ਨਾਲ 19ਵੀਂ ਸਦੀ ਵਿੱਚ ਆ ਕੇ 18ਵੀਂ ਸਦੀ ਦੇ ਵਿੱਚ ਆ ਕੇ ਸਮਝਣ ਦਾ ਯਤਨ ਕਰਦਾ, ਉਹਨੂੰ ਕੋਈ ਭਿਣਕ ਪੈਂਦੀ ਹੈ। ਇਹ ਗੱਲਾਂ ਪਿਤਾ ਜੀ ਨੇ ਆਪਣੀ ਬਾਣੀ ਵਿੱਚ 15ਵੀਂ ਸਦੀ ਵਿੱਚ ਅੰਕਿਤ ਕਰ ਦਿੱਤੀਆਂ। ਸਚਾਰ ਮਨੁੱਖ ਦਾ ਅਗਲਾ ਗੁਣ ਹੈ, ਸੂਚੀ ਤਾਂ ਬੜੀ ਲੰਮੀ ਹੈ, ਮੈਂ ਇਹਨੂੰ ਚਾਰਾਂ ਵਿੱਚ ਸਮੇਟਣਾ ਚਾਹੁੰਦਾ। ਸਰਬੱਤ ਦੇ ਭਲੇ ਲਈ ਮੁਕੰਮਲ ਸਮਰਪਣ, ਮੁਕੰਮਲ ਸਮਰਪਣ ਹੈ ਮਨੁੱਖ ਦਾ। ਹੁਣ ਇਸ ਗੱਲ ਨੂੰ ਧਿਆਨ ਨਾਲ ਵੇਖਿਓ, ਉੱਪਰੋਂ ਵੀ ਦੁਹਰਾ ਲਵੋ, ਸਿਰਜਣਹਾਰ ਦੀ ਯਾਦ ਅਤੇ ਰਜ਼ਾ ਵਿੱਚ ਪ੍ਰਬਲ ਜਗਿਆਸਾ ਜੁੜੇ ਰਹਿਣ ਦੀ, ਕਿਸੇ ਨਾਲ ਈਰਖਾ ਨਹੀਂ, ਪੱਖਪਾਤ ਨਹੀਂ, ਪ੍ਰੇਮ ਹੀ ਪ੍ਰੇਮ ਹੈ, ਉਹਦੀ ਸੋਚ ਵਿੱਚ ਭਰਮ ਨਹੀਂ ਹੈ, ਵਿਗਿਆਨਿਕ ਸੋਚ ਹੈ, ਔਰ ਉਹ ਸਰਬੱਤ ਦੇ ਭਲੇ ਲਈ ਮੁਕੰਮਲ ਸਮਰਪਣ ਰੱਖਦਾ ਹੈ। ਮੁਕੰਮਲ ਸਮਰਪਣ ਕੀ ਹੈ, ਇਹ ਸਿਰਾ ਆ ਮੁਕੰਮਲ ਸਮਰਪਣ ਦਾ। ਉਹਨੂੰ ਸਮਝ ਹੈ ਕਿ ਬਿਨਾਂ ਨਿੱਜੀ ਸੁੱਖ ਤਿਆਗੇ, ਹਾਂਜੀ ਪੜ੍ਹੋ ਜੀ ਕੀ ਲਿਖਿਆ, ਬਿਨਾਂ ਨਿੱਜੀ ਸੁੱਖ ਤਿਆਗੇ, ਇਹ ਉਹਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਕਿ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣੇ ਆਈ। ਵੀ ਇਹ ਜੇ ਸਮਾਜ ਨੂੰ ਸੁਧਾਰਨਾ ਤਾਂ ਫਿਰ ਇਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਦਿੰਦੇ ਹਾਂ ਕੰਫਰਟ ਜ਼ੋਨ, ਇਹ ਤੋਂ ਬਾਹਰ ਨਿਕਲਣਾ ਪੈਣਾ। ਇਹ ਆਪਾਂ ਸੁੱਖ ਰਹਿਣੇ ਆ ਨਾ, ਇਹ ਸੁੱਖ ਆਰਾਮ ਤੋਂ ਬਾਹਰ ਨਿਕਲਾਂਗੇ ਤਾਂ ਸਮਾਜ ਦਾ ਭਲਾ ਕਰ ਸਕਦੇ ਹੋ। ਸੁਚਿਆਰ ਮਨੁੱਖ ਸੁੱਖ ਆਰਾਮ ਛੱਡ ਕੇ, ਆਪਣਾ ਆਪਾ ਤਿਆਗ ਕੇ ਲੁਕਾਈ ਦੇ ਭਲੇ ਲਈ ਨਿਕਲਦਾ, ਇਹ ਸੁਚਿਆਰ ਮਨੁੱਖ ਦਾ ਗੁਣ ਹੈ। ਸੁਚਿਆਰ ਮਨੁੱਖ ਕਿਰਦਾਰ ਦਾ ਸਿਖਰ ਇਹ ਹੈ, ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ। ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਮੁਖਾਰਬਿੰਦ ਤੋਂ ਇਹ ਸ਼ਬਦਾਂ ਦਾ ਉਚਾਰਨ ਸਹਿਜ ਹੋਇਆ ਕਰਦਾ ਸੀ। ਮੈਨੂੰ ਚਾਅ ਚੜਿਆ ਹੋਇਆ ਕਿ ਮੈਂ ਆਪਣਾ ਆਪਾ ਸਾਰਾ ਕੁਰਬਾਨ ਕਰ ਦੇਵਾਂ। ਇਤਿਹਾਸ ਵਿੱਚ ਹੋਰਨਾਂ ਦੇ ਵੀ ਪੁੱਤਰ, ਹੋਰਨਾਂ ਦੇ ਵੀ ਪਰਿਵਾਰਾਂ ਦੀਆਂ ਦੁਸ਼ਮਣਾਂ ਵੱਲੋਂ, ਜ਼ਾਲਮਾਂ ਵੱਲੋਂ ਸ਼ਹਾਦਤਾਂ ਹੋਈਆਂ ਨੇ, ਪਰ ਇਤਿਹਾਸ ਵਿੱਚ ਕੋਈ ਐਸੀ ਉਦਾਹਰਣ ਨਹੀਂ ਜਿੱਥੇ ਗੁਰੂ ਗੋਬਿੰਦ ਸਿੰਘ ਵਾਂਗੂ ਕਿਸੇ ਹੋਰ ਰਹਿਬਰ ਨੇ ਖੁਸ਼ੀਆਂ ਮਨਾਈਆਂ ਹੋਣ, ਜਕਾਰੇ ਛੱਡੇ ਹੋਣ। ਕਿਤੇ ਉਦਾਹਰਣ ਨਹੀਂ ਜਿਵੇਂ ਗੁਰੂ
ਗੋਬਿੰਦ ਸਿੰਘ ਪਿਤਾ ਜੀ ਨੇ ਬਚਪਨ ਦੇ ਵਿੱਚ ਗੋਬਿੰਦ ਰਾਏ ਛੋਟੀ ਉਮਰੇ 9 ਵਰਿਆਂ ਦੀ ਉਮਰੇ ਆਪਣੇ ਪਿਤਾ ਨੂੰ ਕਿਹਾ ਹੋਵੇ ਪਿਤਾ ਜੀ ਜੇ ਅੱਜ ਜੰਜੂ ਖਤਰੇ ਵਿੱਚ ਹੈ ਤੁਸੀਂ ਕਹਿੰਦੇ ਹੋ ਜੰਜੂ ਦੀ ਰਾਖੀ ਲਈ ਬਲਿਦਾਨ ਦੇਣਾ ਪੈਣਾ ਹੈ ਤਾਂ ਤੁਹਾਤੋਂ ਵੱਡਾ ਬਲੀ ਕੌਣ ਹੋ ਸਕਦਾ ਜਾਓ ਅਤੇ ਜਾ ਕੇ ਬਲਿਦਾਨ ਦੇ ਆਓ ਪਿਤਾ ਨੂੰ ਇਹ ਗੱਲ ਕਹਿਣ ਵਾਲਾ ਆਪਣੀ ਮਾਤਾ ਆਪਣੇ ਬੇਟਿਆਂ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਖੁਸ਼ੀਆਂ ਮਨਾਉਣ ਵਾਲਾ ਸ਼ੁਕਰਾਨੇ ਦੇ ਜਕਾਰੇ ਛੱਡਣ ਵਾਲਾ ਇਹ ਸਿਖਰ ਹੈ ਸਿਰਾ ਆ ਸੱਚਾਰ ਕਰਦਾਰ ਦਾ ਅਤੇ ਸੱਚਾਰ ਮਨੁੱਖ ਦੀ ਪ੍ਰਬਲ ਜਗਿਆਸਾ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਨੂੰ ਵੀ ਆਪਣੇ ਵਰਗਾ ਬਣਾ ਲੈ ਮੈਨੂੰ ਵੀ ਸਾਹਿਬਜ਼ਾਦਿਆਂ ਵਰਗਾ ਬਣਾ ਲੈ ਮੈਨੂੰ ਪੰਜ ਪਿਆਰਿਆਂ ਵਰਗਾ ਬਣਾ ਲੈ ਇਹ ਜਗਿਆਸਾ ਇੰਨੀ ਪ੍ਰਬਲ ਹੁੰਦੀ ਹੈ ਇਹ ਹਰ ਸਿੱਖ ਵਿੱਚ ਤੁਸੀਂ ਮਾਈ ਮਤੀ ਦਾ ਸਾਲ ਤਾਂ ਬਣਾਇਆ ਹੋਇਆ ਬਹੁਤ ਮੁਬਾਰਕ ਹੈ ਅੱਜ ਆਪਾਂ ਇੱਕ ਸੰਕਲਪ ਦ੍ਰਿੜ ਕਰਨਾ ਹੈ ਕਿ ਇਹਨਾਂ ਬੱਚਿਆਂ ਦੀ ਅਵਸਥਾ ਨੂੰ ਇੱਥੋਂ ਚੱਕਣਾ ਇੱਦਾਂ ਕਿ ਸਿਰ 'ਤੇ ਆਰਾ ਰੱਖ ਕੇ ਬੱਚਿਆਂ ਨੂੰ ਅਨੁਭਵ ਕਰਾਇਆ ਕਰੋ ਕਿ ਲਓ ਠੰਡਾ ਸਾਹ ਹੁਣ ਦੇਖੋ ਮਤੀਦਾਸ ਨੂੰ ਅਤੇ ਹੁਣ ਸੋਚੋ ਜਦੋਂ ਕਦੀ ਕਿਤੇ ਰੱਬ ਨਾ ਕਰੇ ਇਤਿਹਾਸ ਕਰਵਟ ਖਾਵੇ ਤੁਹਾਡੇ ਸਿਰ 'ਤੇ ਆਰਾ ਆਵੇ ਅਤੇ ਫਿਰ ਤੁਹਾਡੇ ਅੰਦਰ ਭਾਈ ਮਤੀਦਾਸ ਵਾਲਾ ਬਲ ਹੋਵੇ ਤੁਹਾਡੀ ਜੋਤ ਪਰਮ ਜੋਤ ਵਿੱਚ ਤੁਹਾਡੀ ਆਤਮਾ ਦਾ ਪਰਮਾਤਮਾ ਨੂੰ ਕੌਲ ਲਾਉਣ ਦਾ ਅਭਿਆਸ ਹੋਵੇ ਕਿ ਤੁਹਾਡੀ ਸਿੱਧੀ ਕੌਲ ਉੱਥੇ ਖੜ ਕੇ ਅਤੇ ਤੁਸੀਂ ਇਹ ਤਾਕਤ ਰੱਖਦੇ ਹੋਵੋਗੇ ਤੁਹਾਨੂੰ ਆਰੇ ਨਾਲ ਦੋ ਫਾੜ ਕਰ ਦਿੱਤਾ ਜਾਵੇ ਅਤੇ ਤੁਹਾਨੂੰ ਲੱਗੇ ਕੁਝ ਨਹੀਂ ਹੋ ਰਿਹਾ ਇਹ ਹੈ ਗੱਲ ਭਾਈ ਮਤੀਦਾਸ ਦੀ ਸਾਖੀ ਸੁਣਾਉਣ ਵਾਲੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਜਗਿਆਸਾ ਇੰਨੀ ਪ੍ਰਬਲ ਕਰ ਦੇਣੀ ਕਿ ਮੈਂ ਇੰਨਾ ਸਮਰਪਣ ਕਰਾਂਗਾ ਕਿ ਸਿਰ 'ਤੇ ਆਰਾ ਰੱਖ ਕੇ ਦੋ ਫਾੜ ਹੋਣ ਦਾ ਵਕਤ ਵੀ ਕਿਉਂ ਨਾ ਆਵੇ ਉਦੋਂ ਪਹਿਲਾਂ ਮੇਰੀ ਆਤਮਾ ਪਰਮਾਤਮਾ ਨੂੰ ਕਾਲ ਲਾਉਣ ਦੀ ਅਭਿਆਸ ਵਿੱਚ ਇੰਨੀ ਪਰਪੱਕਤਾ ਹਾਸਲ ਕਰੇਗੀ ਕਿ ਮੇਰੇ ਵਾਸਤੇ ਜਵਾਕਾਂ ਵਾਲੀ ਖੇਡ ਬਣ ਜਾਵੇਗੀ ਇਹ ਹੈ ਸੱਚਾਰ ਮਨੁੱਖ ਦਾ ਅਭਿਆਸ ਸੱਚਾਰ ਮਨੁੱਖ ਦੀ ਪਕੜ ਇਹ ਕਿਸੇ ਇਤਿਹਾਸਕਾਰ ਦੀਆਂ ਜਾਂ ਕਿਸੇ ਕਾਲਮ ਨਵੀਸ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਨਹੀਂ ਹੈ ਜਲਾਦ ਕੱਟਣ ਲੱਗਿਆ ਬੰਦ ਇੱਥੋਂ ਭਾਈ ਮਨੀ ਸਿੰਘ ਕਹਿਣ ਲੱਗੇ ਉਹ ਕਮਲਿਆ ਬੰਦ ਇੱਥੋਂ ਥੋੜ੍ਹਾ ਸ਼ੁਰੂ ਹੁੰਦਾ ਇੱਥੋਂ ਹੁੰਦਾ ਇਹ ਸਾਖੀ ਸੁਣਾਉਣ ਵਾਸਤੇ ਨਹੀਂ ਹੈ ਇਹ ਇੱਕ ਬਹੁਤ ਵੱਡਾ ਸੰਕਲਪ ਦ੍ਰਿੜ ਕਰਨ ਵਾਸਤੇ ਹੈ ਕਿ ਮੈਂ ਆਪਣਾ ਅਭਿਆਸ ਆਪਣੇ ਅੰਦਰਲੀ ਊਰਜਾ ਇੰਨੀ ਤਕੜੀ ਕਰਕੇ ਭਰ ਲੈਣੀ ਹੈ ਪਰਮਾਤਮਾ ਨਾ ਕਰੇ ਇਹੋ ਜਿਹਾ ਜਲਮ ਫਿਰ ਪੈਦਾ ਹੋਵੇ ਪਰ ਜੇ ਪੈਦਾ ਵੀ ਹੋ ਜਾਵੇ ਸਾਡੀ ਆਤਮਾ ਇੰਨੀ ਮਜ਼ਬੂਤ ਹੋਵੇ ਅਸੀਂ ਉਹਨੂੰ ਦੱਸ ਸਕੀਏ ਕਿ ਭਲਿਆ ਪੁਰਸ਼ਾ ਕਿਹੜੇ ਚੱਕਰਾਂ 'ਚ ਤੁਰਿਆ ਫਿਰਦਾ ਅਸੀਂ ਤਾਂ ਬ੍ਰਹਿਮੰਡ ਦੇ ਮਾਲਕ ਹਾਂ ਇਹਦਾ ਤੈਨੂੰ ਐਵੇਂ ਅਸੀਂ ਭੁਲੇਖਿਆਂ 'ਚ ਪਾ ਰੱਖਿਆ ਸਾਡੀ ਤਾਕਤ ਦਾ ਇਹ ਸਿਖਰ ਹੈ ਭਾਈ ਮਨੀ ਸਿੰਘ ਦੀ ਸ਼ਹਾਦਤ ਕਿਤਾਬਾਂ 'ਚ ਪੜ੍ਹਾਉਣ ਵਾਸਤੇ ਨਹੀਂ ਇਹ ਜ਼ਿੰਦਗੀ 'ਚ ਹੰਢਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਇਹ ਬੇਮਿਸਾਲ ਸਮਰਪਣ ਹੈ ਪਿਆਰ ਵਾਲਿਓ ਗੱਲਾਂ ਕਈ ਵਾਰੀ ਨਹੀਂ ਇਤਿਹਾਸ ਵਿੱਚ ਹਰ ਵਾਰੀ ਕਈ ਵਾਰੀ ਨਹੀਂ ਇਤਿਹਾਸ ਵਿੱਚ ਹਰ ਵਾਰੀ ਉਹ ਮੁਕਾਮ ਉਤਲੇ ਨੂੰ ਛੂੰਹਦੀਆਂ ਨੇ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਕਲਾਈਮੈਕਸ ਨੂੰ ਜਾ ਕੇ ਅੱਪੜਦੀਆਂ ਨੇ ਇਤਿਹਾਸਕਾਰ ਲਿਖਦੇ ਨੇ ਕਿ ਮੀਰ ਮਨੂ ਨੇ ਔਰਤਾਂ ਦੇ ਉੱਤੇ ਜਲਮ ਆਰੰਭ ਕੀਤੇ ਕਿ ਇਹ ਬੱਚਿਆਂ ਨੂੰ ਇਹੋ ਜਿਹਾ ਨੂੰ ਜਨਮ ਦਿੰਦੀਆਂ ਨੇ ਇਹਨਾਂ ਨੂੰ ਖਤਮ ਕਰ ਦੇਣਾ ਇਹਨਾਂ ਨਾਲ ਅਸੀਂ ਲੜ ਨਹੀਂ ਸਕਦੇ ਇਹਨਾਂ ਨੂੰ ਹੀ ਖਤਮ ਕਰ ਦੇਣਾ ਤਾਂ ਕਿ ਬੱਚਿਆਂ ਦੇ ਜਨਮ ਹੀ ਨਾ ਹੋਣ ਜਿਹੜੀਆਂ ਐਡੇ ਬਹਾਦਰ ਸੂਰਵੀਰਾਂ ਨੂੰ ਜਨਮ ਦੇ ਦਿੰਦੀਆਂ ਨੇ ਕਹਿੰਦੇ ਮਾਮਾ ਦੇ ਮੈਂ ਤੁਹਾਨੂੰ ਸਾਖੀ ਨਹੀਂ ਸੁਣਾਉਣੀ ਡੱਕਰੇ ਕਰਕੇ ਗਲਾਂ 'ਚ ਪੈਂਦੇ ਨੇ ਉੱਥੇ ਇੱਕ ਘਟਨਾ ਵਾਪਰਦੀ ਹੈ ਘਟਨਾ ਇਹ ਹੈ
ਕਿ ਰਾਤ ਨੂੰ ਜ਼ੁਲਮ ਹੋਣ ਤੋਂ ਬਾਅਦ ਜ਼ਾਲਮ ਚਲੇ ਗਏ ਨੇ ਅਤੇ ਪਹਿਰੇਦਾਰ ਖੜ੍ਹੇ ਨੇ ਅਤੇ ਬੀਬੀਆਂ ਦੇ ਗਲਾਂ ਵਿੱਚ ਬੱਚਿਆਂ ਦੇ ਹਾਰ ਨੇ, ਇੱਕ ਪਹਿਰੇਦਾਰ ਉਹ ਦੂਰ ਖੜ੍ਹਾ ਅਤੇ ਬੀਬੀਆਂ ਬੈਠੀਆਂ ਨੇ ਗਲਾਂ ਵਿੱਚ ਬੱਚਿਆਂ ਦੇ ਹਾਰ ਪਵਾਈ, ਦੇਖ ਨਹੀਂ ਹੁੰਦਾ ਉਹ ਦ੍ਰਿਸ਼ ਟੁਕੜੇ ਟੁਕੜੇ ਕਰਕੇ ਬੱਚੇ ਸੁੱਟੇ ਪਏ ਨੇ। ਇੱਕ ਬੀਬੀ ਪਹਿਰੇਦਾਰ ਨੂੰ ਆਵਾਜ਼ ਮਾਰਦੀ ਹੈ, ਵੀਰ ਗੱਲ ਸੁਣੀ। ਉਹ ਕੋਲੇ ਖੜ੍ਹੇ ਦੂਜੇ ਪਹਿਰੇਦਾਰ ਨੂੰ ਕਹਿੰਦਾ, ਉਹ ਬੀਬੀ ਆਵਾਜ਼ ਮਾਰਦੀ, ਉਹ ਕਹਿੰਦਾ ਯਾਰ ਬੜਾ ਜ਼ੁਲਮ ਹੁੰਦਾ ਇਹਨਾਂ 'ਤੇ, ਵਿਚਾਰੀ ਪਾਣੀ ਦਾ ਘੁੱਟ ਮੰਗਦੀ, ਉਹ ਰੋਟੀ ਦਾ ਟੁੱਕ ਮੰਗਦੀ, ਜਾ ਸੁਣਿਆ ਅਤੇ ਦੇ ਦੀ ਜੋ ਮੰਗਦੀ ਹੈ, ਇਹਨਾਂ 'ਤੇ ਬਹੁਤ ਜ਼ੁਲਮ ਹੁੰਦਾ। ਅਤੇ ਉਹ ਜਦੋਂ ਉਹਦੇ ਕੋਲ ਪਹੁੰਚਿਆ ਅਤੇ ਉਹਨੂੰ ਬੀਬੀ ਪਤਾ ਕੀ ਕਹਿੰਦੀ, ਕਹਿੰਦੀ ਵੀਰ ਨਾ, ਆਹ ਜਿਹੜਾ ਮੇਰੇ ਗਲ ਵਿੱਚ ਹਾਰ ਪਾਇਆ ਨਾ, ਇਹ ਉਹ ਬੀਬੀ ਦੇ ਬੱਚੇ ਦਾ ਹੈ ਅਤੇ ਉਹ ਬੀਬੀ ਦਾ ਅਤੇ ਉਹ ਮੇਰੇ ਬੱਚੇ ਦਾ, ਐਂ ਕਰ, ਮੇਰਾ ਉੱਥੇ ਪਾਇਆ, ਉਹ ਉੱਥੇ ਪਾਇਆ, ਆਹ ਲਾ ਕੇ ਮੇਰੇ ਪਾ। ਪਿਆਰ ਵਾਲਿਓ, ਇਹ ਕਿਹੜੀ ਮਿੱਟੀ ਦੇ ਬਣੇ ਹੋਏ ਸਰੀਰ ਨੇ, ਇਹ ਕੌਣ ਨੇ? ਕਹਿੰਦੇ ਉਹ ਬੱਬਾ ਮਾਰਦਾ ਭੱਜਿਆ ਆ। ਕਹਿੰਦਾ ਭੈਣੇ ਮੇਥੋਂ ਨਹੀਂ ਇਹ ਹੁੰਦਾ, ਮੇਥੋਂ ਨਹੀਂ ਇਹ ਹੋ ਸਕਦਾ। ਕਹਿੰਦਾ ਮੈਂ ਜਲਾਦ ਨਹੀਂ ਹਾਂ, ਮੈਂ ਤਾਂ ਸਧਾਰਨ ਜਿਹਾ ਪਹਿਰੇਦਾਰ ਹਾਂ, ਮੈਂ ਨਹੀਂ ਇਹ ਕਰ ਸਕਦਾ। ਇਹ ਬੇਮਿਸਾਲ ਸਮਰਪਣ ਹੈ। ਇਹ ਕੀ ਹੈ? ਇਹ ਹੈ ਸੱਚਾਰ ਮਨੁੱਖ ਦੀ ਪਰਿਭਾਸ਼ਾ। ਕਿ ਉਹ ਡਾਕਟਰ ਨੇਕੀ ਆਪਣੀਆਂ ਕਿਤਾਬਾਂ 'ਚ ਦਾ ਖੁਲਾਸਾ ਕਰਦੇ ਨੇ ਕਿ ਗੁਰਬਾਣੀ ਮਨੁੱਖ ਨੂੰ ਐਡੀ ਤਾਕਤ ਦਿੰਦੀ ਹੈ, ਇਹ ਦੁਨਿਆਵੀ ਗਿਆਨ ਤੋਂ ਤਾਂ ਉੱਠ ਕੇ ਐਸੇ ਬ੍ਰਹਿਮੰਡ ਦੇ ਉਹ ਬ੍ਰਹਮ ਗਿਆਨ ਵਿੱਚ ਉਹ ਇਸ਼ਨਾਨ ਕਰਦਾ, ਉਹਦੀ ਆਤਮਾ ਅਤੇ ਪਰ ਆਤਮਾ ਇੱਕ ਸੁਮੇਲ ਦੇ ਵਿੱਚ ਹੁੰਦੀਆਂ ਨੇ, ਇਹ ਦੁਨਿਆਵੀ ਦੁੱਖ ਸੁੱਖ ਚੁਣੌਤੀਆਂ ਇਹ ਉਹਦੇ ਵਾਸਤੇ ਜਵਾਕਾਂ ਦੀ ਖੇਡ ਹੋਇਆ ਕਰਦੇ ਨੇ। ਇਹ ਸੱਚਾਰ ਮਨੁੱਖ ਦਾ ਬੇਮਿਸਾਲ ਸਮਰਪਣ ਹੈ ਕਿ ਮੈਂ ਸਮਾਜ ਨੂੰ ਸੋਹਣਾ ਬਣਾਉਣਾ ਅਤੇ ਸੋਹਣਾ ਬਣਾਉਣ ਲਈ ਉਹ ਕਿਸ ਹੱਦ ਤੱਕ ਚਲੇ ਜਾਂਦਾ ਹੈ। ਹੁਣ ਅੰਤਰ ਦੇਖਿਓ ਆਮ ਮਨੁੱਖ ਅਤੇ ਸੱਚਾਰ ਮਨੁੱਖ ਦਾ ਕੀ ਹੁੰਦਾ। ਆਮ ਮਨੁੱਖ ਕੀ ਹੈ? ਆਪਾਂ ਸਕੂਲਾਂ 'ਚ ਪੜ੍ਹਦੇ ਹਾਂ, ਮੈਨੂੰ ਬਹੁਤ ਸਾਰੇ ਸਕੂਲਾਂ ਵਾਲਿਆਂ ਦੇ ਨਾਲ ਮੇਰਾ ਰਾਬਤਾ ਨਿਰੰਤਰ ਬਣਿਆ ਰਹਿੰਦਾ। ਅਕਸਰ ਪੜ੍ਹਨ ਤੋਂ ਕਹਿੰਦੇ ਆ ਜੀ, ਸਾਡੇ ਬੱਚੇ ਤਾਂ 97% ਨੰਬਰ ਲੈ ਕੇ ਪਾਸ ਹੁੰਦੇ ਨੇ, 99% ਲੈ ਕੇ ਪਾਸ ਹੁੰਦੇ ਨੇ। ਮੈਂ ਕਈ ਵਾਰੀ ਕਹਿ ਵੀ ਦਿੰਦਾ, ਕਈ ਵਾਰੀ ਮੈਂ ਮਨ ਵਿੱਚ ਰੋਕ ਲੈਂਦਾ, ਮੈਂ ਪੁੱਛਦਾ ਵੀ ਇਹ ਤੁਹਾਡੇ ਕੋਲੋਂ 99% ਲੈ ਕੇ ਉਹ ਕਿੱਥੇ ਕਿੱਥੇ ਗੁਜ਼ਰ ਜਾਂਦੇ ਨੇ, ਕਿੱਥੇ ਕਿਹੜੇ ਥਾਂ 'ਤੇ ਕਿਸੇ ਗਰਕ ਹੋ ਜਾਂਦੇ ਨੇ ਕਿਸੇ ਖੂਹ ਦੇ ਵਿੱਚ, ਆਹ ਸਾਰਾ ਸਮਾਜ ਦਾ ਗੰਦਾ ਹੋਇਆ ਪਿਆ। ਇੱਥੇ ਡਾਕਟਰ ਲੁੱਟੀ ਜਾਂਦੇ ਨੇ, ਇੱਥੇ ਇੰਜੀਨੀਅਰ ਲੁੱਟੀ ਜਾਂਦੇ ਨੇ, ਸਮੇਂ ਦੇ ਹਾਕਮ ਲੁੱਟੀ ਜਾਂਦੇ ਨੇ, ਪ੍ਰਬੰਧਕ ਲੁੱਟੀ ਜਾਂਦੇ ਨੇ, ਉਹ ਵਿਰਲਿਆਂ ਟਾਮਿਆਂ ਨੂੰ ਛੱਡ ਕੇ ਇੰਨਾ ਗੰਦ ਪਾਇਆ ਪਿਆ ਅਤੇ ਸਾਰੇ ਹੀ ਸਕੂਲ 99% ਨੰਬਰ ਵਾਲੇ ਬੱਚੇ ਪੈਦਾ ਕਰਕੇ ਬਾਹਰ ਭੇਜੀ ਜਾ ਰਹੇ ਨੇ। ਹਰ ਇੱਕ ਨੇ ਫੱਟਾ ਲਾਇਆ ਹੋਇਆ ਕਿ ਮੇਰੇ ਇੰਨੇ ਬੱਚਿਆਂ ਦੇ ਇੰਨੇ ਇੰਨੇ ਨੰਬਰ ਆਏ ਬਾਹਰ। ਉਹ ਗਏ ਕਿੱਥੇ? ਕਿਹੜੇ ਢੱਠੇ ਖੂਹ 'ਚ ਚਲੇ ਗਏ ਤੁਹਾਡੇ ਕੋਲੋਂ ਪੜ੍ਹ ਕੇ? ਉਹ ਮੇਰੇ ਸ਼ਬਦਾਂ 'ਚ ਕੜੱਤਣ ਹੋਵੇ, ਪਰ ਇਹ ਕੜੱਤਣ ਮੇਰੇ ਆਂਦਰਾਂ ਦਾ ਦਰਦ ਹੈ। ਮੇਰਾ ਦਿਲ ਦੁੱਖਦਾ ਕਿ ਐਡੇ ਐਡੇ ਵੱਡੇ ਵੱਡੇ ਸਕੂਲਾਂ ਵਿੱਚ ਐਡੇ ਐਡੇ ਨੰਬਰ ਲੈਣ ਵਾਲੇ ਬੱਚੇ ਪੈਦਾ ਕੀ ਕਰ ਰਹੇ ਨੇ। ਆਮ ਮਨੁੱਖ, ਆਮ ਮਨੁੱਖ ਕੀ ਹੈ? ਪੈਸਾ, ਤਾਕਤ, ਰੁਤਬਾ, ਮਾਣ ਸਨਮਾਨ, ਸੁੱਖ ਆਰਾਮ, ਬਸ 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 ਇੰਨਾ ਹੀ, ਇਹੀ ਪ੍ਰਾਥਮਿਕਤਾ ਆ ਸਾਡੇ ਸਕੂਲਾਂ ਦੇ ਪੜ੍ਹਾਏ ਵਿਦਿਆਰਥੀਆਂ ਦੀ। ਪੈਸਾ, ਤਾਕਤ, ਰੁਤਬਾ, ਮਾਣ ਸਨਮਾਨ, ਸੁੱਖ ਆਰਾਮ, ਜਿਹਨੂੰ ਆਪਾਂ ਕੰਫਰਟ ਜ਼ੋਨ ਕਹਿ ਦਿੰਦੇ ਹਾਂ, ਸੁੱਖ ਰਹਿਣੇ, ਬਸ ਆਹੀ ਹੈ, ਇਹੀ ਅਸੀਂ ਪੜ੍ਹਾਉਂਦੇ ਹਾਂ। ਅਤੇ ਸਾਨੂੰ ਲੱਗਦਾ ਵੀ ਬੜਾ ਕੁਛ ਪੜ੍ਹਾਈ ਜਾ ਰਹੇ ਹਾਂ। ਮੈਨੂੰ ਕਹਿ ਲੈਂਦਣਾ, ਮੈਂ ਬੜਾ ਕੌੜਾ ਸ਼ਬਦ ਕਹਿਣ ਲੱਗਿਆ, ਆ ਜਿੰਨਾ ਆਲੇ ਦੁਆਲੇ ਗੰਦ ਖਿਲ ਰਿਹਾ ਹੋਇਆ ਨਾ, ਹੁਣ ਗੰਦ ਦੀ ਵਿਆਖਿਆ ਨਹੀਂ ਮੈਂ ਕਰਨੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸ਼ਾਮ ਨੂੰ ਆਪਣੀ ਧੀ ਨੂੰ ਪੜ੍ਹਨ ਨਹੀਂ ਭੇਜ ਸਕਦੇ, ਇੰਨਾ ਗੰਦ ਖਿਲ ਰਿਹਾ ਹੋਇਆ ਆਲੇ ਦੁਆਲੇ। ਇਹ ਸਾਰੇ ਦੇ ਜ਼ਿੰਮੇਵਾਰ ਪਤਾ ਕੌਣ? ਗੁੱਸਾ ਤਾਂ ਨਹੀਂ ਕਰੋਗੇ? ਕਹਿ ਦੇਵਾਂ, ਤੁਸੀਂ ਅਤੇ ਮੈਂ, ਇਹ ਫਾਹਾ ਤੁਹਾਨੂੰ ਅਤੇ ਮੈਨੂੰ ਲਾਉਣਾ ਪੈਣਾ, ਤੁਹਾਡਾ ਅਤੇ ਮੇਰਾ ਬਦਲ ਲੱਭਣਾ ਪੈਣਾ, ਕਿਉਂਕਿ ਮੈਂ ਵੀ ਕਿੱਤੇ ਵਜੋਂ ਇੱਕ ਅਧਿਆਪਕ ਹਾਂ ਨਾ।
ਤੁਸੀਂ ਵੀ ਅਧਿਆਪਕ ਹੋ। ਅਸੀਂ ਆਹੀ ਪੈਦਾ ਕਰੀ ਜਾਂਦੇ ਹਾਂ, ਅਸੀਂ ਸਾਰੇ ਇਹੀ ਪੈਦਾ ਕਰੀ ਜਾ ਰਹੇ ਹਾਂ। ਤੁਹਾਡੀ ਪੜ੍ਹਾਈ ਕੈਮਿਸਟਰੀ, ਤੁਹਾਡੀ ਪੜ੍ਹਾਈ ਬਾਇਓਲੋਜੀ, ਤੁਹਾਡਾ ਪੜ੍ਹਾਇਆ ਗਣਿਤ, ਰਸਾਇਣਿਕ ਵਿਗਿਆਨ, ਭੌਤਿਕ ਵਿਗਿਆਨ, ਭਾਸ਼ਾਵਾਂ ਕਿਤੇ ਕੰਮ ਨਹੀਂ ਆਉਣੀਆਂ। ਆ ਤੁਹਾਡੇ ਵਿੱਚੋਂ ਕਹਿ ਦੇਵਾਂ ਮੈਂ, ਤੁਹਾਡੇ ਪ੍ਰਿੰਸੀਪਲ ਸਾਹਿਬ ਹੋਰ ਬੈਠੇ ਹੋਣਗੇ ਵੱਡੇ ਵੱਡੇ, ਹੈ ਨਾ, ਜਿਨ੍ਹਾਂ ਨੇ ਹੋਰ ਜਦੋਂ ਪੜ੍ਹਦੇ ਸੀਗੇ ਬੜੇ ਨੰਬਰ ਲੈ ਕੇ ਪਾਸ ਹੋਏ ਆ। ਅਤੇ ਜੇ ਅੱਜ ਮੈਂ ਇਹਨਾਂ ਸਾਹਮਣੇ ਜਾਂ ਕੋਈ ਮੇਰੇ ਸਾਹਮਣੇ ਦਸਵੀਂ ਦਾ ਪ੍ਰਸ਼ਨ ਪੱਤਰ ਰੱਖਦੇ ਨਾ, ਪਾਸ ਹੋਣ ਜਿੰਨੇ ਨੰਬਰ ਨਹੀਂ ਆਉਂਦੇ, ਵੱਧ ਤੋਂ ਵੱਧ ਆਪਣੇ ਵਿਸ਼ੇ ਦੇ ਨੰਬਰ ਲੈ ਲਉਂਗੇ। ਅਤੇ ਜੇ ਤੁਸੀਂ ਅਧਿਆਪਨ ਦਾ ਕਿੱਤਾ ਛੱਡ ਕੇ ਕਿਸੇ ਪ੍ਰਬੰਧ ਵਿੱਚ ਜਾ ਵੜੇ, ਕਿਸੇ ਹੋਰ ਕਿੱਤੇ ਵਿੱਚ ਜਾ ਵੜੇ, ਤਾਂ ਤੁਹਾਡੇ ਕੋਲੋਂ ਕਿਸੇ ਵਿਸ਼ੇ ਦੇ ਪਾਸ ਹੋਣ ਜਿੰਨੇ ਨੰਬਰ ਨਹੀਂ ਲੈ ਆਉਂਦੇ। ਅਤੇ ਜੇ ਅਧਿਆਪਨ 'ਚ ਆ ਗਏ ਤਾਂ ਵੀ ਆਪਣੇ ਵਿਸ਼ੇ ਦੇ ਭਾਵੇਂ ਨੰਬਰ ਲੈ ਲਵੋ, ਤਾਂ ਲੈ ਹੀ ਲੈਣੇ ਹੁੰਦੇ ਆ। ਬਟ ਅੰਗਰੇਜ਼ੀ ਵਾਲੇ ਮੂਹਰੇ ਗਣਿਤ ਦਾ ਪੇਪਰ ਰੱਖ ਦਿਓ, ਉਹਦੇ ਪਸੀਨੇ ਛੁੱਟ ਜਾਂਦੇ ਨੇ, ਭਾਵੇਂ ਦਸਵੀਂ ਦੇ ਵਿੱਚ 90% ਨੰਬਰ ਲੈ ਕੇ ਪਾਸ ਹੋਇਆ ਹੋਵੇ। ਇਹ ਗਿਆਨ ਨਾਲ ਨਹੀਂ ਹੰਡਦਾ, ਜੋ ਨਾਲ ਹੰਡਦਾ ਉਹ ਦੱਸਿਆ ਹੀ ਨਹੀਂ ਗਿਆ, ਉਹ ਹੰਡਾਉਣ ਦਾ ਯੁੱਗ ਤਾਂ ਸਿਖਾਇਆ ਹੀ ਨਹੀਂ ਗਿਆ। ਗਣਿਤ ਪੜ੍ਹਨ ਵਾਲੇ ਨੂੰ ਜਿਹਨੇ ਉੱਚ ਵਿੱਦਿਆ ਗਣਿਤ ਵਿੱਚ ਪੜ੍ਹ ਲਈ ਉਹਨੂੰ ਅੰਗਰੇਜ਼ੀ ਸ਼ਾਇਦ ਕੰਮ ਨਾ ਆਵੇ, ਅੰਗਰੇਜ਼ੀ ਪੜ੍ਹਨ ਵਾਲੇ ਨੂੰ ਸ਼ਾਇਦ ਵਿਗਿਆਨ ਕੰਮ ਨਾ ਆਵੇ, ਵਿਗਿਆਨ ਪੜ੍ਹਨ ਵਾਲੇ ਨੂੰ ਸ਼ਾਇਦ ਕਲਾਵਾਂ ਆਰਟਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਕੰਮ ਨਾ ਆਉਣ। ਪਰ ਸਾਰਿਆਂ ਨੂੰ ਜ਼ਿੰਦਗੀ ਜਿਉਣੀ ਤਾਂ ਆਉਣੀ ਚਾਹੀਦੀ ਹੈ ਨਾ, ਇਹ ਤਾਂ ਸਾਰਿਆਂ ਦੇ ਕੰਮ ਵਾਲੀ ਵਸਤੂ ਹੈ, ਇਹ ਕਿਸੇ ਨੂੰ ਪੜ੍ਹਾਈ ਹੋਈ ਨਹੀਂ ਗਈ, ਇਹ ਕਿਸੇ ਨੂੰ ਦਰਸਾਈ ਹੋਈ ਨਹੀਂ ਗਈ, ਕੁਝ ਹੋਰ ਹੀ ਗਿਣਦੇ ਰਹੇ। ਅਤੇ ਉਹ ਗਿਣਨ ਦਾ ਅਸਰ ਕੀ ਹੋਇਆ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਮਾਜ ਦੇ ਹਾਲਾਤ ਕੀ ਨੇ, ਦਿਵਾਲੀਆ ਨਿਕਲ ਗਿਆ ਸਮਾਜ ਦਾ, ਦਿਵਾਲੀਆ ਨਿਕਲ ਗਿਆ ਵਾਤਾਵਰਨ ਦਾ, ਪਾਣੀ ਦਾ, ਹਵਾ ਦਾ, ਦਿਵਾਲੀਆ ਨਿਕਲ ਗਿਆ ਜਿਹੜਾ ਭੋਜਨ ਖਾਂਦੇ ਹੋ ਉਹਦੇ ਵਿੱਚ ਕਿੰਨੀ ਮਿਲਾਵਟ ਹੈ, ਕਿਹੋ ਜਿਹੀ ਵਿਚਾਰਾਂ ਦੀ ਮਿਲਾਵਟ ਹੈ, ਜਿਹੜੇ ਅਖਬਾਰ ਪੜ੍ਹਦੇ ਹੋ, ਜਿਹੜਾ ਮੀਡੀਆ ਸੁਣਦੇ ਹੋ, ਉਹ ਕਿੰਨਾ ਪ੍ਰਦੂਸ਼ਣ ਸਾਰੇ ਪਾਸੇ ਫੈਲਿਆ ਹੋਇਆ। ਕਿਉਂਕਿ ਤੁਸੀਂ ਅਤੇ ਮੈਂ ਆਹ ਲੋਕ ਪੈਦਾ ਕੀਤੇ ਨੇ, ਇਹ ਪੈਸਾ ਸੁੱਖ ਆਰਾਮ ਲੈਣ ਲਈ ਕਿਸੇ ਤਰ੍ਹਾਂ ਦਾ ਵੀ ਪ੍ਰਦੂਸ਼ਣ ਕਰਨ ਦੀ ਝਿਜਕ ਨਹੀਂ ਕਰਦੇ, ਸ਼ਰੇਆਮ ਕਰਦੇ ਨੇ, ਪਰ ਆਪਣਾ ਸੁੱਖ ਆਰਾਮ ਤਾਕਤ ਰੁਤਬਾ ਯਕੀਨੀ ਬਣਾਉਂਦੇ ਨੇ, ਪ੍ਰਦੂਸ਼ਣ ਕਿਹੋ ਜਿਹਾ ਵੀ ਕਰ ਲੈਣ। ਅਤੇ ਆਹ ਦੂਸਰੇ ਲੋਕ ਜਿਨ੍ਹਾਂ ਨੂੰ ਅਸੀਂ ਸੱਚਿਆਰ ਮਨੁੱਖ ਕਹਿੰਦੇ ਹਾਂ, ਗੁਣ ਗ੍ਰਹਿਣ ਕਰਕੇ ਸਰਬੱਤ ਦੇ ਭਲੇ ਲਈ ਆਪਾ ਸਮਰਪਣ ਕਰਨ ਦੀ ਪ੍ਰਬਲ ਜਗਿਆਸਾ। ਮੈਂ ਸਕੂਲਾਂ ਵਾਲੇ ਪ੍ਰਬੰਧਕਾਂ ਨੂੰ ਕਿਹਾ ਕਰਦਾ, ਆਪਣੀ ਵੈਬਸਾਈਟ 'ਤੇ ਲਿਖ ਕੇ ਰੱਖੋ, ਤੁਹਾਡੇ ਕਦਮ ਚੁੰਮੀਏ ਕਿ ਸਾਡੇ ਸਕੂਲ ਨੇ ਆਹ ਵਿਦਿਆਰਥੀ ਪੈਦਾ ਕੀਤੇ ਨੇ। ਹੋਣ ਕੋਈ 10-15-20-40-50 ਹੀ ਹੋਣ ਹਰ ਸਕੂਲ ਦੇ ਹੋਣ, ਜਿਨ੍ਹਾਂ ਉੱਤੇ ਇੱਕੋ ਸਟੈਂਪ ਲਾ ਕੇ ਕਹਿਣੇ ਇਹ ਉਹ ਵਿਦਿਆਰਥੀ ਨੇ ਜਿਹੜੇ ਗੁਣ ਗ੍ਰਹਿਣ ਕਰਨ ਲਈ ਸਕੂਲ ਵਿੱਚ ਆਏ ਸਨ, ਅਤੇ ਸਰਬੱਤ ਦੇ ਭਲੇ ਲਈ ਆਪਾ ਸਮਰਪਣ ਕਰਨ ਦੇ ਲਈ ਸਮਾਜ ਵਿੱਚ ਅਸੀਂ ਤਿਆਰ ਕਰਕੇ ਵਾਪਸ ਭੇਜੇ ਨੇ। ਇਹ ਕਿੱਥੇ ਨੇ, ਇਹ ਕਿੱਥੇ ਨੇ, ਮੈਂ ਤੁਹਾਨੂੰ ਵੀ ਪੁੱਛਦਾ, ਮੈਨੂੰ ਜ਼ਰੂਰ ਦੱਸਿਓ। ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ। ਸੱਚਿਆਰ ਮਨੁੱਖ ਦਾ ਸਮਾਜ ਨੂੰ ਕੀ ਲਾਭ ਹੁੰਦਾ? ਸੱਚਿਆਰ ਮਨੁੱਖ ਕੀ ਕਰ ਸਕਦਾ? ਸੱਚਿਆਰ ਮਨੁੱਖ ਆਹ ਆਹ ਕਰਨ ਦੀ ਸਮਰੱਥਾ ਰੱਖਦਾ ਹੈ।
ਸਚਿਆਰ ਮਨੁੱਖਾਂ ਦਾ ਜੇ ਕਾਫਲਾ ਮਜ਼ਬੂਤ ਕਰ ਦਿੱਤਾ ਜਾਵੇ ਤਾਂ ਸਚਿਆਰ ਮਨੁੱਖ ਸਮਾਜ ਵਿੱਚ ਮਿਆਰੀ ਵਿੱਦਿਆ ਉਪਲਬਧ ਕਰਵਾ ਦਿੰਦੇ ਨੇ, ਸਚਿਆਰ ਮਨੁੱਖ ਸਮਾਜ ਵਿੱਚ ਮਿਆਰੀਆਂ ਸਿਹਤ ਸੇਵਾਵਾਂ ਉਪਲਬਧ ਕਰਵਾ ਦਿੰਦੇ ਨੇ, ਸਚਿਆਰ ਮਨੁੱਖਾਂ ਦਾ ਕਾਫਲਾ ਸੰਗਠਿਤ ਹੋ ਜਾਵੇ ਤਾਂ ਤੁਹਾਡੇ ਸੁਰੱਖਿਆ ਬਲ ਸ਼ਕਤੀਸ਼ਾਲੀ ਹੋ ਜਾਂਦੇ ਨੇ, ਤੁਹਾਡਾ ਸਿੱਕਾ, ਤੁਹਾਡੀ ਆਰਥਿਕਤਾ, ਤੁਹਾਡੀ ਅੰਗਰੇਜ਼ੀ ਵਿੱਚ ਜਿਹਨੂੰ ਅਸੀਂ ਇਕੋਨਮੀ ਕਹਿ ਦਿੰਦੇ ਹਾਂ ਉਹ ਮਜ਼ਬੂਤ ਹੋ ਜਾਂਦੀ ਹੈ, ਸਮਾਜ ਵਿੱਚ ਧਾਰਮਿਕ ਆਜ਼ਾਦੀ ਜਿਹੜੀ ਹੈ ਉਹ ਕਾਇਮ ਕੀਤੀ ਜਾ ਸਕਦੀ ਹੈ, ਸਮਾਜ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਔਰਤ ਜਾਤੀ ਦਾ ਸਨਮਾਨ, ਮਨੁੱਖੀ ਜਾਤੀ ਦੀ ਸਮਾਨਤਾ, ਇਹ ਸਭ ਕੁਝ ਪੈਦਾ ਉਦੋਂ ਹੀ ਹੋ ਸਕਦਾ ਹੈ ਜੇ ਮਨੁੱਖ ਸਚਿਆਰ ਮਨੁੱਖਾਂ ਦਾ ਕਾਫਲਾ ਪੈਦਾ ਕਰੇ ਅਤੇ ਸਚਿਆਰ ਮਨੁੱਖ ਸਮਾਜ ਵਿੱਚ, ਇਹ ਅਸੀਂ ਸਾਰੇ ਲੋਚਦੇ ਹਾਂ, ਇਹ ਚੀਜ਼ਾਂ ਸਚਿਆਰ ਮਨੁੱਖ ਪੈਦਾ ਕਰਕੇ ਸਮਾਜ ਨੂੰ ਦੇ ਸਕਦੇ ਨੇ। ਪੰਜਾਬ ਵਾਜ ਏ ਡਿਵੈਲਪ ਨੇਸ਼ਨ ਇਨ ਅਰਲੀ 19th ਸੈਂਚਰੀ ਹੈਵਿੰਗ ਐਜੂਕੇਸ਼ਨ, ਡਿਫੈਂਸ ਐਂਡ ਹੈਲਥ ਸਰਵਿਸਿਸ ਬੈਟਰ ਦੈਨ ਯੂਰਪ। 19ਵੀਂ ਸਦੀ ਦੇ ਵਿੱਚ ਪੰਜਾਬ ਦਾ ਸਿੱਕਾ ਇੰਗਲੈਂਡ ਦੇ ਸਿੱਕੇ ਨਾਲੋਂ 13 ਗੁਣਾ ਵੱਧ ਕੀਮਤ ਰੱਖਦਾ ਸੀ, ਔਰ ਇੱਥੋਂ ਦੀ ਵਿੱਦਿਆ, ਇੱਥੋਂ ਦੀਆਂ ਸੁਰੱਖਿਆ ਦਸਤੇ, ਇੱਥੋਂ ਦੀਆਂ ਸਿਹਤ ਸੇਵਾਵਾਂ ਉਸ ਸਮੇਂ ਯੂਰਪ ਨਾਲੋਂ ਬਿਹਤਰ ਸਨ। ਸਚਿਆਰ ਮਨੁੱਖਾਂ ਦੀ ਘਾੜਤ ਵਿੱਚ ਭੂਤਕਾਲ ਵਿੱਚ ਵਿੱਦਿਅਕ ਸੰਸਥਾਵਾਂ ਨੇ ਕੀ ਭੂਮਿਕਾ ਨਿਭਾਈ? ਮੈਂ ਹੁਣ ਗੱਲ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਕੇ ਜਾਣ ਲੱਗਿਆਂ, ਹੁਣ ਤੱਕ ਅਸਾਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਚਿਆਰ ਮਨੁੱਖ ਦੇ ਗੁਣ ਕੀ ਨੇ, ਅਤੇ ਸਚਿਆਰ ਮਨੁੱਖਾਂ ਦਾ ਜੇ ਕਾਫਲਾ ਸੰਗਠਿਤ ਹੋਵੇ ਤਾਂ ਇੱਕ ਖੁਸ਼ਹਾਲ ਸਮਾਜ ਨੂੰ ਉਹ ਸਿਰਜ ਸਕਦਾ, ਔਰ ਸਾਡੇ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਐਸਾ ਸਮਾਜ ਸਿਰਜ ਕੇ ਸਾਨੂੰ ਦਿੱਤਾ ਹੈ। ਅਤੇ ਇਹ ਕੰਮ ਹੋਇਆ ਭਲਾ ਕਿਵੇਂ ਹੋਵੇਗਾ? ਕਈ ਵਾਰੀ ਸਾਨੂੰ ਨਾ, ਅਸੀਂ ਵੀ ਉੱਪਰੋਂ ਉੱਪਰੋਂ ਗੱਲਾਂ ਜੀਆਂ ਸੁਣਦੇ ਹਾਂ, ਤਰਦੀਆਂ ਤਰਦੀਆਂ ਮਲਾਈ ਵਰਗੀਆਂ, ਵੀ ਪੰਜਾਬ ਬੜਾ ਵਧੀਆ ਸੀ, ਇੱਥੋਂ ਦਾ ਸਿੱਕਾ ਇੰਗਲੈਂਡ ਦੇ ਸਿੱਕੇ ਨਾਲੋਂ 13 ਗੁਣਾ ਕੀਮਤ ਹੈ, ਇਹਦੀ ਅੰਗਰੇਜ਼ੀ ਆਪਾਂ ਕਹਿੰਦੇ ਵੈਲਿਊ, ਇਹ ਸਿੱਕੇ ਦੀ ਜਿਹੜੀ ਵੈਲਿਊ ਆ ਉਹਦੇ ਨਾਲੋਂ 13 ਗੁਣਾ ਵੱਧ ਸੀ। ਗੱਲਾਂ ਬੜੀਆਂ ਤਰਦੀਆਂ ਤਰਦੀਆਂ ਸੋਹਣੀਆਂ ਸੋਹਣੀਆਂ ਲੱਗਦੀਆਂ ਨੇ, ਪਰ ਇਹ ਕੰਮ ਕਿਵੇਂ ਹੋਇਆ ਹੋਊਗਾ, ਇਹ ਕੰਮ ਕਿਹਨੇ ਕੀਤਾ ਹੋਊਗਾ? ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ, ਨਾ ਮੈਨੂੰ ਕਿਸੇ ਨੇ ਪੜ੍ਹਾਇਆ ਅਤੇ ਨਾ ਤੁਹਾਨੂੰ ਕਿਸੇ ਨੇ ਪੜ੍ਹਾਇਆ, ਨਾ ਸਾਨੂੰ ਇਸ ਗੱਲ ਦਾ ਇਲਮ ਹੈ ਵੀ ਇਹ ਇਹੋ ਜਿਹਾ ਇੱਕ ਸ਼ਕਤੀਸ਼ਾਲੀ ਖਿੱਤਾ ਜਿਹਦੀ ਇਕੋਨਮੀ ਇੰਨੀ ਸਟਰੋਂਗ ਸੀ, ਜਿਹਦੀਆਂ ਡਿਫੈਂਸ ਸਰਵਿਸਿਸ ਇੰਨੀਆਂ ਪਾਵਰਫੁਲ ਸਨ, ਇਹ ਕਿਵੇਂ ਇੰਨੀ ਸ਼ਕਤੀ ਅਤੇ ਇੰਨੀ ਕੀਮਤ ਪੰਜਾਬ ਨੇ ਐਡੀ ਖੁਸ਼ਹਾਲੀ ਕਿਵੇਂ ਤੈਅ ਕੀਤੀ? ਅਤੇ ਮੈਂ ਅੱਜ ਤੁਹਾਡੇ ਸਾਹਮਣੇ ਕਿ ਉਹ ਖੁਲਾਸਾ ਕਰਨ ਜਾ ਰਿਹਾ, ਜਿਹੜਾ ਜ਼ਰੂਰ ਤੁਹਾਡੀਆਂ ਅੱਖਾਂ ਅੱਡੀਆਂ ਕਰਕੇ ਰੱਖ ਦੇਵੇਗਾ। ਅਤੇ ਜਦੋਂ ਮੈਨੂੰ ਇਸ ਗੱਲ ਦੀ ਸਮਝ ਆਈ ਤਾਂ ਸੱਚਮੁੱਚ ਮੇਰੀਆਂ ਅੱਜ ਤੱਕ ਅੱਡੀਆਂ ਹੋਈਆਂ ਨੇ। ਇਹ ਸਾਰਾ ਕੰਮ ਵਿੱਦਿਅਕ ਅਦਾਰਿਆਂ ਨੇ ਕੀਤਾ ਸੀ, ਇਹ ਸਾਰਾ ਕੰਮ ਜਿਹੜੀ ਪੰਜਾਬ ਦੀ ਖੁਸ਼ਹਾਲੀ ਦੀ ਵਾਰਤਾ ਹੈ, ਇਹ ਸਾਰੀ ਵਾਰਤਾ ਨੂੰ, ਬਿਰਤਾਂਤ ਨੂੰ ਜਨਮ ਦੇਣ ਵਾਲੇ ਅਧਿਆਪਕ ਸਨ, ਅਧਿਆਪਕਾਂ ਨੇ ਇਹ ਆਪਣੀ ਭੂਮਿਕਾ ਭੂਤਕਾਲ ਵਿੱਚ ਕਿਵੇਂ ਨਿਭਾਈ? ਮੈਨੂੰ ਇਸ ਗੱਲ ਦਾ ਇਲਮ ਉਦੋਂ ਹੋਇਆ ਜਦੋਂ ਮੈਨੂੰ ਕਿਸੇ ਨੇ ਭਾਰਤ ਵਿੱਚ ਨਹੀਂ ਦੱਸਿਆ, ਪੰਜਾਬ ਵਿੱਚ ਨਹੀਂ ਦੱਸਿਆ, ਅਤੇ ਮੈਨੂੰ ਇੱਕ ਬੜਾ ਵੱਡਾ ਭੁਲੇਖਾ ਸੀ, ਅਤੇ ਮੈਨੂੰ ਇਹ ਗੱਲ ਇਕਬਾਲ ਕਰਨ 'ਚ ਕੋਈ ਝਿਜਕ ਨਹੀਂ ਹੈ। ਮੈਂ ਸਮਝਦਾ ਸੀ ਮੈਂ ਤਾਂ ਬਹੁਤ ਪੜ੍ਹਦਾ, ਮੈਂ ਤਾਂ ਬਹੁਤ ਸੁਣਦਾ, ਮੈਂ ਤਾਂ ਬਹੁਤ ਵਿਦਵਾਨਾਂ ਨੂੰ ਮਿਲਦਾ, ਉਹਨਾਂ ਦੀ ਸੰਗਤ ਕਰਦਾ, ਪਰ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਮੈਨੂੰ ਪਤਾ ਲੱਗਿਆ ਤੈਨੂੰ ਤਾਂ ਕੱਖ ਵੀ ਨਹੀਂ ਆਉਂਦਾ। ਮੈਂ ਕੈਂਬਰਿਜ ਦੇ ਵਿੱਚ ਵਿਜ਼ਿਟਿੰਗ ਸਾਇੰਟਿਸਟ ਕੰਮ ਕਰਦਾ ਸੀ, ਅਤੇ ਇੱਕ ਦਿਨ ਆਪਣੇ ਸੁਭਾਅ ਮੁਤਾਬਕ ਸਵੇਰੇ ਮੈਂ ਕੈਮਰੇ ਦੀਆਂ ਸੜਕਾਂ ਦੇ ਕੰਢੇ ਦੌੜਿਆ ਜਾ ਰਿਹਾ ਸੀ। ਤੁਸੀਂ ਇਸ ਵਾਰਤਾ ਨੂੰ ਸ਼ਾਇਦ ਸੁਣਿਆ ਵੀ ਹੋਵੇ ਬਹੁਤ ਵਾਰੀ, ਅਤੇ ਪਰ ਮੈਂ ਅੱਜ ਆਪਣੇ ਇਸ ਇੱਕ ਵਿਸ਼ੇ ਦੇ ਵਿੱਚ ਇਹਨੂੰ ਪ੍ਰੋਏ ਬਿਨਾਂ ਇਸ ਗੱਲ ਨੂੰ ਪੂਰੀ ਨਹੀਂ ਕਰ ਪਾਵਾਂਗਾ, ਕਿਉਂਕਿ ਮੈਨੂੰ ਉਸ ਘਟਨਾ ਨੇ ਦੱਸਿਆ ਕਿ ਭੂਤਕਾਲ ਦੀਆਂ ਵਿੱਦਿਅਕ ਸੰਸਥਾਵਾਂ ਦੀ
ਕੀ ਭੂਮਿਕਾ ਸੀ ਇਹੋ ਜਿਹਾ ਸੋਹਣਾ ਸਮਾਜ ਸਿਰਜਣ ਦੇ ਵਿੱਚ। ਅਤੇ ਇੱਕ ਦਿਨ ਮੈਂ ਦੌੜਿਆ ਜਾ ਰਿਹਾ ਅਤੇ ਅੱਗਿਓਂ ਇੱਕ ਗੋਰਾ ਮੇਰੇ ਸਾਹਮਣੇ ਆਇਆ। ਗੋਰਿਆਂ ਦਾ ਇੱਕ ਸੁਭਾਅ ਆ, ਤੁਹਾਡੇ ਵਿੱਚੋਂ ਜਿਹੜੇ ਲੋਕ ਬਾਹਰ ਦੌਰੇ ਕਰਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਗੋਰੇ ਜਦੋਂ ਆਹਮੋ ਸਾਹਮਣੇ ਆ ਕੇ ਕਿਸੇ ਨੂੰ ਮਿਲਦੇ ਨੇ ਤਾਂ ਉਹਨਾਂ ਦਾ ਸੁਭਾਅ ਹੈ ਕਿ ਉਹ ਉੱਦਾਂ ਖੁਸ਼ ਰਹਿੰਦੇ ਨੇ ਅਤੇ ਇੱਕ ਵੱਖਰੀ ਸੋਹਣੀ ਮੁਸਕਾਨ ਦਿੰਦੇ ਨੇ, ਸਮਾਈਲ ਦਿੰਦੇ ਨੇ ਤੁਹਾਨੂੰ, ਅਤੇ ਉਹ ਇਸ ਤਰ੍ਹਾਂ ਗ੍ਰੀਟ ਕਰਦੇ ਨੇ, ਇੱਕ ਦੂਜੇ ਨੂੰ ਵਿਸ਼ ਕਰਦੇ ਨੇ, ਇਹ ਉਹਨਾਂ ਦਾ ਸੁਭਾਅ ਹੀ ਹੈ। ਪਰ ਜਦੋਂ ਮੈਂ ਦੌੜਿਆ ਜਾ ਰਿਹਾ ਅੱਗਿਓਂ ਇੱਕ ਗੋਰਾ ਹੋਰ ਦੌੜਿਆ ਆ ਰਿਹਾ, ਉਹਨੇ ਮੈਨੂੰ ਬਾਕੀ ਗੋਰਿਆਂ ਵਾਂਗੂ ਇੱਕ ਸੋਹਣੀ ਮੁਸਕਾਨ ਨਹੀਂ ਦਿੱਤੀ, ਉਹਨੇ ਇੱਕ ਬਹੁਤ ਜ਼ਿਆਦਾ ਵੱਡੀ ਮੁਸਕਾਨ ਦਿੱਤੀ। ਇੱਥੇ ਹੱਥ ਰੱਖਿਆ ਅਤੇ ਐਂ ਚ ਗਿਆ, ਮੈਨੂੰ ਝੁਕਣ ਦਾ ਵਕਤ ਤਾਂ ਨਹੀਂ ਮਿਲਿਆ ਕਿਉਂਕਿ ਦੋਨੋਂ ਦੌੜ ਰਹੇ ਸਾਂ, ਉਹ ਮੇਰੇ ਆ ਕੇ ਜਦੋਂ ਤੱਕ ਮੈਂ ਝੁਕਣਾ ਸੀ ਉਹ ਤਾਂ ਲੰਘ ਚੁੱਕਿਆ ਸੀ। ਮੈਂ ਪਿਛਾਂ ਕਰਕੇ ਵੇਖਿਆ ਵੀ ਇਹ ਹੈ ਕੌਣ ਹੈ, ਉਹ ਤਾਂ ਨਿਕਲ ਚੁੱਕਿਆ ਸੀ, ਉਹ ਰੁਕਿਆ ਨਹੀਂ। ਮੈਂ ਬੜਾ ਹੈਰਾਨ ਵੀ ਇਹ ਮੈਨੂੰ, ਇਹ ਸਾਰੇ ਗੋਰੇ ਮੁਸਕਾਨ ਦਿੰਦੇ ਨੇ ਪਰ ਇਹ ਮੁਸਕਾਨ ਨਹੀਂ ਦੇ ਕੇ ਗਿਆ, ਇਹ ਬੜੇ ਪ੍ਰੇਮ ਨਾਲ ਝੁੱਕ ਕੇ ਇੱਥੇ ਹੱਥ ਰੱਖ ਕੇ ਮੈਨੂੰ ਕਾਹਦਾ ਅਦਬ ਸਤਿਕਾਰ ਦੇ ਗਿਆ। ਖੈਰ ਸਵਾਲ ਮੇਰੇ ਨਾਲ, ਮੈਂ ਯੂਨੀਵਰਸਿਟੀ ਚਲਿਆ ਗਿਆ। ਦਿਨ ਦੂਆ ਆਇਆ, ਮੈਨੂੰ ਚੇਤਾ ਨਹੀਂ ਸੀ ਕਿ ਇਹ ਦੁਬਾਰਾ ਘਟਨਾ ਫਿਰ ਵਾਪਰ ਜਾਣੀ ਹੈ। ਉਹ ਉੱਦਾਂ ਉੱਥੇ ਕਿ ਅਸੀਂ ਉਹ ਨੈਸ਼ਨਲ ਇੰਸਟੀਟਿਊਟ ਆਫ ਐਗਰੀਕਲਚਰ ਬੋਟਨੀ ਹੈ ਕੈਂਬਰਿਜ, ਉਹਦੇ ਕੋਲ ਜੇ ਮੈਂ ਭੱਜਿਆ ਜਾ ਰਿਹਾ ਸਾਂ ਅਤੇ ਉਹ ਦੂਸਰੇ ਪਾਸਿਓਂ ਦੌੜਿਆ ਆ ਰਿਹਾ ਹੈ, ਅਤੇ ਉਹ ਡਾਊਨ ਟਾਊਨ ਦੇ ਕੈਂਬਰਿਜ ਦੇ ਨੇੜੇ ਜੇ ਅਸੀਂ ਫਿਰ ਦੂਏ ਦਿਨ ਮਿਲੇ ਅਤੇ ਉਹਨੇ ਉੱਦਾਂ ਹੀ ਝੁੱਕ ਕੇ ਮੈਨੂੰ ਫਿਰ ਸਲਾਮ ਕੀਤੀ। ਪਰ ਮੈਨੂੰ ਜਦੋਂ ਦੂਰੋਂ ਆ ਰਿਹਾ ਸੀ ਮੈਂ ਸਾਵਧਾਨ ਹੋ ਗਿਆ, ਅਤੇ ਅੱਜ ਮੈਂ ਵੀ ਮੌਕਾ ਲੈ ਲਿਆ ਉਹਦੀ ਸਲਾਮ ਨਾਲ, ਮੈਂ ਵੀ ਆਪਣਾ ਜਵਾਬ ਉਹਦੇ ਵਾਂਗੂ ਝੁੱਕ ਕੇ ਦੇ ਦਿੱਤਾ। ਮੈਂ ਫਿਰ ਪਿਛਾਂ ਰੁਕਿਆ ਵੀ ਅੱਜ ਤਾਂ ਰੁਕੂਗਾ, ਪਰ ਉਹ ਅੱਜ ਫਿਰ ਨਾ ਰੁਕਿਆ। ਦਿਨ ਲੰਘਦੇ ਗਏ 3-4, ਅਤੇ ਹੁਣ ਜਿਵੇਂ ਇੱਦਾਂ ਹੋ ਗਿਆ ਉਹ ਮੈਨੂੰ ਉਡੀਕਦਾ ਹੋਵੇ ਅਤੇ ਮੈਂ ਉਹਨੂੰ ਉਡੀਕਦਾ ਹੋਵਾਂ, ਅਸੀਂ ਡਾਊਨ ਟਾਊਨ ਦੇ ਕੋਲ ਜੇ ਆ ਕੇ ਦੋਨਾਂ ਨੂੰ ਸਲਾਮ ਕਰਕੇ ਜਿਵੇਂ ਉੱਥੇ ਕਹਿ ਕੇ ਆਪਣੀ ਦੌੜ ਹੌਲੀ ਕਰ ਲੈਂਦੇ ਸੀ ਅਤੇ ਇੱਕ ਦੂਏ ਨੂੰ ਝੁੱਕ ਕੇ ਫਿਰ ਅੱਗੇ ਲੰਘ ਜਾਂਦੇ ਸੀ। ਅਤੇ ਦਿਨ ਅੱਜ ਛੁੱਟੀ ਦਾ ਆ ਗਿਆ। ਅੱਜ ਮੇਰਾ ਵੀ ਮਨ ਵਿੱਚ ਬੜੀ ਬੇਬਲਤਾ ਸੀ ਵੀ ਅੱਗੇ ਤਾਂ ਮੈਂ ਯੂਨੀਵਰਸਿਟੀ ਜਾਣਾ ਹੁੰਦਾ ਸੀ, ਮੇਰੇ ਕੋਲ ਵੀ ਵਕਤ ਨਹੀਂ ਸੀ ਹੁੰਦਾ, ਅੱਜ ਮੈਂ ਨਹੀਂ ਸੀ ਜਾਣਾ, ਅਤੇ ਮੈਂ ਪਹਿਲਾਂ ਹੀ ਮਨ ਬਣਾ ਲਿਆ ਵੀ ਅੱਜ ਗੋਰਾ ਮੈਨੂੰ ਅੱਜ ਵੀ ਫਿਰ ਮਿਲਿਆ ਅਤੇ ਅੱਜ ਮੈਂ ਇਹਨੂੰ ਰੋਕ ਲੈਣਾ। ਅਤੇ ਉਹ ਦੂਰੋਂ ਦੌੜਾ ਆਇਆ, ਉੱਧਰੋਂ ਮੈਂ ਦੌੜਿਆ ਆ ਰਿਹਾ ਅਤੇ ਮੈਂ ਸੜਕ ਦੇ ਵਿਚਾਲੇ ਜੇ ਹੋ ਗਿਆ ਅਤੇ ਮੈਂ ਬਾਹਾਂ ਉਲਾਰ ਲਈਆਂ ਅਤੇ ਉਹਨੇ ਵੀ ਉਲਾਰ ਲਈਆਂ। ਕੋਲ ਆਇਆ, ਉਹਨੇ ਮੇਰੇ ਜ਼ੋਰ ਦੀ ਹੱਥ 'ਤੇ ਹੱਥ ਮਾਰੇ, ਕਹਿੰਦਾ ਚੀਅਰਸ। ਮੈਂ ਕਿਹਾ ਚੀਅਰਸ, ਅਤੇ ਮੈਂ ਉਹਦਾ ਹੱਥ ਫੜ ਲਿਆ। ਮੈਂ ਕਿਹਾ, ਪਰ ਬਜ਼ੁਰਗ ਆਦਮੀ ਸੀ, ਉਹਦੀ ਉਮਰ ਕੋਈ ਲਗਭਗ 90 ਵਰ੍ਹਿਆਂ ਦੀ ਹੋਣੀ ਹੈ। ਮੈਂ ਉਹਨੂੰ ਉਹਦੀ ਜਵਾਨ 'ਚ ਅੰਗਰੇਜ਼ੀ 'ਚ ਕਿਹਾ, ਮੈਂ ਕਿਹਾ ਜੇ ਤੇਰੇ ਕੋਲ ਟਾਈਮ ਹੈ ਤਾਂ ਮੈਂ ਅੱਜ ਤੇਰੇ ਨਾਲ ਬਹਿਣਾ ਚਾਹੁੰਦਾ। ਕਹਿੰਦਾ ਆਈ ਐਮ ਟੋਟਲੀ ਫ੍ਰੀ। ਅਸੀਂ ਉਹ ਕੈਂਬਰਿਜ ਦੀ ਸੜਕ ਦੇ ਕੰਢੇ ਬਾਗ 'ਚ ਬਹਿ ਗਏ। ਅਤੇ ਇਹ ਚੀਜ਼ ਮੇਰੇ ਵਾਸਤੇ ਬਹੁ ਮੁੱਲੀ ਹੈ ਅਤੇ ਮੈਨੂੰ ਕਿਸੇ ਵਿਦਵਾਨ ਨੇ ਨਹੀਂ ਦਿੱਤੀ। ਮੈਨੂੰ ਗਿਲਾਇਆ ਆਪਣੇ ਅਧਿਆਪਕਾਂ ਨਾਲ, ਮੈਨੂੰ ਗਿਲਾਇਆ ਆਪਣੇ ਇੱਥੋਂ ਦੇ ਵਿਦਵਾਨਾਂ ਨਾਲ, ਮੈਨੂੰ ਗਿਲਾ ਇੱਥੋਂ ਦੇ ਵਿੱਦਿਅਕ ਅਦਾਰਿਆਂ ਦੇ ਢਾਂਚੇ ਦੇ ਪ੍ਰਬੰਧ ਨਾਲ, ਜਿਨ੍ਹਾਂ ਨੇ ਮੈਨੂੰ ਇਹ ਸੱਚ ਕਦੇ ਨਾ ਦੱਸਿਆ ਜਿਹੜਾ ਮੈਨੂੰ ਉਸ ਗੋਰੇ ਨੇ ਦੱਸਿਆ। ਮੈਂ ਉਹਨੂੰ ਆਖਿਆ ਪਹਿਲਾ ਸਵਾਲ ਕਿ ਮੈਂ ਕਿਹਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਕੌਣ ਹੋ। ਮੈਂ ਆਪਣੇ ਬਾਰੇ ਦੱਸਿਆ ਅਤੇ ਮੈਂ ਸਵਾਲ ਕੀਤਾ ਕਿ ਤੁਸੀਂ ਮੈਨੂੰ ਆਹ ਸਤਿਕਾਰ ਨਾਲ ਝੁਕਦੇ ਹੋ। ਉਹਨੇ ਇੱਕਦਮ ਸਟ੍ਰੇਟ ਫਾਰਵਰਡ ਜਵਾਬ ਦਿੱਤਾ, ਕਹਿੰਦਾ ਮੈਂ ਤੁਹਾਨੂੰ ਨਹੀਂ ਝੁਕਦਾ। ਮੈਨੂੰ ਇੱਕਦਮ ਜਿਵੇਂ ਹਾਰਟ ਜਿਹਾ ਵੀ ਫੀਲ ਹੋਇਆ, ਫਿਰ ਮੈਂ ਤਾਂ ਮੈਨੂੰ ਝੁਕੀ ਜਾਂਦਾ ਇਹ, ਹੈ ਨਾ। ਕਹਿੰਦਾ ਆਈ ਹੈਵ ਰੈਡ ਦਾ ਹਿਸਟਰੀ ਆਫ ਟਰਬਨ, ਆਈ ਹੈਵ ਏ ਗ੍ਰੇਟ ਰਿਗਾਰਡ। ਮੇਰੇ ਇੱਕਦਮ ਰੌਂਗ 'ਤੇ ਖੜ੍ਹੇ ਹੋਏ, ਪਤਾ ਤਾਂ ਮੈਨੂੰ ਵੀ ਸੀ ਹੋਈਆਂ ਗੱਲਾਂ ਦਾ, ਪਰ ਉਸ ਵੇਲੇ ਮੈਂ ਭੁੱਲਿਆ ਹੋਇਆ ਸੀ, ਮੈਨੂੰ ਸੀ ਪਤਾ ਨਹੀਂ ਮੈਨੂੰ ਹੀ ਸਲੂਟ ਮਾਰੀ ਜਾਂਦਾ ਹੈ। ਕਹਿੰਦਾ ਆਈ ਹੈਵ ਰੈਡ ਦਾ ਹਿਸਟਰੀ ਆਫ ਟਰਬਨ, ਆਈ ਹੈਵ ਗ੍ਰੇਟ ਰਿਗਾਰਡ ਫਾਰ ਟਰਬਨ। ਗੱਲ ਅੱਗੇ ਤੁਰੀ,
ਮੈਂ ਉਹਨੂੰ ਇੱਕ ਹੋਰ ਸਵਾਲ ਕੀਤਾ। ਮੈਂ ਕਿਹਾ ਮੈਂ ਕੈਂਬਰਿਜ ਵਿੱਚ ਕੰਮ ਕਰਦਾ, ਮੈਂ ਬਹੁਤ ਪ੍ਰਭਾਵਿਤ ਹਾਂ ਕੈਂਬਰਿਜ ਦੇ ਖੋਜ ਦੇ ਤਰੀਕੇ, ਪੜ੍ਹਾਉਣ ਦੇ ਤਰੀਕੇ ਅਤੇ ਪੜ੍ਹਨ ਦੇ ਤਰੀਕੇ। ਮੈਨੂੰ ਇਹ ਦੱਸ ਤੁਸੀਂ, ਇਹ ਕੈਂਬਰਿਜ ਦਾ ਇੰਨਾ ਸੋਹਣਾ ਮਾਹੌਲ ਕਿਵੇਂ ਬਣਾਇਆ? ਮੇਰਾ ਵੀ ਬੜਾ ਚਿੱਤ ਕਰਦਾ ਕਿ ਮੇਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮਾਹੌਲ ਵੀ ਇੱਦਾਂ ਦਾ ਹੋਵੇ, ਮੇਰੇ ਦੇਸ਼ ਦੀਆਂ ਯੂਨੀਵਰਸਿਟੀਆਂ, ਮੇਰੇ ਦੇਸ਼ ਦੇ ਸਕੂਲਾਂ ਦਾ ਮਾਹੌਲ ਵੀ ਹੋ ਜਾ ਹੋਵੇ। ਤੁਸੀਂ ਇੰਨਾ ਅਨੁਸ਼ਾਸਨ, ਸਮੇਂ ਦੀ ਇੰਨੀ ਪਾਬੰਦੀ, ਕੋਈ ਬੰਦਾ ਕਾਲਾ ਨਹੀਂ ਹੈ, ਕੋਈ ਬੰਦਾ ਲੇਟ ਨਹੀਂ ਹੈ। ਆਪਾਂ ਲੇਟ ਵੀ ਹੁੰਦੇ ਹਾਂ ਅਤੇ ਕਾਲੇ ਵੀ ਹੁੰਦੇ ਹਾਂ, ਇੱਦਾਂ ਹੁੰਦਾ ਨਾ, ਜਿਸ ਗੱਲ ਨੂੰ ਗੌਰ ਨਾਲ ਵਿਚਾਰਿਓ। ਆਪਾਂ ਲੇਟ ਵੀ ਹੁੰਦੇ ਹਾਂ ਅਤੇ ਕਾਲੇ ਵੀ ਹੁੰਦੇ ਹਾਂ, ਉਹ ਕਾਲੇ ਵੀ ਨਹੀਂ ਅਤੇ ਲੇਟ ਵੀ ਨਹੀਂ। ਮੈਂ ਕਿਹਾ ਇਹ ਸਾਰਾ ਕੁਝ ਤੁਸੀਂ, ਇਹ ਇੰਨਾ ਸੋਹਣਾ ਮਾਹੌਲ ਵਿੱਦਿਆ ਦਾ ਕਿਵੇਂ ਬਣਾ ਰੱਖਿਆ? ਜਦੋਂ ਮੈਂ ਇਹ ਸਵਾਲ ਕੀਤਾ, ਮੇਰੇ ਅੱਜ ਤੱਕ ਉਹ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਮੈਨੂੰ ਹਲੂਣ ਹਲੂਣ ਕੇ ਮੇਰੇ ਰੌਂਗਟਿਆਂ ਨੂੰ ਖੜ੍ਹੇ ਕਰ ਦਿੰਦਾ ਕਿ ਕਮਲਿਆ, ਤੈਨੂੰ ਆਪਣੀ ਵਿਰਾਸਤ ਦਾ ਨਹੀਂ ਪਤਾ, ਤੂੰ ਹੈ ਕੌਣ ਹੈ, ਤੂੰ ਕਰਨਾ ਕੀ ਸੀ ਅਤੇ ਤੂੰ ਕਰ ਕੀ ਰਿਹਾ? ਮੇਰੇ ਇਹ ਸਵਾਲ ਪੁੱਛਦਿਆਂ ਉਹ ਗੋਰਾ ਭਾਵੁਕ ਹੋ ਗਿਆ, ਉਹ ਜਿਵੇਂ ਮੇਰੇ ਵੇਖਦਿਆਂ ਵੇਖਦਿਆਂ ਰੋਣ ਲੱਗਿਆ ਅਤੇ ਉਹਦੀਆਂ ਅੱਖਾਂ ਵਿੱਚੋਂ ਮੈਂ ਵਰਚੁਅਲੀ ਦੇਖਿਆ ਕਿ ਉਹਦੀਆਂ ਅੱਖਾਂ ਦੇ ਵਿੱਚੋਂ ਬੂੰਦਾਂ ਅੱਥਰੂ ਡਿੱਗ ਰਹੇ ਨੇ ਥੱਲੇ। ਮੈਂ ਆਪਣੇ ਆਮ ਸੋਚਿਆ ਵੀ ਮੈਂ ਇਹਦੀ ਕੋਈ ਇਹਦੀ ਬੇਇੱਜ਼ਤੀ ਕਰ ਦਿੱਤੀ ਹੈ ਜਾਂ ਮੈਂ ਇਹਨੂੰ ਕੋਈ ਗਲਤ ਸਵਾਲ ਪੁੱਛ ਰਿਹਾ। ਮੈਂ ਆਪਣੇ ਮਨ 'ਚ ਸੋਚ ਰਿਹਾ, ਮੈਂ ਫਿਰ ਸਵਾਲ ਦੁਹਰਾਇਆ ਕਿ ਸਰ ਮੈਂ ਸਿਰਫ ਇਹ ਪੁੱਛ ਰਿਹਾ, ਤੁਸੀਂ ਇਹ ਕੈਂਬਰਿਜ ਦਾ ਇੰਨਾ ਸੋਹਣਾ ਵਿੱਦਿਅਕ ਮਾਹੌਲ ਕਿਵੇਂ ਖੜ੍ਹਾ ਕੀਤਾ ਹੈ? ਕਹਿੰਦਾ, ਆਪਣੇ ਅੱਥਰੂਆਂ ਨੂੰ ਰੋਕਦਾ ਹੋਇਆ ਬੋਲਿਆ, ਕਹਿੰਦਾ ਡਾਕਟਰ ਸਿੰਘ ਸੌਰੀ ਸੌਰੀ ਸੌਰੀ। ਮੈਂ ਫਿਰ ਹੈਰਾਨ ਵੀ ਇਹ ਸੌਰੀ ਕਦੇ ਕਹੀ ਜਾਂਦਾ। ਡਾਕਟਰ ਸਿੰਘ, ਆਵਰ ਅਨਸਿਸਟਰਸ ਬਟਰੇਡ ਯੂ। ਮੈਂ ਬੜਾ ਹੈਰਾਨ ਵੀ ਮੈਂ ਸਵਾਲ ਕੁਝ ਹੋਰ ਕਰ ਰਿਹਾ ਵੀ ਕੈਂਬਰਿਜ ਦਾ ਮਾਹੌਲ ਇੰਨਾ ਵਧੀਆ ਕਿਵੇਂ? ਕਹਿੰਦਾ, ਡਾਕਟਰ ਸਿੰਘ, ਆਵਰ ਅਨਸਿਸਟਰਸ ਬਟਰੇਡ ਯੂ, ਵੀ ਬ੍ਰੌਟ ਇਟ ਫਰੋਮ ਯੂਅਰ ਮਦਰਲੈਂਡ ਪੰਜਾਬ। ਮਾਈ ਗੁੱਡਨੈਸ, ਇਹ ਕਿਵੇਂ ਹੋਇਆ? ਇਹਨੂੰ ਕੌਣ ਲਿਆਇਆ, ਕਿਵੇਂ ਲਿਆ? ਮੈਂ ਬੜਾ ਆਪਣੇ ਅੰਦਰ, ਮੇਰੇ ਅੰਦਰ ਪਤਾ ਨਹੀਂ ਜਿਵੇਂ ਅੱਗ ਜੀ ਲੱਗੀ ਹੋਈ, ਮੈਂ ਇਹ ਜਾਣਨ ਦੇ ਲਈ ਇੰਨਾ ਕਾਲਾ ਸੀ, ਉਹ ਕੌਣ ਲਿਆਇਆ, ਕਿੱਥੋਂ ਲਿਆਇਆ, ਕਿਵੇਂ ਲਿਆਇਆ? ਮੈਨੂੰ ਮੇਰੇ ਚੇਤੇ ਵਿੱਚ ਸਾਰਾ ਕੁਛ ਕਿ ਇੱਕ ਪਾਸੇ ਕੈਂਬਰਿਜ, ਇੱਕ ਪਾਸੇ ਮੇਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬੜਾ ਅੰਤਰ ਹੈ ਪੰਜਾਬ ਦੀਆਂ ਬਾਕੀ ਦੀਆਂ ਯੂਨੀਵਰਸਿਟੀਆਂ ਦਾ, ਬੜਾ ਅੰਤਰ ਹੈ। ਮੈਂ ਸੋਚੀ ਜਾਂਦਾ ਮੇਰੇ ਨਾਲ ਮਜ਼ਾਕ ਕਰ ਰਿਹਾ। ਉਹ ਫਿਰ ਪ੍ਰੇਮ ਨਾਲ ਭਰੇ ਅੱਥਰੂਆਂ 'ਚ ਬੋਲਿਆ, ਰੀਅਲੀ, ਵੀ ਬ੍ਰੌਟ ਇਟ ਫਰੋਮ ਯੂਅਰ ਮਦਰਲੈਂਡ ਪੰਜਾਬ। ਡਾਕਟਰ ਸਿੰਘ, ਆਈ ਨੋ ਵਟ ਯੂ ਵਾਂਟ ਟੂ ਸੇ, ਹੈ ਨਾ? ਕਹਿੰਦਾ, ਮੈਂ ਤੇਰੇ ਚਿਹਰੇ ਨੂੰ ਪੜ੍ਹ ਰਿਹਾ, ਤੂੰ ਮੈਨੂੰ ਪੁੱਛਣਾ ਕੀ ਚਾਹੁੰਦਾ? ਕਹਿੰਦਾ, ਜਸਟ ਕੀ ਪੇਸ਼ੈਂਸ, ਆਈ ਵਿਲ ਟੈਲ ਯੂ ਦ ਸਟੋਰੀ। ਉਹਨੇ ਨਾਮ ਲਿਆ, ਕਹਿੰਦਾ, ਹੈਵ ਯੂ ਹਰਡ ਆਫ ਮੈਟਕੈਲਵ? ਮੈਂ ਕਿਹਾ, ਆਰ ਯੂ ਟਾਕਿੰਗ ਅਬਾਊਟ ਦਾ ਗਾਏ ਹੂ ਸਾਈਨ ਦਾ ਅੰਮ੍ਰਿਤਸਰ ਟ੍ਰੀਟੀ ਵਿਦ ਮਹਾਰਾਜਾ ਰਣਜੀਤ ਸਿੰਘ? ਕਹਿੰਦਾ, ਯੈਸ, ਆਈ ਐਮ ਟਾਕਿੰਗ ਅਬਾਊਟ ਦਾ ਸੇਮ ਗਾਏ, ਹੀ ਵਾਜ਼ ਦਾ ਗਵਰਨਰ ਜਨਰਲ ਆਫ ਕੈਨੇਡਾ, ਹੀ ਵਾਜ ਦਾ ਵਰਕਿੰਗ ਗਵਰਨਰ ਜਨਰਲ ਆਫ ਇੰਡੀਆ ਐਜ ਵੈਲ। ਇੱਕ ਬਹੁਤ ਵੱਡਾ ਕੱਦ ਵਾਲਾ ਆਦਮੀ ਸੀ ਮੈਟਕੈਲਵ। ਇਹਨੇ ਇੱਥੋਂ ਗੱਲ ਆਰੰਭ ਕੀਤੀ ਉਸ ਗੋਰੇ ਨੇ। ਹੁਣ ਜਿਹੜੀ ਤੁਹਾਨੂੰ ਮੈਂ ਅੱਗੇ ਗਾਥਾ ਸੁਣਾਵਾਂਗਾ, ਇਹ ਸਾਰੀ ਗਾਥਾ ਠੰਡਾ ਸਾਹ ਲੈ ਕੇ ਸੁਣਿਓ, ਅਤੇ ਇਹ ਮੈਂ ਪਹਿਲੀ ਵਾਰੀ ਸੁਣੀ ਕੈਂਬਰਿਜ ਦੀ ਸੜਕ ਦੇ ਇੱਕ ਕੰਢੇ 'ਤੇ ਇੱਕ ਬਾਗ ਦੇ ਵਿੱਚ ਬੈਠ ਕੇ, ਅਤੇ ਗੋਰਾ ਮੈਨੂੰ ਕਹਿ ਰਿਹਾ ਕਿ ਇਹ ਇੱਕ ਆਦਮੀ ਸੀ ਬਹੁਤ ਵੱਡੇ ਕੱਦ ਵਾਲਾ, ਅਤੇ ਮੈਨੂੰ ਨਾਲ ਨਾਲ ਕਹਿ ਰਿਹਾ ਸੀ ਇਹ ਗਾਥਾਵਾਂ ਸਾਨੂੰ ਸਾਡੇ ਦਾਦੇ ਦਾਦੀਆਂ ਸੁਣਾਇਆ ਕਰਦੇ ਸੀ ਜਦੋਂ, ਕਹਿੰਦਾ, ਮੈਂ ਛੋਟਾ ਸੀ ਨਾ। ਇਹ ਜਿਹੜੀ ਮੈਂ ਤੈਨੂੰ ਅੱਜ ਗੱਲ ਸੁਣਾ ਰਿਹਾ, ਇਹ ਮੈਂ ਸੁਣਾਉਣ ਲੱਗਿਆ, ਇਹ ਸਾਡੇ ਬਜ਼ੁਰਗ ਸਾਨੂੰ ਇਹ ਬਾਤਾਂ ਪਾਇਆ ਕਰਦੇ ਹਨ, ਸਾਡੇ ਸਮਾਜ ਵਿੱਚ ਇਹ ਗੱਲਾਂ ਐਂ ਟਰੈਵਲ ਕਰਦੀਆਂ ਸੀ। ਉਹ ਗੱਲ ਕੀ ਹੈ? ਕਹਿੰਦੇ, ਮੈਟਕੈਲਵ 1809 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸੰਧੀ ਕਰਨ ਦੇ ਲਈ ਆਇਆ,
ਅਤੇ ਮੈਡੀਕਲ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਆ ਕੇ ਮਿਲਿਆ, ਕੁਛ ਸਮਾਂ ਉਹਨੇ ਲਾਹੌਰ ਵੀ ਬਤੀਤ ਕੀਤਾ ਅਤੇ ਉਹਨੇ ਮੈਨੂੰ ਦੱਸਿਆ ਕਿ ਮੈਡੀਕਲ ਨੇ 1809 ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਗੱਲਾਂ ਨੂੰ ਆਪਣੀ ਡਾਇਰੀ 'ਤੇ ਕਲਮ ਬੰਦ ਕਰਕੇ ਲਿਆਂਦਾ ਅਤੇ ਉਹ ਗੱਲਾਂ ਉਹਨੇ ਆ ਕੇ ਬ੍ਰਿਟੇਨ ਦੀ ਪਾਰਲੀਆਮੈਂਟ ਵਿੱਚ ਕਹੀਆਂ। ਸਿਰਫ ਤਿੰਨ ਗੱਲਾਂ, ਉਹ ਤਿੰਨ ਗੱਲਾਂ ਪਤਾ ਕਿਹੜੀਆਂ ਸਨ? ਮੈਂ ਕਿਹਾ ਨਹੀਂ, ਮੈਨੂੰ ਨਹੀਂ ਪਤਾ, ਮੈਡੀਕਲ ਬਾਰੇ ਤਾਂ ਮੈਂ ਜਾਣਦਾ, ਮੈਨੂੰ ਪੜ੍ਹਾਇਆ ਗਿਆ ਕਿ 1809 ਦੀ ਸੰਧੀ ਦੇ ਵਿੱਚ ਮੈਡੀਕਲ ਅਤੇ ਰਣਜੀਤ ਸਿੰਘ ਨੇ ਉੱਥੇ ਹਸਤਾਖਰ ਕੀਤੇ ਸੀਗੇ ਇੱਕ ਸੰਧੀ ਉੱਤੇ ਕਿ ਸਤਲੁਜ ਨੂੰ ਅਸੀਂ ਨਹੀਂ ਟੱਪਾਂਗੇ, ਤੁਸੀਂ ਇੱਧਰ ਨਹੀਂ ਆਉਣਾ, ਅਸੀਂ ਉੱਧਰ ਨਹੀਂ ਜਾਣਾ, ਇਹ ਆਪਾਂ ਮੋਟੀ ਜਿਹੀ ਗੱਲ ਸਾਰੇ ਜਾਣਦੇ ਹਾਂ। ਕਹਿੰਦਾ ਉਸ ਵੇਲੇ ਮੈਡੀਕਲ ਨੇ ਤਿੰਨ ਗੱਲਾਂ ਪੰਜਾਬ ਦੇ ਵਿੱਚੋਂ ਸਿੱਖੀਆਂ ਔਰ ਉਹਨੇ ਆ ਕੇ ਬ੍ਰਿਟੇਨ ਦੀ ਪਾਰਲੀਆਮੈਂਟ 'ਚ ਕਿਹਾ ਕਿੱਥੇ ਖੜ੍ਹੇ ਹੋ, ਉਹ ਐਡਾ ਸ਼ਕਤੀਸ਼ਾਲੀ ਸਮਰਾਟ ਹੈ ਪੰਜਾਬ, ਉਹਦੇ ਨਾਲ ਅਸੀਂ ਕਦੀ ਵੀ ਟੱਕਰ ਨਹੀਂ ਲੈ ਸਕਦੇ ਕਿਉਂਕਿ ਪੰਜਾਬ ਕੋਲ ਤਿੰਨ ਚੀਜ਼ਾਂ ਨੇ। ਉਹ ਕਹਿੰਦੇ ਕਿਹੜੀਆਂ? ਮੈਨੂੰ ਵੀ ਬੜੀ ਉਤਸੁਕਤਾ ਸੀ, ਮੈਨੂੰ ਦੱਸੇ ਫਟਾਫਟ। ਅਤੇ ਉਹ ਬੜਾ ਬਜ਼ੁਰਗ ਆਦਮੀ ਉਹ ਠਰੰਮੇ ਨਾਲ ਸਹਿਜ ਨਾਲ ਦੱਸ ਰਿਹਾ, ਕਹਿੰਦਾ ਪਹਿਲੀ ਗੱਲ ਮੈਡੀਕਲ ਨੇ ਦੇਖਿਆ, ਕਹਿੰਦਾ ਉਦੋਂ ਇੰਗਲੈਂਡ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ, ਕਹਿੰਦਾ ਪੰਜਾਬ ਦੀ ਹਰ ਸੱਥ ਵਿੱਚ, ਹਰ ਪਿੰਡ ਦੀ ਸੱਥ ਵਿੱਚ, ਹਰ ਪਾਠਸ਼ਾਲਾ ਵਿੱਚ, ਜਿਹਨੂੰ ਆਪਾਂ ਹੁਣ ਸਕੂਲ ਕਹਿ ਦਿੰਦੇ ਹਾਂ, ਸੂਰਜੀ ਘੜੀ ਲੱਗੀ ਹੁੰਦੀ ਸੀ ਅਤੇ ਸਮੇਂ ਦੇ ਹਿਸਾਬ ਨਾਲ ਸਮਾਂ ਬਦਲਦਾ ਅਤੇ ਵਿਸ਼ਾ ਬਦਲਦਾ ਸੀ ਅਤੇ ਵਿਸ਼ਾ ਦੇਖ ਕੇ ਉਹਦੇ ਨਾਲ ਪੜ੍ਹਾਇਆ ਜਾਂਦਾ ਸੀ। ਕਹਿੰਦਾ ਇੰਗਲੈਂਡ ਕੋਲ ਉਸ ਵਕਤ ਘੜੀਆਂ ਦਾ ਰਿਵਾਜ ਹੀ ਨਹੀਂ ਸੀ, ਘੜੀਆਂ ਸਨ ਪਰ ਘੜੀਆਂ ਦਾ ਰਿਵਾਜ ਨਹੀਂ ਸੀ, ਤੁਹਾਡੇ ਹਰ ਪਿੰਡ ਦੀ ਸੱਥ ਵਿੱਚ, ਹਰ ਸਕੂਲ ਵਿੱਚ ਘੜੀ, ਅਤੇ ਸਾਡੀਆਂ ਇਕੱਤਰਤਾਵਾਂ ਦੇ ਕੋਈ ਸਮੇਂ ਨਹੀਂ ਸੀ ਹੁੰਦੇ, ਮਿਲਦੇ ਸੀ ਤਾਂ ਬੈਠੇ ਹਾਂ ਅਤੇ ਬੈਠੇ ਹਾਂ, ਨਹੀਂ ਬੈਠੇ ਤਾਂ ਨਾ ਬੈਠੇ ਹਾਂ। ਕਹਿੰਦੇ ਰਣਜੀਤ ਸਿੰਘ ਨੂੰ ਮਿਲਣ ਦਾ ਸਮਾਂ ਘੜੀ ਦੇਖ ਕੇ ਆਰੰਭ ਹੁੰਦਾ ਸੀ, ਠੀਕ ਸਮੇਂ 'ਤੇ ਇਕੱਤਰਤਾ ਨੂੰ ਰੱਤ ਖਤਮ ਕਰ ਦਿੱਤਾ। ਐਡੀ ਐਡਾ ਐਡਾ ਪਕੜ ਕਮਾਂਡ। ਕਹਿੰਦਾ ਮੈਡੀਕਲ ਬਹੁਤ ਕਾਇਲ ਹੋਇਆ, ਕਹਿੰਦਾ ਚਲੋ ਇਹ ਗੱਲ ਉਹਦੇ ਵਾਸਤੇ ਛੋਟੀ ਸੀ, ਜਿਸ ਗੱਲ ਨੇ ਮੈਡੀਕਲ ਦੇ ਰੋਂਗਟੇ ਤੱਕ ਖੜ੍ਹੇ ਕਰ ਦਿੱਤੇ ਉਹ ਇਹ ਸੀ, ਉਹ ਕੁਝ ਦਿਨ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨੇ ਕੁਝ ਸਮਾਂ ਬਤੀਤ ਕੀਤਾ, ਉੱਥੋਂ ਦੀਆਂ ਧੁਨੀਆਂ ਨਾਲ ਉਹ ਖਿੱਚਿਆ ਗਿਆ ਅਤੇ ਉਹ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਗੁਰੂ ਸਾਹਿਬ ਦਾ ਸਿੰਘਾਸਣ ਸਜਦਾ, ਪ੍ਰਕਾਸ਼ ਹੁੰਦਾ, ਉਸ ਸਮੇਂ ਦਾ ਆਨੰਦ ਮਾਣਨ ਲੱਗਿਆ, ਉਹਨੇ ਇਹ ਗੱਲ ਦਾ ਅਨੁਭਵ ਕੀਤਾ ਕਿ ਇਹ ਰਾਤ ਨੂੰ ਵੀ ਸਮਾਂ ਦੇਖ ਕੇ ਪ੍ਰਕਾਸ਼ ਕਰਦੇ ਨੇ ਆਪਣਾ ਸਿੰਘਾਸਣ, ਨਰਸਿੰਘਾ ਵੱਜਦਾ ਹੈ, ਅਤੇ ਸੋਚਣ ਲੱਗਿਆ ਵੀ ਇਹ ਚੰਦਰਮਾ ਦੀ ਰੋਸ਼ਨੀ ਨਾਲ ਸਮਾਂ ਵੇਖਦੇ ਨੇ। ਮਨ ਵਿੱਚ ਬੜੀ ਉਤਸੁਕਤਾ ਕਿ ਮੱਸਿਆ ਦੀ ਰਾਤ ਨੂੰ ਕੀ ਕਰਨਗੇ, ਮੱਸਿਆ ਦੀ ਰਾਤ ਦੀ ਉਡੀਕ ਕਰਨ ਲੱਗਿਆ। ਮੱਸਿਆ ਦੀ ਰਾਤ ਆਈ, ਉਸੇ ਤਰ੍ਹਾਂ ਠੀਕ ਸਮੇਂ 'ਤੇ ਨਰਸਿੰਘਾ ਵੱਜਿਆ ਅਤੇ ਜਾਹੋ ਜਲਾਓ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਕਹਿੰਦਾ ਮੈਡੀਕਲ ਦੇ ਰੋਂਗਟਿਆਂ ਵਿੱਚੋਂ ਬੜੀਆਂ ਚੀਕਾਂ ਨਿਕਲ ਰਹੀਆਂ ਕਿ ਇਸ ਸਮਰਾਟ ਦੇ ਨਾਲ ਅਸੀਂ ਦੁਨੀਆਂ 'ਤੇ ਰਾਜ ਕਰ ਲਿਆ, ਸਾਡਾ ਝੰਡਾ ਰਾਣੀ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਪਰ ਇਹ ਖਿੱਤਾ ਅਸੀਂ ਕਦੋਂ ਕਬਜ਼ੇ 'ਚ ਲੈ ਕੇ ਆਵਾਂਗੇ, ਵਿਉਂਤਵੰਤੀਆਂ ਕਰ ਰਿਹਾ ਅਤੇ ਸੋਚ ਰਿਹਾ ਕਿ ਇਹਨਾਂ ਕੋਲ ਐਡਾ ਗਿਆਨ ਹੈ, ਇੰਨਾ ਵਿਗਿਆਨ ਹੈ, ਅੱਜ ਮੱਸਿਆ ਦੀ ਰਾਤ ਨੂੰ ਵੀ ਇਹਨਾਂ ਨੇ ਉਸ ਸਮੇਂ 'ਤੇ ਨਰਸਿੰਘਾ ਵਜਾ ਦਿੱਤਾ ਅਤੇ ਇਹਨਾਂ ਦੇ ਨਾਲ ਅਸੀਂ ਕਦੀ ਵੀ ਟੱਕਰ ਨਹੀਂ ਲੈ ਪਾਵਾਂਗੇ, ਅਸੀਂ ਤਾਂ ਇਹਨਾਂ ਤੋਂ ਬਹੁਤ ਪਿੱਛੇ ਹਾਂ, ਇਹ ਵਿਚਾਰਾਂ ਕਰਦਾ ਇੱਥੋਂ ਮੈਡੀਕਲ ਆਪਣੀ ਡਾਇਰੀ ਵਿੱਚ ਪਹਿਲਾਂ ਇਹ ਨੁਕਤਾ ਲਿਖ ਕੇ ਗਿਆ ਕਿ ਪੰਜਾਬ ਸਮੇਂ ਦਾ ਬਹੁਤ ਜ਼ਬਰਦਸਤ ਢੰਗ ਨਾਲ ਪਾਬੰਦ ਹੈ, ਇਹਦੇ ਨਾਲ ਟੱਕਰ ਨਹੀਂ ਲਈ ਜਾ ਸਕਦੀ। ਮਹਾਰਾਜਾ ਰਣਜੀਤ ਸਿੰਘ ਨਾਲ ਜਦੋਂ ਸੰਧੀ ਹੁੰਦੀ ਹੈ, ਜਦੋਂ ਦੋ ਦੇਸ਼, ਦੋ ਰਾਜੇ, ਦੋ ਸਰਕਾਰਾਂ ਆਪਸ 'ਚ ਬੈਠਦੀਆਂ ਨੇ ਅਤੇ ਇਹ ਗੱਲਾਂ ਆਮ ਹੋਇਆ ਕਰਦੀਆਂ ਨੇ ਕਿ ਤੁਹਾਡੀ ਸਰਕਾਰ ਦੇ ਮੁੱਦੇ ਕੀ ਨੇ, ਤੁਸੀਂ ਕਿਹੜੇ ਕੰਮ ਕਰ ਰਹੇ ਹੋ, ਅਸੀਂ ਕਿਹੜੇ ਕੰਮ ਕਰ ਰਹੇ ਹਾਂ, ਅਤੇ ਜਦੋਂ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਕੰਮ ਕਰ ਰਹੇ ਹੋ, ਤਾਂ ਰਣਜੀਤ ਸਿੰਘ ਨੇ ਦੋ ਕੰਮ ਦੱਸੇ।
ਪਹਿਲਾ ਕੰਮ ਦੱਸਿਆ। ਦੇਖੋ ਸਰਕਾਰ ਕਦੋਂ ਬਣੀ ਆ ਰਣਜੀਤ ਸਿੰਘ ਦੀ, 1801 ਦੇ ਵਿੱਚ ਰਣਜੀਤ ਸਿੰਘ ਮਹਾਰਾਜਾ ਬਣਦੇ ਨੇ। ਅਜੇ ਕਿੰਨੇ ਸਾਲ ਹੋਏ ਨੇ? 8 ਸਾਲ ਹੋਏ ਨੇ। ਕੰਮ ਕੀ ਕਰ ਰਹੇ ਨੇ ਕਿ ਪੰਜਾਬ ਦਾ ਹਰ ਨਾਗਰਿਕ ਪੜ੍ਹਾ ਦਿੱਤਾ ਜਾਣਾ ਹੈ। ਮੈਂ ਕਹਿ ਲਓ ਅਸੀਂ ਬੜੇ ਜ਼ੋਰ ਨਾਲ ਕੰਮ ਕਰ ਰਹੇ ਹਾਂ, ਸਾਡੀ ਪਹਿਲੀ ਪ੍ਰਾਥਮਿਕਤਾ ਇਹ ਹੈ ਕਿ ਪੰਜਾਬ ਦਾ ਇੱਕ ਵੀ ਨਾਗਰਿਕ ਅਨਪੜ੍ਹ ਨਹੀਂ ਰਹੇਗਾ। ਅਸੀਂ ਇਹਨੂੰ ਬੜੇ ਜ਼ੋਰ ਨਾਲ ਕਰਾਂਗੇ ਔਰ ਲੱਗੇ ਹੋਏ ਹਾਂ ਪਿਛਲੇ 8 ਸਾਲਾਂ ਦੇ। ਮੈਂ ਕਹਿ ਲਓ ਸੋਚਦਾ ਵੀ ਇੰਗਲੈਂਡ ਦੇ ਵਿੱਚ ਤਾਂ ਹਜੇ ਕਾਨੂੰਨ ਹੀ ਨਹੀਂ ਹੈਗਾ ਸਾਰੇ ਨਾਗਰਿਕਾਂ ਨੂੰ ਪੜ੍ਹਾ ਦੇਣ ਦਾ। ਇੰਗਲੈਂਡ ਨੇ ਇਹ ਕਾਨੂੰਨ 1870 ਦੇ ਵਿੱਚ ਪਾਸ ਕੀਤਾ, ਐਲੀਮੈਂਟਰੀ ਐਜੂਕੇਸ਼ਨ ਐਕਟ। ਜਿਹੜਾ ਕੰਮ ਪੰਜਾਬ 1809 ਦੇ ਵਿੱਚ ਕਰ ਰਿਹਾ, ਇੰਗਲੈਂਡ ਨੇ ਉਸ ਕੰਮ ਨੂੰ 1870 ਵਿੱਚ ਸ਼ੁਰੂ ਕੀਤਾ। ਪੰਜਾਬ ਉਸ ਵਕਤ ਇੰਗਲੈਂਡ ਤੋਂ 60 ਸਾਲ ਅੱਗੇ ਸੀ ਕਿ ਹਰ ਵਿਅਕਤੀ ਨੂੰ ਪੜ੍ਹਾ ਦਿੱਤਾ ਜਾਣਾ। ਮੈਡੀਕਲ ਕਹਿੰਦਾ ਦੂਸਰਾ ਕੰਮ ਕੀ ਕਰ ਰਹੇ ਹੋ? ਕਹਿੰਦੇ ਦੂਸਰਾ ਕੰਮ ਅਸੀਂ ਪੂਰੀ ਪ੍ਰਾਥਮਿਕਤਾ ਨਾਲ ਇਹ ਕਰ ਰਹੇ ਹਾਂ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਸਵੈ ਰੱਖਿਆ 'ਚ ਨਿਪੁੰਨ ਕਰਨਾ ਹੈ। ਉਹਨੂੰ ਸਰੀਰ ਦੇ ਅੰਗਾਂ ਦੀ ਜਾਣਕਾਰੀ ਦੇਣੀ ਹੈ, ਸਰੀਰ ਦੀ ਸੁਰੱਖਿਆ ਦੀ ਜਾਣਕਾਰੀ ਦੇਣੀ ਹੈ, ਖੁਰਾਕ ਦੀ ਜਾਣਕਾਰੀ ਦੇਣੀ ਹੈ। ਔਰ ਹਰ ਨਾਗਰਿਕ ਇੱਕ ਬਹੁਤ ਤਕੜੇ ਜਰਨੈਲ ਦੀ ਤਰ੍ਹਾਂ, ਇੱਕ ਬੜੇ ਤਕੜੇ ਸਿਪਾਹੀ ਦੀ ਤਰ੍ਹਾਂ ਉਹਨੂੰ ਸ਼ਸਤਰਾਂ ਦੇ ਨਾਲ ਅਸੀਂ ਅਭਿਆਸੀ ਇੰਨਾ ਕਰ ਦੇਣਾ ਕਿ ਜੇ ਕਿਤੇ ਲੋੜ ਪਵੇ ਪੰਜਾਬ ਨੂੰ, ਪੰਜਾਬ ਦੀ ਫੌਜ ਨਹੀਂ, ਪੰਜਾਬ ਦਾ ਹਰ ਨਾਗਰਿਕ ਪੰਜਾਬ ਦੇ ਲਈ ਇੱਕ ਬਰੂਦ ਵਾਂਗੂ ਖੜ੍ਹਾ ਹੋਵੇ। ਅਤੇ ਗੱਲ ਇੱਥੇ ਨਹੀਂ, ਮੈਂ ਆਪਣੇ ਨਾਗਰਿਕਾਂ ਨੂੰ, ਆਪਣੇ ਪਿੰਡਾਂ ਨੂੰ ਇੱਥੋਂ ਤੱਕ ਇਹ ਖੁੱਲ੍ਹ ਦੇ ਦਿੱਤੀ ਹੋਈ ਹੈ ਕਿ ਤੁਹਾਨੂੰ ਕਦੀ ਇਹ ਮਹਿਸੂਸ ਹੋਵੇ ਕਿ ਰਣਜੀਤ ਸਿੰਘ ਪੰਜਾਬ ਦੇ ਹਿੱਤਾਂ ਤੋਂ ਬਾਹਰ ਜਾ ਰਿਹਾ, ਤਾਂ ਤੁਸੀਂ ਰਣਜੀਤ ਸਿੰਘ ਦੇ ਖਿਲਾਫ ਆਪਣੇ ਸਰੀਰਾਂ ਦੇ ਨਾਲ, ਆਪਣੇ ਸ਼ਸਤਰਾਂ ਦੇ ਨਾਲ ਜਿਹੜਾ ਅਭਿਆਸ ਮੈਂ ਤੁਹਾਨੂੰ ਕਰਵਾ ਰਿਹਾ, ਇਸੇ ਅਭਿਆਸ ਨੂੰ ਤੁਸੀਂ ਮੇਰੇ ਉੱਤੇ ਵਰਤ ਸਕਦੇ ਹੋ। ਜੇ ਤੁਹਾਨੂੰ ਲੱਗੇ ਕਿ ਮੈਂ ਪੰਜਾਬ ਦੇ ਹਿੱਤਾਂ ਤੋਂ ਬਾਹਰ ਲੰਘ ਰਿਹਾ, ਤਾਂ ਤੁਹਾਨੂੰ ਮੈਂ ਐਡੀ ਇਹ ਤਾਕਤ ਦੇ ਰਿਹਾ। ਹਰ ਪਿੰਡ ਦੇ ਵਿੱਚ ਪੈਸਿਆਂ 'ਤੇ ਨਹੀਂ, ਤਨਖਾਹ 'ਤੇ ਨਹੀਂ, ਨਿਸ਼ਕਾਮ ਤੌਰ 'ਤੇ ਆਪੋ ਆਪਣੀ ਕਿਰਤ ਕਰਨ ਵਾਲੇ ਚੁਣਵੇਂ ਪਿੰਡ ਦੇ ਨੌਜਵਾਨਾਂ ਦਾ ਇੱਕ ਦਸਤਾ ਹੋਇਆ ਕਰੇਗਾ ਅਤੇ ਬਹੁਤ ਸਾਰੇ ਪਿੰਡਾਂ 'ਚ ਅਸੀਂ ਤਿਆਰ ਕਰ ਦਿੱਤਾ ਅਤੇ ਉਹਨਾਂ ਕੋਲੋਂ ਆਪਣੇ ਪਿੰਡ ਦੀ ਇੱਜ਼ਤ ਦੀ ਰਾਖੀ ਕਰਨ ਦੇ ਸਾਰੇ ਅਧਿਕਾਰ ਉਹਨਾਂ 5 ਨੌਜਵਾਨਾਂ ਕੋਲ ਹੋਇਆ ਕਰਨਗੇ। ਐਡਾ ਵੱਡਾ ਅਸੀਂ ਢਾਂਚਾ ਖੜ੍ਹਾ ਕਰ ਰਹੇ ਹਾਂ ਅਤੇ ਮੈਡੀਕਲ ਸੁਣੀ ਜਾਂਦਾ ਅਤੇ ਲਿਖੀ ਜਾਂਦਾ। ਰਾਤ ਨੂੰ ਜਾ ਕੇ ਇੱਕ ਦਿਨ ਸਵਾਲ ਕਰਦਾ ਹੈ, ਕਹਿੰਦਾ ਰਣਜੀਤ ਸਿੰਘ ਤੇਰਾ ਅਨੁਸ਼ਾਸਨ ਬਹੁਤ ਹੈ, ਤੂੰ ਆਪਣਾ ਸਿੱਕਾ ਇੰਨਾ ਮਜ਼ਬੂਤ ਕੀਤਾ ਹੋਇਆ ਕਿ ਅੱਜ ਤੇਰਾ ਇੱਕ ਸਿੱਕਾ ਮੈਂ ਲੈਂਦਾ ਅਤੇ ਮੈਂ ਤੈਨੂੰ ਆਪਣੇ 13 ਸਿੱਕੇ ਦਿੰਦਾ। ਤੇਰੇ ਅਨੁਸ਼ਾਸਨ ਦੀ ਬਾ ਕਮਾਲ ਜਿਹੜੀ ਧਮਕ ਹੈਗੀ, ਤੇਰੀ ਸਮੇਂ ਦੀ ਪਾਬੰਦੀ, ਤੇਰਾ ਸਾਰਾ ਕੁਛ, ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ। ਪੰਜਾਬ ਦਾ ਦੌਰਾ ਕਰਦਿਆਂ ਰਣਜੀਤ ਸਿੰਘ ਨੂੰ ਪੁੱਛਦਾ ਵੀ ਤੇਰੀਆਂ ਫੌਜਾਂ ਮੈਨੂੰ ਨਜ਼ਰ ਨਹੀਂ ਆਉਂਦੀਆਂ, ਇਹ ਸਾਰੇ ਲੋਕ ਇੰਨੇ, ਜਿਹੜਾ ਸਵਾਲ ਅੱਜ ਮੈਂ ਉਸ ਗੋਰੇ ਨੂੰ ਕਰ ਰਿਹਾ ਕਿ ਕੈਂਬਰੇਜ ਇੰਨਾ ਸੋਹਣਾ ਅਤੇ ਅਨੁਸ਼ਾਸਨਬੱਧ ਕਿਵੇਂ ਆ, ਉਹ ਗੋਰਾ ਮੈਨੂੰ ਕਹਿ ਰਿਹਾ। ਕਹਿੰਦਾ ਇੱਕ ਦਿਨ ਇਹ ਸਵਾਲ ਡਾਕਟਰ ਸਿੰਘ, ਮੈਟਕਲਫ ਆਸਕ ਦਾ ਸੇਮ ਕੁਸਚਨ ਟੂ ਰਣਜੀਤ ਸਿੰਘ, ਕਹਿੰਦਾ ਤੁਸੀਂ ਇਹ ਕਿਵੇਂ ਕੀਤਾ ਹੋਇਆ? ਕਹਿੰਦਾ ਰਣਜੀਤ ਸਿੰਘ ਵਾਪਸ ਆਏ ਅਤੇ ਰਣਜੀਤ ਸਿੰਘ ਨੇ ਉਹਨੂੰ ਜਵਾਬ ਪਤਾ ਕੀਤਾ, ਦਰਬਾਰ ਵਿੱਚ ਮੈਟਕਲਫ ਨੂੰ ਲੈ ਕੇ ਆਏ ਅਤੇ ਦਰਬਾਰੀ ਨੂੰ ਕਹਿੰਦੇ ਜਾਓ ਰਾਣੀ ਦਾ ਸਭ ਤੋਂ ਕੀਮਤੀ ਕੈਂਠਾ ਲੈ ਕੇ ਆਓ ਜਿਹਦੇ ਵਿੱਚ ਗਹਿਣੇ ਜਵਾਹਰਾਤ ਹੀਰੇ ਜੜੇ ਹੋਏ ਨੇ। ਦੂਜੇ ਦਰਬਾਰ ਨੂੰ ਕਹਿੰਦੇ ਜਾਓ ਪਿੰਡ ਦੇ ਵਿੱਚੋਂ, ਗਲੀ ਦੇ ਵਿੱਚੋਂ ਕੋਈ ਅਵਾਰਾ ਕੁੱਤਾ ਫੜ ਲਿਆਓ। ਇੱਕ ਪਾਸੇ ਕੁੱਤਾ ਆ ਗਿਆ, ਇਹ ਮੈਨੂੰ ਉਹ ਗੋਰਾ ਸੁਣਾ ਰਿਹਾ ਹੈ, ਕਹਿੰਦਾ ਇਹ ਘਟਨਾ ਮੈਟਕਲਫ ਨਾਲ ਵਾਪਰਦੀ ਹੈ। ਅਤੇ ਜਦੋਂ ਦਰਬਾਰ ਦੇ ਵਿੱਚ ਕੁੱਤਾ ਆਉਂਦਾ
ਅਤੇ ਰਣਜੀਤ ਸਿੰਘ ਰਾਣੀ ਦਾ ਕੈਂਠਾ ਬਹੁਤ ਮੁੱਲੀ ਜਵਾਹਰਾਤ ਹੀਰਿਆਂ ਨਾਲ ਜੜਿਆ ਹੋਇਆ ਮੈਟਕੈਲਫ ਦੇ ਹੱਥ ਫੜਾਉਂਦੇ ਨੇ ਅਤੇ ਕਹਿੰਦੇ ਨੇ ਸਰ ਇਹ ਕੈਂਠਾ ਕੁੱਤੇ ਦੇ ਗਲ ਵਿੱਚ ਪਾ ਦਿਓ। ਉਹ ਆਪਣੀ ਇਹਦੇ 'ਚ ਬੇਇੱਜ਼ਤੀ ਮਹਿਸੂਸ ਕਰਦਾ ਕਿ ਮੈਂ ਤਾਂ ਪੁੱਛ ਰਿਹਾ ਵੀ ਤੁਸੀਂ ਅਨੁਸ਼ਾਸਨ ਕਿਵੇਂ ਬਣਾਇਆ ਹੋਇਆ ਅਤੇ ਤੁਹਾਡੇ ਫੌਜੀ ਕਿੱਥੇ ਨੇ, ਤੁਹਾਡੇ ਸਿਪਾਹੀ ਕਿੱਥੇ ਨੇ। ਰਣਜੀਤ ਸਿੰਘ ਮੁਸਕਰਾਏ ਅਤੇ ਉਹਨੂੰ ਕਿਹਾ ਤੇਰੇ ਸਵਾਲ ਦਾ ਜਵਾਬ ਇਹਦੇ ਵਿੱਚ ਹੈ। ਕੈਂਠਾ ਕੁੱਤੇ ਦੇ ਗਲ ਵਿੱਚ ਮੈਟਕੈਲਫ ਕੋਲੋਂ ਪਵਾ ਦਿੱਤਾ, ਦਰਬਾਰ ਨੂੰ ਕਿਹਾ ਕੁੱਤਾ ਲਿਜਾ ਕੇ ਛੱਡਿਆ। ਮੈਟਕੈਲਫ ਕਹਿੰਦਾ ਮੇਰਾ ਜਵਾਬ? ਉਹ ਕਹਿੰਦੇ ਤੇਰਾ ਜਵਾਬ ਕੁੱਤਾ ਦੇਵੇਗਾ। ਦਿਨ ਇੱਕ ਲੰਘਦਾ, ਦੋ ਲੰਘਦੇ ਆ, ਤਿੰਨ ਲੰਘਦੇ ਆ, ਜਦੋਂ ਸਮਾਂ ਲੰਘ ਜਾਂਦਾ ਮੈਟਕੈਲਫ ਫਿਰ ਰੁੱਕਾ ਭੇਜਦਾ ਕਿ ਉਹ ਕੁੱਤੇ ਦੇ ਗਲ 'ਚ ਕੈਂਠਾ ਪਵਾਇਆ ਸੀ, ਮੇਰਾ ਸਵਾਲ ਤਾਂ ਉੱਥੇ ਹੀ ਖੜ੍ਹਾ ਹੈ। ਰਣਜੀਤ ਸਿੰਘ ਸਮਾਂ ਨਿਯਤ ਕਰਦੇ ਆ ਕਿ ਅੱਜ ਤੈਨੂੰ ਦੱਸਾਂਗੇ ਕਿ ਸਾਡੇ ਸਿਪਾਹੀ ਅਤੇ ਫੌਜੀ ਗਸ਼ਤ ਕਿੱਥੇ ਕਿਵੇਂ ਕਰਦੇ ਆ। ਰਥ 'ਤੇ ਚੜ੍ਹੇ, ਪਿੰਡ ਵਿੱਚ ਪਹੁੰਚ ਗਏ ਅਤੇ ਮੈਟਕੈਲਫ ਨੂੰ ਕਿਹਾ ਪਛਾਣ ਭਾਈ ਕੁੱਤਾ ਉਹੀ ਹੈ, ਪਛਾਣ ਬਈ ਕੈਂਠਾ ਵੀ ਉਹੀ ਹੈ। ਵਿਦਵਾਨ ਅਤੇ ਬੁੱਧੀਮਾਨ ਲੋਕਾਂ ਨੂੰ ਗੱਲਾਂ ਦੱਸਣੀਆਂ ਨਹੀਂ ਪੈਂਦੀਆਂ, ਉਹ ਸਮਝ ਜਾਂਦੇ ਨੇ ਕਿ ਗੱਲ ਕੀ ਹੈ। ਹੁਣ ਮੈਟਕੈਲਫ ਨੂੰ ਜਵਾਬ ਮਿਲ ਚੁੱਕਿਆ ਸੀ ਅਤੇ ਉਹਦੇ ਤਰੇਲੀਆਂ ਆ ਰਹੀਆਂ ਸੀ ਅਤੇ ਰਣਜੀਤ ਸਿੰਘ ਮੁਸਕਰਾ ਕੇ ਕਹਿਣ ਲੱਗੇ ਮੈਟਕੈਲਫ ਮੈਨੂੰ ਦੱਸ ਇੱਥੇ ਸਿਪਾਹੀਆਂ ਦੀ ਲੋੜ ਹੈ, ਮੈਨੂੰ ਦੱਸ ਇੱਥੇ ਗਸ਼ਤੀ ਫੌਜਾਂ ਦੀ ਲੋੜ ਹੈ। ਕਹਿੰਦੇ ਉਹਦਾ ਇੱਕ ਪਸੀਨਾ ਆਵੇ ਅਤੇ ਦੂਜਾ ਜਾਵੇ। ਉਹ ਸੋਚਦਾ ਇਹ ਸਮਰਾਟ ਨਾਲ ਟੱਕਰ ਕਿਵੇਂ ਲਵਾਂਗੇ। ਰਣਜੀਤ ਸਿੰਘ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ ਆਹ ਤੂੰ ਜੋ ਦੇਖ ਰਿਹਾ ਨਾ, ਇਹ ਮੇਰਾ ਇੱਕ ਇੱਕ ਨਾਗਰਿਕ, ਇਹ ਬਰੂਦ ਹੈ, ਇਹ ਤੋਪ ਦੀ ਨਾਲ ਹੈ, ਇਹਨੂੰ ਹੱਥ ਲਾ ਕੇ ਦੇਖ ਇਹਦੇ ਵਿੱਚ ਕਿੰਨੀ ਗਰਮਾਇਸ਼ ਹੈ। ਇੱਕ ਇੱਕ ਨਾਗਰਿਕ ਸਿਪਾਹੀ ਹੈ, ਇੱਕ ਇੱਕ ਨਾਗਰਿਕ ਜਰਨੈਲ ਹੈ। ਇਹ ਪੰਜਾਬ ਇਹ ਕਰ ਰਿਹਾ, ਇਹ ਪੰਜਾਬ ਸੀ, ਇਹ ਪੰਜਾਬ ਦੀ ਸ਼ਕਤੀ ਸੀ ਕਿ ਇੱਕ ਇੱਕ ਨਾਗਰਿਕ ਪੜ੍ਹ ਲਿਖ ਰਿਹਾ ਸੀ, ਇੱਕ ਇੱਕ ਨਾਗਰਿਕ ਸ਼ਕਤੀਸ਼ਾਲੀ ਹੋ ਰਿਹਾ ਸੀ ਅਤੇ 19ਵੀਂ ਸਦੀ ਦੇ ਪੰਜਾਬ ਦੀ ਖੁਸ਼ਹਾਲੀ ਦਾ ਰਾਜ। ਇਹ ਗੋਰਾ ਮੈਨੂੰ ਦੱਸ ਰਿਹਾ ਕਿ ਵਿੱਦਿਅਕ ਢਾਂਚਾ ਐਡਾ ਮਜ਼ਬੂਤ ਸੀ, ਅਧਿਆਪਕ ਆਪਣਾ ਕੰਮ ਇੰਨੀ ਨੇਕ ਨੀਤੀ ਨਾਲ ਕਰਦੇ ਸੀ ਅਤੇ ਸਮਾਜ ਵਿੱਚ ਸਭ ਤੋਂ ਉੱਤਮ ਰੁਤਬਾ ਅਧਿਆਪਕ ਦਾ ਹੁੰਦਾ ਸੀ ਅਤੇ ਅਧਿਆਪਕ ਦਾ ਕੰਮ ਕੀ ਹੁੰਦਾ ਸੀ? ਉਹ ਘੜਦਾ ਸੀ ਮਨੁੱਖਾਂ ਨੂੰ। ਕੀ ਘੜਦਾ ਸੀ ਮਨੁੱਖਾਂ ਤੋਂ? ਕੀ ਘੜਦਾ ਸੀ? ਉੱਚੀ ਬੋਲੋ, ਉੱਚੀ ਬੋਲੋ, ਉੱਚੀ ਬੋਲੋ। ਅਧਿਆਪਕ ਭੂਤਕਾਲ ਦੇ ਪੰਜਾਬ ਵਿੱਚ ਕੀ ਕਰਿਆ ਕਰਦੇ ਸਨ? ਸਚਿਆਰ ਮਨੁੱਖ ਘੜਿਆ ਕਰਦੇ ਸਨ। ਮੈਂ ਉਹਨੂੰ ਪੁੱਛਿਆ ਗੋਰੇ ਨੂੰ, ਮੈਂ ਕਿਹੜੀਆਂ ਗੱਲਾਂ ਸੁਣਾਈ ਜਾਂਦਾ, ਮੈਨੂੰ ਕਦੀ ਕਿਸੇ ਵਿਦਵਾਨ ਨੇ ਭਾਰਤ ਵਿੱਚ, ਪੰਜਾਬ ਵਿੱਚ, ਮੇਰੇ ਸਕੂਲ 'ਚ, ਮੇਰੀ ਯੂਨੀਵਰਸਿਟੀ 'ਚ ਨਹੀਂ ਸੁਣਾਈਆਂ। ਉਹ ਮਨ ਘੜਤ ਸੁਣਾਈ ਜਾਂਦਾ ਜਾਂ ਕੋਈ ਆਧਾਰ ਵੀ ਹੈ, ਇਹਦਾ ਕੋਈ ਦਸਤਾਵੇਜ਼ ਵੀ ਹੈ ਕਿ ਉੱਦਾਂ ਹੀ ਸੁਣਾਈ ਜਾਂਦਾ? ਇੱਦਾਂ ਦੰਦ ਕਥਾਵਾਂ ਵੀ ਨੇ। ਉਹਨੇ ਨਾਮ ਲਿਆ ਜੀ ਡਬਲਿਊ ਲੈਟਨਰ ਦਾ, ਕਹਿੰਦਾ ਡੂ ਯੂ ਨੋ ਡਾਕਟਰ ਜੀ ਡਬਲਿਊ ਲੈਟਨਰ? ਮੈਂ ਮੈਟਕੈਲਫ ਨੂੰ ਤਾਂ ਜਾਣਦਾ ਸੀ ਪਰ ਮੈਂ ਇਕਵਾਲ ਕੀਤਾ, ਮੈਂ ਕਿਹਾ ਮੈਂ ਲੈਟਨਰ ਨੂੰ ਨਹੀਂ ਜਾਣਦਾ। ਉਹਨੇ ਫਿਰ ਮੈਨੂੰ ਇਸ ਸ਼ਖਸ ਬਾਰੇ ਦੱਸਿਆ। ਇਹ ਸ਼ਖਸ ਬਹੁਤ ਵੱਡਾ ਵਿਦਵਾਨ ਸੀ, ਪੰਜਾਬ ਭਾਸ਼ਾਵਾਂ ਪਾਣੀ ਵਾਂਗੂ ਬੋਲਦਾ ਸੀ ਔਰ ਕਿੰਗਸ ਕਾਲਜ ਲੰਡਨ ਦਾ ਪ੍ਰੋਫੈਸਰ ਸੀ। ਈਸਟ ਇੰਡੀਆ ਕੰਪਨੀ ਨੇ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਮੈਟਕੈਲਫ 1809 ਵਿੱਚ ਦੱਸ ਚੁੱਕਿਆ ਸੀ ਕਿ ਪੰਜਾਬ ਦਾ ਵਿੱਦਿਅਕ ਢਾਂਚਾ ਬਹੁਤ ਮਜ਼ਬੂਤ ਹੈ ਅਤੇ ਈਸਟ ਇੰਡੀਆ ਕੰਪਨੀ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੇ ਲਈ ਬਹੁਤ ਤਿਆਰੀ ਨਾਲ ਆਈ ਸੀ ਅਤੇ ਆਉਂਦਿਆਂ ਹੀ ਪੰਜਾਬ ਦਾ ਵਿੱਦਿਅਕ ਢਾਂਚਾ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਪਰ ਉਹ ਇੱਕ ਵਿਦਵਾਨ ਦੀ ਭਾਲ ਵਿੱਚ ਸੀ ਜਿਹੜਾ ਵਿਦਵਾਨ ਇਹਨੂੰ ਅਗਵਾਈ ਦੇਵੇ, ਇਹ ਵਿੱਦਿਅਕ ਢਾਂਚੇ ਨੂੰ ਮੁਕੰਮਲ ਤੌਰ 'ਤੇ ਖਤਮ ਕਰੇ। ਕੁਝ ਸਾਲ ਉਹਨਾਂ ਨੂੰ ਕੋਈ ਵਿਦਵਾਨ ਨਾ ਮਿਲਿਆ ਪਰ ਅੰਤ ਉਹਨਾਂ ਨੂੰ ਇੱਕ ਆਦਮੀ ਲੱਭਿਆ ਜਿਹੜਾ ਕਿ ਕਿੰਗਸ ਕਾਲਜ ਲੰਡਨ ਦੇ ਵਿੱਚ ਭਾਸ਼ਾ ਦਾ ਪ੍ਰੋਫੈਸਰ ਸੀ ਔਰ ਪੰਜਾਬ ਭਾਸ਼ਾਵਾਂ ਨੂੰ
ਪਾਣੀ ਵਾਂਗੂ ਬੋਲਿਆ ਕਰਦਾ ਸੀ। ਇਹਨਾਂ ਉੱਥੋਂ ਚੱਕ ਕੇ ਪੰਜਾਬ ਦੇ ਵਿੱਚ ਲਿਆਂਦਾ ਗਿਆ। ਵੱਖ ਵੱਖ ਅਹੁਦਿਆਂ 'ਤੇ ਇਸ ਆਦਮੀ ਨੇ ਕੰਮ ਕੀਤਾ। ਇਹ ਆਦਮੀ ਗੌਰਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ। ਇਹੀ ਆਦਮੀ ਨੇ ਯੂਨੀਵਰਸਿਟੀ ਆਫ ਲਾਹੌਰ ਦੀ ਜਿਹੜੀ ਆ ਫਾਊਂਡੇਸ਼ਨ ਤਿਆਰ ਕੀਤੀ, ਪਹਿਲਾ ਰਜਿਸਟਰਾਰ ਵੀ ਬਣਿਆ। ਉਦੋਂ ਬਾਅਦ ਹਾਈ ਕਮਿਸ਼ਨ ਔਨ ਐਜੂਕੇਸ਼ਨ ਬ੍ਰਿਟਿਸ਼ ਇੰਡੀਆ ਵਿੱਚ ਉਹਨੂੰ ਚੇਅਰ ਕਰਦਾ ਰਿਹਾ। ਸੋ ਇਹ ਆਦਮੀ ਆਪਣੀ ਕਲਮ ਨਾਲ ਇੱਕ 598 ਸਫਿਆਂ ਦੀ ਕਿਤਾਬ ਲਿਖਦਾ ਹੈ। ਉਹਦੇ ਵਿੱਚ ਇਹਨੇ ਸਾਰੇ ਖੁਲਾਸੇ ਕੀਤੇ ਨੇ, ਜਿਹੜੇ ਖੁਲਾਸੇ ਮੈਨੂੰ ਉਹ ਕੈਂਬਰਿਜ ਦੇ ਇੱਕ ਬਾਗ ਵਿੱਚ ਬੈਠਾ ਗੋਰਾ ਕਰ ਰਿਹਾ ਸੀ, ਜਿਹੜਾ ਕਿ ਖੁਲਾਸਾ ਮੈਨੂੰ ਕਦੀ ਕਿਸੇ ਨੇ ਪੜ੍ਹਾਇਆ ਹੀ ਨਹੀਂ ਸੀ, ਕਦੀ ਮੈਨੂੰ ਦੱਸਿਆ ਹੀ ਨਹੀਂ ਸੀ। ਇੱਕ ਬਹੁਤ ਵੱਡਾ ਦਸਤਾਵੇਜ਼ ਹੈ ਜਿਹੜਾ 1971 ਦੇ ਵਿੱਚ ਲੈਂਗੁਏਜ ਡਿਪਾਰਟਮੈਂਟ ਪੰਜਾਬ ਨੇ ਇਹਨੂੰ ਪਬਲਿਸ਼ ਕੀਤਾ ਸੀ। ਹਿਸਟਰੀ ਆਫ ਇੰਡੀਜੀਨੀਅਸ ਐਜੂਕੇਸ਼ਨ ਇਨ ਦਾ ਪੰਜਾਬ ਸਿੰਸ ਅਨੈਕਸੇਸ਼ਨ ਐਂਡ ਇਨ 1882। ਪੰਜਾਬ ਦੀ ਵਿਰਾਸਤੀ ਵਿੱਦਿਅਕ ਪ੍ਰਣਾਲੀ ਦੇ ਪਤਨ ਦੀ ਗਾਥਾ ਲਿਖਦਾ ਹੈ ਕਿ ਪੰਜਾਬ ਦਾ ਪਤਨ ਵਿੱਦਿਅਕ ਪ੍ਰਣਾਲੀ ਦਾ ਅਸਾਂ ਨੇ ਕਿਵੇਂ ਕੀਤਾ। ਕਹਿੰਦਾ ਜਦੋਂ ਮੈਂ ਇੱਥੇ ਆਇਆ, ਲੈਟਨਰ ਕਹਿੰਦਾ ਮੈਂ ਦੇਖਿਆ ਪੰਜਾਬ ਦੇ ਵਿੱਚ ਦੇਅਰ ਵਾਸ ਨੋਟ ਏ ਮੋਸਕ ਟੈਂਪਲ ਔਰ ਧਰਮਸ਼ਾਲਾ, ਉਸ ਵਕਤ ਗੁਰਦੁਆਰੇ ਨੂੰ ਧਰਮਸ਼ਾਲਾ ਕਿਹਾ ਕਰਦੇ ਸਨ, ਦੈਟ ਹੈਡ ਨੋਟ ਏ ਸਕੂਲ ਅਟੈਚ ਟੂ ਇਟ। ਹਿੰਦੂਆਂ ਦੇ ਮੰਦਰਾਂ ਦੇ ਨਾਲ ਗੁਰੂਕੁਲ, ਮੁਸਲਮਾਨਾਂ ਦੀਆਂ ਮਸੀਤਾਂ ਦੇ ਨਾਲ ਮਦਰਸੇ, ਅਤੇ ਸਿੱਖਾਂ ਦੀਆਂ ਧਰਮਸ਼ਾਲਾਵਾਂ ਦੇ ਨਾਲ ਪਾਠਸ਼ਾਲਾਵਾਂ, ਲੈਟਨਰ ਲਿਖਦਾ ਹਰ ਥਾਂ 'ਤੇ ਹੁੰਦੀਆਂ ਸੀ। ਅਤੇ ਸਰਕਾਰ, ਪੰਜਾਬ ਸਰਕਾਰ ਉਸ ਵਕਤ ਕਿਸੇ ਵੀ ਧਰਮ ਨੂੰ ਆਪਣਾ ਧਾਰਮਿਕ ਸਥਾਨ ਬਣਾਉਣ ਦੀ ਉਦੋਂ ਤੱਕ ਇਜਾਜ਼ਤ ਨਹੀਂ ਸੀ ਦਿੰਦੀ ਜਦੋਂ ਤੱਕ ਮੁਸਲਮਾਨ ਮਦਰੱਸਾ ਨਾ ਬਣਾ ਲੈਣ, ਹਿੰਦੂ ਗੁਰੂਕੁਲ ਨਾ ਬਣਾ ਲੈਣ, ਅਤੇ ਸਿੱਖ ਪਾਠਸ਼ਾਲਾ ਨਾ ਬਣਾ ਲੈਣ। ਉਦੋਂ ਤੱਕ ਸਿੱਖ ਧਰਮਸ਼ਾਲਾ ਨਹੀਂ ਸੀ ਬਣਾ ਸਕਦੇ, ਹਿੰਦੂ ਮੰਦਰ ਨਹੀਂ ਸੀ ਬਣਾ ਸਕਦੇ, ਅਤੇ ਮੁਸਲਮਾਨ ਮਸੀਤ ਨਹੀਂ ਸੀ ਬਣਾ ਸਕਦੇ। ਇੱਕ ਬਹੁਤ ਵੱਡੀ ਦੂਰਦਰਸ਼ੀ ਨਿਗਾਹ ਸੀ ਜਿਹਨੂੰ ਡਾਕੂਮੈਂਟ ਕੀਤਾ ਲੈਟਨਰ ਨੇ। ਕਹਿੰਦਾ ਅਸੀਂ ਕੀ ਕੀਤਾ, ਐਜੂਕੇਸ਼ਨ ਵਾਜ ਫਸਟ ਡੀਗ੍ਰੇਡਡ ਬਾਏ ਅਸ ਫਰੋਮ ਐਨ ਓਬਜੈਕਟ ਆਫ ਮੈਂਟਲ ਐਂਡ ਮੋਰਲ ਕਲਚਰ ਟੂ ਏ ਮੀਨਸ ਫੋਰ ਪਿਓਰਲੀ ਵਰਲਡਲੀ ਅਮਿਸ਼ਨਸ। ਅਸੀਂ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਤਹਿਸ ਨਹਿਸ ਕਿਵੇਂ ਕੀਤਾ। ਕਹਿੰਦਾ ਪੰਜਾਬ ਮੈਂਟਲ ਅਤੇ ਮੋਰਲ ਕਲਚਰ ਪੜ੍ਹਾ ਰਿਹਾ ਸੀ, ਕਹਿੰਦਾ ਵੀ ਡੀਗ੍ਰੇਡਡ ਇਟ ਫਰੋਮ ਐਨ ਓਬਜੈਕਟ ਆਫ ਮੈਂਟਲ ਐਂਡ ਮੋਰਲ ਕਲਚਰ ਟੂ ਏ ਮੀਨਸ ਫਾਰ ਪਿਓਰਲੀ ਵਰਲਡਲੀ ਅੰਬੀਸ਼ਨਸ। ਜਿਹੜੇ ਅੱਜ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਗਿਣੀ ਜਾਂਦੇ ਆ ਨਾ, ਮੇਰੇ 90% ਬੱਚੇ 97% ਨੰਬਰ ਲੈ ਕੇ ਆ ਗਏ, ਉਹ ਗਏ ਕਿੱਥੇ, ਢੱਠੇ ਖੂਹ 'ਚ ਪੈਸੇ ਕਮਾਉਣ ਗਏ। ਦੇਖਿਆ ਨਹੀਂ ਸੜਕਾਂ ਟੁੱਟ ਗਈਆਂ, ਦੇਖਿਆ ਨਹੀਂ ਡਾਕਟਰਾਂ ਨੇ ਗੁਰਦੇ ਕੱਢ ਕੱਢ ਵੇਚ ਦਿੱਤੇ, ਪਤਾ ਨਹੀਂ ਕਿਹਨੇ ਕਿੰਨਾ ਕਿੰਨਾ ਪ੍ਰਦੂਸ਼ਣ ਕਰ ਦਿੱਤਾ। ਸਭ ਨੂੰ ਪਤਾ ਹੈ, ਰੋਕਣ ਵਾਲਿਆਂ ਨੂੰ ਪਤਾ ਹੈ, ਪਰ ਕੋਈ ਰੋਕ ਨਹੀਂ ਸਕਦਾ ਕਿਉਂਕਿ ਪੜ੍ਹਾਇਆ ਹੀ ਨਹੀਂ ਗਿਆ ਰੋਕਣਾ। ਪੜ੍ਹਾਇਆ ਤਾਂ ਗਿਆ, ਤੂੰ ਪੈਸਾ ਕਿਵੇਂ ਕਮਾਉਣਾ, ਉਹ ਕਮਾ ਰਿਹਾ ਤੇ ਤੂੰ ਵੀ ਕਮਾ ਲੈ। ਉਹੋ ਜੀ ਆਪਾਂ ਡੱਡੂ ਦੌੜ ਦੇ ਵਿੱਚ ਸਾਰਾ ਸਮਾਜ ਭੱਜਿਆ, ਅਤੇ ਲੈਟਨਰ ਕਹਿੰਦਾ ਮੇਰਾ ਕੀਤਾ ਹੋਇਆ ਹੈ। ਲੈਟਨਰ ਇਹੋ ਜਿਹੇ ਹਵਾਲੇ ਵੀ ਦਿੰਦਾ ਕਿ ਪੰਜਾਬ ਦੇ ਲੋਕਾਂ ਦਾ ਨੈਤਿਕ ਕਿਰਦਾਰ ਐਡਾ ਉੱਚਾ ਸੀ, ਇਹ ਮੰਦਰ ਵਿੱਚ ਜਾ ਕੇ, ਮਸੀਤ ਵਿੱਚ ਜਾ ਕੇ, ਜਾਂ ਧਰਮਸ਼ਾਲਾ ਗੁਰਦੁਆਰੇ ਵਿੱਚ ਆ ਕੇ ਆਪਣੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਲਈ ਆਏ ਸੁੱਖਣਾ ਨਹੀਂ ਸੁੱਖਿਆ ਘਰ ਦੇ ਜਿਵੇਂ ਆਪਾਂ ਸੁੱਖਦੇ ਹਾਂ। ਕਹਿੰਦੇ ਗੁਰੂ ਨਾਨਕ 'ਤੇ ਐਡਾ ਭਰੋਸਾ ਸੀ, ਹਿੰਦੂ ਮੁਸਲਮਾਨ ਸਿੱਖ ਗੁਰੂ ਨਾਨਕ ਦੇ ਐਡੇ ਆਸ਼ਕ ਸਨ, ਅਤੇ ਗੁਰੂ ਨਾਨਕ ਨੇ ਘੋਟ ਘੋਟ ਕੇ ਪਿਲਾ ਦਿੱਤਾ ਸੀ ਕਿ ਤੇ ਆ ਦੂਖ ਭੂਖ ਸਦ ਮਾਹਰ ਇਹ ਵਿਦਾਤ ਤੇਰੀ ਦਾ ਤਾਰ। ਉਹਦੇ ਭਾਣੇ 'ਚ, ਉਹਦੀ ਰਜ਼ਾ ਵਿੱਚ ਰਹਿੰਦੇ ਸੀ। ਕਹਿੰਦਾ ਅਸੀਂ ਇਹਨਾਂ ਨੂੰ ਸਿਖਾਇਆ ਕਿ ਧਰਮਸ਼ਾਲਾਵਾਂ ਵਿੱਚ ਜਾ ਕੇ, ਮੰਦਰਾਂ ਵਿੱਚ ਜਾ ਕੇ, ਮਸੀਤਾਂ ਵਿੱਚ ਜਾ ਕੇ ਉਹ ਸੁੱਖ ਲਈਦੇ ਨੇ, ਸਕੂਲਾਂ 'ਚ ਆ ਕੇ ਵੀ ਸੁੱਖ ਲਈਦੇ ਨੇ। ਇਹ ਅਸੀਂ ਕਹਿੰਦਾ ਇਹ
ਅਬਜੈਕਟ ਆਫ ਮੈਂਟਲ ਐਂਡ ਮੋਰਲ ਕਲਚਰ ਨੂੰ ਡੀਗ੍ਰੇਡ ਕੀਤਾ ਅਤੇ ਪਿਓਰਲੀ ਵਰਲਡਲੀ ਮਿਸ਼ਨਸ ਦੇ ਵਿੱਚ ਅਸੀਂ ਇਸ ਪੰਜਾਬ ਨੂੰ ਲੈ ਕੇ ਆਏ। ਉਦਾਹਰਣਾਂ ਦਿੰਦਾ ਉਂਗਲ ਰੱਖ ਰੱਖ ਕੇ, ਕਹਿੰਦਾ ਅਸੀਂ ਪੰਜਾਬ ਦਾ ਵਿੱਦਕ ਢਾਂਚਾ ਨਰਕ ਪਤਨ ਕਿਵੇਂ ਕੀਤਾ, ਉਹਦਾ ਬੇੜਾ ਅਸੀਂ ਕਿਵੇਂ ਗਰਕ ਕੀਤਾ। ਉਦਾਹਰਣਾਂ ਦੇ ਦੇ ਕੇ ਆਪਣੀ ਕਿਤਾਬ ਵਿੱਚ ਲਿਖਦਾ, ਕਹਿੰਦਾ ਹੇਅਰ ਇਜ਼ ਏ ਟਿਪੀਕਲ ਸਿੱਖ ਵਿਲੇਜ ਇਨ ਵਿੱਚ ਐਵਰੀ ਵਨ ਬਿਫੋਰ ਅਨੈਕਸੇਸ਼ਨ ਕੁਡ ਰੀਡ ਐਂਡ ਰਾਈਟ, ਰੈਫਰਿੰਗ ਟੂ ਵਿਲੇਜ ਚੂੜੀਆਂ ਕਲਾਂ ਇਨ ਦਾ ਸਿਆਲਕੋਟ ਡਿਸਟ੍ਰਿਕਟ। ਕਹਿੰਦਾ ਅੱਜ ਦੇ ਹਾਲਾਤ ਪਤਾ ਕੀ ਨੇ, ਆਊਟ ਆਫ ਏ ਪਾਪੂਲੇਸ਼ਨ ਆਫ 1500 ਓਨਲੀ 10% ਨੋ ਗੁਰਮੁਖੀ ਐਂਡ 1 ਉਰਦੂ। 1500 ਦੇ ਵਿੱਚੋਂ 11 ਪੜ੍ਹੇ ਲਿਖੇ ਨੇ। ਸਾਖਰਤਾ ਦੀ ਦਰ 1% ਤੋਂ ਥੱਲੇ ਸੁੱਟ ਦਿੱਤੀ। ਕਹਿੰਦਾ ਅਸੀਂ ਕਿਸੇ ਵੇਲੇ 100% ਸੀ ਜਦੋਂ ਅਸੀਂ ਪੰਜਾਬ 'ਤੇ ਕਬਜ਼ਾ ਕੀਤਾ। ਕਹਿੰਦਾ ਸਾਨੂੰ 33 ਸਾਲ ਲੱਗ ਗਏ, ਪਰ 33 ਸਾਲਾਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਦਕ ਢਾਂਚੇ ਨੂੰ ਇਸ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਕਿ ਸੇਕਰੇਡ ਕਲਾਸੀਕਲ ਲੈਂਗੁਏਜ ਵਿਦਾਊਟ ਵਿੱਚ ਵਰਨੈਕੂਲਰਸ ਕੈਨ ਨੋਟ ਬੀ ਡਿਵੈਲਪਡ ਬੀਕੇਮ ਮੋਰ ਐਂਡ ਮੋਰ ਰਿਸਟ੍ਰਿਕਟਡ ਟੂ ਪ੍ਰੀਸਟਲੀ ਕਲਾਸਿਸ। ਤੁਹਾਡੀ ਭਾਸ਼ਾ ਨੂੰ ਪਵਿੱਤਰ ਮੰਨਦਾ ਹੈ, ਸੇਕਰੇਡ, ਤੁਹਾਡੀ ਭਾਸ਼ਾ ਨੂੰ ਕਲਾਸੀਕਲ ਮੰਗਦਾ। ਦੇਖੋ ਬਹੁਤ ਭਾਰੇ ਸ਼ਬਦ ਨੇ ਦੋਨੋਂ। ਕਲਾਸੀਕਲ ਹੁੰਦਾ ਜਦੋਂ ਕੋਈ ਕਸਵੱਟੀ ਲੱਗ ਲੱਗ ਕੇ ਆਪਾਂ ਕਹਿੰਦੇ ਕਲਾਸੀਕਲ ਮਿਊਜ਼ਿਕ ਬਹੁਤ ਬਰੀਕ ਤੰਦਾਂ 'ਤੇ ਗਾਇਆ ਜਾਂਦਾ ਹੈ। ਜਦੋਂ ਕੋਈ ਭਾਸ਼ਾ ਨੂੰ ਕਲਾਸੀਕਲ ਕਿਹਾ ਜਾਂਦਾ ਵੀ ਉਹ ਨਿਖਰ ਕੇ ਆਪਣਾ ਰੂਪ ਐਡਾ ਕੱਢ ਚੁੱਕੀ ਹੈ ਕਿ ਬਹੁਤ ਹੀ ਉਹ ਸਿੱਕੇਬੰਦ ਪ੍ਰਫੁੱਲਤ ਹੋਈ ਭਾਸ਼ਾ ਹੈ। ਕਹਿੰਦਾ ਇਹਨਾਂ ਦੀ ਭਾਸ਼ਾ ਪਵਿੱਤਰਤਾ ਹੈਗੀ ਹੈ, ਇਹ ਕਲਾਸੀਕਲ ਵੀ ਹੈ। ਇਹ ਤੋਂ ਬਿਨਾਂ ਦਿਲ ਦਿਮਾਗ ਹਿਲਾਏ ਨਹੀਂ ਜਾ ਸਕਦੇ। ਵਿਦਾਊਟ ਵਿੱਚ ਵਰਨੈਕੂਲਰਸ ਕੈਨ ਨੋਟ ਬੀ ਡਿਵੈਲਪਡ। ਪਰ ਕਹਿੰਦਾ ਅਸੀਂ ਇੰਨਾ ਕੰਮ ਕੀਤਾ, ਆਪਣੇ ਕੰਮ ਦੀ ਗਾਥਾ ਲਿਖ ਰਿਹਾ ਨਾ। ਕਹਿੰਦਾ ਇਹ ਐਡੀ ਵਡਮੁੱਲੀ ਭਾਸ਼ਾ ਬੀਕੇਮ ਮੋਰ ਐਂਡ ਮੋਰ ਰਿਸਟ੍ਰਿਕਟਡ ਟੂ ਪ੍ਰੀਸਟਲੀ ਕਲਾਸਿਸ। ਕਹਿੰਦਾ ਇਹ ਭਾਸ਼ਾ ਹੁਣ ਪੁਜਾਰੀਆਂ ਤੱਕ ਰਹਿ ਗਈ, ਅਸੀਂ ਵਿੱਦਕ ਅਦਾਰਿਆਂ 'ਚੋਂ ਇਹ ਭਾਸ਼ਾ ਨੂੰ ਬਿਲਕੁਲ ਖਤਮ ਕਰ ਦਿੱਤਾ, ਬਸ ਪੁਜਾਰੀਆਂ ਨੂੰ ਇਹਦਾ ਪਤਾ ਹੈ। ਅਤੇ ਅੱਜ ਦੇ ਸਥਿਤੀ ਇਹ ਹੈ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਇਹਦਾ ਪੁਜਾਰੀਆਂ ਨੂੰ ਵੀ ਨਹੀਂ ਪਤਾ। ਇਹ ਤਾਂ ਬਸ ਰੋਟੀਆਂ ਕਾਰਨ ਪੂਰੇ ਤਾਲ ਹੋ ਰਿਹਾ, ਐਡਾ ਵੱਡਾ ਗਿਆਨ ਅਸੀਂ ਆਪਣੇ ਹੱਥੀਂ ਆਪ ਰੋਲਿਆ। ਇੱਕ ਬਹੁਤ ਵੱਡਾ ਮੁਹਿੰਮ ਵਿੱਢੀ ਗਈ 1858 ਦੇ ਵਿੱਚ। ਪੰਜਾਬ ਦੇ ਵਿੱਚ ਢੰਡੋਰਾ ਪਟਾਇਆ ਗਿਆ ਕਿ ਜਿਹਦੇ ਕੋਲ ਪੰਜਾਬ ਦੇ ਵਿੱਚ ਉਹ ਕੈਦੇ ਨੇ, ਜਿਹੜੇ ਕੈਦਿਆਂ ਤੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਉਹ ਈਸਟ ਇੰਡੀਆ ਕੰਪਨੀ ਨੂੰ ਜਮ੍ਹਾਂ ਕਰਵਾ ਦਿੱਤੇ ਜਾਣ 'ਤੇ ਈਸਟ ਇੰਡੀਆ ਕੰਪਨੀ ਉਹ ਕੈਦਿਆਂ ਦਾ ਮੁੱਲ ਦੇਵੇਗੀ। ਜਿਹਦੇ ਕੋਲ ਹਥਿਆਰ ਨੇ, ਕਿਰਪਾਨ ਹੈ, ਗੰਡਾਸਾ ਹੈ, ਕਿਰਪਾਨ ਹੈ, ਤੀਰ ਕਮਾਨ ਹੈ, ਉਹ ਮੋੜ ਦੇਵੇ, ਉਹਦਾ ਅਸੀਂ ਮੁੱਲ ਦੇਵਾਂਗੇ। 3 ਆਨੇ ਨੀਯਤ ਕੀਤਾ ਗਿਆ ਅਤੇ ਉਸ ਕੈਦੇ ਦਾ ਮੁੱਲ 6 ਆਨੇ ਨੀਯਤ ਕੀਤਾ ਗਿਆ। ਈਸਟ ਇੰਡੀਆ ਕੰਪਨੀ ਨੇ ਕੈਦੇ 6 ਆਨੇ 'ਚ ਖਰੀਦੇ, ਹਥਿਆਰ 3 ਆਨੇ 'ਚ ਖਰੀਦੇ। ਅਤੇ ਜਦੋਂ ਇਹ ਪਤਾ ਲੱਗਿਆ ਵੀ ਸਾਰਿਆਂ ਨੇ ਕੈਦੇ ਜਮ੍ਹਾਂ ਨਹੀਂ ਕਰਾਏ, ਤਾਂ ਇੱਕ ਫੌਜੀ ਮੁਹਿੰਮ ਤਹਿਤ ਪੰਜਾਬ ਦੇ ਪਿੰਡ ਪਿੰਡ ਦੇ ਘਰ ਘਰ ਦੇ ਕੱਪੜੇ, ਲੀੜੇ, ਬੂਹੀਆਂ, ਬਾਰੇ, ਸੰਦੂਕ ਲੱਭ ਲੱਭ ਕੇ, ਫਰੋਲ ਫਰੋਲ ਕੇ, ਕੈਦੇ ਇਕੱਠੇ ਕਰਕੇ ਪੰਜਾਬ ਦੇ ਕੋਨੇ ਕੋਨੇ ਵਿੱਚ ਵੱਡੇ ਪੱਧਰ 'ਤੇ ਇਹਨਾਂ ਕੈਦਿਆਂ ਨੂੰ ਸਾੜਿਆ ਗਿਆ ਔਰ ਉਸ ਵਿੱਦਿਆ ਦੀ ਵੱਡੀ ਸਮੱਗਰੀ ਨੂੰ ਗੋਰਿਆਂ ਨੇ ਸਦਾ ਲਈ ਤਹਿਸ ਨਹਿਸ ਕਰ ਦਿੱਤਾ। ਮੈਂ ਇੰਗਲੈਂਡ ਦੀਆਂ ਸਾਰੀਆਂ ਲਾਇਬ੍ਰੇਰੀਆਂ ਫਰੋਲ ਮਾਰੀਆਂ, ਉਹਨਾਂ ਨੇ ਸਾਡੇ ਬਹੁਤ ਕੀਮਤੀ ਦਸਤਾਵੇਜ਼ ਸੰਭਾਲ ਕੇ ਰੱਖੇ ਹੋਏ ਨੇ, ਜਿਹੜੇ ਉਹ ਪੜ੍ਹਨ ਵਾਸਤੇ ਦਿਖਾਉਂਦੇ ਵੀ ਨੇ, ਦਿੰਦੇ ਵੀ ਨੇ, ਪਰ ਇਹ ਕੈਦਾ ਮੈਨੂੰ ਕਿਤੇ ਨਹੀਂ ਮਿਲਿਆ। ਇੰਨੇ ਦਰਦਨਾਕ ਢੰਗ ਨਾਲ ਇਸ ਨੂੰ ਤਹਿਸ ਨਹਿਸ ਕੀਤਾ ਗਿਆ। ਪਰ ਬਜ਼ੁਰਗ ਦੱਸਦੇ ਨੇ ਇਹ ਕੈਦਾ ਇਹੋ ਜਿਹਾ ਕੈਦਾ ਸੀ, ਇਹ ਵਿੱਦਕ ਸਮੱਗਰੀ, ਇਹ ਉਹੀ ਬਜ਼ੁਰਗ ਮੈਨੂੰ ਬੜਾ ਦੱਸ ਰਿਹਾ, ਉਹ ਕਹਿੰਦਾ ਇਹੋ ਜਿਹਾ ਕੈਦਾ ਸੀ। ਇਸ ਕੈਦੇ ਨੂੰ ਪੜ੍ਹ ਕੇ ਪੰਜਾਬ ਦੇ ਹਿੰਦੂ, ਮੁਸਲਮਾਨ, ਪੰਜਾਬ ਦੇ ਸਿੱਖ ਇੱਕ ਬਹੁਤ ਵੱਡੇ ਗਿਆਨ ਨੂੰ ਸਮਝ ਲੈਂਦੇ ਸੀ। ਉਹਨਾਂ ਦੀ
ਜਿਹੜੀ ਸ਼ਬਦਾਵਲੀ ਆ ਵੋਕੈਬਲਰੀ ਬਹੁਤ ਸਟਰੋਂਗ ਹੁੰਦੀ ਸੀ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਨੂੰ ਸਮਝਦੇ ਸਨ ਅਤੇ ਉਹਨਾਂ ਨੂੰ ਉਹ ਗੱਲ ਸਮਝਣ ਲਈ ਵਿਚੋਲੇ ਦੀ ਲੋੜ ਨਹੀਂ ਸੀ ਹੁੰਦੀ। ਅਤੇ ਕਹਿੰਦਾ ਸਾਡੇ ਅਨਸਿਸਟਰ ਚਾਹੁੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਸਮਝਣ, ਨਾ ਜੇ ਕਿਤੇ ਸਮਝਦੇ ਰਹੇ ਇਹ ਹਿੰਦੂ ਮੁਸਲਮਾਨ ਸਿੱਖ ਇਕੱਠੇ ਰਹਿਣਗੇ, ਇਹ ਸਾਨੂੰ ਇੱਥੇ ਟਿਕਣ ਨਹੀਂ ਦੇਣਗੇ, ਇਹਨਾਂ 'ਚ ਬਹੁਤ ਤਾਕਤ ਹੋਵੇਗੀ। ਇਸ ਲਈ ਸਭ ਤੋਂ ਮੁੱਢਲੀ ਜ਼ਰੂਰਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਣ, ਇਹ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਤਾਂ ਕਰਨ, ਪਰ ਇਹ ਗੱਲ ਨਾ ਸਮਝ ਸਕਣ। ਇਹਦੇ ਲਈ ਬੋਲੀ ਨੂੰ ਅਲੋਪ ਕਰ ਦਿਓ। ਅਤੇ ਉਹ ਕਹਿੰਦਾ ਅਸੀਂ 33 ਸਾਲਾਂ ਵਿੱਚ ਇਹ ਸਫਲਤਾ ਹਾਸਲ ਕਰ ਲਈ ਕਿ ਬੋਲੀ ਇਹ ਮੂਲੋਂ ਅਲੋਪ ਹੋ ਚੁੱਕੀ ਹੈ, ਇਹ ਮੱਥਾ ਟੇਕਣ ਵਾਲੇ, ਅਖੰਡ ਪਾਠ ਕਰਾਉਣ ਵਾਲੇ ਉਹਨਾਂ ਗੱਲਾਂ ਨੂੰ ਸਮਝ ਹੀ ਨਹੀਂ ਸਕਦੇ, ਉਸ ਗਿਆਨ ਨੂੰ ਪਕੜ ਹੀ ਨਹੀਂ ਸਕਦੇ। ਅਸੀਂ ਕਹਿੰਦਾ ਇਸ ਕੰਮ ਨੂੰ ਕੀਤਾ, ਇਹ ਭੂਤਕਾਲ ਦੀਆਂ ਵਿੱਦਿਅਕ ਸੰਸਥਾਵਾਂ ਦਾ ਕੰਮ ਸੀ ਅਤੇ ਇਸ ਤਰ੍ਹਾਂ ਇਸ ਭੂਤਕਾਲ ਦੇ ਵਿੱਦਿਅਕ ਅਦਾਰਿਆਂ ਦਾ ਪਤਨ ਹੋਇਆ। ਅਤੇ ਅੱਜ ਦੇ ਵਿੱਦਿਅਕ ਅਦਾਰਿਆਂ ਦੀ ਸਥਿਤੀ ਕੀ ਹੈ, ਅੱਜ ਦੀ ਸਥਿਤੀ ਕੀ ਹੈ ਜੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਫਿਰ ਵੀ ਤੁਹਾਨੂੰ ਇੱਕ ਇਲਸਟ੍ਰੇਸ਼ਨ ਦੇਣ ਲੱਗਿਆ, ਤੁਸੀਂ ਆਪੋ ਆਪਣੇ ਨੰਬਰ ਲਾ ਲਿਓ, ਤੁਹਾਨੂੰ ਹੁਣੇ ਲੱਗ ਜਾਣਾ ਪਤਾ ਆਪਾਂ ਕਿੰਨੇ ਕੁ ਪਾਣੀ 'ਚ ਹਾਂ। ਬਸ ਇੱਕ 2 ਮਿੰਟ ਦਾ ਮੈਂ ਇੱਕ ਲਿਟਮਸ ਪੇਪਰ ਟੈਸਟ ਹੁੰਦਾ ਉਹ ਲਾਉਣ ਲੱਗਿਆ, ਤੁਸੀਂ ਆਪੋ ਆਪਣੇ ਨੰਬਰ ਲਾਉਣੇ ਆ ਸਾਰਿਆਂ ਨੇ, ਤੁਹਾਨੂੰ ਬਿਲਕੁਲ ਸਪਸ਼ਟ ਹੋ ਜਾਣਾ ਆਪਾਂ ਕਿੰਨੇ ਕੁ ਪਾਣੀ 'ਚ ਹਾਂ ਅਤੇ ਅੱਜ ਦੀ ਸਥਿਤੀ ਕਿੱਥੇ ਆ। ਆਪੋ ਆਪਣੀਆਂ ਕਾਪੀਆਂ ਦੱਸਣੇ ਨਹੀਂ ਕਿਸੇ ਨੇ ਕਿੰਨੇ ਨੰਬਰ ਆਏ ਨੇ, ਜਿਹਦੇ ਪੂਰੇ ਆਏ ਉਹ ਮੈਂ ਜ਼ਰੂਰ ਪੁੱਛੂੰਗਾ, ਜਿਹਦੇ ਪੂਰੇ ਜੋ ਪੂਰੇ ਆਏ ਆ ਉਹ ਕੌਣ ਆ ਮੈਨੂੰ ਜ਼ਰੂਰ ਦੱਸਿਓ। ਸੋ ਆਹ ਲੈਟਨਰ ਨੇ ਇਹ ਸ਼ਬਦਾਵਲੀ ਸਾਨੂੰ ਦਿੱਤੀ, ਮੈਂ 16 ਸ਼ਬਦ ਲਿਖੇ ਨੇ ਅਤੇ ਮੈਨੂੰ ਯਕੀਨ ਹੈ ਤੁਹਾਨੂੰ ਸਾਰਿਆਂ ਦੇ 16 'ਚੋਂ 16 ਨੰਬਰ ਆਉਣਗੇ। ਕੋਈ 16 'ਚੋਂ 15 ਵਾਲਾ ਹੈਗਾ ਤਾਂ ਮੈਨੂੰ ਦੱਸੋ। ਸਕੂਲ, ਕਾਲਜ, ਕਲਾਸ, ਇੰਜਣ, ਸਰਿੰਜ, ਮਾਡਲ, ਮਾਡਰਨ, ਡਾਕਟਰ, ਇਹ ਜਿੰਨੇ ਮੈਂ ਸ਼ਬਦ ਲਿਖੇ ਨੇ ਇਹ ਸਾਰੇ ਕਿਹੜੀ ਭਾਸ਼ਾ ਦੇ ਸ਼ਬਦ ਨੇ, ਕਿਹੜੀ ਭਾਸ਼ਾ ਦੇ ਸ਼ਬਦ ਨੇ, ਅੰਗਰੇਜ਼ੀ ਦੇ। ਅਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਕਾਸ਼ਿਤ ਪੰਜਾਬੀ ਦੀ ਡਿਕਸ਼ਨਰੀ 'ਚ ਸਾਰੇ ਹੀ ਉਪਲਬਧ ਨੇ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਭਾਸ਼ਾਵਾਂ ਸ਼ਬਦਾਂ ਦਾ ਆਦਾਨ ਪ੍ਰਦਾਨ ਕਰ ਲੈਂਦੀਆਂ ਨੇ, ਕੋਈ ਗੱਲ ਨਹੀਂ, ਸਾਡੇ ਵਿਹੜੇ ਆਇਆਂ ਨੂੰ ਜੀ ਆਇਆਂ ਨੂੰ। ਪਰ ਇਤਰਾਜ਼ ਕੁਝ ਹੋਰ ਹੈ, ਵਿਹੜੇ ਆਇਆਂ ਨੂੰ ਜੀ ਆਇਆਂ ਨੂੰ ਪਰ ਵਿਹੜਿਓਂ ਕੱਢਿਆਂ ਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ, ਇਹਨਾਂ ਨੂੰ ਵਿਹੜਿਓਂ ਕੱਢਿਆ ਹੋਇਆ ਹੈ। ਹੁਣ ਆਹ ਪੜਿਓ, ਸਾਡੇ ਆਪਣਿਆਂ ਨੂੰ ਸਾਡੇ ਵਿਹੜਿਓਂ ਕੱਢ ਕੇ ਪਰਾਇਆਂ ਦਾ ਆਉਣਾ ਕਿਵੇਂ ਮੁਬਾਰਕ ਹੋਵੇ, ਪਰਾਇਆਂ ਦਾ ਆਇਆ ਮੁਬਾਰਕ ਹੈ, ਕਿਉਂਕਿ ਅਸਲ ਸਾਡੇ ਲਈ ਪਰਾਇਆ ਹੈ ਹੀ ਕੋਈ ਨਹੀਂ ਹੈ, ਸਾਡੀ ਤਾਂ ਵਿਸਰ ਗਈ ਸਭ ਤਾਤ ਪਰਾਈ। ਕਹਿਣ ਮਾਤਰ ਇੱਕ ਸ਼ਬਦ ਹੈ ਕਿ ਸਾਡਾ ਨਹੀਂ ਦੂਜਿਆਂ ਦਾ, ਪਰ ਸਾਡੀ ਤਾਤ ਖਤਮ ਹੋ ਗਈ ਹੈ। ਹੁਣ ਆਹ 16 ਦੇ ਵਿੱਚੋਂ ਨੰਬਰ ਲਾਓ, ਤੁਹਾਡੇ ਵਿੱਚੋਂ ਕਿੰਨਿਆਂ ਦੇ 16 'ਚੋਂ 16 ਨੇ, ਇਹ ਤੁਹਾਡੀ ਆਪਣੀ ਤਸਵੀਰ ਤੁਹਾਡੇ ਸਾਹਮਣੇ ਹੈ। ਮੈਂ ਦੱਸੀ ਜਾਂਦਾ ਕੀ ਨੇ ਇਹ, ਔਰ ਕੀ ਹੁੰਦਾ ਹਿਰਦਾ, ਹਰ ਕਾ ਨਾਮ ਰੱਖੋ ਔਰ ਧਾਰ ਹਾਠ, ਤਾਣ ਕੀ ਹੁੰਦੀ ਹੈ ਤਾਕਤ, ਆਪਣੇ ਨੰਬਰ ਲਾਈ ਜਾਓ ਨਾਲ ਨਾਲ, ਗਾਵੇ ਕੋ ਤਾਣ, ਭਾਨ ਕੀ ਹੁੰਦਾ ਸੂਰਜ, ਨਮੋ ਸੂਰਜ ਸੂਰਜੇ, ਧੇਨ ਕੀ ਹੁੰਦੀ ਹੈ ਗਾਂ, ਧੇਨ ਦੁੱਧੇ ਤੇ ਬਾਹਰੀ, ਅਸ ਕੀ ਹੁੰਦਾ ਘੋੜਾ, ਅੱਜ ਬੱਕਰੀ ਗਜ ਹਾਥੀ ਸੂਆ ਤੋਤਾ, ਸਹਸ 1000 1000 ਸਹਸ ਸਿਆਣਪਾਂ, ਰੋਜ਼ ਪੜ੍ਹਦੇ ਹਾਂ ਪਰ ਇਹ ਨਹੀਂ ਪਤਾ ਵੀ ਸਾਹਸ ਕੀ ਹੈ, ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖੈ ਥੈਂ ਡੂਬੀ ਅਲੇ, ਪੰਕਜ ਕੀ ਹੈ ਚਿੱਕੜ, ਕਮਲ ਦੇ ਫੁੱਲ ਨੂੰ ਵੀ ਪੰਕਜ ਕਹਿੰਦੇ ਨੇ, ਕੁਰੰਗ ਹਿਰਨ ਸਵਾਨ ਕੁੱਤਾ ਉਂਦਰ ਚੂਹਾ ਅਜਗਰ, ਪਾਈਥਨ ਸੱਪ ਖਾਸ ਕਿਸਮ ਦਾ ਸੱਪ ਹੈ ਜਿਹੜਾ ਘੁੱਟ ਕੇ ਹੀ ਮਾਰ ਦਿੰਦਾ, ਮਾਰਕਟ ਬਾਂਦਰ ਅਤੇ ਕਰਹਲਾ ਊਠ। ਹੁਣ 16 ਵਿੱਚੋਂ 16 ਕਿਹਦੇ ਹੱਥ ਖੜਾ ਕਰੋ ਜੀ। ਸੋ ਮੁਬਾਰਕ ਹੈ
ਕਿ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ, ਸਮਝਦੇ ਹੋ। ਸੋ ਇਹ ਸਾਡੀ ਅੱਜ ਦੀ ਸਥਿਤੀ ਹੈ। ਸੋ ਹੁਣ ਅਸੀਂ ਆਪਣੇ ਆਖਰੀ ਪੜਾਅ ਵੱਲ ਵਧਣ ਲੱਗੇ ਹਾਂ। ਵਿੱਦਿਅਕ ਅਦਾਰਿਆਂ ਦੀ ਵਰਤਮਾਨ ਸਥਿਤੀ ਦੇ ਸੁਧਾਰ ਲਈ ਕੀ ਕਰੀਏ? ਮੈਂ ਸਮਝ ਗਿਆ ਜੀ, ਤੁਹਾਡੀ ਮੁਸਕਾਨ ਨੇ ਮੈਨੂੰ ਦੱਸ ਦਿੱਤਾ ਕਿ 16 ਚੋਂ 16 ਹੈ ਨਹੀਂ ਕਿਸੇ ਦੇ। ਸੋ ਕੋਈ ਗੱਲ ਨਹੀਂ, ਮੇਰੇ ਵੀ ਨਹੀਂ ਸੀ ਕਿਸੇ ਵੇਲੇ। ਅਤੇ ਵਿੱਦਿਅਕ ਅਦਾਰਿਆਂ ਦੀ ਵਰਤਮਾਨ ਸਥਿਤੀ ਦਾ ਸੁਧਾਰ ਆਪਾਂ ਕਿਵੇਂ ਕਰੀਏ, ਇਹਦਾ ਹੱਲ ਕਿਵੇਂ ਹੋਵੇ? ਮੈਂ ਤੁਹਾਨੂੰ ਇਦੋਂ ਪਹਿਲਾਂ ਇੱਕ ਸਵਾਲ ਪੁੱਛਣਾ, ਇਹਦਾ ਜਵਾਬ ਮੈਨੂੰ ਬਾਂਹ ਖੜ੍ਹੀ ਕਰਕੇ ਦਿਓ। ਮੈਂ ਅਗਲੀ ਗੱਲ ਤਾਂ ਫਿਰ ਤਾਂ ਹੀ ਕਰੂੰ, ਉਹਦਾ ਮਤਲਬ ਤਾਂ ਹੀ ਬਣਦਾ ਨਾ। ਤੁਸੀਂ ਸੱਚਮੁੱਚ ਕੋਈ ਹੱਲ ਕਰਨਾ ਚਾਹੁੰਦੇ ਹੋ? ਹੱਥ ਖੜ੍ਹੇ ਕਰੋ ਜਿਹੜੇ ਚਾਹੁੰਦੇ ਨੇ, ਦੋਨੋਂ ਖੜ੍ਹੇ ਕਰ ਲਓ। ਆਏ ਥੋੜ੍ਹਾ ਜਿਹਾ ਹੁਣ ਪਤਾ ਲੱਗ ਜਾਊ ਵੀ ਦੋਨੋਂ ਹੀ ਖੜ੍ਹੇ ਹੋ ਗਏ। ਹਾਂਜੀ, ਮੈਂ ਜਕਾਰਾ ਛੱਡ ਦੇਵਾਂ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਨੋਟ ਕਰ ਲੈਣਾ, ਅੱਜ ਸਵੇਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਆਏ ਨੇ ਤੁਹਾਡੇ ਪ੍ਰਬੰਧਕ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ। ਇਹ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਖਾਤੀ ਦੇ ਵਿੱਚ, ਵਾਹੀ ਦੇ ਵਿੱਚ, ਵਹੀ ਖਾਤੇ 'ਚ ਲਿਖ ਲੈਣਾ ਕਿ ਦੇਸ਼ ਭਗਤ ਕਾਲਜ ਟਰੱਸਟ ਬਰੜਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਹ ਪ੍ਰਣ ਕੀਤਾ, ਇਹ ਸੰਕਲਪ ਲਿਆ ਕਿ ਅਸੀਂ ਸੱਚਮੁੱਚ ਹੱਲ ਕਰਨਾ ਚਾਹੁੰਦੇ ਹਾਂ। ਛੱਡ ਦੇਵਾਂ ਜੀ, ਜਕਾਰਾ ਜੀ ਨੇ ਥੱਲੇ ਕਰਨੇ ਆ, ਕਰ ਲਓ, ਮੌਕਾ ਦੇ ਰਿਹਾ। ਉਦੋਂ ਬਾਅਦ ਤਾਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਤੁਸੀਂ ਆਪਸ ਵਿੱਚ ਹੀ ਤੁਹਾਡੀ ਗੱਲਬਾਤ ਹੋਣੀ ਹੈ, ਮੈਂ ਬਾਹਰ ਨਿਕਲ ਜਾਣਾ। ਅਤੇ ਹੁਣ ਜਿਹਨੇ ਥੱਲੇ ਕਰਨਾ ਕਰ ਲਓ, ਫਿਰ ਨਾ ਕਿ ਉਹ ਵੀ ਵਰਿੰਦਰਪਾਲ ਨੇ ਜਜ਼ਬਾਤੀ ਕਰਕੇ ਹੱਥ ਖੜ੍ਹੇ ਕਰ ਲਏ ਸੀ। ਮੈਂ ਕੋਈ ਜਜ਼ਬਾਤੀ ਨਹੀਂ ਕਰ ਰਿਹਾ, ਤੁਹਾਨੂੰ ਮੌਕਾ ਦੇ ਰਿਹਾ, ਹੱਥ ਥੱਲੇ ਕਰਨੇ ਆ, ਥੱਲੇ ਕਰ ਲਓ। ਬੋਲੇ ਸੋ ਨਿਹਾਲ, ਇਹ ਜਕਾਰਿਆਂ ਦੀ ਗੂੰਜ ਦਰਗਾਹ ਦੇ ਵਿੱਚ ਅੰਕਿਤ ਹੋ ਚੁੱਕੀ ਹੈ। ਇਹਦਾ ਜਵਾਬ ਹੁਣ ਦਰਗਾਹ 'ਚ ਤੁਹਾਡੇ ਅਤੇ ਮੇਰੇ ਕੋਲੋਂ ਲਿਆ ਜਾਣਾ। ਹੁਣ ਆਪਾਂ ਬਹੁਤ ਗੰਭੀਰਤਾ ਨਾਲ, ਅਸੀਂ ਪਹਿਲਾਂ ਵੀ ਗੰਭੀਰ ਬੈਠੇ ਹੋ ਮੈਨੂੰ ਪਤਾ, ਅਤੇ ਅੱਗੇ ਗੰਭੀਰਤਾ ਨਾਲ ਜ਼ਿਆਦਾ ਚੱਲਾਂਗੇ। ਹੱਲ ਨਿਰਧਾਰਤ ਕਰਨ ਲਈ ਕੁਝ ਜ਼ਰੂਰੀ ਨੁਕਤੇ ਹੁਣ ਲਿਖ ਲਵੋ। ਹੁਣ ਲਿਖਣ ਵਾਲੀਆਂ ਗੱਲਾਂ ਨੇ, ਡਾਇਰੀਆਂ ਪੈੱਨ ਤੁਹਾਨੂੰ ਮਿਲੇ ਹੋਏ ਨੇ, ਪਹਿਲਾਂ ਵੀ ਮੈਂ ਵੇਖ ਰਿਹਾ ਸਾਂ, ਬਹੁਤ ਸਾਰੇ ਅਧਿਆਪਕ ਵਿੱਚ ਫੋਟੋਆਂ ਵੀ ਖਿੱਚ ਰਹੇ ਸੀ ਅਤੇ ਲਿਖ ਵੀ ਰਹੇ ਸੀ ਬਹੁਤ ਕੁਛ, ਅਤੇ ਇਹ ਵੀ ਲਿਖ ਲਵੋ। ਇਹ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ, ਅਸੀਂ ਨਾ ਫਿਕਰ ਦਾ ਜ਼ਿਕਰ ਕਰਦੇ ਹਾਂ ਅਤੇ ਸਾਨੂੰ ਲੱਗਦਾ ਵੀ ਮੈਂ ਤਾਂ ਸਾਰਾ ਹੀ ਕੰਮ ਮੁਕਾ ਲਿਆ। ਮਾਈਕ ਫੜ ਲੈਂਦੇ ਹਾਂ ਪਿੰਡ ਦਾ ਜਾ ਕੇ, ਹੈ ਨਾ, ਕਿਤੇ ਸੋਸਾਇਟੀ ਦਾ ਜਾ ਕੇ, ਫਿਰ ਉੱਥੇ ਗਾਥਾ ਸੁਣਾਉਣ ਕੇ ਜਾ ਕੇ ਜਿਹੜੀ ਅੱਜ ਸੁਣੀ ਆ, ਆਏ ਸੀਗਾ ਜੀ, ਆਏ ਸੀਗਾ ਜੀ, ਕੁਛ ਨਹੀਂ ਹੋਣਾ ਇਹਦੇ ਨਾਲ ਸੁਣਾਉਣ ਨਾਲ। ਆਪਣੀ ਵਿਦਵਤਾ ਦਰਸਾਉਣ ਲਈ ਫਿਕਰ ਦਾ ਜ਼ਿਕਰ ਨਾ ਕਰੀਏ। ਇਹ ਅਸੀਂ ਬਹੁਤ ਵੱਡੀ ਗਲਤੀ ਕਰਦੇ ਹਾਂ, ਅਤੇ ਮੇਰੇ ਸਣੇ ਸਾਡੇ ਵਿੱਚੋਂ ਬਹੁਤੇ ਭਾਸ਼ਣ ਕਰਕੇ ਸਮਝਦੇ ਪਤਾ ਨਹੀਂ ਸਾਰਾ ਹੀ ਕੰਮ ਮੁਕਾਇਆ ਅਸੀਂ, ਜਾਂ 15-20 ਬੰਦੇ ਬੈਠ ਗਏ, ਫਿਰ ਆਪਣੀਆਂ ਗੱਲਾਂ ਜੀ ਆਏ ਹੁੰਦੇ ਸੀ, ਆਏ ਹੁੰਦੇ ਸੀ ਕਹਿ ਕੇ ਜੀ, ਬਸ ਫਿਰ ਸ਼ਾਮ ਨੂੰ ਪਿਆਲੀਆਂ ਖੜਕਣ ਲੱਗ ਪੈਂਦੀਆਂ ਨੇ ਸ਼ਰਾਬ ਦੀਆਂ ਘਰ ਆ ਕੇ। ਅਤੇ ਇਹ ਫਿਕਰ ਦਾ ਜ਼ਿਕਰ ਨਾ ਕਰੀਏ, ਇਹਦੀ ਲੋੜ ਨਹੀਂ ਹੈ। ਗੱਲ ਨਹੀਂ ਹੱਲ ਕਰੀਏ, ਹੱਲ ਕਰਨ ਲਈ ਦ੍ਰਿੜ ਸੰਕਲਪ ਹੋਈਏ। ਗੱਲਾਂ ਨਾ ਕਰੀਏ, ਮੈਂ ਪਹਿਲੀ ਗੱਲ ਨੂੰ ਦੂਜੀ ਵਾਰੀ ਹੋਰ ਸ਼ਬਦਾਂ ਵਿੱਚ ਲਿਖਿਆ, ਗੱਲ ਨਹੀਂ ਹੱਲ ਕਰਨ ਲਈ ਦ੍ਰਿੜ ਸੰਕਲਪ ਹੋਈਏ। ਤੀਸਰੀ ਗੱਲ, ਸਮਾਗਮ ਘੱਟ ਕਾਰਜ ਵੱਧ ਕਰੀਏ। ਇਹਨਾਂ ਦਾ ਸਾਨੂੰ ਅੰਤਰ ਹੀ ਨਹੀਂ ਪਤਾ, ਆਪਾਂ ਤਾਂ ਬਹੁਤੇ ਸਮਾਗਮ ਹੀ ਕਰੀ ਜਾਂਦੇ ਹਾਂ। ਅਖੰਡ ਪਾਠ ਸਾਹਿਬ ਸਮਾਗਮ ਹੈ, ਕੀਰਤਨ ਸਮਾਗਮ ਹੈ, ਕਥਾ ਸਮਾਗਮ ਹੈ, ਕਾਰਜ ਕਿਹੜੇ ਕਰਦੇ ਹਾਂ ਆਪਾਂ? ਕਾਰਜ ਤਾਂ ਆਪਾਂ ਕਰਦੇ ਹੀ ਨਹੀਂ, ਆਪਾਂ ਤਾਂ ਸਮਾਗਮ ਹੀ ਕਰੀ ਜਾਂਦੇ ਹਾਂ। ਇਸ ਕੰਮ ਲਈ ਸਮਾਗਮਾਂ ਦੀ ਜ਼ਰੂਰਤ ਬਹੁਤ ਘੱਟ ਹੈ, ਕਾਰਜ ਵੱਧ ਕਰੀਏ। ਸਪਸ਼ਟ ਵਿਉਂਤਬੰਦੀ ਅਲੀਕੀਏ, ਨਕਸ਼ਾ ਪੂਰਾ ਅਲੀਕ ਲਈਏ ਕਿ ਕਿੱਥੇ ਛਾਲ ਮਾਰਨੀ ਹੈ,
ਕਿੱਥੇ ਕਿਆ ਕਰਨਾ ਹੈ, ਕਿੱਥੇ ਕਿਹੜੀ ਵਿਧੀ ਅਪਣਾਉਣੀ ਹੈ, ਇਹ ਸਪਸ਼ਟ ਵਿਉਂਤਬੰਦੀ ਅਲੀਕੀਏ ਅਤੇ ਨਿਰੰਤਰ ਸਵੈ ਮੁਲਾਂਕਣ ਕਰੀਏ, ਆਪਣੇ ਵਿਉਂਤਬੰਦੀ ਨੂੰ ਵਾਰ ਵਾਰ ਰਿੜਕੀਏ, ਵਾਰ ਵਾਰ ਰਿੜਕੀਏ ਕਿ ਇਹਦੇ 'ਚ ਕਿੰਨੀ ਤਾਕਤ ਊਰਜਾ ਲਾਈ ਹੈ ਅਤੇ ਵਿੱਚੋਂ ਕੱਢਿਆ ਕੀ ਹੈ। ਵਿੱਦਿਅਕ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੇ ਲਈ ਨਿਰੰਤਰ ਸਵੈ ਮੁਲਾਂਕਣ ਕਰੀਏ। ਹੁਣ ਵਿਉਂਤਬੰਦੀ ਕੀ ਹੈ? ਵਿਉਂਤਬੰਦੀ ਇਹ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੜ੍ਹਾਉਣ ਲਈ ਪਾਠਕ੍ਰਮ ਚਾਹੀਦਾ ਹੈ, ਜਿਹੜਾ ਕਿ ਈਸਟ ਇੰਡੀਆ ਕੰਪਨੀ ਨੇ 1858 ਵਿੱਚ ਸਾੜ ਦਿੱਤਾ। ਇਸ ਢੰਗ ਨਾਲ ਸਾੜਿਆ ਕਿ ਤੁਹਾਡੇ ਕੀਮਤੀ ਤੋਂ ਕੀਮਤੀ ਚੀਜ਼ਾਂ ਸੰਭਾਲ ਕੇ ਰੱਖੀਆਂ, ਪਰ ਤੁਹਾਡਾ ਕਾਇਦਾ ਕਿਸੇ ਲਾਇਬ੍ਰੇਰੀ ਵਿੱਚ ਅੱਜ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤਾ ਕਿ ਉਹ ਕਾਇਦਾ ਸੀ, ਕਿਉਂਕਿ ਉਹਨੂੰ ਸਾੜਿਆ ਹੀ ਇਸ ਢੰਗ ਨਾਲ ਗਿਆ। ਰੱਬ ਜਾਣੇ ਕਿਤੇ ਉਹਨਾਂ ਕੋਲ ਆਪਣੇ ਕੋਲ ਹੈ ਕਿ ਨਹੀਂ, ਪਾਕਿਸਤਾਨ ਦੀ ਕਿਸੇ ਲਾਇਬ੍ਰੇਰੀ ਵਿੱਚ ਵਿਦਵਾਨਾਂ ਨੂੰ ਪਤਾ ਕੀਤਾ ਉਪਲਬਧ ਨਹੀਂ। ਇੰਗਲੈਂਡ ਦੀਆਂ ਮੈਂ ਸਾਰੀਆਂ ਲਾਇਬ੍ਰੇਰੀਆਂ ਨਿੱਜੀ ਤੌਰ 'ਤੇ ਘੰਟਿਆਂ ਵੱਧੀ ਰਾਤਾਂ ਉੱਥੇ ਬੈਠ ਬੈਠ ਕੇ ਇਕੱਲੀ ਇਕੱਲੀ ਕਿਤਾਬ ਨੂੰ ਛਾਣਿਆ ਕਿ ਮਤਾਂ ਕਿਤੇ ਉਹ ਕਾਇਦਾ ਨਜ਼ਰ ਹੀ ਆਵੇ, ਮੈਨੂੰ ਕਿਤੇ ਨਜ਼ਰ ਹੀ ਨਹੀਂ ਆਇਆ। ਉਹ ਪਾਠਕ੍ਰਮ ਮੁੜ ਸੁਰਜੀਤ ਕਰਨਾ ਪਵੇਗਾ। ਔਰ ਮੈਂ ਧੰਨਵਾਦੀ ਹਾਂ ਪਰਮਾਤਮਾ ਦਾ, ਆਤਮ ਪ੍ਰਕਾਸ਼ ਟੀਮ ਨੂੰ ਅਕਾਲ ਪੁਰਖ ਨੇ ਸ਼ਕਤੀ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਗਿਆਨ ਦਿੱਤਾ। ਇਹ ਪਾਠਕ੍ਰਮ ਮੁੜ ਤਿਆਰ ਹੋ ਚੁੱਕਿਆ ਹੈ। 24 ਕਿਤਾਬਾਂ ਦਾ, ਪ੍ਰਕਾਸ਼ਨਾਵਾਂ ਦਾ ਇਹ ਗੁਲਦਸਤਾ ਹੈ। ਔਰ ਭਾਰਤ ਦੇ ਵਿੱਚ 400 ਤੋਂ ਵੱਧ ਸਕੂਲਾਂ ਨੇ ਇਸ ਪਾਠਕ੍ਰਮ ਨੂੰ ਆਪਣੇ ਸਿਲੇਬਸ ਦਾ ਸ਼ਿੰਗਾਰ ਬਣਾ ਲਿਆ ਹੋਇਆ ਹੈ। 50 ਤੋਂ ਵੱਧ ਸਕੂਲਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਪਾਠਕ੍ਰਮ ਨੂੰ ਆਪਣੇ ਪਾਠਕ੍ਰਮ ਦਾ ਸ਼ਿੰਗਾਰ ਬਣਾ ਲਿਆ ਹੋਇਆ ਹੈ। ਮੈਂ ਆਸ ਕਰਦਾ, ਮੈਂ ਤੁਹਾਨੂੰ ਸੰਖੇਪ ਜੀ ਝਲਕ ਦੇਵਾਂਗਾ, ਇਹ ਮੈਂ ਤੁਹਾਨੂੰ ਪੂਰਾ ਸਮਝਾਉਣਾ ਹੋਵੇ ਮੈਨੂੰ ਉਹਦੇ ਲਈ ਵੱਖਰਾ ਸੈਸ਼ਨ ਚਾਹੀਦਾ ਹੈ, ਅਤੇ ਅੱਜ ਮੈਂ ਤੁਹਾਨੂੰ ਸੰਖੇਪ ਜੀ ਝਾਤ ਦੇ ਰਿਹਾ, ਅਤੇ ਮੈਂ ਆਸ ਕਰੂੰਗਾ ਇਸ ਸੈਸ਼ਨ ਤੋਂ ਹੀ ਤੁਹਾਡਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਇਸ ਪਾਠਕ੍ਰਮ ਨੂੰ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਵੇਗਾ, ਕਿਉਂਕਿ ਮੁੱਢਲੀ ਗੱਲ ਹੀ ਇੱਥੋਂ ਚੱਲਣੀ ਹੈ। ਜੋ ਅਸੀਂ ਪਰੋਸ ਕੇ ਵਿਦਿਆਰਥੀਆਂ ਨੂੰ ਦੇ ਰਹੇ ਹਾਂ, ਜੇ ਉਹਦੇ ਵਿੱਚ ਜਾਨ ਹੀ ਨਹੀਂ, ਜਾਨ ਵਿੱਚ ਜਾਨ ਪਾ ਦੇਣ ਦੀ, ਤਾਂ ਉਹ ਮੁਰਦਾ ਲੋਥ ਬਣ ਕੇ ਹੀ ਬਾਹਰੋਂ ਨਿਕਲੇਗੀ, ਭਾਵੇਂ ਉਹ 97% 99% ਨੰਬਰ ਕਿਉਂ ਨਾ ਲੈ ਰਹੀ ਹੋਵੇ। ਇਹ ਪਾਠਕ੍ਰਮ ਚੱਲਦਾ ਕਿਵੇਂ ਹੈ? ਇਹ ਉਹੀ ਪਾਠਕ੍ਰਮ ਹੈ, ਉਹੀ ਵਿਧੀ 'ਤੇ ਤਿਆਰ ਹੋਇਆ ਪਾਠਕ੍ਰਮ ਹੈ, ਜਿਸ ਨੂੰ ਈਸਟ ਇੰਡੀਆ ਕੰਪਨੀ ਨੇ ਬੜੇ ਵੱਡੇ ਪੱਧਰ ਦੇ ਉੱਤੇ ਅੱਗ ਲਾ ਕੇ ਪੰਜਾਬ ਵਿੱਚ ਫੂਕ ਦਿੱਤਾ ਸੀ। ਇਹ ਕਿਤਾਬਾਂ ਪੰਜਾਬੀ ਦੀਆਂ ਮੁੱਢਲੀਆਂ ਕਿਤਾਬਾਂ ਜੋ ਅਸੀਂ ਬੱਚਿਆਂ ਨੂੰ ਕਾਇਦਾ ਪੜ੍ਹਾਉਂਦੇ ਹਾਂ, ਊੜਾ ਊਠ ਪੜ੍ਹਾਉਂਦੇ ਹਾਂ, ਉਹ ਵੀ ਅਸਾਂ ਪੜ੍ਹਾਇਆ। ਔਰ ਕਿਤਾਬਾਂ ਦੀ ਵਿਲੱਖਣਤਾ ਹੀ ਟ੍ਰਾਈਲਿੰਗੁਅਲ ਕਿਤਾਬਾਂ ਨੇ, ਅੰਗਰੇਜ਼ੀ ਪੰਜਾਬੀ ਹਿੰਦੀ ਤਿੰਨੋਂ ਭਾਸ਼ਾਵਾਂ ਦੇ ਵਿੱਚ ਵਿਦਿਆਰਥੀ ਦਾ ਜਿਹੜਾ ਗਿਆਨ ਹੈ ਉਹਨੂੰ ਉਹਦੇ ਵਿੱਚ ਗੁਣ ਭਰਦੀਆਂ ਨੇ, ਸਮਰੱਥਾ ਭਰਦੀਆਂ ਨੇ। ਊੜਾ ਔਰ ਪੜ੍ਹਾਇਆ, ਊੜਾ ਉਂਦਰ ਪੜ੍ਹਾਇਆ। ਇਸੇ ਤਰ੍ਹਾਂ ਸੱਸਾ ਸੂਆ, ਸੂਆ ਤੋਤਾ ਹੁੰਦਾ, ਬਾਂਧਿਓ ਜੋ ਨਲਣੀ ਭਰਮ ਸੂਆ, ਆੜਾ ਆਸ ਪੜ੍ਹਾਇਆ, ਅੰਬ ਵੀ ਪੜ੍ਹਾਇਆ, ਸੱਸਾ ਸੂਆ, ਸੱਸਾ ਸੁਆਨ ਕੁੱਤਾ। ਇਸੇ ਤਰ੍ਹਾਂ ਕੱਕਾ ਕੜਾ ਕੁੰਚਰ, ਕੱਕਾ ਕੁੰਚਰ ਰੋਜ਼ ਪੜ੍ਹਦੇ ਹਾਂ ਚੀਟੀ 'ਤੇ, ਪਰ ਪਤਾ ਨਹੀਂ ਗੱਲ ਕੀ ਚੱਲਦੀ ਪਈ ਹੈ, ਕੁੰਚਰ ਤਾਂ ਪੜ੍ਹਾਇਆ ਹੀ ਨਹੀਂ ਕਿਸੇ ਨੇ। ਕੀ ਹੈ ਦੱਸਿਆ ਜਾ ਰਿਹਾ ਕਿ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਨੂੰ ਪੈਦਾ ਕਰਨ ਵਾਲੀ ਸ਼ਕਤੀ ਇੱਕੋ ਹੀ ਹੈ, ਉਹ ਬੜੀ ਸਮਰੱਥ ਹੈ। ਇਹ ਚੀਜ਼ਾਂ ਬੱਚਿਆਂ ਨੇ ਬਚਪਨ 'ਚ ਗ੍ਰਹਿਣ ਕਰ ਲੈਣੀਆਂ। ਖੱਖਾ ਖੰਡਾ ਖੱਖਾ ਖੜਾਵਾਂ, ਦੱਦਾ ਦਰ ਦੱਦਾ ਦਾਦਰ ਦਸਤਾਰ ਦਾਤਰੀ, ਪੱਪਾ ਪੋਥੀ, ਪੱਪਾ ਪੰਕਜ, ਪੱਪਾ ਪੱਗ। ਹੁਣ ਜਦੋਂ ਬੱਚਾ ਪੜ੍ਹੇਗਾ ਪੰਕਜ ਜੋ ਮੋਹ ਪੱਗ ਨਹੀਂ ਚੱਲ ਹੈ, ਉਹਨੂੰ ਪਤਾ ਪੰਕਜ ਚਿੱਕੜ ਹੁੰਦਾ ਹੈ, ਚਿੱਕੜ ਵਿੱਚ ਪੈਰ ਨਹੀਂ ਚੱਲ ਸਕਦੇ। ਇਹ ਕਿਤਾਬਾਂ ਪੰਜਾਬੀ ਦੀਆਂ ਸਧਾਰਨ ਕਿਤਾਬਾਂ ਨੇ, ਪਰ ਇਹਨੇ ਜਿਹੜੇ ਵਸੀਲੇ
ਵਰਤੇ ਨੇ, ਉਹ ਵਸੀਲੇ ਵਰਤੇ ਨੇ ਜਿਨ੍ਹਾਂ ਵਸੀਲਿਆਂ ਨੂੰ ਲੈਟਨਰ ਕਹਿੰਦਾ ਹੈ ਕਿ ਅਸੀਂ 33 ਸਾਲ ਲਾ ਕੇ ਜਵਾਨ ਤੋਂ ਅਲੋਪ ਕਰ ਦਿੱਤੇ। ਆਤਮ ਪ੍ਰਕਾਸ਼ ਨੇ ਨਿਰਣਾ ਲਿਆ ਕਿ ਜਿਹੜੇ ਕੰਮ ਨੂੰ ਉਹ 33 ਸਾਲ ਲਾ ਕੇ ਅਲੋਪ ਕਰ ਗਿਆ ਅਤੇ ਅਸੀਂ ਵੀ ਉਹ ਉਲਟਾਵਾਂ ਹੜ ਮਾਰ ਕੇ ਅਗਲੇ 33 ਸਾਲ ਲਾ ਕੇ ਇਹਨੂੰ ਮੁੜ ਸੁਰਜੀਤ ਕਰਾਂਗੇ। ਪੱਪਾ ਪਤੰਗ ਵੀ ਪੜ੍ਹ ਰਿਹਾ, ਉਹ ਪੱਪਾ ਪੋਥੀ ਵੀ ਪੜ੍ਹ ਰਿਹਾ, ਉਹਨੂੰ ਪਤਾ ਪੱਪਾ ਪੰਕਜ ਵੀ ਹੈ ਅਤੇ ਪੱਪਾ ਪੱਗ ਵੀ ਹੈ। ਇਸੇ ਤਰ੍ਹਾਂ ਅਗਲੀ ਪੁਸਤਕ ਹੈ ਪੰਜਾਬੀ ਨੂੰ ਲਿਖਣਾ ਕਿਵੇਂ ਹੈ ਸਾਨੂੰ ਪਤਾ ਹੀ ਨਹੀਂ। ਮੈਂ ਕੁਝ ਗੱਲਾਂ ਕਰਾਂਗਾ, ਤੁਸੀਂ ਥੋੜ੍ਹਾ ਹਜ਼ਮ ਉਹਨੂੰ ਜ਼ਰੂਰ ਕਰਿਓ। ਆਪਾਂ ਐੜਾ ਲਿਖਦੇ ਹਾਂ ਨਾ, ਇੱਥੇ ਆ ਕੇ ਕੀ ਬਣਾਉਂਦੇ ਹਾਂ, ਮੋਹਰੀ। ਅਮਰ ਸਿੰਘ ਸੱਸਾ ਲਿਖਦੇ ਹਾਂ, ਉਹਦੀ ਵੀ ਮੋਹਰੀ। ਮੰਮਾ ਲਿਖਦੇ ਹਾਂ, ਉਹਦੀ ਵੀ ਮੋਹਰੀ। ਕਿਸੇ ਦੇ ਮੋਹਰੀ ਨਹੀਂ ਹੈ, ਐੜੇ ਦੇ ਮੋਹਰੀ ਨਹੀਂ ਬਣਦੀ, ਸੱਸੇ ਦੇ ਮੋਹਰੀ ਨਹੀਂ ਬਣਦੀ, ਮੰਮੇ ਦੇ ਮੋਹਰੀ ਨਹੀਂ ਬਣਦੀ। ਅਧਿਆਪਕਾਂ 'ਚੋਂ ਕੋਈ ਖੜ੍ਹਾ ਹੋ ਕੇ ਕਹਿ ਦੇ ਮੈਨੂੰ ਕਿਸੇ ਨੇ ਪੜ੍ਹਾਇਆ, ਕਿਸੇ ਨੇ ਕਿਸੇ ਨੂੰ ਨਹੀਂ ਪੜ੍ਹਾਇਆ, ਖਤਮ ਕਰ ਦਿੱਤਾ, ਭੋਗ ਪਾ ਦਿੱਤਾ। ਇਹ ਕਿਤਾਬਾਂ ਕਿਵੇਂ ਚੱਲਦੀਆਂ ਨੇ, ਹਰ ਗੁਰਮੁਖੀ ਦੇ ਅੱਖਰ ਉੱਤੇ ਉਹਨੂੰ ਲਿਖਣਾ ਕਿਵੇਂ ਆ ਸਿਖਾਉਂਦੀਆਂ ਨੇ, ਔਰ ਨਾਲ ਇੱਕ ਸ਼ਬਦ ਦਿੰਦੀਆਂ ਨੇ, ਊੜਾ ਉਜਾਗਰੀ, ਆੜਾ ਅਜਗਰ। ਮੈਂ ਤੁਹਾਨੂੰ ਸਿਰਫ ਦ੍ਰਿਸ਼ਟਾਂਤ ਦੇ ਰਿਹਾ, ਪੰਛੀ ਝਾਤ ਦੇ ਰਿਹਾ। ਅਗਲੀਆਂ ਕਿਤਾਬਾਂ ਨੇ ਮੁਕਤਾ, ਤਨ ਮਨ ਧਨ ਦਰ ਦਸ ਬਲ, ਇਹ ਮੁਕਤਾ ਸ਼ਬਦ ਹੈ ਨਾ, ਘੱਗਾ ਰਾਰਾ ਘਰ, ਕੱਕਾ ਰਾਰਾ ਘਰ, ਪਰ ਅਸੀਂ ਉਹਨੂੰ ਆਪਣੇ ਵਿਰਸੇ ਨਾਲ ਜੋੜ ਲਿਆ। ਅੱਛਾ, ਅਸੀਂ ਵਾਕ ਪੜ੍ਹਾਉਂਦੇ ਹਾਂ ਬੱਚਿਓ, ਥੱਲੇ ਲਿਖਿਆ ਵਾਕ ਕੀ ਨੇ, ਅਸੀਂ ਕਹਿੰਦੇ ਹਾਂ ਸੜਕ ਪਰ ਚੱਲ ਮਟਰ ਕੱਢ ਕਮਲ ਕਰਮ ਪਕੜ, ਕੀ ਹੈ ਇਹ, ਖਿਚੜੀ ਬਣਾ ਰੱਖੀ ਹੋਈ ਹੈ। ਵਾਕ ਦੇਖੋ ਮੁਕਤੇ ਦੇ ਆਤਮ ਪ੍ਰਕਾਸ਼ ਨੇ ਕਿਵੇਂ ਤੁਹਾਡੀ ਸੇਵਾ 'ਚ ਬੱਚਿਆਂ ਨੂੰ ਦਿੱਤੇ ਨੇ। ਅਮਰ ਸਬਰ ਕਰ ਫਲ ਛੱਕ, ਹਰ ਦਮ ਭਜਨ ਕਰ ਮਸਤਕ ਧਰ ਚਰਨ ਪਰਸ ਸਬਕ ਸਰਵਣ ਕਰ, ਤਨ ਮਨ ਧਨ ਅਰਪਣ ਕਰ ਜਨਮ ਸਫਲ ਕਰ। ਪੰਜਾਬੀ ਦੇ ਅਧਿਆਪਕ ਸਮਝ ਰਹੇ ਨੇ ਕਿ ਮੁਕਤਾ ਪੜ੍ਹਾ ਰਹੇ ਹਾਂ, ਮੁਕਤਾ ਪੜ੍ਹਾਉਣ ਲੱਗਿਆਂ ਗੁਣਵੱਤਾ ਭਰਪੂਰ ਵਾਕ ਅਸੀਂ ਬੱਚੇ ਦੀ ਝੋਲੀ ਵਿੱਚ ਪਾ ਦਿੱਤੇ। ਕੰਨਾਂ ਪੜ੍ਹਾਇਆ ਤਾਣ ਮਾਣ ਭਾਨ, ਆਪਣੇ ਸ਼ਬਦ ਉਹਨੂੰ ਪੜ੍ਹਾ ਦਿੱਤੇ। ਕੰਨੇ ਦੀ ਮਹਾਰਨੀ ਪੜ੍ਹਾਈ, ਸ਼ਬਦ ਪੜ੍ਹਾ ਕੇ ਉਹਨੂੰ ਵਾਕ ਬਣਾਏ। ਖਾਣਾ ਖਾ ਦਸਤਾਰ ਸਜਾ ਸ਼ਬਦ ਗਾ, ਪਾਠ ਯਾਦ ਕਰ ਕਾਹਲ ਨਾ ਕਰ, ਤਾਣ ਨਾਲ ਵਾਰ ਕਰ ਪਰਮਾਤਮਾ ਦਾ ਨਾਮ ਜਪ, ਸਭ ਦਾ ਭਲਾ ਕਰ ਆਪਣਾ ਕਾਰਜ ਆਪ ਸਵਾਰ। ਮੈਂ ਕੀ ਪੜ੍ਹਾ ਰਿਹਾ ਜੀ, ਕੰਨਾ ਕੀ ਪੜ੍ਹਾ ਰਿਹਾ ਮੈਂ, ਪਰ ਕੰਨਾ ਪੜ੍ਹਾਉਂਦਿਆਂ ਮੈਂ ਉਹਨੂੰ ਗੁਣ ਦੇ ਰਿਹਾ, ਉਹਦੇ ਵਿੱਚ ਜੀਵਨ ਨੂੰ ਵੈਲਿਊਜ਼ ਦੇ ਰਿਹਾ, ਵੈਲਿਊ ਬੇਸਡ ਸਿਸਟਮ ਇਹਨੂੰ ਕਹਿੰਦੇ ਨੇ। ਸੋ ਇਸ ਢੰਗ ਨਾਲ ਅਸੀਂ ਇਹ ਇੱਕ ਨਿਰਾਲਾ ਢੰਗ ਅਪਣਾਇਆ ਕਿ ਉਹਨੂੰ ਮੁਕਤਾ, ਕੰਨਾ, ਸਿਹਾਰੀ, ਬਿਹਾਰੀ ਅਤੇ ਬਾਕੀ ਦੀ ਵਿੱਦਿਆ ਦਿੰਦੇ ਹਾਂ ਅਸੀਂ ਉਹਨੂੰ ਗੁਣ ਜਿਹੜੇ ਆ ਨਾਲ ਬੱਚੇ ਨੂੰ। ਇਹਦੇ ਵਿੱਚ ਅੰਗਰੇਜ਼ੀ ਮਹੀਨੇ, ਦੇਸੀ ਮਹੀਨੇ, ਹਫ਼ਤੇ ਦੇ ਦਿਨ ਜੋ ਸਾਡੇ ਸਿਲੇਬਸ ਦਾ ਪਾਠਕ੍ਰਮ ਦਾ ਹਿੱਸਾ ਹੁੰਦੇ ਨੇ ਸਾਰਾ ਕੁਝ ਇਹਨਾਂ ਕਿਤਾਬਾਂ 'ਚ ਉਪਲਬਧ ਹੈ। ਫਿਰ ਸਰੀਰ ਦੇ ਅੰਗ, ਫਿਰ ਜਾਨਵਰਾਂ ਅਤੇ ਪੰਛੀਆਂ ਦੀਆਂ ਆਵਾਜ਼ਾਂ, ਫਿਰ ਮਾਂ ਬੱਚਾ ਬਿੱਲੀ ਬਲੂੰਗੜਾ, ਫਿਰ ਗਿਣਤੀ ਗੁਰਮੁਖੀ ਵਿੱਚ ਵੀ ਅਤੇ ਰੋਮਨ ਵਿੱਚ ਵੀ, ਫਿਰ ਜੀਵਾਂ ਦੇ ਰਹਿਣ ਦੇ ਥਾਂ, ਸਮਾਂ, ਸਵੇਰ, ਦੁਪਹਿਰ, ਬੁਝਾਰਤਾਂ, ਇਸ ਤਰ੍ਹਾਂ। ਮਤਲਬ ਮੈਂ ਸਿਰਫ ਤੁਹਾਨੂੰ ਇੱਕ ਪੰਛੀ ਝਾਤ ਦੇ ਰਿਹਾ ਇਹਨਾਂ ਕਿਤਾਬਾਂ 'ਚੋਂ। ਫਿਰ ਅੱਗੇ ਸ਼ਬਦਾਵਲੀ, ਆੜਾ ਅੰਗ, ਆਰਾ ਅਜੈ ਅਬੈ ਅਜੂ ਆਦਿ, ਆੜਾ ਆਲਮ, ਆਰਜਾ, ਅਜੂਨੀ, ਅਰਦਾਸ, ਆਕਰਖ। ਸਾਨੂੰ ਨਹੀਂ ਬਹੁਤੀ ਵਾਰੀ ਪਤਾ ਹੁੰਦਾ ਜਬ ਅਕਰਖ ਕਰਤ ਹੋ ਕਬ ਹੋ, ਕੀ ਹੈ ਇਹ, ਜਬ ਉਦਕਰਖ ਕਰਾ ਕਰਤਾਰਾ, ਕੀ ਹੈ ਇਹ। ਬੱਚਿਆਂ ਨੇ ਇਹਨਾਂ ਕਿਤਾਬਾਂ 'ਚ ਪੜ੍ਹ ਲੈਣਾ, ਔਰ ਮੈਨੂੰ ਕਹਿ ਲੈਣ ਦੇਣਾ ਵਿਦਵਾਨ ਅਧਿਆਪਕ ਅੱਜ ਕੀ ਕਰਦੇ ਨੇ। ਜਵਾਕ ਨੂੰ ਕਹਿਣਗੇ, ਸਾਰੀ ਕਲਾਸ ਨੂੰ ਕਹਿਣਗੇ, ਸਾਰੀ ਜਮਾਤ ਨੂੰ ਪੜ੍ਹਾਉਣਗੇ, ਗੰਗਾ ਬੋਲੋ ਜੀ, ਮੱਤ ਮਾਰੀ ਕੀ ਤੁਹਾਡੀ ਅਤੇ ਮੇਰੀ।
ਉਹ ਧੁਨੀਆਂ 'ਚ ਕਦੀ ਕੁਝ ਖਾਲੀ ਹੁੰਦਾ ਪਰ ਸੱਚੀ ਮੁੱਚੀ ਮਾਰੀ ਹੋਈ ਨੰਗਾ ਖਾਲੀ ਨਈਆਂ ਖਾਲੀ ਨਾਣਾ ਖਾਲੀ ਰਾੜਾ ਖਾਲੀ। ਕਮਾਲ ਹੋ ਗਈ ਬਾਤ। ਸਾਡੀਆਂ ਕਿਤਾਬਾਂ ਨੇ ਇਹਨੂੰ ਖਾਲੀ ਨਹੀਂ ਕਿਹਾ, ਨੰਗਾ ਗਿਆਨੀ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਅਧਿਆਪਕ ਪੰਜਾਬੀ ਦੇ ਖੜ੍ਹੇ ਕਰ ਲਓ ਮੰਚ ਕਿਉਂ ਬੋਲੋ ਨਈਆਂ ਅਤੇ ਨੰਗਾ, ਉਹ ਕੁਝ ਹੋਰ ਹੀ ਬੋਲੀਆਂਗੇ, ਨੰਗਾ ਪੰਗਾ ਟੰਗਾ ਪਤਾ ਨਹੀਂ ਕੀ ਬੋਲੀ ਜਾਣਗੇ। ਕਮਾਲ ਹੋ ਗਈ ਹੈ, ਐਡੀ ਅਮੀਰ ਵਿਚਾਰਧਾਰਾ, ਐਡੀਆਂ ਅਮੀਰ ਧੁਨੀਆਂ, ਪੰਜਾਬੀ ਦਾ ਅਧਿਆਪਕ। ਮੈਂ ਪਿਛਲੇ ਕੁਝ ਮਹੀਨਿਆਂ 'ਚ 50 ਅਧਿਆਪਕਾਂ ਦੀਆਂ ਇੰਟਰਵਿਊ ਕੀਤੇ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਮੈਨੂੰ ਇੱਕ ਅਧਿਆਪਕ ਵੀ ਨਹੀਂ ਮਿਲਿਆ ਜਿਹਨੇ ਉਚਾਰਨ ਗੁਰਮੁਖੀ ਲਿਪੀ ਦਾ ਠੀਕ ਕੀਤਾ ਹੋਵੇ। ਇਹ ਸਾਡਾ ਦਿਵਾਲੀਆਪਣ ਹੈ। ਪਰ ਇਹਨਾਂ ਕਿਤਾਬਾਂ ਨੇ ਦੱਸਿਆ ਕਿ ਅਜੋਕੀ ਪੰਜਾਬੀ ਦੇ ਵਿੱਚ ਨੰਗਾ ਅੱਖਰ ਦੀ ਵਰਤੋਂ ਸ਼ਬਦ ਦੇ ਆਰੰਭ ਵਿੱਚ ਭਾਵੇਂ ਬਹੁਤੀ ਵਾਰ ਨਹੀਂ ਹੁੰਦੀ, ਪਰ ਇਹ ਵਿੱਚ ਵਰਤਿਆ ਜਾਂਦਾ, ਇਹਦੀ ਇੱਕ ਧੁਨੀ ਹੈ। ਨੰਗੇ ਦੇ ਅਧੀਨ ਪੜ੍ਹਾਇਆ ਕੰਗਣ ਵਾਂਗਣ ਧੰਘਾਣਾ ਲੰਘਾਉਣਾ ਘੁੰਗਣੀਆਂ, ਸੋ ਇਹ ਕਿਤਾਬਾਂ ਦਾ ਇੱਕ ਵੱਖਰਾ ਅੰਦਾਜ਼ ਹੈ। ਸੋ ਇੱਦਾਂ ਹੀ ਨਾਣਾ ਮੰਗਣਾ ਟੰਗਣਾ ਖਡਾਉਣਾ ਇਹ ਵੀ ਇੱਕ ਧੁਨੀ ਹੈ, ਇਹ ਖਾਲੀ ਕਦੀ ਨਹੀਂ ਹੁੰਦਾ। ਸੋ ਇਹ ਕਿਤਾਬਾਂ ਨੇ ਜਿਹੜੀਆਂ 24 ਪ੍ਰਕਾਸ਼ਨਾਵਾਂ ਨੇ। ਸੋ ਮੈਂ ਸਿਰਫ ਇੱਥੇ ਇੱਕ ਤੁਹਾਨੂੰ ਸੰਦੇਸ਼ ਹੀ ਦੇਣਾ ਸੀ, ਇਹ ਕਿਤਾਬਾਂ ਨੂੰ ਸਮਝਾਉਣ ਦੇ ਲਈ ਸਾਡੀ ਟੀਮ ਵੱਖਰੇ ਤੌਰ 'ਤੇ ਆ ਕੇ ਤੁਹਾਡੇ ਸੰਬੰਧਿਤ ਵਿਸ਼ਿਆਂ ਦੇ ਅਧਿਆਪਕਾਂ ਨਾਲ ਚੇਅਰਮੈਨ ਸਾਹਿਬ ਬੈਠ ਜਾਵੇਗੀ। ਸੋ ਮੈਂ ਬੇਨਤੀ ਕਰੂੰਗਾ, ਇਹ ਕਿਤਾਬਾਂ ਜੇ ਤੁਸੀਂ ਪਾਠਕ੍ਰਮ ਵਿੱਚ ਸ਼ਾਮਿਲ ਕਰ ਲਵੋਗੇ ਤਾਂ ਤੁਹਾਡੇ ਵਿਦਿਆਰਥੀਆਂ ਦੀ ਸੁਚਿਆਰ ਮਨੁੱਖਾਂ ਵਜੋਂ ਘਾਟ ਦਾ ਇੱਕ ਮੁੱਢ ਵੱਜ ਜਾਵੇਗਾ। ਵਿਦਿਆਰਥੀਆਂ ਦੀ ਨਹੀਂ, ਇਹਨਾਂ ਦੇ ਮਾਪਿਆਂ ਦੀ ਵੀ, ਕਿਉਂਕਿ ਇਹ ਕਿਤਾਬਾਂ ਜਦੋਂ ਮਾਪੇ ਘਰਾਂ ਵਿੱਚ ਪੜ੍ਹਨਗੇ ਇੱਕ ਤੁਸੀਂ ਇੱਕ ਲਹਿਰ ਦੇ ਵਿੱਚ ਸ਼ਾਮਿਲ ਹੋ ਜਾਵੋਗੇ ਜਿੱਥੇ ਵਿਦਿਆਰਥੀ ਸੁਚਿਆਰ ਮਨੁੱਖ ਵਜੋਂ ਘੜੇ ਜਾ ਰਹੇ ਨੇ। ਸੋ ਇਹ ਵਿਉਂਤਬੰਦੀ ਦਾ ਪਹਿਲਾ ਪੱਖ ਹੈ, ਨਵੇਕਲਾ ਸਕੂਲ ਪਾਠਕ੍ਰਮ। ਨਵੇਕਲਾ ਸਕੂਲ ਪਾਠਕ੍ਰਮ ਪੜ੍ਹਾਉਣ ਦੇ ਨਾਲ ਨਾਲ ਇੱਕ ਕੰਮ ਹੋਰ ਆਪਾਂ ਕਰਨਾ ਹੈ। ਦੂਸਰਾ ਕੰਮ ਹੈ ਰੋਜ਼ਾਨਾ ਦਾ ਵਿਸ਼ੇਸ਼ ਸਬਕ। ਇਹ ਨਾ ਆਮ ਤੌਰ 'ਤੇ ਇਹ ਕੰਮ ਸਾਰੇ ਤੁਸੀਂ ਕਰ ਰਹੇ ਹੋ, ਪਾਠਕ੍ਰਮ ਵੀ ਤੁਸੀਂ ਕੋਈ ਵਰਤ ਰਹੇ ਹੋ, ਉਸ ਪਾਠਕ੍ਰਮ ਨੂੰ ਇਸ ਪਾਠਕ੍ਰਮ ਨੇ ਬਦਲ ਦੇਣਾ, ਉਹ ਵਾਲਾ ਪਾਠਕ੍ਰਮ ਤੁਹਾਡਾ ਹਟ ਜਾਣਾ, ਇਹ ਵਾਲਾ ਆ ਜਾਣਾ। ਅਤੇ ਪੰਜਾਬ ਦੇ ਨਹੀਂ, ਭਾਰਤ ਦੇ ਦੂਜੇ ਸੂਬਿਆਂ ਦੇ ਵੀ ਬਹੁਤ ਸਾਰੇ ਦਰਜਨਾਂ ਸਕੂਲ ਜਿਨ੍ਹਾਂ ਦੀ ਕੁੱਲ ਗਿਣਤੀ 400 ਤੋਂ ਵੱਧ ਹੈ, ਇਸ ਸਿਲੇਬਸ ਨੂੰ, ਇਸ ਪਾਠਕ੍ਰਮ ਨੂੰ ਆਪਣਾ ਸ਼ਿੰਗਾਰ ਬਣਾ ਚੁੱਕੇ ਨੇ। ਤੁਸੀਂ ਪਿਛਾਂ ਨਾ ਰਹਿਣਾ, ਇਹਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰੋ। ਦੂਸਰਾ ਕੰਮ ਸਬਕ, ਤੁਸੀਂ ਵੀ ਰੋਜ਼ ਸਬਕ ਬੱਚਿਆਂ ਨੂੰ ਦਿੰਦੇ ਹੋ। ਹਰ ਸਕੂਲ ਨੇ ਅੱਜ ਦਾ ਜਿਹੜਾ ਸੰਦੇਸ਼ ਲਿਖਿਆ ਹੁੰਦਾ, ਡੇ ਆਫ ਦਾ ਥੋਟ ਆਫ ਦਾ ਡੇ ਲਿਖਿਆ ਹੁੰਦਾ ਕੁਛ ਨਾ ਕੁਛ, ਪਰ ਉਹ ਲਿਖਿਆ ਹੀ ਹੁੰਦਾ, ਤੁਹਾਨੂੰ ਵੀ ਪਤਾ ਹੋਣਾ ਲਿਖਿਆ ਹੀ ਹੁੰਦਾ ਨਾ ਜੀ। ਕਿਉਂ ਜੀ ਲਿਖਿਆ ਹੀ ਹੁੰਦਾ ਨਾ ਜੀ, ਕਿ ਜ਼ਹਿਨ ਦੇ ਵਿੱਚ ਉੱਕਰ ਦਿੱਤਾ ਜਾਂਦਾ। ਹੱਥ ਖੜ੍ਹੇ ਕਰਕੇ ਦੱਸੋ ਕੀ ਤੁਹਾਡੇ ਸਕੂਲ ਦੇ ਵਿੱਚ ਜਿਹੜਾ ਥੋਟ ਆਫ ਦਾ ਡੇ ਤੁਸੀਂ ਲਿਖਦੇ ਹੋਵੋਗੇ ਜ਼ਰੂਰ, ਕੀ ਉਹ ਹਰ ਵਿਦਿਆਰਥੀ ਦੇ ਹਿਰਦੇ 'ਤੇ ਉੱਕਰ ਦਿੱਤਾ ਜਾਂਦਾ, ਕਿ ਉਹ ਅਗਲੇ ਦਿਨ ਮਿਟੇ ਕੇ ਨਵਾਂ ਲਿਖ ਦਿੱਤਾ ਜਾਂਦਾ? ਹਾਂਜੀ ਜਵਾਬ ਨਾਂ ਵਿੱਚ ਹੈ, ਇਸੇ ਕਰਕੇ ਹੈ ਨਹੀਂ। ਪਰ ਮੈਂ ਇਹ ਤੁਹਾਡਾ ਨਹੀਂ ਹਾਲ, ਇਹ ਮੇਰਾ ਵੀ ਇਹੀ ਰਿਹਾ, ਇਹ ਤੁਹਾਡੇ ਸਣੇ ਸਾਰੇ ਸਕੂਲਾਂ ਦਾ ਇਹੀ ਹਾਲ ਹੈ। ਆਪਾਂ ਗੱਲ ਕੋਈ ਨਵੀਂ ਗੱਲ ਨਹੀਂ ਕਰਨੀ, ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹਨਾਂ ਨੂੰ ਸੁਹਿਰਦਤਾ ਨਾਲ ਕਰਨਾ। ਰੋਜ਼ਾਨਾ ਦਾ ਇੱਕ ਵਿਸ਼ੇਸ਼ ਸਬਕ ਦੇਣਾ, ਅਸੀਂ ਵੀ ਤੁਹਾਨੂੰ ਦੇ ਸਕਦੇ ਹਾਂ, ਤੁਸੀਂ ਵੀ ਆਪ ਲੱਭ ਸਕਦੇ ਹੋ। ਬਟ ਇਹ ਯਕੀਨਨ ਬਣਾਉਣਾ ਹੈ ਹਰ ਅਧਿਆਪਕ ਨੇ ਕਿ ਜੋ ਅੱਜ ਅਸੀਂ ਸਬਕ ਚੁਣਿਆ ਹੈ ਇਹ ਹਰ ਵਿਦਿਆਰਥੀ ਦੇ ਹਿਰਦੇ ਉੱਤੇ ਉਕਰਿਆ ਜਾ ਚੁੱਕਿਆ, ਇੰਨਾ ਡੂੰਘਾ ਲਿਖਿਆ ਜਾ ਚੁੱਕਿਆ, ਇੰਨਾ ਗੂੜਾ ਲਿਖਿਆ ਜਾ ਚੁੱਕਿਆ, ਇਹਨੂੰ ਹੁਣ ਕੋਈ ਮਿਟਾ ਨਹੀਂ ਸਕਦਾ। ਮੈਂ ਗੱਲ ਕਹਿਣ ਲੱਗਿਆ, ਇੱਕ ਇਹ ਗੱਲ ਬੜੀ ਵਡਮੁੱਲੀ ਹੈ, ਗੱਲਾਂ ਸਾਰੀਆਂ ਵਡਮੁੱਲੀਆਂ ਨੇ, ਉਹਨਾਂ ਨੂੰ ਸਾਂਭਦੇ ਜਾਓ। ਗੁਰੂ ਨਾਨਕ ਸਾਹਿਬ
ਤਲਵੰਡੀ ਦੇ ਲੋਕਾਂ ਨੂੰ ਛੱਡ ਦਿਓ, ਰਾਏ ਭੋਜ ਦੀ ਤਲਵੰਡੀ ਤਾਂ ਆਲੇ ਦੁਆਲੇ ਦੇ ਕੁਝ ਲੋਕ ਜਾਂ ਨੇੜੇ ਤੇੜੇ ਦੇ ਇਲਾਕਿਆਂ ਦੇ ਕੁਝ ਲੋਕ। ਜਦੋਂ ਗੁਰੂ ਸਾਹਿਬ ਉਦਾਸੀਆਂ ਦੇ ਦੂਰ ਦੁਰਾਡੇ ਨਿਕਲੇ ਤਾਂ ਬਹੁਤੀਆਂ ਥਾਵਾਂ 'ਤੇ ਗੁਰੂ ਸਾਹਿਬ ਜੀ ਨੂੰ ਮਿਲੇ, ਪਹਿਲੀ ਵਾਰੀ ਮਿਲੇ ਅਤੇ ਆਖਰੀ ਵਾਰੀ ਮਿਲੇ, ਪਰ ਜਿਹਨੂੰ ਮਿਲੇ ਉਹਦਾ ਜੀਵਨ ਪਲਟਾਇਆ ਹੈ। ਠੀਕ ਹੈ ਨਾ ਇਹ ਗੱਲ? ਅਤੇ ਮੈਨੂੰ ਕਹਿ ਲੈਣ ਦੇਣਾ ਤੁਹਾਡੇ ਕੋਲ ਮਾਂ ਬਾਪ 12 ਸਾਲ ਬੱਚੇ ਨੂੰ ਸੋਹਣਾ ਜਿਹਾ ਤਿਆਰ ਕਰਕੇ ਸੋਹਣੇ ਸੋਹਣੇ ਕੱਪੜੇ ਪਾ ਕੇ 6-7 ਘੰਟਿਆਂ ਲਈ ਛੱਡ ਜਾਂਦੇ ਨੇ। ਅਸੀਂ ਸੋਚ ਨਹੀਂ ਬਦਲਦੇ, ਅਸੀਂ ਵਿਚਾਰਾਂ ਵਿੱਚ ਪਵਿੱਤਰਤਾ ਪੈਦਾ ਨਹੀਂ ਕਰਦੇ। ਅਤੇ ਤੁਹਾਡਾ ਪਿਤਾ ਐਡੀ ਸਮਰੱਥਾ ਰੱਖਦਾ, ਉਹ ਸਮਰੱਥਾ ਤੁਹਾਡੇ ਵਿੱਚ ਵੀ ਉਹ ਪਾ ਦੇਵੇਗਾ ਜਦੋਂ ਉਹਦੇ ਅੱਗੇ ਝੋਲੀ ਅੱਡਾਂਗੇ ਕਿ ਮੈਂ ਅਧਿਆਪਨ ਦਾ ਕੰਮ ਕਰ ਰਹੀ ਹਾਂ, ਮੈਨੂੰ ਇਹ ਬਲ ਬਖਸ਼ੋ ਕਿ ਮੈਂ ਬੱਚਿਆਂ ਦੇ ਵਿਚਾਰ ਪਵਿੱਤਰ ਕਰ ਸਕਾਂ। ਇਹ ਵਿਚਾਰ ਪਵਿੱਤਰ ਕਰਨ ਦਾ ਕੰਮ ਅਸਾਂ ਕਰਨਾ ਹੈ। ਰੋਜ਼ਾਨਾ ਦਾ ਵਿਸ਼ੇਸ਼ ਸਬਕ, ਫਿਰ ਵਿਸ਼ੇਸ਼ ਵਿੱਦਿਅਕ ਦੌਰੇ, ਦੌਰਿਆਂ 'ਤੇ ਬੱਚਿਆਂ ਨੂੰ ਆਪਾਂ ਵੀ ਲੈ ਕੇ ਜਾਂਦੇ ਹਾਂ, ਹੈ ਨਾ, ਇਤਿਹਾਸਿਕ ਸਥਾਨਾਂ 'ਤੇ, ਹੋਰ ਕਈ ਥਾਵਾਂ 'ਤੇ ਲੈ ਕੇ ਜਾਂਦੇ ਹੋਵੋਗੇ, ਸਾਰੇ ਲੈ ਕੇ ਜਾਂਦੇ ਨੇ। ਪਰ ਕਦੀ ਇਹ ਸੋਚਿਆ ਕਿ ਦੌਰੇ 'ਤੇ ਜਾਣ ਤੋਂ ਪਹਿਲਾਂ ਅਤੇ ਦੌਰੇ 'ਤੇ ਜਾ ਕੇ ਆਉਣ ਤੋਂ ਬਾਅਦ ਵਿਦਿਆਰਥੀ ਦੇ ਅੰਦਰ ਕਿਹੜੀ ਤਬਦੀਲੀ ਆਈ, ਜਾਂ ਤੁਸੀਂ ਵਿਉਂਤਬੰਦੀ ਕਰਕੇ ਤੁਰੇ ਸੀ ਕਿ ਅੱਜ ਵਾਲੇ ਦੌਰੇ ਦੇ ਵਿੱਚ ਵਿਦਿਆਰਥੀਆਂ ਅੰਦਰ ਇਹ ਵਾਲੇ ਗੁਣ ਭਰ ਦੇਣੇ ਹੈ, ਕਿਵੇਂ ਗੱਲਬਾਤ ਛੇੜਨੀ ਹੈ, ਕਿਵੇਂ ਵਿਦਿਆਰਥੀਆਂ ਦਾ ਆਪਸੀ ਵਿਚਾਰ ਵਟਾਂਦਰਾ ਕਰਾਉਣਾ, ਕਿਵੇਂ ਉਹਦੇ ਵਿੱਚੋਂ ਉਹਨੂੰ ਰਿੜਕ ਕੇ ਤੱਤ ਕੱਢਣਾ, ਕਿਵੇਂ ਵਿਦਿਆਰਥੀਆਂ ਨੂੰ ਦ੍ਰਿੜ ਕਰਾਉਣਾ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ। ਚੇਅਰਮੈਨ ਸਾਹਿਬ, ਪ੍ਰਿੰਸੀਪਲ ਸਾਹਿਬ, ਸਕੂਲਾਂ ਦੇ ਅਧਿਆਪਕ ਐਂ ਕੰਮ ਨਹੀਂ ਕਰਦੇ। ਬੱਸ ਭਰ ਕੇ ਜਾਂਦੇ ਨੇ, ਹੱਲਾ 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 ਕਰਦੇ ਘੁਮਾ ਲਿਆਉਂਦੇ ਨੇ, ਰੋਟੀ ਪਾਣੀ ਖਵਾ ਕੇ ਉਤਾਰ ਦਿੰਦੇ ਨੇ, ਬਸ ਗੱਲ ਹੋ ਗਿਆ ਦੌਰਾ। ਦੌਰੇ ਇੱਦਾਂ ਦੇ ਕਰਨੇ ਨੇ। ਅੱਜ ਸਵੇਰੇ ਵਿਦਿਆਰਥੀ ਵਿੱਚ ਇਹ ਔਗਣ ਸਨ, ਬੱਸ ਵਿੱਚ ਉਤਰਿਆ, ਹੁਣ ਉਹ ਅੱਜ ਔਗਣ ਛੱਡਿਆ ਆ ਜਿੱਥੇ ਗਿਆ ਸੀ ਉੱਥੇ। ਇੱਦਾਂ ਦਾ ਕੰਮ ਕੌਣ ਕਰਦਾ? ਆਤਮ ਪ੍ਰਕਾਸ਼ ਤੁਹਾਨੂੰ ਕੋਈ ਨਵਾਂ ਕੰਮ ਕਰਨ ਨੂੰ ਨਹੀਂ ਕਹਿ ਰਿਹਾ, ਪਰ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਉਹਨਾਂ ਕੰਮਾਂ ਨੂੰ ਸਾਵਧਾਨੀ ਨਾਲ ਕਰਨ ਨੂੰ ਕਹਿ ਰਿਹਾ। ਵਿਸ਼ੇਸ਼ ਸਾਲਾਨਾ ਸਮਾਗਮ, ਸਾਲਾਨਾ ਸਮਾਗਮ ਤੁਸੀਂ ਸਾਰੇ ਕਰਦੇ ਹੋ, ਸਾਰੇ ਸਕੂਲ ਕਰਦੇ ਨੇ, ਉੱਥੇ ਪ੍ਰਕਾਸ਼ ਵੀ ਕਰਦੇ ਹੋਵੋਗੇ, ਕੀਰਤਨ ਵੀ ਹੁੰਦਾ ਹੋਊਗਾ, ਪਰ ਨਹੀਂ, ਸਾਲਾਨਾ ਸਮਾਗਮ ਹੁਣ ਮਾਤਾ ਪਿਤਾ ਦੀ ਕਾਰਜਸ਼ਾਲਾ ਬਣਨਾ ਚਾਹੀਦਾ ਹੈ। ਸਾਲਾਨਾ ਸਮਾਗਮ ਵਿੱਚ ਮਾਤਾ ਪਿਤਾ ਦੀ ਘਾੜਤ ਘੜਨੀ ਹੈ ਕਿ ਅਸੀਂ ਬੱਚਿਆਂ ਨੂੰ ਇੰਜ ਘੜ ਰਹੇ ਹਾਂ, ਤੁਸੀਂ ਘਰੋਂ ਉਹਦਾ ਸਹਿਯੋਗ ਦਿਓ ਕਿ ਤੁਹਾਡੇ ਬੱਚੇ ਸੱਚਿਆਰ ਮਨੁੱਖ ਵਜੋਂ ਘੜੇ ਜਾਣ। ਇਹ ਨਹੀਂ ਕਿ ਲੰਗਰ ਬੜਾ ਸੋਹਣਾ, ਕੀਰਤਨ ਬੜਾ ਸੋਹਣਾ, ਕਵੀਸ਼ਰੀ ਬੜੀ ਸੋਹਣੀ, ਛਕਿਆ ਭੋਗ ਪਿਆ ਅਤੇ ਗਏ। ਨਹੀਂ, ਉੱਥੇ ਟੌਕ ਹੋਵੇ, ਉੱਥੇ ਵਿਚਾਰ ਵਟਾਂਦਰਾ ਹੋਵੇ, ਉੱਥੇ ਗੱਲਬਾਤ ਹੋਵੇ, ਉਹ ਉੱਥੇ ਮਾਪਿਆਂ ਨੂੰ ਪੜ੍ਹਾਉਣ ਦਾ ਕੰਮ ਹੋਵੇ, ਇਹਨੂੰ ਸਾਲ ਵਿੱਚ 2 ਵਾਰੀ ਕਰ ਲਵੋ, 1 ਵਾਰੀ ਕਰ ਲਵੋ, ਪਰ ਇਹ ਸਾਲਾਨਾ ਸਮਾਗਮ ਕਹਿਣ ਮਾਤਰ ਨਾ ਹੋਵੇ, ਇਹ ਮਾਤਾ ਪਿਤਾ ਦੀ ਸਿਖਲਾਈ ਵਿੱਚ ਬਦਲ ਜਾਵੇ। ਭਵਿੱਖ ਵਿੱਚ ਅਗਵਾਈ ਕਰਨ ਦੀ ਸਮਰੱਥਾ ਰੱਖਣ ਵਾਲੇ ਵਿਦਿਆਰਥੀਆਂ ਦੀ ਵਿਸ਼ੇਸ਼ ਘਾੜਤ ਘੜੋ। ਤੁਹਾਡੀ ਜਮਾਤ ਵਿੱਚ ਕੱਲ੍ਹ ਦਾ ਰਾਸ਼ਟਰਪਤੀ ਬੈਠਾ ਹੁੰਦਾ ਹੈ, ਤੁਹਾਡੀ ਜਮਾਤ ਵਿੱਚ ਕੱਲ੍ਹ ਦਾ ਪ੍ਰਧਾਨ ਮੰਤਰੀ ਬੈਠਾ ਹੁੰਦਾ ਹੈ, ਤੁਹਾਡੀ ਜਮਾਤ ਵਿੱਚ ਕੱਲ੍ਹ ਦਾ ਮੁੱਖ ਮੰਤਰੀ ਵੀ ਬੈਠਾ ਹੁੰਦਾ, ਤੁਹਾਡੀ ਜਮਾਤ ਵਿੱਚ ਤੁਹਾਡੇ ਸਮਾਜ ਦਾ ਸੋਹਣਾ ਪ੍ਰਬੰਧ ਕਰਨ ਦੇ ਲਈ ਨਿਯਤ ਹੋਣ ਵਾਲੇ ਸਾਰੇ ਅਫਸਰ ਸਾਹਿਬਾਨ ਬੈਠੇ ਹੁੰਦੇ ਨੇ, ਅਤੇ ਜਦੋਂ ਤੁਹਾਡੇ ਕੋਲੋਂ ਪੜ੍ਹ ਕੇ ਅਤੇ ਬਾਹਰ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਅਤੇ ਲੋਕਾਂ ਦਾ ਲਹੂ ਪੀਂਦੇ ਨੇ, ਅਤੇ ਉਹਨਾਂ ਦੀ ਦੋਸ਼ ਜਿਹੜਾ, ਉਹਨਾਂ ਦੀ ਸਜ਼ਾ ਕਿਹਨੂੰ ਮਿਲਣੀ ਚਾਹੀਦੀ ਹੈ? ਕਿਹਨੂੰ ਮਿਲਣੀ ਚਾਹੀਦੀ ਹੈ? ਉਹ ਤੁਹਾਨੂੰ ਅਤੇ ਮੈਨੂੰ ਹੀ ਮਿਲਣੀ ਚਾਹੀਦੀ ਹੈ। ਮੁੱਖ ਮੰਤਰੀ ਦਾ ਕੋਈ ਕਸੂਰ ਨਹੀਂ ਹੈ, ਤੁਹਾਨੂੰ ਬੁੱਧੂ ਬਣਾਈ ਜਾਂਦਾ ਹੈ, ਉਹ ਊੜਾ ਹੋਵੇ, ਆੜਾ ਹੋਵੇ, ਈੜੀ ਹੋਵੇ, ਇਹ ਸਾਰੇ ਇੱਕੋ ਜਿਹੇ ਹੁੰਦੇ ਨੇ। ਮੇਰਾ ਕਿਸੇ ਨਾਲ ਕੋਈ ਨੇੜਤਾ ਨਹੀਂ ਹੈ, ਨਾ ਮੇਰਾ ਕਿਸੇ ਨਾਲ ਦੁਸ਼ਮਣੀ ਹੈ, ਪਰ ਇਹ ਸੱਚ ਹੈ।
ਤੇ ਗੁਰਬਾਣੀ ਕਹਿੰਦੀ ਹੈ ਕੂੜ ਨਕੁੱਟੇ ਨਾਨਕ ਹੋੜਕ ਸੱਚ ਰਹੀ, ਤੇ ਇਸ ਕੂੜ ਨੇ ਖਤਮ ਹੋ ਜਾਣਾ ਹੈ। ਕੁਦਰਤ ਨੇ ਸੱਚ ਨੂੰ ਪ੍ਰਗਟ ਕਰ ਦੇਣਾ, ਪਰ ਅਧਿਆਪਕਾਂ ਰਾਹੀਂ ਕਰਨਾ। ਤੁਸੀਂ ਸਿਆਣੇ ਅਧਿਆਪਕ ਹੋ, ਤੁਸੀਂ ਸੂਝਵਾਨ ਅਧਿਆਪਕ ਹੋ, ਤੁਸੀਂ ਪ੍ਰਣ ਕਰ ਲਿਆ। ਸੋ ਆਪਾਂ ਚੁਣ ਲੈਣਾ ਕਿ ਮੇਰੀ ਜਮਾਤ ਵਿੱਚ ਕਿਹੜੇ ਲੋਕ ਨੇ। ਡਾਕਟਰ ਮਨਮੋਹਨ ਸਿੰਘ ਕਿਹਾ ਕਰਦੇ ਸਨ ਕਿ ਬਹੁਤ ਥੋੜ੍ਹੇ ਲੋਕ ਹੁੰਦੇ ਨੇ, ਕਿਉਂਕਿ ਉਹ ਵੀ ਅਧਿਆਪਕ ਸਨ ਨਾ, ਉਹ ਅਧਿਆਪਨ ਦੇ ਕਿੱਤੇ ਵਿੱਚੋਂ ਇਹ ਗੱਲ ਕਰਿਆ ਕਰਦੇ ਨੇ ਕਿ ਬਹੁਤ ਥੋੜ੍ਹੇ ਲੋਕ ਹੁੰਦੇ ਨੇ, ਕੋਈ 2% ਲੋਕ ਜਿਹੜੇ ਅਗਵਾਈ ਕਰਦੇ ਨੇ, ਜਿਨ੍ਹਾਂ ਨੂੰ ਜੇ ਅਧਿਆਪਕ ਕੋਈ ਰੰਗਤ ਦੇ ਦੇਣ ਤਾਂ ਉਹ ਦੇਸ਼ ਨੂੰ ਬੜੀ ਵੱਡੀ ਪੁਲਾਂਘਾਂ ਦੀ ਲੈਣ ਦੀ ਸਮਰੱਥਾ ਪੈਦਾ ਕਰ ਸਕਦੇ ਨੇ। ਸੋ ਇਹ ਅਧਿਆਪਕ ਨੇ ਕਰਨਾ ਹੁੰਦਾ। ਅਧਿਆਪਕ ਦੇਖੇ ਕਿ ਮੇਰੀ ਜਮਾਤ ਵਿੱਚ ਕੱਲ੍ਹ ਦਾ ਪ੍ਰਧਾਨ ਮੰਤਰੀ ਕਿੱਥੇ ਬੈਠਾ ਹੈ, ਕੱਲ੍ਹ ਦਾ ਮੁੱਖ ਮੰਤਰੀ ਕਿੱਥੇ ਬੈਠਾ, ਕੱਲ੍ਹ ਦਾ ਡਿਪਟੀ ਕਮਿਸ਼ਨਰ ਕਿੱਥੇ ਬੈਠਾ, ਕੱਲ੍ਹ ਦਾ ਅਮਨ ਕਾਨੂੰਨ ਸਥਾਪਿਤ ਕਰਨ ਵਾਲੇ ਲੋਕ ਕਿੱਥੇ ਬੈਠੇ ਨੇ, ਕੱਲ੍ਹ ਦੇ ਅਧਿਆਪਕ ਕਿੱਥੇ ਬੈਠੇ ਨੇ, ਉਹਨਾਂ ਦੀ ਉਸ ਢੰਗ ਨਾਲ ਘਾੜਤ ਕੱਢਣ। ਸਭ ਤੋਂ ਸਿਰੇ ਦੇ ਉੱਤੇ ਜੇ ਕੋਈ ਕਿੱਤਾ ਹੈ ਤਾਂ ਉਹ ਅਧਿਆਪਨ ਦਾ ਕਿੱਤਾ, ਅਤੇ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ। ਅੱਜ ਅਧਿਆਪਨ ਉਹ ਕਰਦਾ ਜਿਹਨੂੰ ਕਿਤੇ ਹੋਰ ਨੌਕਰੀ ਨਾ ਮਿਲੇ, ਉਹ ਕਹਿੰਦਾ ਚਲੋ ਫਿਰ BED ਜੀ ਕਰਕੇ ਕਿਤੇ ਆਪਾਂ ਮਾਸਟਰੀ ਲੱਗ ਜਾਈਏ। ਅਤੇ ਇਹ ਇੱਕ ਬਹੁਤ ਵੱਡੀ ਵਿਡੰਬਣਾ, ਇਹ ਬਹੁਤ ਵੱਡਾ ਸੱਚ ਹੈ। ਅਧਿਆਪਨ ਦੀ ਪ੍ਰਗਤੀ ਦਾ ਸਾਨੂੰ ਇੱਕ ਮਾਸਿਕ ਮੁਲਾਂਕਣ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਸਾਹਿਬ ਪ੍ਰਬੰਧਕ ਹਰ ਮਹੀਨੇ ਇੱਕ ਬ੍ਰੇਨਸਟੋਰਮਿੰਗ ਸੈਸ਼ਨ ਕਰਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਦਿਮਾਗ ਨੂੰ ਹਿਲਾ ਦੇਣ ਵਾਲਾ ਇੱਕ ਅਸੀਂ ਗੱਲਬਾਤ ਚਰਚਾ ਦਾ ਪਲੇਟਫਾਰਮ ਖੜਾ ਕਰੀਏ, ਇੱਕ ਸਟੇਜ ਦੇ ਉੱਤੇ ਆ ਕੇ ਗੱਲ ਕਰੀਏ ਜਿੱਥੇ ਦੀ ਚਰਚਾ ਹੋਵੇ। ਕਿੰਨੇ ਵਿਦਿਆਰਥੀ ਜਿਹੜੇ ਨੇ ਅਸੀਂ ਸੱਚ ਦੇ ਵਿੱਚ ਪ੍ਰਵਲਿਤ ਕਰਨ ਦੇ ਲਈ, ਸੱਚ ਦੇ ਅੰਦਰ ਜੁੜਨ ਦੇ ਲਈ ਤਿਆਰ ਕਰ ਰਹੇ ਹਾਂ, ਉਹ ਮੁਲਾਂਕਣ ਕਿਵੇਂ ਹੋਵੇ, ਉਹ ਵੀ ਮੈਂ ਤੁਹਾਡੀ ਸੇਵਾ 'ਚ ਲਿਆਉਣਾ ਚਾਹੁੰਦਾ। ਇਹ ਮੁਲਾਂਕਣ ਕਿਵੇਂ ਹੋ ਸਕਦਾ ਹੈ? ਪਹਿਲਾ ਨੁਕਤਾ ਇਹ ਹੈ, ਤੁਸੀਂ ਆਪਣਾ ਦੇਖਣਾ ਕਿ ਜਿਹੜੇ ਵਿਦਿਆਰਥੀ ਤੁਹਾਡੇ ਨੇ, ਕੀ ਤੁਸੀਂ ਆਪਣੇ ਵਿਦਿਆਰਥੀਆਂ ਦੇ ਅੰਦਰ ਸਰੀਰ ਦੀ ਸੰਭਾਲ ਕਰਨ ਦਾ ਚਾਅ ਪੈਦਾ ਕਰ ਦਿੱਤਾ? ਅਸੀਂ ਇਹ ਕਰਦੇ ਹੀ ਨਹੀਂ ਹਾਂ। ਸਾਡੇ ਅਸੀਂ ਅਤੇ ਸਾਡੇ ਵਿਦਿਆਰਥੀ, ਅਸੀਂ ਉਹਨੂੰ ਕਹਿੰਦੇ ਵੀ ਜੰਕ ਫੂਡ ਹਾਂ, ਕਹਿੰਦੇ ਜੰਕ ਫੂਡ, ਉਹਦਾ ਨਾਂ ਹੀ ਦੱਸਦਾ ਵੀ ਇਹ ਕੀ ਹੈ, ਪਰ ਸਾਰੇ ਐਂ ਸਵਾਦ ਲਾ ਲਾ ਕੇ ਉਹਨੂੰ ਖਾਂਦੇ ਨੇ। ਨਾਸ਼ ਮਾਰ ਰਹੇ ਹਾਂ ਇਸ ਸਰੀਰ ਦਾ। ਤੁਹਾਡੀਆਂ ਚੂਰੀਆਂ, ਤੁਹਾਡੀਆਂ ਪੰਜੀਰੀਆਂ, ਤੁਹਾਡਾ ਰੋਹ, ਤੁਹਾਡੀ ਲੱਸੀ, ਤੁਹਾਡੀ ਸਕੰਜਮੀ ਕਿੱਥੇ ਹੈ, ਕਿੱਥੇ ਹੈ? ਉਹ ਗੰਦ ਖਾਈ ਜਾਂਦੇ ਹੋ ਜਮਾ ਹੀ, ਬਰਗਰ ਅਤੇ ਪੀਜ਼ਾ ਅਤੇ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ। ਉਹ ਸਰੀਰ ਦੇ ਪ੍ਰਤੀ ਉਹਨਾਂ ਨੂੰ ਚੇਤਨ ਕਰੋ ਕਿ ਐਡਾ ਸੋਹਣਾ ਇਹ ਬਣਤਰ ਬਣੀ ਹੈ। ਸਭ ਤੋਂ ਪਹਿਲਾਂ ਤਾਂ ਕੰਮ ਇਹਨੂੰ ਰਿਸ਼ਟ ਪੁਸ਼ਟ ਕਰਨਾ, ਇਹਦੇ ਉੱਤੇ ਸਵਾਰ ਹੋ ਕੇ ਸਾਰੇ ਕੰਮ ਹੋਣੇ ਨੇ। ਪ੍ਰੋਪਰ ਵਰਜਿਸ਼ ਕਰਨੀ, ਸਰੀਰ ਦਾ ਪਸੀਨਾ ਰੋਜ਼ ਨਿਚੋੜ ਦੇਣਾ, ਚੰਗੀ ਖੁਰਾਕ ਲੈਣੀ, ਕਿਹੜਾ ਛੋਲੇ ਚੱਬਦਾ, ਕਿਹੜਾ ਮੱਕੀ ਦੇ ਦਾਣੇ ਚੱਬਦਾ, ਕਿਹੜਾ ਭਿੱਜੇ ਹੋਏ ਬਦਾਮ ਖਾਂਦਾ, ਪਤਾ ਨਹੀਂ ਕੀ ਗੰਦ ਮੰਦ ਖਾਈ ਜਾਂਦੇ ਆ। ਨੰਬਰ 97% ਆਉਂਦੇ ਆ, ਕੀ ਕਰਨਾ ਇਹਨੂੰ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਰਾਤ ਨੂੰ ਜਾਗੀ ਜਾਂਦੇ ਅੱਧੀ ਅੱਧੀ ਰਾਤ ਤੱਕ ਜਿਵੇਂ ਉੱਲੂਆਂ ਵਾਂਗੂ। ਉਹ ਨੋਬਲ ਪ੍ਰਾਈਜ਼ ਮਿਲਿਆ ਇਸ ਉੱਤੇ ਇੱਕ ਵਿਦਵਾਨ ਨੂੰ, ਕਹਿੰਦਾ ਸਮੇਂ ਸਿਰ ਸੌਂ ਜਾਓ, ਨਾ ਜਾਗੋ ਰਾਤ ਨੂੰ ਠੀਕ 9 to 10 ਦੇ ਵਿਚਾਲੇ, ਇਹ ਕੁਦਰਤ ਦਾ ਕਾਨੂੰਨ ਹੈ। ਉਹ ਕਹਿੰਦਾ ਤੁਹਾਡਾ ਸੌਂ ਜਾਣਾ ਬਹੁਤ ਲਾਜ਼ਮੀ ਹੈ ਅਤੇ ਸਵੇਰੇ 4 ਵਜੇ ਤੁਹਾਡਾ ਉੱਠ ਖੜਨਾ ਬਹੁਤ ਲਾਜ਼ਮੀ ਹੈ, ਕਿਉਂਕਿ ਕੁਦਰਤ ਵੱਲੋਂ ਇਹ ਇੱਕ ਕਲੋਕ ਹੈ ਬਾਇਓਲੋਜੀਕਲ, ਤੁਹਾਡੀ ਬੋਡੀ ਰਾਤ ਨੂੰ ਰਿਪੇਅਰ 'ਤੇ ਜਾਂਦੀ ਹੈ। ਜੇ ਰਾਤ ਨੂੰ ਜਾਗ ਰਹੇ ਹੋ, ਬੋਡੀ ਰਿਪੇਅਰ ਹੋ ਰਹੀ ਹੈ ਅਤੇ ਤੁਸੀਂ ਬੈਠੇ ਕੰਮ ਕਰੀ ਜਾ ਰਹੇ ਹੋ, ਅਤੇ ਸਵੇਰੇ ਬੋਡੀ ਫਲੱਸ਼ ਹੁੰਦੀ ਹੈ, ਜਿਵੇਂ ਸਾਰੀ ਗੱਡੀ ਸਰਵਿਸ ਕਰਕੇ ਮਾਰਚ ਉਹ ਮਾਰ ਕੇ ਪਿਚਕਾਰੀ ਕਾਰ ਸਾਫ਼ ਕਰ ਦਿੰਦੇ ਨਾ, ਸਰੀਰ ਵਿੱਚੋਂ ਇਹੋ ਜਿਹੇ ਹਾਰਮੋਨ ਨਿਕਲਦੇ ਆ ਕਿ ਰਾਤ ਨੂੰ ਗੰਦਗੀ ਨਿਕਲੀ ਉਹ ਫਲੱਸ਼ ਹੁੰਦੀ ਹੈ। ਉਸ ਵੇਲੇ ਬੰਦਾ ਜਾਗਦਾ ਹੋਣਾ ਚਾਹੀਦਾ, ਉਦੋਂ ਅਸੀਂ ਘਰਾਲੇ ਮਾਰ ਕਰ ਰਹੇ ਹੁੰਦੇ ਹਾਂ ਵੀ
ਬੱਚਿਆਂ ਨੂੰ ਜਾਗਣਾ ਅਤੇ ਸੌਣਾ ਤਾਂ ਸਿਖਾ ਦਿਓ, ਬਾਕੀ ਆਪੇ ਸਿੱਖ ਜਾਣਗੇ, ਪਤਾ ਨਹੀਂ ਕੀ ਸਿਖਾਈ ਜਾਂਦੇ ਅਸੀਂ। ਸੋ ਸਰੀਰ ਦੀ ਇਹ ਮੁਲਾਂਕਣ ਕਰੋ, ਪ੍ਰਿੰਸੀਪਲ ਸਾਹਿਬ ਬਿਠਾਉਣ ਵੀ ਸਾਰੇ ਬੱਚੇ ਸੌਂਦੇ ਨੇ ਸਮੇਂ ਸਿਰ, ਸਾਰੇ ਜਾਗਦੇ ਨੇ, ਖੁਰਾਕ ਠੀਕ ਹੋ ਗਈ, ਪਹਿਲਾ ਕੰਮ ਇਹ ਕਰਨ ਵਾਲਾ, ਬਾਕੀ ਤਾਂ ਸਾਰਾ ਆਪਣੇ ਆਪ ਹੋ ਜਾਣਾ। ਅਗਲੀ ਗੱਲ, ਮਨ ਜਿੱਤਣ ਦੀ ਜਗਿਆਸਾ, ਕੰਧਾਂ 'ਤੇ ਤਾਂ ਲਿਖ ਲੈਂਦੇ ਹਾਂ ਮਨ ਜਿੱਤੇ ਜਗ ਜੀਤ, ਕਿਉਂ ਜੀ? ਇਹ ਸਵਾਲ ਕਰੋ ਨਾ ਜੀ ਪ੍ਰਿੰਸੀਪਲ ਸਾਹਿਬ ਨੂੰ, ਚੇਅਰਮੈਨ ਸਾਹਿਬ, ਇੱਕ ਡਾਟਾ ਮੰਗੋ ਕਿ ਪੁੱਟ ਅਪ ਦਿਸ ਡਾਟਾ ਔਨ ਦਾ ਟੇਬਲ ਕਿ ਆਊਟ ਆਫ 8,000 ਸਟੂਡੈਂਟਸ ਹਾਊ ਮੈਨੀ ਸਟੂਡੈਂਟਸ ਆਰ ਫਾਈਟਿੰਗ ਟੂ ਹੈਵ ਅ ਕੌਨਫੀਡੈਂਸ ਔਨ ਦੇਅਰ ਮਾਇੰਡ। ਉਹਨਾਂ ਦੀ ਤਾਕਤ ਹੈ ਕਿ ਅਸੀਂ ਆਪਣੇ ਮਨ ਨੂੰ ਜਿੱਤਾਂਗੇ। ਪੁੱਛੋ ਉਹਨਾਂ ਨੂੰ, ਕਹੋ ਇਹੋ ਜਿਹੀਆਂ, ਉਹਨਾਂ ਨੂੰ ਕੰਮ ਕਰਨ ਨੂੰ ਦਿਓ ਅਤੇ ਕਿਵੇਂ ਉਹ ਮਨ ਨੂੰ ਜਿੱਤੇ, ਉਹ ਅਭਿਆਸ ਕਰਾਓ। ਜੇ ਨਹੀਂ ਕਰਵਾ ਰਹੇ, ਮੈਂ ਫਿਰ ਕਹੂੰਗਾ, ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਇਹ 99% ਜਿਹੜੇ ਲਈ ਜਾਂਦੇ ਨੇ, ਇਹ ਤੁਹਾਡੀਆਂ ਤੁਹਾਡੀ ਜਾਣਾ ਜੀ, ਇਹਨਾਂ ਨੇ ਆ ਕੇ ਡਿੱਗਣਾ ਮੁੜ ਕੇ। ਇਹਨਾਂ ਨੇ ਦਿਮਾਗ ਇਹਨਾਂ ਦੇ ਹੈ ਨਹੀਂ, ਸਰੀਰ ਇਹਨਾਂ ਦੇ ਹੈ ਨਹੀਂ, ਇਹ ਜਿੱਥੇ ਕੰਮ ਕਰਨਗੇ ਉਹੋ ਜਿਹਾ ਗੰਦ ਉੱਦਾਂ ਦਾ ਹੀ ਖਾਣਗੇ, ਅਫਸਰ ਉੱਦਾਂ ਦਾ ਹੀ ਥੱਲੇ ਵਾਲੇ ਖਾਣਗੇ ਫਿਰ, ਜੋ ਜਿਹਾ ਅਫਸਰ ਨੇ ਖਾਣਾ। ਸੋ ਤੁਸੀਂ ਉਹਨੂੰ ਖਾਣਾ ਹੀ ਨਹੀਂ ਸਿਖਾਇਆ। ਆ ਜਿਹੜੇ ਆ ਕੋਲਡ ਡਰਿੰਕ ਅਤੇ ਕਈ ਕੁਛ ਆਪਾਂ ਪੀ ਜਾਂਦੇ ਹਾਂ, ਨਿਰੀਆਂ ਜ਼ਹਿਰਾਂ ਨੇ, ਤੁਹਾਨੂੰ ਕਿਹੜਾ ਨਹੀਂ ਪਤਾ, ਪਰ ਤੁਸੀਂ ਪੀਂਦੇ ਹੋ, ਪਿਲਾਉਂਦੇ ਹੋ, ਬੱਚਿਆਂ ਨੂੰ ਗਿਆਨ ਹੀ ਨਹੀਂ ਦੇ ਪਾਉਂਦੇ। ਸੋ ਤਨ ਅਤੇ ਮਨ ਦੋਨਾਂ ਨੂੰ ਪਹਿਲਾਂ ਸਟਰੋਂਗ ਕਰਨਾ ਸਿਖਾਓ। ਬੱਚਿਆਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਪ੍ਰਤੀਬੱਧ ਕਰੋ। ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਿਆ, ਤੁਸੀਂ ਉਹਨੂੰ ਤਸਦੀਕ ਕਰੋਗੇ। ਕਿਸੇ ਸਰਕਾਰੀ ਦਫ਼ਤਰ ਵਿੱਚ ਚਲਿਓ, ਸਾਡੇ ਕੋਲ ਸਰ ਤੇਜਦੀਪ ਸਿੰਘ ਜੁਆਇੰਟ ਸਕੱਤਰ ਨੇ ਜਨਰਲ ਐਡਮਿਨਿਸਟ੍ਰੇਸ਼ਨ ਐਂਡ ਕੋਆਰਡੀਨੇਸ਼ਨ ਦੇ, ਮੇਰੀ ਗੱਲ ਨੂੰ ਤਸਦੀਕ ਕਰਨਗੇ, ਕਿਉਂਕਿ ਆਹੀ ਦੇਖਦੇ ਆ ਦਿਨ ਰਾਤ। ਕਿਸੇ ਮਹਿਕਮੇ 'ਚ ਚਲਿਓ, ਯੂਨੀਵਰਸਿਟੀ 'ਚ ਚਲਿਓ, ਬਾਥਰੂਮ 'ਚ ਵੜ ਜਾਓ, ਤੁਹਾਨੂੰ ਟੂਟੀ ਚੱਲਦੀ ਮਿਲੂਗੀ। ਉਹ ਤੁਸੀਂ ਬੰਦ ਕਰਨੀ ਚਾਹੋ ਵੀ ਉਹ ਬੰਦ ਨਹੀਂ ਹੋ ਪਾਊਗੀ। ਇਹਨੂੰ ਨੋਟ ਕਰਿਓ, ਬੱਸ ਸਟੈਂਡ ਚਲੇ ਜਾਇਓ, ਰੇਲਵੇ ਸਟੇਸ਼ਨ ਚਲੇ ਜਾਇਓ, ਇਹ ਦਿਸਦੀ ਨਹੀਂ ਸਾਡੇ ਪ੍ਰਬੰਧਕਾਂ ਨੂੰ, ਦਿਸਦੀ ਹੈ ਪਤਾ ਨਹੀਂ, ਚੰਗੀਆਂ ਟੂਟੀਆਂ ਚੋਰੀ ਹੋ ਜਾਂਦੀਆਂ, ਪਰ ਹਲਕੀਆਂ ਲਵਾ ਦਿੰਦੇ ਨੇ, ਉਹ ਹਫ਼ਤੇ 10 ਦਿਨ 15-20 ਦਿਨ ਮਹੀਨੇ ਬਾਅਦ ਖਰਾਬ ਹੋ ਜਾਂਦੀਆਂ ਨੇ। ਕਿਉਂ ਕਿਉਂ ਪਾਣੀ ਇੰਨਾ ਬਰਬਾਦ ਹੋ ਰਿਹਾ? ਇੱਕ ਇੱਕ ਮੈਂ ਇੱਕ ਇਸ਼ਾਰਾ ਕੀਤਾ, ਕੁਦਰਤ ਸਾਰੇ ਪਾਸੇ ਕਿੱਦਾਂ ਦਾ ਹਾਲਾਤ ਆ, ਮੈਂ ਹੁਣ 'ਤੇ ਭਾਸ਼ਣ ਨਹੀਂ ਕਰਨਾ, ਪਰ ਅਸੀਂ ਵਿਦਿਆਰਥੀਆਂ ਨੂੰ ਕੁਦਰਤ ਦੀ ਸੰਭਾਲ ਲਈ ਪ੍ਰਤੀਬੱਧ ਕਰਨਾ, ਇਹ ਚੈੱਕ ਕਰਨਾ, ਇਸ ਗੱਲ ਨੂੰ ਨੀਯਤ ਕਰਨਾ, ਇਸ ਨੂੰ ਅਸੀਂ ਤਸਦੀਕ ਕਰਨਾ ਹੈ। ਅਧਿਆਪਕ ਨੇ, ਪ੍ਰਿੰਸੀਪਲ ਨੇ, ਪਰ ਉਹਨਾਂ ਕੰਮ ਦੱਸਣਾ ਕਿ 8,000 ਬੱਚਿਆਂ ਵਿੱਚੋਂ 2,000 ਬੱਚੇ ਹੋਮੇ, ਈਰਖਾ ਅਤੇ ਦਵੈਤ ਨੂੰ ਖਤਮ ਕਰ ਚੁੱਕੇ ਨੇ। ਤੁਹਾਨੂੰ ਟਾਈਮ ਪਤਾ ਕਿੰਨਾ ਮਿਲਿਆ? 15 ਸਾਲ ਨਰਸਰੀ 'ਚ ਜਵਾਕ ਤੁਹਾਡੇ ਕੋਲ ਆ ਗਿਆ ਅਤੇ 12ਵੀਂ ਤੱਕ ਪੜ੍ਹਨਾ। ਇਹ ਕੰਮ ਚੇਅਰਮੈਨ ਸਾਹਿਬ ਆਪਾਂ 1 ਸਾਲ 'ਚ ਨਹੀਂ ਕਰ ਲੈਣਾ, 15 ਸਾਲਾਂ 'ਚ ਕਰਨਾ। 15 ਸਾਲਾਂ ਵਿੱਚ ਬੱਚਾ ਬਾਹਰ ਜਾਣ ਲੱਗਿਆ, ਪ੍ਰਿੰਸੀਪਲ ਦੀ ਐਸੀ ਕਿ ਤਿਆਹੀ ਹੋ ਜਾਵੇ ਅਤੇ ਨਾਲੇ ਸਣੇ ਅਧਿਆਪਕ ਦੀ, ਜਿਹਨੇ ਆਹ ਸਣੇ ਹੋਮੇ ਈਰਖਾ ਦਵੈਤ ਬਾਹਰ ਕੱਢਤਾ। ਪਰ ਇਹ ਹੋ ਰਿਹਾ, ਇਹਦੇ ਉੱਤੇ ਕੰਮ ਕਰਨਾ ਪਵੇਗਾ। ਤੁਸੀਂ ਹੱਥ ਖੜ੍ਹੇ ਕਰਕੇ ਜਕਾਰਾ ਛੱਡਿਆ, ਹੋਮੇ ਈਰਖਾ ਦਵੈਤ ਦਾ ਵਿਨਾਸ਼ ਕਰਨਾ। ਫਿਰ ਅੱਗੇ ਸਮੇਂ ਦੀ ਸੰਭਾਲ ਲਈ ਬਿਉਂਤਬੰਦੀ, ਮੈਂ ਇੱਕ ਸਵਾਲ ਕਰਾਂ, ਤੁਹਾਡੇ ਵਿੱਚੋਂ ਕਿੰਨਿਆਂ ਦਾ ਟਾਈਮ ਟੇਬਲ ਬਣਿਆ? ਕਿੰਨੇ ਵਜੇ ਸੌਣਾ, ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਪ੍ਰਸ਼ਾਦਾ ਛਕਣਾ, ਕਿੰਨੇ ਵਜੇ ਘਰ ਦਾ ਕੰਮ ਕਰਨਾ? ਕਿਸੇ ਦਾ ਬਣਿਆ ਵਾ ਹੈਗਾ? ਹੱਥ ਖੜਾ ਕਰੋ। 1, 2, 3, 4, 5 ਤਾਂ ਹੱਥ ਇੱਕ ਦੂਜੇ ਨੂੰ ਖੜ ਕੇ ਦੇਖੀ ਜਾਂਦੇ। ਸੱਚੀ ਮੁੱਚੀ ਮੁਬਾਰਕ ਆ ਜੀ ਤੁਹਾਨੂੰ। ਮੈਂ ਕਹਿੰਦਾ ਤੁਹਾਡੇ ਅਧਿਆਪਕ ਪਰਮਜੀਤ ਸਿੰਘ ਜੀ ਬਹੁਤ ਸਿਆਣੇ, 2 ਵੀ ਖੜੇ ਨੇ ਪਿੱਛੋਂ ਹੱਥ। ਧੰਨਵਾਦ ਜੀ, ਇਹ ਆਪਣੇ ਵਿਦਿਆਰਥੀਆਂ ਦਾ ਵੀ ਬਣਵਾ ਦਿਓ ਜੀ। ਤੁਹਾਡਾ ਧੰਨਵਾਦ ਤੁਸੀਂ ਬਣਾਇਆ ਹੋਇਆ, ਅਤੇ ਜਿਨ੍ਹਾਂ ਦਾ ਨਹੀਂ ਬਣਿਆ ਅਤੇ ਆਪਣੇ ਤੁਹਾਡਾ ਸਮਾਂ ਨੀਅਤ ਹੋਵੇ, ਆਹ ਜਿਹੜਾ ਲਾਇਆ ਨਾ ਆਹ ਢੋਲਕੀ ਲੱਗੀ ਹੈ ਸਾਡੇ, ਇਹਨੂੰ ਪਤਾ ਹੋਵੇ ਭੋਜਨ ਕਿੰਨੇ ਵਜੇ ਅੰਦਰ ਆਉਣਾ। ਇਹ ਡਾਕਟਰ ਕਹਿੰਦੇ ਨੇ ਜੇ ਸਮਾਂ ਖਾਣ ਦਾ ਨੀਅਤ ਕਰ ਲਓ, ਉਹਦੇ ਵਿੱਚੋਂ ਜ਼ਿਆਦਾ ਊਰਜਾ ਬਣਦੀ ਹੈ, ਹੈ ਨਾ। ਜੇ ਤੁਸੀਂ ਬੇਲੋੜੇ ਸਮੇਂ ਅੰਦਰ ਪਾ ਲਓਗੇ, ਉਹ ਡਾਈਜੈਸਟਿਵ ਸਿਸਟਮ ਕਿਉਂ ਆਹ ਕੀ ਆ ਗਿਆ ਹੋਵੇ, ਆਹ ਕੀ ਆ ਗਿਆ, ਇਹ ਆਉਂਦਾ ਕੋਈ ਵਕਤ ਹੈ ਇਹਦਾ।
ਜੇ ਉਹਨੇ ਉਸੇ ਸਮੇਂ 'ਤੇ ਆਉਣਾ ਤੁਹਾਡੀ ਸਮਾਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਉਹ ਵੈਲ ਪ੍ਰਪੇਅਰਡ ਨੇ ਵੀ ਹੁਣ ਟਾਈਮ ਹੋ ਰਿਹਾ ਅੰਦਰ ਭੋਜਨ ਆ ਰਿਹਾ ਅਤੇ ਅਸੀਂ ਇਹਨੂੰ ਸੰਭਾਲਣਾ ਹੈਗਾ ਇਹਨੂੰ ਹੁਣ ਇਹਨੂੰ ਆਪਾਂ ਪਹੁੰਚਣਾ ਅਤੇ ਨਹੀਂ ਤਾਂ ਜਦੋਂ ਮਰਜ਼ੀ ਮੂੰਹ 'ਚ ਮਾਰੇ ਕੁਛ ਇੱਧਰੋਂ ਉੱਧਰੋਂ ਅਤੇ ਇਹ ਨਹੀਂ ਸਮੇਂ ਦੀ ਵਿਉਂਤਬੰਦੀ ਪੜ੍ਹਨ ਦੀ ਔਰ ਇਹ 'ਚ ਮੈਂ ਤੁਹਾਡੇ ਨਾਲ ਜਦੋਂ ਅੱਗੇ ਗੱਲਬਾਤ ਕਰਾਂਗੇ ਆਪਾਂ ਇੱਕ ਹੁਣ ਤਰਤੀਬ ਚੱਲਦੀ ਰਹਿਣੀ ਹੈ ਇਸ ਸੈਸ਼ਨਾਂ ਦੀ ਅਸੀਂ ਤੁਹਾਨੂੰ ਇੱਕ ਮਾਡਲ ਟਾਈਮ ਟੇਬਲ ਵੀ ਦੇਵਾਂਗੇ ਸੋ ਤੁਸੀਂ ਉਹਨੂੰ ਵੀ ਵਰਤ ਸਕਦੇ ਹੋ ਉਹਨੂੰ ਆਪਣੇ ਹਿਸਾਬ ਨਾਲ ਤੁਸੀਂ ਬਦਲ ਵੀ ਸਕਦੇ ਹੋ ਪਰ ਤੁਹਾਨੂੰ ਇੱਕ ਨਮੂਨਾ ਜ਼ਰੂਰ ਦੇਣ ਵੀ ਸਹਾਇਤਾ ਕਰਾਂਗੇ ਕਿ ਇੱਦਾਂ ਆਪਣਾ ਅਤੇ ਆਪਣੇ ਵਿਦਿਆਰਥੀਆਂ ਦਾ ਟਾਈਮ ਟੇਬਲ ਬਣਾਓ ਫਿਰ ਆ ਸਚਿਆਰ ਮਨੁੱਖ ਵਜੋਂ ਪ੍ਰਫੁੱਲਤ ਹੋ ਕੇ ਹੁਣ ਤੁਹਾਡੇ ਵਿੱਚੋਂ ਕਿੰਨੇ ਵਿਦਿਆਰਥੀ ਨੇ ਸਾਡੇ ਸਕੂਲ 'ਚੋਂ ਇਸ ਸਾਲ 500 ਬੱਚਾ ਉਦਾਹਰਣ ਦੇ ਤੌਰ 'ਤੇ ਕਹਿ ਰਹੇ ਹਾਂ ਵੀ ਪਲੱਸ ਟੂ ਕਰਕੇ ਬਾਹਰ ਜਾ ਰਹੇ ਆ ਅਸੀਂ ਸੈਲੀਬ੍ਰੇਟ ਇਹ ਕਰੀਏ 500 ਦੇ ਵਿੱਚੋਂ 50 ਬੱਚੇ ਉਹ ਨੇ ਮੈਂ ਨਹੀਂ ਕਹਿੰਦਾ 500 ਹੋ ਜਾਣਗੇ ਮੈਂ ਕੋਈ ਤੁਹਾਨੂੰ ਇਹੋ ਜਿਹੀ ਲੋਜੀਕਲ ਤੋਂ ਬਾਹਰ ਨਹੀਂ ਜਾ ਰਿਹਾ ਵੀ ਇਹ ਲੋਜੀਕਲ ਜੀ ਗੱਲ ਤੁਹਾਨੂੰ ਕਹਿਣ ਲੱਗਿਆ ਮੈਨੂੰ ਪਤਾ ਹੈ ਇਹ ਥੋੜ੍ਹੇ ਹੀ ਹੁੰਦੇ ਨੇ ਵੀ 500 ਵਿੱਚੋਂ 25 ਬੱਚੇ 50 ਬੱਚੇ ਕਿੰਨੇ ਬੱਚੇ 10 ਬੱਚੇ 7 ਬੱਚੇ ਤੁਹਾਨੂੰ ਪਤਾ ਹੋਵੇ ਆਹ 3 ਬੱਚੇ 6 ਬੱਚੇ ਇਹ ਬਾਹਰ ਜਾ ਰਹੇ ਨੇ ਆਪਣੀ ਵਿੱਦਿਆ ਪ੍ਰਾਪਤ ਕਰਕੇ ਇਹ ਹੁਣ ਬਾਹਰ ਜਾ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਜਿਹੜਾ ਗਿਆਨ ਸਾਡੇ ਕੋਲੋਂ 15 ਸਾਲ ਲਿਆ ਹੁਣ ਇਸ ਗਿਆਨ ਨੂੰ ਬਾਹਰ ਜਾ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਦੇ ਲਈ ਮੁਕੰਮਲ ਤੌਰ 'ਤੇ ਸਮਰਪਣ ਕਰ ਦੇਣਗੇ ਇਹਨਾਂ ਨੂੰ ਕੋਈ ਗੋਲੀ ਮਾਰ ਦੇਵੇ ਇਹਨਾਂ ਨੂੰ ਕੋਈ ਚੁਰਾਹੇ 'ਚ ਖੜ੍ਹ ਕੇ ਟੰਗ ਦੇਵੇ ਇਹ ਸੱਚ ਤੋਂ ਨਹੀਂ ਮੁੜਨਗੇ ਇਹ ਭੁੱਖੇ ਰਹਿ ਲੈਣਗੇ ਕੋਈ ਇਹਨਾਂ ਦੇ ਤਬਾਦਲੇ ਕਰੀ ਜਾਵੇ ਕੋਈ ਇਹਨਾਂ ਦੇ ਕੋਈ ਕਰੀ ਜਾਵੇ ਇਹ ਝੂਠ ਨਹੀਂ ਬੋਲ ਸਕਦੇ ਇਹ ਸਿਰਫ ਸੱਚ ਬੋਲਣਗੇ ਇਹ ਸੱਚ ਲਈ ਆਪਣਾ ਆਪਾ ਕੁਰਬਾਨ ਕਰਨਗੇ ਜੇ ਕਿਤੇ ਹਰ ਸਕੂਲ ਸਚਿਆਰ ਮਨੁੱਖ ਵਜੋਂ ਪ੍ਰਫੁੱਲਤ ਹੋ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਨ ਲਈ ਮੁਕੰਮਲ ਸਮਰਪਣ ਪੈਦਾ ਕਰਕੇ ਕੋਈ 1% ਬੱਚੇ ਵੀ ਸਮਾਜ ਵਿੱਚ ਛੱਡਣੇ ਸ਼ੁਰੂ ਕਰ ਦੇਵੇ ਤੁਸੀਂ ਦੇਖੋਗੇ ਕੈਂਬਰੇਜ ਤੁਹਾਡੇ ਤੋਂ ਬਹੁਤ ਪਿੱਛੇ ਰਹਿ ਜੂਗਾ ਇਹ ਕਾਰਜ ਅਸੀਂ ਆਪਣੀ ਮੰਥਲੀ ਰਿਵਿਊ ਮੀਟਿੰਗ ਮਾਸਿਕ ਸਵੈ ਮੁਲਾਂਕਣ ਦੇ ਵਿੱਚ ਵਿਚਾਰਨਾ ਹੈ ਹੁਣ ਤੋਂ ਆਤਮ ਪ੍ਰਗਾਸ ਤੁਹਾਨੂੰ ਇਹ 'ਚ ਕੀ ਸਹਿਯੋਗ ਕਰੇਗਾ ਅਸੀਂ ਤੁਹਾਨੂੰ ਪਾਠਕ੍ਰਮ ਦੇਵਾਂਗੇ ਅਸੀਂ ਤੁਹਾਨੂੰ ਰੋਜ਼ਾਨਾ ਦਾ ਸਬਕ ਦੇਵਾਂਗੇ ਅਸੀਂ ਤੁਹਾਨੂੰ ਇਹ ਸਬਕ ਅਤੇ ਪਾਠਕ੍ਰਮ ਵਿੱਚੋਂ ਹਰ ਮਹੀਨੇ ਮਾਸਿਕ ਪ੍ਰਸ਼ਨੋਤਰੀ ਮੁਕਾਬਲਾ ਵੀ ਬਣਾ ਕੇ ਦੇ ਦੇਵਾਂਗੇ ਅਸੀਂ ਤੁਹਾਡੇ ਅਧਿਆਪਕਾਂ ਦੀ ਸਿਖਲਾਈ ਕਰਾਂਗੇ ਅਸੀਂ ਤੁਹਾਡੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਕਾਰਜਸ਼ਾਲਾਵਾਂ ਲਗਾ ਕੇ ਤੁਹਾਡਾ ਉੱਥੇ ਵੀ ਸਹਿਯੋਗ ਕਰਾਂਗੇ ਔਰ ਇੱਕ ਬਹੁਤ ਵੱਡਾ ਸੁਪਨਾ ਅਸੀਂ ਤੁਹਾਡੇ ਸਾਰੇ ਸੱਜਣਾਂ ਦੇ ਸਹਿਯੋਗ ਨਾਲ ਲਿਆ ਅਸੀਂ ਇੱਕ ਆਤਮ ਪ੍ਰਗਾਸ ਅੰਤਰਰਾਸ਼ਟਰੀ ਸਕੂਲ ਸਥਾਪਿਤ ਕਰਨ ਜਾ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਤੁਹਾਡੇ ਲਈ ਬਹੁਤ ਵੱਡਾ ਸਹਿਯੋਗ ਤੁਹਾਨੂੰ ਦੇਣ ਦਾ ਕਾਰਜ ਕਰਨ ਜਾ ਰਹੇ ਹਾਂ ਪਿੰਡ ਲਸਾੜਾ ਫਲੌਰ ਤੋਂ ਨਵਾਂਸ਼ਹਿਰ ਨੂੰ ਜਾਂਦੀ ਰੋਡ ਦੇ ਉਸ ਸੜਕ ਦੇ ਉੱਤੇ ਅਸੀਂ 30 ਕਿੱਲੇ ਜ਼ਮੀਨ ਖਰੀਦੀ ਸੀ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੇ ਦਿਨੀ ਅਸੀਂ 10 ਕਿੱਲੇ ਹੋਰ ਖਰੀਦ ਲਏ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਤੁਹਾਡਾ ਸਹਿਯੋਗ ਉਹ 40 ਕਿੱਲਿਆਂ ਦੇ ਵਿੱਚ ਅਸੀਂ ਇੱਕ ਬਹੁਤ ਵਿਲੱਖਣ ਤਰ੍ਹਾਂ ਦਾ ਵਿੱਦਿਅਕ ਅਦਾਰਾ ਸਥਾਪਿਤ ਕਰਨ ਜਾ ਰਹੇ ਹਾਂ ਉੱਥੇ ਅਸੀਂ ਤੁਹਾਡਾ ਕਿ ਉੱਥੇ ਤੁਹਾਡਾ ਸਹਿਯੋਗ ਕਿਵੇਂ ਕਰਾਂਗੇ ਉਹ ਤੁਹਾਡੇ ਕਿਵੇਂ ਕੰਮ ਆਵੇਗਾ ਅਸੀਂ ਇਸ ਵਿੱਦਿਅਕ ਅਦਾਰੇ ਨੂੰ ਇੱਕ ਚਾਨਣ ਮੁਨਾਰ ਪਾਠਸ਼ਾਲਾ ਬਣਾਵਾਂਗੇ ਰੋਲ ਮਾਡਲ ਸਕੂਲ ਬਣਾਵਾਂਗੇ ਜਿੱਥੋਂ ਸਚਿਆਰ ਮਨੁੱਖ ਪ੍ਰਫੁੱਲਤ ਹੋਣਗੇ ਅਸੀਂ ਇਸ ਸਕੂਲ ਨੂੰ ਪੈਸੇ ਕਮਾਉਣ ਲਈ ਨਹੀਂ ਬਣਾ ਰਹੇ ਸਾਡਾ ਆਤਮ ਪ੍ਰਕਾਸ਼ ਦਾ ਇਹ ਬੜਾ ਦ੍ਰਿੜ ਨਿਰਣਾ ਹੈ ਕਿ ਉਹ ਸਕੂਲ ਦੀ ਜਦੋਂ 31 ਮਾਰਚ ਨੂੰ ਬੈਲੈਂਸ ਸ਼ੀਟ ਪੇਸ਼ ਹੋਵੇਗੀ ਤਾਂ ਪ੍ਰਿੰਸੀਪਲ ਨੂੰ ਅਸੀਂ ਇਹ ਨਹੀਂ ਪੁੱਛਣਾ ਤੂੰ ਕਿਤਾਬਾਂ ਵਿੱਚੋਂ ਕਿੰਨੇ ਪੈਸੇ ਬਚਾ ਕੇ ਸਾਨੂੰ ਦਿੱਤੇ ਨੇ ਜਾਂ ਫੀਸਾਂ 'ਚੋਂ ਕਿੰਨੇ ਪੈਸੇ ਬਚਾ ਕੇ ਦਿੱਤੇ ਨੇ ਔਰ ਅਧਿਆਪਕਾਂ ਨੂੰ ਅਸੀਂ ਇੰਨਾ ਵੇਤਨ ਦੇਵਾਂਗੇ ਮਤਲਬ ਕਿ ਸਮੇਂ ਦਾ ਉਹ ਜਿਹੜੇ ਸਮੇਂ ਦੇ ਉਸ ਜ਼ਿਲ੍ਹੇ ਦੇ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਮਾਤ ਪਾਵੇਗਾ ਅਸੀਂ ਇੰਨੇ ਦ੍ਰਿੜ ਹਾਂ ਅਸੀਂ ਅਧਿਆਪਕਾਂ ਨੂੰ ਸਿਰ 'ਤੇ ਚੱਕ ਲਵਾਂਗੇ
ਪਰ ਸਾਨੂੰ ਅਧਿਆਪਕ ਸਿਰ 'ਤੇ ਚੁੱਕਣ ਜੋਗੇ ਹੋਣੇ ਵੀ ਚਾਹੀਦੇ ਨੇ। ਅਧਿਆਪਕਾਂ ਵਿੱਚ ਵੀ ਉਹ ਬਲ ਹੋਵੇ ਜਿਹੜੇ ਦਿਨ ਰਾਤ ਤਿਆਰ ਹੋਣ ਕਿ ਉਹਨਾਂ ਦੇ ਚਿੱਤ ਚੇਤੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ, ਗੁਰੂ ਨਾਨਕ ਸਾਹਿਬ ਦੀ ਘਾਲੀ ਹੋਈ ਘਾਲਣਾ, ਭਾਈ ਮਤੀ ਦਾਸ ਜੀ ਦੀ ਕੁਰਬਾਨੀ, ਉਹਨਾਂ ਦੇ ਹਿਰਦਿਆਂ ਦੇ ਵਿੱਚ ਇਹ ਤਾਕਤ ਕਿ ਅਸੀਂ ਵਿਦਿਆਰਥੀਆਂ ਦੀ ਸੁਚਾਰ ਮਨੁੱਖਾਂ ਵਜੋਂ ਘਾੜਤ ਕਰਨੀ ਹੈ ਔਰ ਅਸੀਂ ਇਹ ਵੱਡਾ ਕਰਕੇ ਲਿਖਣਾ ਆਪਣੇ ਸਕੂਲ ਦੇ ਬਾਹਰ ਕਿ ਅਸੀਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਪੈਦਾ ਨਹੀਂ ਕਰਦੇ, ਅਸੀਂ ਸਿਰਫ ਸੁਚਾਰ ਮਨੁੱਖ ਪੈਦਾ ਕਰਦੇ ਹਾਂ। ਇਹ ਕਿ ਅਸੀਂ ਸਕੂਲਾਂ ਨੂੰ ਇੱਕ ਚਾਨਣ ਮਨਾਰ ਬਣਾ ਕੇ ਜਾਣਾ, ਜੇ ਆਹ ਚੱਲ ਸਕਦਾ ਇਹ ਤੁਹਾਡੇ ਕਿਉਂ ਨਹੀਂ ਚੱਲ ਸਕਦੇ? ਇਹ ਸਾਡੀ ਇੱਕ ਬੜੀ ਵੱਡੀ ਦਿਲ ਦੀ ਤਮੰਨਾ ਆ, ਤੁਹਾਡੇ ਸਹਿਯੋਗ ਅਰਦਾਸਾਂ ਨਾਲ ਹੀ ਪੂਰੀ ਹੋਣੀ ਹੈ। ਦੂਸਰਾ, ਅਸੀਂ ਇਸ ਸਕੂਲ 'ਚ ਤੁਹਾਡੀ ਸਿਖਲਾਈ ਦਾ ਇੱਕ ਵੱਡਾ ਪ੍ਰਬੰਧ ਕਰਾਂਗੇ, ਇੱਥੇ ਤੁਹਾਡੇ ਇੱਕ ਕੰਮ ਆਵੇਗਾ। ਅਸੀਂ ਦੋ ਦੋ ਹਫ਼ਤਿਆਂ ਦੇ ਲਈ ਤੁਹਾਡੇ ਸਾਰੇ ਹੀ ਸਕੂਲਾਂ ਦੇ ਅਧਿਆਪਕਾਂ ਜੋ ਚੋਣਵੇਂ ਅਧਿਆਪਕਾਂ ਦੀ ਸਿਖਲਾਈ ਕਰਿਆ ਕਰਾਂਗੇ, ਉਹ ਜਾ ਕੇ ਆਪਣੇ ਹੋਰ ਅਧਿਆਪਕਾਂ ਦੀ ਟ੍ਰੇਨਿੰਗ ਕਰਿਆ ਕਰਨਗੇ ਕਿ ਵਿਦਿਆਰਥੀਆਂ ਦੇ ਇਸ ਤਾਕਤ ਨੂੰ ਝੂਠ ਵਿੱਚੋਂ ਕੱਢ ਕੇ ਉਹਨਾਂ ਨੂੰ ਸੱਚ ਦ੍ਰਿੜ ਕਰਾਉਣ ਲਈ ਕਿਵੇਂ ਕੰਮ ਕੀਤਾ ਜਾ ਸਕਦਾ। ਔਰ ਸਾਡੀ ਹਰ ਕਲਾਸ ਵਿੱਚ ਅਸੀਂ ਪਿੱਛੇ ਇੱਕ ਲਾਈਨ ਰੱਖਣੀ ਹੈ, ਉਹਦੇ ਵਿੱਚ ਦੂਸਰੇ ਸਕੂਲਾਂ ਦੇ ਅਧਿਆਪਕ ਆ ਕੇ ਬੈਠਿਆ ਕਰਨਗੇ। ਜੇ ਸਾਡੀ ਕਲਾਸ ਵਿੱਚ 40 ਵਿਦਿਆਰਥੀ ਬੈਠੇ ਨੇ, ਅਸੀਂ ਪਿਛਲੀ ਕਤਾਰ ਵਿੱਚ 6 ਕੁਰਸੀਆਂ ਉਹ ਰੱਖਣੀਆਂ ਨੇ ਜਿੱਥੇ ਸਮੇਂ-ਸਮੇਂ 'ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਉੱਥੇ ਦੇਖਣਗੇ ਕਿ ਸਾਡੇ ਅਧਿਆਪਕ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਉਂਦੇ ਨੇ, ਉੱਥੋਂ ਸਿੱਖਿਆ ਲੈ ਕੇ ਆਪੋ ਆਪਣੇ ਸਕੂਲ ਵਿੱਚ ਇਸ ਵੱਡੇ ਕੰਮ ਨੂੰ ਉਹ ਕਰ ਸਕਣਗੇ। ਸੋ ਇਹ ਅਧਿਆਪਕਾਂ ਦੀ ਰਿਹਾਇਸ਼ ਦਾ, ਵਿਦਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਸਕੂਲ 'ਚ ਹੀ ਕਰਾਂਗੇ। ਭਵਿੱਖ ਵਿੱਚ ਅਗਵਾਈ ਕਰਨ ਦੀ ਸਮਰੱਥਾ ਰੱਖਣ ਵਾਲੇ ਅਸੀਂ ਆਪਣੇ ਤਾਂ ਸਾਰੇ ਵਿਦਿਆਰਥੀਆਂ ਦੀ ਘਾੜਤ ਇਸ ਤਰ੍ਹਾਂ ਕਰਾਂਗੇ ਕਿ ਇਹ ਬੱਚੇ ਪੜ੍ਹ ਲਿਖ ਕੇ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਨਾ ਬਣਨ। ਇਹ ਬੱਚੇ ਸਾਡੇ ਕੋਲ 15 ਸਾਲ ਦੀ ਮਾਪਿਆਂ ਨੇ ਭੇਜਣੇ ਨੇ, ਅਸੀਂ ਇਹਨਾਂ ਦੇ ਅੰਦਰ ਇੰਨੇ ਗੁਣ ਭਰ ਦਈਏ ਕਿ ਸਮਾਜ ਜਿੱਥੇ ਜਾਣ ਉੱਥੇ ਖੁਸ਼ਬੂਆਂ ਵੰਡਣ। ਅਤੇ ਦੂਸਰੇ ਸਕੂਲਾਂ ਦੇ ਵਿਦਿਆਰਥੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਧਿਆਪਕਾਂ ਨੂੰ ਬੁਲਾਵਾਂਗੇ, ਉਸੇ ਤਰ੍ਹਾਂ ਅਸੀਂ ਦੂਸਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਮੌਕਾ ਦੇਵਾਂਗੇ, ਕਿਉਂਕਿ ਸਾਰਿਆਂ ਨੂੰ ਤਾਂ ਅਸੀਂ ਉੱਥੇ ਪੜ੍ਹਾ ਨਹੀਂ ਸਕਾਂਗੇ। ਸਾਡਾ ਓਬਜੈਕਟਿਵ 2000 ਵਿਦਿਆਰਥੀਆਂ ਨੂੰ ਉਸ ਕੈਂਪਸ ਵਿੱਚ ਰੱਖ ਕੇ ਉਹਨਾਂ ਦੀ ਤਿਆਰੀ ਕਰਵਾਉਣ ਦਾ ਹੈ, ਪਰ ਅਸੀਂ ਦੂਸਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਥੋੜ੍ਹਾ ਥੋੜ੍ਹਾ ਸਮਾਂ ਮੌਕਾ ਦੇਵਾਂਗੇ ਕਿ ਉੱਥੇ ਆ ਕੇ ਉਹ ਵੀ ਉਸ ਆਨੰਦ ਨੂੰ ਲੈਣ, ਉਹ ਗਿਆਨ ਨੂੰ ਉਸ ਔਰੇ ਵਿੱਚ ਆ ਕੇ ਉਹ ਵੀ ਉਹ ਚੀਜ਼ਾਂ ਨੂੰ ਗ੍ਰਹਿਣ ਕਰਨ, ਜਿਹਨੂੰ ਆਪਾਂ ਅੰਗਰੇਜ਼ੀ ਕਹਿੰਦੇ ਇੰਬਾਈਬ ਕਰਦੇ ਹਾਂ, ਉਹ ਚੀਜ਼ਾਂ ਨੂੰ ਉੱਥੋਂ ਗ੍ਰਹਿਣ ਕਰਨ, ਤਾਂ ਕਿ ਉਹ ਸਕੂਲਾਂ ਦੇ ਵਿਦਿਆਰਥੀ ਵੀ ਉੱਥੋਂ ਵੀ ਸੁਚਾਰ ਮਨੁੱਖ ਬਣਨ ਅਤੇ ਸਾਰੇ ਸਕੂਲ ਇੱਕ ਲੀਹਦੇ ਚੜ੍ਹ ਜਾਣ ਕਿ ਅਸੀਂ ਸਮਾਜ ਨੂੰ ਉਹ ਕੰਮ ਕਰਕੇ ਦੇਣਾ ਜਿਸ ਕੰਮ ਦੇ ਲਈ ਸਾਡੀ ਵਿੱਦਿਅਕ ਅਦਾਰਿਆਂ ਦੀ ਵੱਡੀ ਭੂਮਿਕਾ ਹੁੰਦੀ ਹੈ। ਸੋ ਇਸ ਢੰਗ ਨਾਲ ਇਹ ਸਾਡਾ ਇਹ ਆਤਮ ਪ੍ਰਕਾਸ਼ ਅੰਤਰੀ ਰਾਸ਼ਟਰੀ ਸਕੂਲ ਤੁਹਾਨੂੰ ਸਹਿਯੋਗ ਕਰੇਗਾ। ਸੋ ਹੁਣ ਮੈਂ ਸਮਾਪਤੀ ਵੱਲ ਵਧ ਰਿਹਾ, ਤੁਸੀਂ ਯੋਗਦਾਨ ਕਿਵੇਂ ਪਾ ਸਕਦੇ ਹੋ? ਅਧਿਆਪਕ ਲਈ ਸਾਡੀਆਂ ਜਿਹੜੀਆਂ ਯੋਗਤਾਵਾਂ ਨੇ, ਮੁੱਢਲੀ ਯੋਗਤਾ ਇਹ ਹੈ ਕਿ ਆਪ ਸੁਚਾਰ ਮਨੁੱਖ ਬਣਨ ਅਤੇ ਵਿਦਿਆਰਥੀਆਂ ਦੀ ਸੁਚਾਰ ਮਨੁੱਖਾਂ ਵਜੋਂ ਘਾੜਤ ਘੜਨ ਦੀ ਪ੍ਰਬਲ ਜਗਿਆਸਾ ਅਧਿਆਪਕ ਵਿੱਚ ਹੋਵੇ ਕਿ ਮੈਂ ਆਪ ਸੁਚਾਰ ਬਣਨਾ, ਵਿਦਿਆਰਥੀਆਂ ਨੂੰ ਸੁਚਾਰ ਬਣਾਉਣਾ। ਬਾਕੀ ਦੁਨਿਆਵੀ ਯੋਗਤਾ ਹੀ ਸੈੱਟ ਕਰ ਲਾਂਗੇ। ਆ BA MA BED ਕਰਕੇ ਉਹਨੇ ਸਾਨੂੰ ਪਤਾ ਇਹ ਭਾਂਡੇ ਮੁੱਦੇ ਹੀ ਨੇ ਸਾਰੇ, ਉਹ ਤਾਂ ਐਵੇਂ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ CBSE ਨੂੰ ਦਿਖਾਉਣਾ ਹੁੰਦਾ ਵੀ ਆਹ ਮਾਸਟਰ ਭਰਤੀ ਕਰ ਲਿਆ ਕੋਲ ਡਿਗਰੀ ਹੈਗੀ ਹੈ, ਉਹਦੇ ਪੱਲੇ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ, ਕੀ ਹੁੰਦਾ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ। ਪਰ ਸਾਨੂੰ ਮੁੱਢਲੀ ਯੋਗਤਾ ਚਾਹੀਦੀ ਹੈ, ਬਾਕੀ ਤਾਂ ਕੋਈ ਸਰਟੀਫਿਕੇਟ ਹੈਗਾ ਅਸੀਂ ਆਪੇ ਪੈਦਾ ਕਰ ਲਾਂਗੇ, ਤੁਹਾਨੂੰ ਮੁੜ ਤੋਂ ਪੜ੍ਹਾਉਣਾ ਪੈਂਦਾ। ਅਸੀਂ ਘੱਟੋ ਘੱਟ 3 ਮਹੀਨੇ ਅਧਿਆਪਕ ਨੂੰ ਪਹਿਲਾਂ ਪੜ੍ਹਾਉਂਦੇ ਹਾਂ, ਉਸ ਤੋਂ ਪਹਿਲਾਂ ਉਹਨੂੰ ਜਮਾਤ 'ਚ ਭੇਜ ਦਈਏ। ਅਸੀਂ ਆਪਣੇ ਸਕੂਲ ਦਾ ਅਜੇ ਨੀਂਹ ਪੱਥਰ ਨਹੀਂ ਰੱਖਿਆ, ਪਰ ਅਸੀਂ ਅਧਿਆਪਕ ਭਰਤੀ ਕਰ ਲਏ ਨੇ ਸਰ ਜੀ, 6 ਅਧਿਆਪਕ ਸਾਡੇ ਕੋਲ ਟ੍ਰੇਨਿੰਗ ਲੈ ਰਹੇ ਨੇ ਇਸ ਵੇਲੇ। ਅਜੇ ਸਕੂਲ ਅਸੀਂ ਪਤਾ ਨਹੀਂ 2 ਸਾਲ ਨੂੰ ਬਣਾਉਣਾ ਕਦੋਂ ਬਣਾਉਣਾ।
ਕਾਹਲੀ ਨਹੀਂ ਕਰਨੀ। ਜੋ ਸਾਨੂੰ ਪਤਾ ਲੱਗ ਗਿਆ ਵੀ ਆਹ ਅਧਿਆਪਕ ਖੜ੍ਹੇ ਨੇ ਜਿਨ੍ਹਾਂ ਅਧਿਆਪਕਾਂ ਦੇ ਅੱਗੇ ਪੱਥਰ ਚੂਰ ਹੋ ਜਾਣਗੇ, ਦਰਿਆ ਆਪਣੇ ਰਸਤੇ ਬਦਲ ਲੈਣਗੇ, ਇਹਨਾਂ 'ਚ ਸਮਰੱਥਾ ਹੈ ਹੁਣ ਸੱਚਾਰ ਨੂੰ ਖੜ੍ਹੇ ਕਰ ਦੇਣ ਦੀ। ਸੋ ਸਾਡਾ ਮੁੱਢਲਾ ਕੰਮ ਅਧਿਆਪਕ ਖੜ੍ਹੇ ਕਰਨਾ। ਸੋ ਮੈਂ ਆਸ ਕਰਦਾ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀ ਜਾਂ ਦੇਸ਼ ਭਗਤ ਕਾਲਜ ਟਰੱਸਟ ਦੇ ਅਧੀਨ ਜਿਹੜਾ ਸਿੱਖਿਆ ਕਾਲਜ ਚੱਲਦਾ ਉਹਦੇ ਵਿੱਚੋਂ ਵਿਦਿਆਰਥੀ ਇਹਦੇ ਲਈ ਆਪਣੀਆਂ ਅਰਜ਼ੀਆਂ ਦੇਣਗੇ। ਔਰ 20 ਤੋਂ 35 ਸਾਲ ਦੀ ਉਮਰ ਅਸੀਂ ਰੱਖਿਆ, ਔਰ ਅਸੀਂ ਤੁਹਾਡੀ ਅਧਿਆਪਕਾਂ ਦੀ ਜਿਹੜੀ ਤਨਖਾਹ ਹੈ 25,000 ਤੋਂ ਸ਼ੁਰੂ ਕਰਾਂਗੇ। ਔਰ ਤੁਸੀਂ ਆਪਣੇ ਵਿੱਚੋਂ ਬਲ ਪੈਦਾ ਕਰਨਾ ਹੋਵੇਗਾ ਕਿ ਸੱਚਮੁੱਚ ਇਹੋ ਜਿਹੇ ਅਧਿਆਪਕ ਹੋਵੋਗੇ ਕਿ ਆਪਣੇ ਦੇਸ਼ ਨੂੰ ਸੱਚਾਰ ਮਨੁੱਖ ਪੈਦਾ ਕਰਕੇ ਦੇ ਸਕੋਗੇ। ਸੋ ਉਮਰ 20 ਤੋਂ 35 ਸਾਲ ਹੈ, ਇਹ ਫੁੱਲ ਟਾਈਮ ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਉੱਥੇ ਹੀ ਰਹਿਣਾ, ਤੁਹਾਡਾ ਜੋ ਰਿਹਾਇਸ਼ ਹੈ ਤੁਸੀਂ ਉੱਥੇ ਹੀ ਕੰਮ ਕਰਨਾ ਹੋਵੇਗਾ, ਕਿਉਂਕਿ ਇਹ ਜਿਹੜੀ ਸਾਡੀ ਆ ਮਲ ਲੱਗੀ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਓ, ਇਹਨੂੰ ਸਾਫ਼ ਕਰਨ ਦੇ ਲਈ ਸੰਗਤ ਦੀ ਲੋੜ ਹੈ, ਇਹੋ ਜਿਹੇ ਪੋਜ਼ੀਟਿਵ ਮਾਹੌਲ ਦੀ ਲੋੜ ਹੈ। ਉਹ ਤੁਹਾਨੂੰ ਅਸੀਂ ਤੁਹਾਡੇ ਸਾਰੇ ਪ੍ਰਬੰਧ ਕਰਕੇ ਤੁਹਾਨੂੰ ਦੇਵਾਂਗੇ। ਸੋ ਜਿਹੜੇ ਨਵੇਂ ਵਿਦਿਆਰਥੀ ਨੇ ਆਪਣਾ ਜਿਹੜਾ ਹੈਗਾ ਅਧਿਆਪਨ ਕਿੱਤੇ ਦਾ ਕੰਮ ਇੱਥੋਂ ਸ਼ੁਰੂ ਕਰਨ ਅਤੇ ਅੱਗਾ ਉਹਨਾਂ ਨੂੰ ਵੱਡੀ ਪ੍ਰਾਪਤੀ ਦੇ ਉਹ ਮਾਲਕ ਬਣਨਗੇ। ਸੋ ਤੁਸੀਂ ਕਿਵੇਂ ਆਪਣਾ ਯੋਗਦਾਨ ਪਾ ਸਕਦੇ ਹੋ? ਪਹਿਲੀ ਗੱਲ ਤਾਂ ਅਧਿਆਪਕ ਵਜੋਂ, ਉਸ ਤੋਂ ਬਾਅਦ ਆਪਣੇ ਸੰਪਰਕ ਵਿਚਲੇ ਸਕੂਲਾਂ ਵਿੱਚ ਆਤਮ ਪ੍ਰਗਾਸ ਪਾਠਕ੍ਰਮ ਸ਼ਾਮਿਲ ਕਰਾਓ। ਤੀਸਰੀ ਗੱਲ, ਤੁਹਾਡੇ ਸੰਪਰਕ ਵਿੱਚ ਜਿਹੜੇ ਵਿਦਿਆਰਥੀ ਨੇ, ਅਸੀਂ ਜਿੱਥੇ ਵੀ ਪੜ੍ਹਾਉਂਦੇ ਹੋ ਉੱਥੇ ਵਿਦਿਆਰਥੀਆਂ ਦੀ ਸੱਚਾਰ ਮਨੁੱਖਾਂ ਵਿੱਚੋਂ ਘਾੜਤ ਘੜਨ ਦਾ ਕੰਮ ਕਰੋ। ਆਪਣੇ ਇਲਾਕੇ ਵਿੱਚ ਆਤਮ ਪ੍ਰਗਾਸ ਦੀਆਂ ਪੁਸਤਕ ਪ੍ਰਦਰਸ਼ਨੀਆਂ ਤੁਸੀਂ ਆਯੋਜਿਤ ਕਰ ਸਕਦੇ ਹੋ। ਸੋ ਆਪਣੀ ਸਮਰੱਥਾ ਮੁਤਾਬਕ ਤੁਸੀਂ ਵਿੱਤੀ ਜਾਂ ਕੋਈ ਹੋਰ ਸਹਿਯੋਗ, ਐਡੇ ਵੱਡੇ ਕੰਮ ਨੂੰ ਕਰਨ ਲਈ ਬਹੁਤ ਸਹਿਯੋਗ ਦੀ ਲੋੜ ਹੈ। ਇਹ ਸਮਾਜ ਦਾ ਕੰਮ ਹੈ, ਸਮਾਜ ਦੇ ਸਹਿਯੋਗ ਨਾਲ ਨੇਪਰੇ ਚੜ੍ਹਨਾ। ਸੋ ਤੁਸੀਂ ਇਹਨਾਂ ਕੰਮਾਂ ਦੇ ਰਾਹੀਂ ਯੋਗਦਾਨ ਪਾ ਸਕਦੇ ਹੋ। ਸੋ ਮੈਂ ਆਪ ਜੀ ਪਾਸੋਂ ਖਿਮਾ ਮੰਗਣ ਲੱਗਿਆ। ਤੁਸੀਂ ਸਾਡੇ ਇਹ ਜਿਹੜੇ ਸੋਸ਼ਲ ਸਮਾਜਿਕ ਮਾਧਿਅਮ ਨੇ, ਜਿਹੜੇ ਸਾਡੇ ਅੰਗਰੇਜ਼ੀ ਜਾਂ ਆਪਾਂ ਸੋਸ਼ਲ ਮੀਡੀਆ ਕਹਿ ਦਿੰਦੇ ਹਾਂ, ਇਹਨਾਂ ਨੂੰ ਲਿਖ ਸਕਦੇ ਹੋ। ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲਵੋ, ਲਾਈਕ ਕਰ ਲਵੋ, ਤਾਂ ਕਿ ਇਹ ਵਿਚਾਰਾਂ ਸਮੇਂ ਸਮੇਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ, ਅਤੇ ਅਸੀਂ ਰਲ ਮਿਲ ਕੇ ਸੱਚਾਰ ਮਨੁੱਖਾਂ ਦਾ ਕਾਫਲਾ ਬਣਾਉਣ ਦਾ ਵੱਡਾ ਕਾਰਜ ਇੱਕ ਵੱਡੀ ਤਾਕਤ ਨਾਲ, ਵੱਡੀ ਊਰਜਾ ਨਾਲ, ਜਿਸ ਤਰ੍ਹਾਂ ਦੋਨੋਂ ਬਾਹਾਂ ਖੜੀਆਂ ਕਰਕੇ ਸੰਕਲਪ ਲਿਆ, ਮੈਂ ਆਸ ਕਰਾਂਗਾ, ਕਿਉਂਕਿ ਤੁਹਾਡੇ ਪ੍ਰਬੰਧਕ ਬਹੁਤ ਸਿਆਣੇ ਨੇ, ਪਰਮਜੀਤ ਸਿੰਘ ਹੋਰਾਂ ਦੇ ਅੰਦਰ ਇੱਕ ਬੜੀ ਪ੍ਰਬਲ ਜਗਿਆਸਾ ਹੈ ਕਿ ਮੈਨੂੰ ਉਹਨੇ ਵਿਸ਼ੇਸ਼ ਤੌਰ 'ਤੇ ਕਿਹਾ, ਸਾਡੇ 8,000 ਵਿਦਿਆਰਥੀ ਨੇ, ਸਾਡਾ ਕਾਲਜ ਆ, ਸਾਡੇ ਕੋਲ ਕਿੰਨੇ ਹੀ ਕਾਲਜ ਨੇ, ਉਹ ਕਹਿੰਦੇ ਸਾਡਾ ਸਾਰਾ ਕੈਂਪਸ ਵਰਤ ਲਵੋ, ਜਿਉਂਦਾ ਤੁਹਾਡਾ ਆਪਣਾ ਤਿਆਰ ਨਹੀਂ ਹੁੰਦਾ, ਇਹਨਾਂ ਨੂੰ ਘਾੜਤ ਘੜੋ। ਸੋ ਅਸੀਂ ਸਦਾ ਹਾਜ਼ਰ ਹਾਂ। ਸੋ ਤੁਹਾਡੇ ਵੱਲੋਂ ਸਰ ਕੀਤੀ ਗਈ ਇਸ ਔਫਰ ਲਈ ਮੈਂ ਤੁਹਾਡਾ ਰਿਣੀ ਹਾਂ। ਜਿਵੇਂ ਪਰਮਾਤਮਾ ਨੂੰ ਪਾਇਆ, ਸਾਨੂੰ ਇਹਦੇ ਨੂੰ ਕਈ ਤਰ੍ਹਾਂ ਦੇ ਲੋਜਿਸਟਿਕ ਦੇਖਣੇ ਪੈਣੇ ਨੇ, ਬਹੁਤ ਕੁਝ ਦੇਖਣਾ ਪੈਣਾ ਇਹਨੂੰ ਕਿਵੇਂ ਸੰਭਵ ਹੋ ਸਕਦਾ, ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਗੱਲ ਨੂੰ ਆਪਣੇ ਵੱਲੋਂ ਤਜਵੀਜ਼ ਦਿੱਤੀ ਹੈ ਇਸ ਗੱਲ ਦੀ, ਆਪਾਂ ਇਹਨੂੰ ਕਿਵੇਂ ਕਰ ਸਕਦੇ ਹਾਂ। ਆਪਾਂ ਹੋਰ ਵੱਡੇ ਕੰਮ ਬਾਅਦ ਵਿੱਚ, ਪਰ ਸਰ ਇਹ ਕੰਮ ਤਾਂ ਆਪਾਂ ਤੁਰੰਤ ਸ਼ੁਰੂ ਕਰਾਂਗੇ ਕਿ ਜਿਹੜੇ ਤੁਹਾਡੇ ਅਧਿਆਪਕ ਨੇ ਇਹ ਤੁਹਾਡੇ ਵਿਦਿਆਰਥੀਆਂ ਦੇ ਵਧੀਆ ਕੰਮ ਕਰ ਸਕਣ। ਅਸੀਂ ਮਹੀਨੇ 'ਚ ਘੱਟੋ ਘੱਟ ਇੱਕ ਵਾਰ ਇਹਨਾਂ ਨੂੰ ਮਿਲੀਏ ਅਤੇ ਵੱਡਾ ਬ੍ਰੇਨਸਟੋਰਮਿੰਗ ਹੋਵੇ ਅਤੇ ਇਹਨਾਂ ਨੂੰ ਪਤਾ ਲੱਗੇ, ਇਹ ਆਪਣੇ ਆਪ ਨੂੰ ਤੋਲਣਾ ਸ਼ੁਰੂ ਕਰ ਦੇਣ ਵੀ ਅਸੀਂ ਅਧਿਆਪਕ ਹੋਣ ਦੇ ਯੋਗ ਵੀ ਹਾਂ ਕਿ ਨਹੀਂ। ਇਹ ਸਵਾਲ ਇਹਨਾਂ ਸਾਹਮਣੇ ਖੜ੍ਹਾ ਹੋ ਜਾਵੇ, ਅਸੀਂ ਰਲ ਮਿਲ ਕੇ ਵੱਡੀ ਉਪਲਾਂਗ ਛੇਤੀ ਲਵਾਂਗੇ। ਇਹ ਮੈਨੂੰ ਤੁਹਾਡੇ ਸਹਿਯੋਗ ਸਦਕਾ ਵੱਡੀ ਆਸ ਹੈ, ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ। ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਲੀ ਧਰਤੀ ਮੌਲਿਆ ਆਕਾਸ, ਕਟ ਕਟ ਮੌਲਿਆ ਆਤਮ ਪਰਗਾਸ, ਆਤਮ ਪਰਗਾਸ, ਆਤਮ ਪਰਗਾਸ,
ਆਤਮ ਪਰਗਾਸ।